ਨਚਾਰ ਇੱਕ ਬਹੁਤ ਵੱਡਾ ਰੁਤਬਾ। ਪਹਿਲੀ ਗੱਲ ਤਾਂ ਸਾਨੂੰ ਗੁੱਸੇ ਨਹੀਂ ਹੋਣਾ ਚਾਹੀਦਾ ਲੋਕਾਂ ਨੂੰ ਮਾਰਨ ਦੀ ਭਕਾਈ, ਪਰ ਲੋਕ ਜਿਹੜੇ ਲਹਿਜ਼ੇ ਨਾਲ ਕਹਿੰਦੇ ਨੇ, ਜਿਹੜੇ ਤਰੀਕੇ ਨਾਲ ਕਹਿੰਦੇ ਨੇ, ਜਿਹੜੀ ਸੋਚ ਨਾਲ ਕਹਿੰਦੇ ਨੇ, ਉਸ ਤੋਂ ਪ੍ਰੋਬਲਮ ਆ। ਇੱਕ ਗਾਲ ਲੱਗਦੀ, ਉਹ ਇੱਕ ਗਾਲ ਲੱਗਦੀ। ਬਾਬੇ ਬੁੱਲੇ ਸ਼ਾਹ ਤੋਂ ਵੱਡਾ ਨਚਾਰ ਕੌਣ ਹੈ ਪਹਿਲਾਂ ਮੈਨੂੰ ਇਹ ਦੱਸੋ। ਮੇਰੇ ਹੁਣ ਦਿਲਜੀਤ ਬਾਈ ਹੈ, ਉਹਨੇ ਐਡੀ ਦੂਰ ਪੰਜਾਬ ਪੰਜਾਬੀਅਤ ਨੂੰ, ਲੋਕ ਬੜਾ ਕੁਛ ਕਹਿੰਦੇ ਨੇ, ਪਰ ਉਸ ਬੰਦੇ ਨੇ ਕਿੱਡੇ ਵੱਡੇ ਲੈਵਲ 'ਤੇ ਲੈ ਕੇ ਗਿਆ ਯਾਰ। ਕੈਸੀ ਜਰਨੀ ਆ ਬੰਦੇ ਦੀ, ਉਹਦੇ ਨਾਲ ਦੇ ਜਿੰਨੇ ਸੀਗੇ ਉਹ ਸਾਰੇ ਘਰੇ ਬੈਠੇ ਨੇ ਬਾਈ। ਇੱਕ ਬੱਗਾ ਸਫਰੀ ਹੈ, ਉਹਨੂੰ ਚਮਕੀਲਾ ਸਾਹਿਬ ਨਾਲ ਕੰਪੇਅਰ ਕਰ ਰਹੇ ਨੇ, ਜ਼ਮੀਨ ਅਸਮਾਨ ਦਾ ਫਰਕ ਹੈ। ਉਹ ਚਮਕੀਲਾ ਸਾਹਿਬ ਲਾਈਵ ਗਾ ਰਹੇ ਆ, ਮੈਂ ਉਹਨਾਂ 'ਤੇ ਦੇਖਿਆ ਪ੍ਰੋਗਰਾਮ, ਉਹ ਕਹਿੰਦਾ ਬਾਈ ਜੀ ਮੈਂ ਧਾਰਮਿਕ ਗਾਣਾ ਗਾਉਣ ਲੱਗਾ, ਉਹ ਵਿੱਚੋਂ ਆਵਾਜ਼ ਆਉਂਦੀ ਆ, ਕਹਿੰਦਾ ਧਾਰਮਿਕ ਗਾ ਦੇ ਚਾਹੁੰਦਾ 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 ਚਾਹੁੰਦਾ। ਹਾਂ ਮੈਂ ਵੀ ਦੇਖਿਆ, ਕਰਲਾ ਗੱਲ ਕਹਿੰਦਾ ਵੀ ਬਾਲੇ ਹੋਏ ਬਾਈ, ਕਹਿੰਦਾ ਤੇਰੇ ਅੱਜ ਵੀ ਨੇ, ਅੱਜ ਵੀ ਗੰਦੀਆਂ ਬੋਲੀਆਂ ਬੁੜੀਆਂ ਪਾਉਂਦੀਆਂ ਨੇ, ਕੋਈ ਕੋਈ ਬੁੜੀ ਬੰਦਾ ਬਣੀ ਹੋਈ ਹੈ, ਮਰਦ ਬਣੀ ਹੋਈ ਹੈ, ਉਹਦੇ ਪੱਗ ਬੰਨੀ ਹੈ ਸਿਰ 'ਤੇ, ਅਤੇ ਫਿਰ ਉਹ ਬੋਲੀਆਂ ਪਾਉਂਦੀ ਹੈ, ਗੰਦੀਆਂ ਬੋਲੀਆਂ ਪਾਉਂਦੇ ਨੇ ਇੱਕ ਦੂਜੇ ਵੱਲ ਹੱਥ ਕਰ ਕਰਕੇ ਚੱਲਦਾ ਅੱਜ ਵੀ। ਹਾਂ ਵੀ ਇਹਨੂੰ ਤੁਸੀਂ ਕੀ ਕਹੋਗੇ, ਇਹ ਪੰਜਾਬ ਦਾ ਤੁਸੀਂ ਸੱਭਿਆਚਾਰ ਕਰੋਗੇ, ਇਹ ਸਾਡੇ ਵਿਰਸੇ ਨਾਲ ਸਾਡੇ ਸਮਾਜ ਨਾਲ ਜੁੜੀ ਹੋਈ ਗੱਲ ਹੈ, ਅਤੇ ਗੰਦਗੀ ਤੁਹਾਡੀ ਸੋਚ ਦੇ ਵਿੱਚ ਹੈ, ਕਲਾਕਾਰ ਨਹੀਂ ਇਹਦਾ ਦੋਸ਼ੀ ਹੈਗਾ, ਕਲਾਕਾਰ ਵੀ ਸਮਾਜ ਦਾ ਹਿੱਸਾ ਹੈ। ਮਾਂ ਗਾਣਾ ਵੀ ਮੈਂ ਲਿਖਿਆ, ਮੇਰੇ ਹਰ ਜਨਮ ਦੇਣ ਨਹੀਂ ਦੇ ਸਕਦਾ, ਟਾਲੀ ਨਾਲ ਫਾਹਾ ਲੈ ਲਈਏ ਵਰਗੇ ਗਾਣੇ, ਕਈ ਗਾਣੇ ਇੱਦਾਂ ਦੇ ਵੀ ਬਾਈ ਕੀਤੇ ਹੋਏ ਨੇ ਜਿਹੜੇ ਲੋਕਾਂ ਨੇ ਸੁਣੇ ਤੱਕ ਨਹੀਂ ਬਾਈ, 10,000 ਵੀ ਵਿਊਜ਼ ਨਹੀਂ ਹੋਣੇ, ਤੁਸੀਂ ਉੱਥੇ ਸਮਾਜ ਉੱਥੇ ਸਾਡਾ ਕਿੱਥੇ ਖੜਾ ਹੈ। ਹੁਣ ਮੇਰਾ ਪੋਡਕਾਸਟ ਹੈ, ਜਦੋਂ ਤੁਸੀਂ ਇਹਦੀ ਨਿਊਜ਼ ਪਾਓਗੇ ਉੱਤੇ ਥੋੜਾ ਜਿਹਾ ਕਰਾਰਾ ਲਿਖ ਦਿਓਗੇ, ਮਸਾਲਾ ਲਿਖ ਦਿਓਗੇ, ਲੋਕ ਉਹਨੂੰ ਕਲਿੱਕ ਕਰਨਗੇ, ਐ ਦੇਖਣਗੇ। ਤੁਸੀਂ ਕਿੰਨੇ ਗਾਣੇ ਹੁਣ ਤੱਕ ਕੁੱਲ ਲਿਖ ਲਏ ਟੋਟਲ, ਯਾਦ ਹੋ ਗਿਆ? ਗਿਣਤੀ ਨਹੀਂ ਮਾਰੀ, ਅੰਦਾਜ਼ਾ ਫਿਗਰ, ਕੋਈ ਰਾਊਂਡ ਫਿਗਰ ਮਾਰੀ ਨਹੀਂ ਗਿਣਤੀ, ਮੈਂ ਹੋਊਗਾ 300-250 ਗਾਣਾ। ਯਾਰ ਤੁਹਾਡਾ ਕੋਰਾ ਹੋਣਾ ਚਾਹੀਦਾ, ਕਾਗਜ਼ ਵਰਗਾ, ਜਿਹੜੀ ਗੱਲ ਉਹਦੇ ਮਨ 'ਚ ਆਈ, ਜਿਹੜੀ ਤੁਹਾਡੇ ਲਈ ਚੰਗੀ ਨਹੀਂ, ਤੁਹਾਡੇ ਮੂੰਹ 'ਤੇ ਕਹਿੰਦਾ ਹੋਵੇ। ਬੈਠੇ ਫੇਕ ਹੀ ਲੱਗੀ ਗਏ ਲੋਕਾਂ ਨੂੰ, ਬੰਦਾ ਕਹਿ ਗਿਆ ਵੀ ਯਾਰ ਇਹ ਕੀ ਮੂੰਹ ਬਣਾ ਬਣਾ ਕੇ ਗੱਲਾਂ ਕਰਦੇ ਨੇ, ਹਾਂਜੀ ਅਸੀਂ ਇੱਥੇ ਆਏ ਹਾਂ, ਜੇ ਆਪਾਂ ਗੱਲਾਂ ਹੀ ਕਰਾਂਗੇ ਲੋਕ ਜੁੱਤੀ ਲਮਾਰ ਗਏ ਆਪਣੇ, ਵੀ ਆਹ ਕੀ ਆ ਯਾਰ। ਪਿਆਰ ਕੀਤਾ ਬਾਈ ਕਿਸੇ ਨੂੰ ਮੈਂ ਇੱਕ ਤਰਫਾ, ਬਸ ਦੇਖਦਾ ਰਿਹਾ, ਬਰਿੰਡਾ ਸੀ ਉਹਨੂੰ ਮੈਂ, ਮੇਰੀ ਇੰਨੀ ਹਿੰਮਤ ਨਹੀਂ ਸੀ ਬਾਈ ਵੀ ਮੈਂ ਉਹਨੂੰ ਬੁਲਾ ਕੇ ਕਹਿ ਸਕਾਂ ਵੀ ਮੈਂ ਤੈਨੂੰ ਪਿਆਰ ਕਰਦਾ। ਡਰਦਾ ਸੀ ਬਾਈ, ਮੈਂ ਕੰਬਣ ਲੱਗ ਜਾਂਦੀ ਬਾਈ, ਜੇ ਕੋਲ ਦੀ ਵੀ ਲੰਘਦਾ ਸੀ ਨਾ, ਕਈ ਵਾਰ ਮੇਰੇ ਕੋਲ ਦੀ ਲੰਘਦੀ ਉਹ ਸਰੀਰ ਕੰਬਣ ਲੱਗ ਜਾਂਦਾ ਸੀ ਮੇਰਾ, ਪਤਾ ਨਹੀਂ ਮੈਂ ਕਿਵੇਂ, ਮੈਂ ਕੁੜੀਆਂ ਵਾਂਗੂ ਲੰਘਦਾ ਸੀ ਬਾਈ, ਨੀਂ ਪਾ ਕੇ ਲੰਘ ਜਾਂਦਾ ਸੀ। ਹਜ਼ਾਰਾਂ ਲੈਟਰ ਬਾਈ ਮੇਰੇ ਜਿਹੜੇ ਮੈਂ ਉਹਦੇ ਲਈ ਲਿਖੇ ਸੀ, ਜੇਬਾਂ 'ਚ ਪੁਰਾਣੇ ਪਏ ਹੋ ਗਏ, ਉਹ ਮੈਂ ਜਿਹੜੇ ਉਹਨੂੰ ਲਿਖੇ ਖੱਤ ਸੀ, ਕਈ ਧੋਤੇ ਪੈਂਟਾਂ 'ਚ ਬੀਬੇ ਨੇ, ਕੀ ਲੱਗੇ ਬਾਪੂ ਜੀ ਦੇ ਹੱਥ। ਇੱਕ ਵਾਰੀ ਡੈਡੀ ਨੇ ਉਹ ਡੈਡੀ ਨੂੰ ਇੰਨੇ ਉੱਥੇ ਇੰਨੇ ਲੱਭ ਗਏ, ਤੁਹਾਡਾ ਭਲਾ ਹੋ ਗਿਆ, ਲਫਾਫੇ 'ਚ ਪਾ ਕੇ ਰੱਖੇ ਹੋਏ, ਪਤਾ ਹੀ ਨਹੀਂ ਕਿਉਂ ਮੈਂ ਸੁੱਟਦਾ ਨਹੀਂ ਸੀ ਉਹਨੂੰ, ਪੜ੍ਹੀ ਜਾਣੇ ਮੈਂ, ਦੇਖੀ ਜਾਣੇ ਹੋਰ ਚੀਜ਼ਾਂ ਕ੍ਰੀਏਟ ਹੋਈ ਜਾਣੀਆਂ, ਦੇਖੀ ਜਾਣੇ ਕਵਿਤਾਵਾਂ ਸ਼ਾਇਰੋ ਸ਼ਾਇਰੀ ਲਿਖੀ ਜਾਣੀ। ਕਲਮਾਂ ਕਦੇ ਬੁੱਢੀਆਂ ਨਹੀਂ ਹੁੰਦੀਆਂ, ਸੋਚ ਕਦੇ ਬੁੱਢੀ ਨਹੀਂ ਹੁੰਦੀ, ਸੋਚ ਹਮੇਸ਼ਾ ਜਵਾਨ ਰਹਿੰਦੀ ਹੁੰਦੀ ਹੈ, ਪਰ ਸ਼ਰਤ ਹੈ ਵੀ ਤੁਸੀਂ ਇਸ ਚੀਜ਼ ਦੇ ਕਾਬਲ ਹੋ ਉਹਨੂੰ ਜਵਾਨ ਰੱਖਣ। ਮੂਸੇ ਵਾਲੇ ਦੀ, ਸਾਡੇ ਭਰਾ ਦੀ ਸੋਚ, ਉਹਦੀ ਵੀ ਸੋਚ ਟਰਨ ਮੁੜੀ ਸੀ ਯਾਰ, ਸੋਚ ਉਹਦੀ, ਉਹ ਵੀ ਆ ਰਿਹਾ ਸੀ ਉਸ ਪਾਸੇ ਵਾਰ, ਕੋਈ ਪਤਾ ਨਹੀਂ ਯਾਰ। ਕਲਮਾਂ ਨੇ ਯਾਰ, ਕਲਮਾਂ ਤਾਂ ਬਚਾ ਕੇ ਰੱਖਣ ਵਾਲੀਆਂ ਚੀਜ਼ਾਂ, ਇਹ ਤਾਂ ਉਹਦੀ ਕਿਰਪਾ ਯਾਰ। ਛੰਨਾ ਵਾਲੇ ਦਾ ਅੱਜ ਕੱਲ੍ਹ ਉੱਠਦਾ ਨਾ ਸੱਥਾਂ 'ਚੋਂ, ਬਰਕਤ ਨੂੰ ਬੰਨ ਲੈਂਦੀ ਮਾਂ ਚੁੰਨੀ ਦਿਆਂ ਪੱਲਿਆਂ ਨਾਲ, ਆ ਕੇ ਰੱਬ ਨੱਚਦਾ ਵੇਖੀ ਸਾਡੇ ਪਿੰਡ ਝੱਲਿਆਂ। ਜਿੰਨਾ ਚਿਰ ਪਿਓ ਜਿਉਂਦਾ ਨਾ, ਉਹਨਾਂ ਚਿਰ ਤੁਸੀਂ ਸਰਦਾਰ ਹੋ, ਪਿਓ ਭਾਵੇਂ ਤੁਹਾਡੇ ਤੋਂ ਬਹੁਤ ਦੂਰ ਬੈਠਾ ਰਹੇ, ਜਿੰਨਾ ਚਿਰ ਪਿਓ ਇਸ ਦੁਨੀਆਂ 'ਤੇ ਆ ਨਾ, ਤੁਹਾਨੂੰ ਵੈਸੀ ਇੱਕ ਅਜੀਬ ਜਿਹੀ ਐਨਰਜੀ ਤੁਹਾਡੇ ਅੰਦਰ ਹੈ ਵੀ ਯਾਰ ਚੱਕ ਲਿਆਂਗੇ ਫੱਟੇ, ਚੱਕ ਲਿਆਂਗੇ ਫੱਟੇ। ਜਦੋਂ ਤੁਹਾਨੂੰ ਪਾਲਦਾ ਨਾ, ਤੁਹਾਨੂੰ ਨਵਾਉਂਦਾ ਧਵਾਉਂਦਾ ਖਵਾਉਂਦਾ, ਉਹ ਨਾਲ ਇਹੀ ਨਹੀਂ ਗਿਆ ਵੀ ਤੁਹਾਡੀ ਪਰਵਰਿਸ਼ ਇੰਨੀ ਕਰਦਾ ਵੀ ਤੁਹਾਨੂੰ ਪਾਲਦਾ ਹੀ ਨਹੀਂ ਇਕੱਲਾ। ਮਾਂ ਬਾਪ ਬੁੜਾ ਹੁੰਦਾ ਜਾਂਦਾ, ਸੁਪਨੇ ਮਾਂ ਬਾਪ ਦੇ ਜਵਾਨ ਹੁੰਦੇ ਜਾਂਦੇ। ਕਿਆ ਬਾਤ, ਮਾਂ ਬਾਪ ਹੈ ਨਾ, ਮਾਂ ਬਾਪ ਤੋਂ ਵੱਡਾ ਤੁਹਾਡੇ ਲਈ ਕੁਛ ਵੀ ਨਹੀਂ ਹੈ। ਉਹਨਾਂ ਟਾਈਮ ਤੁਹਾਨੂੰ ਠੀਕ ਹੈ, ਜਦੋਂ ਤੁਸੀਂ ਆਪ ਬਾਪ ਬਣਦੇ ਹੋ, ਆਪ ਤੁਸੀਂ ਮਾਂ ਬਣਦੇ ਹੋ, ਫਿਰ ਪਤਾ ਲੱਗਦਾ ਮਾਂ ਬਾਪ ਦੀ ਕਦਰ ਦਾ। ਇਹ ਜੋ ਸਤਿਕਾਰ ਹੈ ਵਾਪਸ ਮਾਂ ਪਿਓ ਦਾ, ਜੋ ਜਨਰੇਸ਼ਨ ਗੈਪ ਪੈ ਗਿਆ,
ਇਹ ਘੱਟ ਸਕਦਾ ਕਿਸ ਤਰੀਕੇ ਦੇ ਨਾਲ? ਦੇਖੋ ਮਾਹੌਲ ਚੇਂਜ ਹੋ ਰਿਹਾ, ਕੋਈ ਪਤਾ ਨਹੀਂ ਹੋ ਸਕਦਾ ਮਾਂ ਬਾਪ ਨੂੰ, ਮਾਂ ਬਾਪ ਸਮਝਣਾ ਹੀ ਹਟ ਜਾਣ, ਸਮਝਣੋਂ ਹਟ ਜਾਣ। ਅੱਜ ਵੀ ਤਾਂ ਜਾਂਦੀ ਨੇ ਆਸ਼ਰਮਾਂ 'ਚ ਛੱਡ ਕੇ ਆਉਂਦੇ ਹੀ ਨੇ, ਹੈ ਨਾ। ਹੋ ਸਕਦਾ ਜਦੋਂ 18 ਸਾਲ ਦਾ ਜਵਾਕ ਹੋ ਗਿਆ ਵੀ ਭਾਈ ਆਸ਼ਰਮ 'ਚ ਜਾਣੇ ਆ, ਹੋ ਸਕਦਾ ਆਹ ਦੌਰ ਆ ਜੀ। ਅੱਜ ਦੇ ਯੂਥ ਨੂੰ ਨਾ ਪਤਾ ਹੀ ਨਹੀਂ ਹੋਊਗਾ ਕੀ ਸਕੂਨ ਸੀ ਉਹ ਬਾਤਾਂ ਦਾ, ਨਾਨੀ ਕੋਲ ਬੈਠ ਕੇ ਬਾਤਾਂ ਸੁਣਨੀਆਂ। ਮੁੱਲਾ ਰਾਣੀ ਦੀ ਬਾਤ, ਮੈਂ ਹਾਥੀ ਦੇ ਕੰਨ ਦੇ ਵਿੱਚੋਂ ਉਹ ਪੰਜ ਇੱਕ ਡੱਬੀ ਕੱਢਦਾ, ਇੱਕ ਦਿਓ ਦੀ ਕਹਾਣੀ ਹੈ, ਇੱਕ ਚੋਰ ਦੀ ਕਹਾਣੀ ਹੈ, ਉਹ ਉਹ ਸਕੂਨ ਹੀ ਹੋਰ ਸੀ। ਨਾਨੀ ਦੀ ਬੁੱਕਲ, ਦਾਦੀ ਦੀ ਬੁੱਕਲ, ਉਹ ਸਕੂਨ ਹੀ ਹੋਰ ਆ ਬਾਈ। ਅੱਜ ਕੱਲ੍ਹ ਤਾਂ ਦਾਦੀ ਨੇ ਵੀ ਨਹੀਂ ਬਿਠਾਉਣਾ ਬਾਈ, ਅੱਜ ਕੱਲ੍ਹ ਦੀ ਦਾਦੀ ਬਿਠਾਊਗੀ ਬੁੱਕਲ 'ਚ? ਪਰ ਬਜ਼ੁਰਗਾਂ 'ਚ ਜਿਹੜੇ ਤੁਸੀਂ ਪਿੰਡਾਂ ਦੇ ਬਜ਼ੁਰਗ ਹੁੰਦੇ ਆ ਜਾਂ ਵੈਸੇ ਵੀ ਬਜ਼ੁਰਗਾਂ ਕੋਲ ਬੈਠ ਕੇ ਦੇਖਿਓ ਬਾਈ, ਗੱਲਾਂ ਸੁਣਿਓ, ਸਵਾਦ ਬਾਈ ਤੁਹਾਡੇ ਪੋਜ਼ਿਟਿਵਿਟੀ ਨਾਲ ਤੁਸੀਂ ਭਰ ਜਾਓ। ਮੈਂ ਜਦੋਂ ਜਾਂਦਾ ਬਾਈ ਕਿਸੇ ਬਜ਼ੁਰਗਾਂ ਨਾਲ ਜਿੱਥੇ ਢਾਣੀ ਬੈਠੀ ਹੁੰਦੀ ਆ ਉਹਨਾਂ ਦੀ, ਉੱਥੇ ਬੈਠ ਕੇ ਗੱਲਾਂ ਬਾਤਾਂ ਮਾਰੀ। ਮੈਂ ਜਦ ਦੁਨੀਆਂ ਤੋਂ ਜਾਵਾਂ ਮੁੜ ਫੇਰ ਦੁਬਾਰਾ ਆਵਾਂ, ਮੈਂ ਜੋ ਵੀ ਜੂਨ ਹੰਡਾਵਾਂ, ਮੇਰਾ ਦੇਸ਼ ਹੋਵੇ ਪੰਜਾਬ, ਮੇਰਾ ਦੇਸ਼ ਹੋਵੇ ਪੰਜਾਬ। ਹਾਏ ਹਾਏ ਭਾਈ, ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਗੁਰਪ੍ਰੀਤ ਸਿੰਘ ਬੱਲ ਕੁਦਰਤ ਪੋਡਕਾਸਟ ਵੇਖ ਰਿਹਾ, ਤੁਹਾਡਾ ਸਵਾਗਤ ਕਰਦਾ ਅਤੇ ਉਮੀਦ ਕਰਦਾ ਦੋਸਤੋ ਤੁਸੀਂ ਠੀਕ ਠਾਕ ਹੋਵੋਗੇ। ਇੱਕ ਨਵੇਂ ਐਪੀਸੋਡ ਦੇ ਨਾਲ ਇੱਕ ਵਾਰ ਫਿਰ ਤੋਂ ਤੁਹਾਡੇ ਘਰ ਦੇ ਵਿੱਚ ਅਸੀਂ ਦਸਤਕ ਦਿੱਤੀ। ਜਿਵੇਂ ਤੁਸੀਂ ਸਾਡੇ ਪੁਰਾਣੇ ਪੋਡਕਾਸਟਾਂ ਨੂੰ ਪਿਆਰ ਕਰਦੇ ਹੋ, ਉਮੀਦ ਕਰਦਾ ਸਾਡੇ ਆਉਣ ਵਾਲੇ ਪੋਡਕਾਸਟ ਜਾਂ ਅੱਜ ਦੇ ਇਸ ਪੋਡਕਾਸਟ ਨੂੰ ਵੀ ਓਨਾ ਹੀ ਪਿਆਰ ਦਿਓਗੇ। ਅੱਛਾ, ਸੰਗੀਤ ਐਸੀ ਚੀਜ਼ ਹੈ ਕਿ ਜਿਸ ਨੂੰ ਸਾਇੰਸ ਵੀ ਮੰਨ ਚੁੱਕੀ ਹੈ ਕਿ ਇੱਕ ਚੰਗਾ ਸੰਗੀਤ ਜਿਹੜਾ ਹੈ ਨਾ, ਇੱਕ ਡਿਪਰੈਸ਼ਨ 'ਚ ਪਿਆ ਮਰੀਜ਼ ਜਿਹੜਾ ਹੋਵੇ, ਜੇ ਤੁਸੀਂ ਉਸ ਮਰੀਜ਼ ਦੇ ਕੋਲ ਇੱਕ ਚੰਗਾ ਸੰਗੀਤ ਜਾਂ ਕੁਛ ਧੁਨਾਂ ਉਸ ਤਰੀਕੇ ਦੀਆਂ ਵਜਾਉਣ ਲੱਗ ਜਾਓਗੇ ਨਾ, ਤਾਂ ਉਹ ਮਰੀਜ਼ ਜਿਹੜਾ ਆ ਉਹ ਬਹੁਤ ਛੇਤੀ ਠੀਕ ਹੁੰਦਾ ਆ। ਅਤੇ ਇਹ ਚੀਜ਼ ਐਕਸਪੈਰੀਮੈਂਟਲੀ ਪ੍ਰੂਵ ਹੈ। ਚੰਗਾ ਸੰਗੀਤ ਐਸੀ ਚੀਜ਼ ਹੈ ਕਿ ਜਿਹੜਾ ਰੁੱਸਿਆ ਰੱਬ ਵੀ ਮਨਾਉਣਾ ਹੋਵੇ ਨਾ, ਤਾਂ ਉਸ ਨੂੰ ਵੀ ਸੰਗੀਤ ਦੇ ਰਾਹੀਂ ਅਸੀਂ ਬਹੁਤ ਛੇਤੀ ਤਰੀਕੇ ਨਾਲ ਮਨਾ ਸਕਦੇ ਹਾਂ। ਸੰਗੀਤ ਦੇ ਵਿੱਚ ਇੰਨੀ ਪਾਵਰ, ਇੰਨੀ ਸ਼ਕਤੀ ਹੈ। ਸਾਡੇ ਅੱਜ ਦੇ ਇਸ ਪੋਡਕਾਸਟ ਸੈਸ਼ਨ ਦੇ ਵਿੱਚ, ਇਸ ਐਪੀਸੋਡ ਦੇ ਵਿੱਚ ਮੇਰੇ ਨਾਲ ਮੇਰਾ ਸਾਥ ਦੇਣਗੇ ਬਾਈ ਫਤਿਹ ਸ਼ੇਰਗਿੱਲ ਜੀ। ਵੀਰਾ, ਇਸ ਇੰਡਸਟਰੀ ਦੇ ਵਿੱਚ ਜੇ ਮੈਂ ਕਹਾਂ ਤਾਂ ਤਕਰੀਬਨ ਬਹੁਤ ਲੰਬਾ ਅਰਸਾ ਹੋ ਗਿਆ ਵੀਰੇ ਨੂੰ ਇਸ ਇੰਡਸਟਰੀ ਦੇ ਵਿੱਚ ਕੰਮ ਕਰਦੇ ਹੋਏ, ਅਤੇ ਗਾਣੇ ਜਿਹੜੇ ਹਿੱਟ ਐਸੇ ਐਸੇ ਦਿੱਤੇ ਕਿ ਜਿਹੜੇ ਲੋਕਾਂ ਦੀਆਂ ਨਹੀਂ, ਬੱਚਿਆਂ ਦੀ, ਛੋਟੇ ਛੋਟੇ ਬੱਚਿਆਂ ਦੀ ਵੀ ਜ਼ੁਬਾਨਾਂ 'ਤੇ ਰਹੇ। ਬਾਈ ਮੇਰੇ ਨਾਲ ਨੇ ਨਿੱਜੀ ਜ਼ਿੰਦਗੀ ਨੂੰ ਲੈ ਕੇ, ਗਾਇਕੀ ਦੇ ਸਫ਼ਰ ਨੂੰ ਲੈ ਕੇ, ਯਾਰੀ ਦੋਸਤੀ ਨੂੰ ਲੈ ਕੇ ਬੜਾ ਕੁਛ ਡਿਸਕਸ ਕਰਨਾ ਵੀਰਾ ਮੇਰੇ ਨਾਲ। ਪਹਿਲਾਂ ਵੀਰੇ ਦਾ ਸਵਾਗਤ ਕਰਦੇ ਹਾਂ। ਵੀਰੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਬਲ ਸਾਹਿਬ। ਸਿਹਤ ਕਿਵੇਂ? ਸਿਹਤ ਤਾਂ ਬਹੁਤ ਠੀਕ ਹੈ। ਚੜ੍ਹਦੀ ਕਲਾ? ਬਹੁਤ ਚੜ੍ਹਦੀ ਕਲਾ 'ਚ ਹੈ। ਔਰ ਮੇਰੇ ਵੱਲੋਂ ਤੁਹਾਡਾ ਬੜਾ ਧੰਨਵਾਦ ਹੈ, ਔਰ ਤੁਹਾਡੇ ਚੈਨਲ ਦਾ, ਕੁਦਰਤ ਦਾ, ਜਿਹਦੇ ਜ਼ਰੀਏ ਅਸੀਂ ਸਾਡੇ ਭਰਾਵਾਂ ਨਾਲ ਰੂਬਰੂ ਹੋਵਾਂਗੇ, ਬੜਾ ਵਧੀਆ ਲੱਗ ਰਿਹਾ। ਬੜੇ ਲੰਬੇ ਟਾਈਮ ਬਾਅਦ ਤੁਸੀਂ ਕੈਮਰੇ ਦੇ ਮੂਹਰੇ ਆਏ ਹੋ। ਐਕਚੁਅਲੀ ਮੈਂ ਵੈਸੇ ਨਹੀਂ ਯਾਰ, ਦਿਲ ਨਹੀਂ ਸੀ ਕਰਦਾ, ਕਿਉਂਕਿ ਫੇਕ ਜਿਹੀਆਂ ਚੀਜ਼ਾਂ ਨਾ ਇੰਟਰਵਿਊ ਦੇ ਵਿੱਚ ਉਹ ਚੱਲ ਪਿਆ ਸੀ, ਉਹ ਸਿਸਟਮ ਚੱਲ ਪਿਆ ਸੀ ਕਿ ਯਾਰ ਪਹਿਲਾਂ ਉਹ ਬਣਾ ਲੈਣੀ ਇੱਕ ਸਟੋਰੀ ਜੀ, ਕਿਸੇ ਦੇ ਖਿਲਾਫ਼ ਬੋਲਦੀ। ਕੁਛ ਚੀਜ਼ਾਂ ਮੇਰੇ ਨਾਲ ਹੋਈਆਂ ਸੀ ਪਿੱਛੇ, ਤੁਸੀਂ ਪਾਸਟ ਦੇਖੋ, ਅਤੇ ਮੇਰੇ ਨਾਲ ਕੁਛ ਕੁ ਚੀਜ਼ਾਂ ਇੱਦਾਂ ਦੀਆਂ ਹੋਈਆਂ ਸੀ ਜਿਹਦੇ ਮਜਬੂਰ ਵੀ ਕੀਤਾ ਜਾਂਦਾ ਸੀ ਕਿ ਯਾਰ ਕੁਛ ਇੱਦਾਂ ਦਾ ਬੋਲਦੀ ਤੂੰ, ਕੋਈ ਕੰਟਰੋਵਰਸੀ, ਮੇਰੇ ਹਿਸਾਬ ਨਾਲ ਕੰਟਰੋਵਰਸੀ ਦੀ ਲੋੜ ਨਹੀਂ ਹੁੰਦੀ। ਚੰਗੇ ਜਦੋਂ ਕੁਛ ਵੀ ਚੰਗਾ ਤੁਸੀਂ ਕਰਦੇ ਹੋ, ਲਿਖਦੇ ਹੋ, ਗਾਉਂਦੇ ਹੋ, ਸੱਚਾਈ ਤੁਹਾਡੇ ਨਾਲ ਹੈ ਅਤੇ ਸਾਰਾ ਕੁਛ ਠੀਕ ਹੀ ਠੀਕ ਹੁੰਦਾ। ਅੱਛਾ, ਉਸ ਟਾਈਮ ਜਦੋਂ ਤੁਸੀਂ ਲਾਸਟ, ਮੈਂ ਤੁਹਾਡੀ ਇੰਟਰਵਿਊ ਵੇਖ ਰਿਹਾ ਸੀਗਾ, ਉਹ ਸਾਰੀ ਇੱਕ ਕੰਟਰੋਵਰਸ਼ੀਅਲ ਬੇਸਡ ਹੀ ਸੀ, ਮੈਂ ਕਾਈਂਡ ਆਫ ਮੈਂ ਦੇਖ ਸਕਦਾ ਵੀ ਉਦੋਂ ਥੋੜ੍ਹੀ ਕੰਟਰੋਵਰਸੀ ਚੱਲ ਰਹੀ ਸੀ, ਕੋਈ ਉਹਦੇ 'ਤੇ ਬਣਾਈ ਹੋਈ ਸੀ ਉਹ
ਕੋਈ ਪੱਤਰਕਾਰ ਸੀਗੇ ਉਹ ਤੁਹਾਡੇ ਨਾਲ ਉਸ ਤਰੀਕੇ ਨਾਲ ਗੱਲਬਾਤ ਕਰ ਰਹੇ ਸੀ, ਉਸ ਤਰੀਕੇ ਨਾਲ ਪੇਸ਼ ਆ ਰਹੇ ਸੀਗੇ ਉਹ। ਫਿਰ ਮੈਂ ਨਾ ਉਹ ਚੀਜ਼ਾਂ ਤੋਂ ਥੋੜ੍ਹਾ ਦੂਰ ਹੀ, ਮੈਂ ਚਾਹੇ ਬਸ ਛੱਡ ਯਾਰ, ਕੋਈ ਕੀ ਫਾਇਦਾ ਇਹਨਾਂ ਚੀਜ਼ਾਂ 'ਚ। ਮੇਰੇ ਹਿਸਾਬ ਨਾਲ ਇੱਕ ਕੰਮ ਕਰ ਲਓ, ਹੈ ਨਾ, ਚੁੱਪ ਚੁਪੀਤੇ ਆਪਣੇ ਕੰਮ 'ਤੇ ਕੰਸਨਟ੍ਰੇਟ ਕਰੋ, ਅਤੇ ਜਿਹੜਾ ਹੁਨਰ ਤੁਹਾਨੂੰ ਮਾਲਕ ਨੇ ਬਖਸ਼ਿਆ ਉਹਨੂੰ ਚੰਗੇ ਤਰੀਕੇ ਨਾਲ ਲੈ ਕੇ ਆਓ ਅੱਗੇ, ਭਾਵੇਂ ਉਹ ਲਿਖਣਾ ਭਾਵੇਂ ਗਾਉਣਾ, ਅਤੇ ਮਿਹਨਤ ਨੂੰ ਫਲ ਮਿਲਦਾ, ਮਿਹਨਤ ਦਾ। ਕਾਫੀ ਲੰਬਾ ਸਮਾਂ ਜਿਵੇਂ ਤੁਸੀਂ ਕਿਹਾ ਹੁਣ, ਬਹੁਤ ਲੰਬਾ ਸਮਾਂ, ਮੈਂ ਕਾਫੀ ਟਾਈਮ ਹੋ ਗਿਆ ਮੈਨੂੰ ਕੰਮ ਕਰਦੇ ਨੂੰ। ਸ਼ੁਰੂਆਤ ਵੀਰੇ ਕਿਹੜੇ ਸਾਲ ਦੇ ਵਿੱਚ ਕੀਤੀ ਸੀ? ਮੇਰੀ ਸ਼ੁਰੂਆਤ ਹੋਈ ਸੀ, ਪਹਿਲਾ ਗਾਣਾ ਤੁਸੀਂ ਖੁਦ ਰਿਕਾਰਡ ਕੀਤਾ ਸੀ ਕਿ ਤੁਸੀਂ ਐਜ਼ ਅ ਗੀਤਕਾਰ ਆਏ ਸੀ? ਹਾਂ, ਐਜ਼ ਅ ਗੀਤਕਾਰ ਆਏ, ਗੀਤਕਾਰ ਆਏ ਸੀ। ਹਾਂ, ਕਿਹੜੀ ਸਾਲ ਦੇ ਵਿੱਚ? ਬਿੱਲੇ ਬਾਈ ਨੇ ਗਾਇਆ ਸੀ ਗਾਣਾ, ਬਿੱਲੇ ਬਾਈ ਨੇ ਕਾਫੀ ਗਾਣੇ ਗਾਏ ਨੇ, ਮੇਰਾ ਦੇਸ਼ ਹੋਏ ਪੰਜਾਬ ਪੂਰੀ ਐਲਬਮ ਹੀ ਸੀਗੀ, 11 ਗਾਣੇ ਸੀਗੇ ਆਪਣੇ ਉਹਦੇ 'ਚ, ਔਰ ਬੜਾ ਵਧੀਆ ਰਿਹਾ ਸਫ਼ਰ ਯਾਰ, ਬਹੁਤ ਵਧੀਆ ਬਾਈ। ਅਤੇ ਮਤਲਬ ਕਾਫੀ ਸਾਰਾ ਕੁਛ ਉਤਰਾਅ ਚੜ੍ਹਾਅ ਵੀ ਬੜੇ ਆਏ। ਉਦੋਂ ਐਂ ਹੁੰਦਾ ਵੀ ਜਦੋਂ ਜਿਹੜਾ ਉਹ ਸਮਾਂ ਸੀ ਉਦੋਂ ਨਾ ਕਿਤੇ ਨਾ ਕਿਤੇ ਲਿਖਣ ਵਾਲੇ ਨੂੰ ਵੀ ਇਹ ਹੁੰਦਾ ਕਿ ਯਾਰ ਜੇ ਵਧੀਆ ਗਾਉਂਦੇ ਹਾਂ ਤਾਂ ਅਸੀਂ ਕਿਉਂ ਨਾ ਗਾਈਏ। ਬਿਲਕੁਲ, ਹੈ ਨਾ। ਉਦੋਂ ਫਿਰ ਮੇਰੇ ਵੀ ਕੀੜਾ ਸੀਗਾ ਗਾਉਣ ਦਾ, ਮੈਂ ਕਿਹਾ ਯਾਰ ਗਾਵਾਂਗੇ ਵੀ। ਅੱਛਾ, ਕਿਤੇ ਨਾ ਕਿਤੇ ਸੀ ਉਹ, ਸਾਡੀ ਕੰਪਨੀ ਸੀ ਜਿਹਦੇ ਨਾਲ ਬਾਉਂਡ ਸੀ ਅਸੀਂ, ਬਾਈ ਬਿੱਲਾ ਵੀ ਸੀ ਉਸ ਕੰਪਨੀ ਨਾਲ, ਮੈਂ ਵੀ ਸੀ। ਉਹ ਤੁਸੀਂ ਇੱਕੋ ਕੰਪਨੀ ਦੇ ਨਾਲ ਬਾਉਂਡ ਸੀ ਨਾ? ਹਾਂ, ਜਪਸ ਮਿਊਜ਼ਿਕ। ਠੀਕ ਹੈ, ਸੀ ਪਰ ਉਹਨਾਂ ਨੇ ਜਿੰਨਾ 'ਚੋਂ ਜੋ ਵੀ ਕੀਤਾ ਉਹਨਾਂ ਨੇ ਠੀਕ ਹੈ, ਉਹਨਾਂ ਨੇ ਵੀ ਆਪਣੇ ਆਪਣੇ ਵੱਲੋਂ ਉਹਨਾਂ ਨੇ ਠੀਕ ਹੋਣਾ, ਆਪਾਂ ਕਾਹਨੂੰ ਕਿਸੇ ਨੂੰ ਮਾੜਾ ਚੰਗਾ ਕਹਿਣਾ, ਆਪਣੇ ਮਾਲਕ ਨੇ ਵਧੀਆ ਬਾਂਹ ਫੜੀ ਹੋਈ ਹੈ, ਜੇ ਆਪਾਂ ਵਧੀਆ ਕਰ ਰਹੇ ਹਾਂ ਤਾਂ ਲੋਕ ਸੁਣ ਰਹੇ ਨੇ ਹੁਣ ਤੱਕ, ਅਤੇ ਤੁਸੀਂ ਦੇਖ ਲਓ ਆਪਾਂ ਕਦੋਂ ਦੇ ਲਿਖ ਰਹੇ ਹਾਂ, ਕਦੋਂ ਦੇ ਇੰਡਸਟਰੀ ਦੇ ਵਿੱਚ ਕੰਮ ਕਰ ਰਹੇ ਹਾਂ। ਮੇਰਾ ਖਿਆਲ ਹੋ ਗਏ ਹੋਣਗੇ 12 ਸਾਲ, ਰੂੜੀ ਦੀ ਸੁਣੀ ਵਾਲੀ ਗੱਲ ਹੈ, 12 ਸਾਲ ਹੋ ਗਏ। ਪਰ ਜੇ ਆਪਾਂ ਇਹ ਚੀਜ਼ਾਂ ਸੋਚੀ ਵੀ ਯਾਰ ਇੰਨੇ ਸਾਲ ਹੋ ਗਏ ਅਤੇ ਇੰਨੇ ਸਾਲ ਖਰਾਬ ਕਰਤੇ, ਹਾਲੇ ਕੁਛ ਵੀ ਨਹੀਂ, ਹਾਲੇ ਬਣਿਆ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ, ਜਿਹੜਾ ਅੱਛਾ ਕੁਛ ਵੀ ਨਹੀਂ ਬਣਿਆ, ਨਾ 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 ਨਾ, ਜਿਹੜਾ ਨਿਸ਼ਾਨਾ ਹੈ, ਜਿਹੜਾ ਟਾਰਗੇਟ ਹੈ, ਜਿਹੜਾ ਗੋਲ ਹੈ, ਉਹ ਤਾਂ ਹਜੇ ਬਹੁਤ ਦੂਰ ਹੈ। ਪਰ ਹਰ ਦਿਨ ਸੋਚਾਂ ਦੇ ਵਿੱਚ ਉਹ ਗੋਲ ਆ ਜਿਹੜਾ, ਉਹਦੇ ਲਈ ਹੋਰ ਪੱਕੇ ਹੋਈਦਾ। ਅੱਛਾ, ਉਸ ਗੋਲ ਨੂੰ ਲੈ ਕੇ ਆਪਣੇ ਆਪ ਨੂੰ ਤਿਆਰ ਕਰੀਦਾ ਹਰ ਰੋਜ਼, ਅਤੇ ਆਪਣੇ ਆਪ 'ਤੇ ਵਰਕ ਕਰੀਦਾ ਵੀ ਯਾਰ ਨਹੀਂ। ਹੁਣ ਕਈ ਚੀਜ਼ਾਂ, ਕਈ ਇੱਦਾਂ ਦੇ ਵੀ ਮੁੰਡੇ ਆਏ ਨੇ ਜਿਹੜੇ ਬੜੇ ਥੋੜ੍ਹੇ ਸਮੇਂ ਦੇ ਵਿੱਚ ਹਿੱਟ ਵੀ ਹੋਏ ਆ, ਥੋੜ੍ਹੇ ਸਮੇਂ 'ਚ ਫਲੋਪ ਵੀ ਹੋਏ ਆ, ਆਏ ਅਤੇ ਗਏ, ਪਤਾ ਨਹੀਂ ਲੱਗਿਆ। ਹਾਂ, ਇੱਦਾਂ ਦਾ ਵੀ ਹੈ, ਔਰ ਕਈ ਟਿਕੇ ਵੀ ਹੋਏ ਨੇ, ਹੈ ਨਾ। ਪਰ ਮੈਂ, ਮੇਰੀ ਇੱਕ ਸੋਚ ਆ ਵੀ ਮੈਂ ਚਾਹੁੰਦਾ ਵੀ ਯਾਰ ਕੰਮ ਕਰਦੇ ਰਹੋ, ਉਮਰਾਂ ਮੈਟਰ ਨਹੀਂ ਕਰਦੀਆਂ, ਕਲਮ ਕਦੇ ਬੁੱਢੀ ਨਹੀਂ ਹੁੰਦੀ। ਜੇ ਤੁਸੀਂ ਜ਼ਮਾਨੇ ਦੇ ਪੈਰਲਲ ਚੱਲੋਗੇ, ਮਤਲਬ ਆਡੀਅੰਸ ਦੀ ਸੋਚ ਹੈ, ਉਹਨਾਂ ਨੇ ਕੀ ਸੋਚਣਾ, ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਉਹਨਾਂ ਨੂੰ ਚਾਹੀਦਾ ਕੀ ਹੈ। ਜੇ ਤੁਸੀਂ ਉਹਦੇ ਪੈਰਲਲ ਕੰਮ ਕਰਦੇ ਹੋ ਤਾਂ ਤੁਸੀਂ ਕਦੇ ਵੀ ਨਹੀਂ ਮਰੋਗੇ, ਮਤਲਬ ਤੁਹਾਡੀ ਕਲਮ ਜਿਉਂਦੀ ਰਹੂਗੀ। ਕਲਮਾਂ ਤਾਂ ਜਿਉਂਦੀਆਂ ਹੀ ਨੇ, ਪਰ ਉਹ ਮੈਟਰ ਇਹ ਕਰਦਾ ਕਿ ਤੁਸੀਂ ਲਿਖ ਕੀ ਰਹੇ ਹੋ, ਪਰੋਸ ਕੀ ਰਹੇ ਹੋ ਲੋਕਾਂ ਨੂੰ, ਤੁਹਾਡੀ ਲਿਖੀ ਹੋਈ ਚੀਜ਼ ਆਪਣੇ ਵਰਗੀ ਲੱਗਣੀ ਚਾਹੀਦੀ ਹੈ। ਇਹ ਤਾਂ ਹੈ। ਹਾਂ, ਮੈਂ ਉਸ ਸਮੇਂ ਦੀ ਮੈਂ ਗੱਲ ਕਰਦਾ ਸੀ ਵੀ ਜੇ ਮੈਂ ਸੋਚਾਂ ਕਿ ਮੈਂ ਤਾਂ ਯਾਰ 2010 ਤੋਂ ਮੈਂ ਇੰਡਸਟਰੀ 'ਚ ਹਾਲੇ ਹੁਣ ਮੇਰੇ, ਮੈਂ ਜਿਹੜੇ ਜ਼ਿਆਦਾ ਤਾਦਾਦ 'ਚ ਗਾਣੇ ਮੇਰੇ ਹੁਣ ਆਉਣ ਲੱਗੇ ਨੇ ਜ਼ਿਆਦਾ, ਬਿਲਕੁਲ, ਮੈਂ ਕਿਉਂਕਿ ਬੜਾ ਲਿਮਿਟ ਜੀ 'ਚ ਕੰਮ ਕਰਦਾ ਸੀ, ਬੜੇ ਥੋੜ੍ਹੇ ਜਿਹੇ ਗਾਣੇ ਮੈਂ ਜਿੰਨੀ ਕੁ ਰੂਹ ਕਰਦੀ ਸੀ, ਉਦੋਂ ਵੇਲਾ ਸੀ ਰੂਹ ਦਾ ਵੀ, ਜਦੋਂ ਜਿੰਨੀ ਕੁ ਰੂਹ ਕਰਦੀ ਸੀ ਉਨਾ ਕੁ ਲਿਖ ਲੈਂਦੇ ਸੀ। ਪਰ ਹੁਣ ਨਾਲ ਇਹ ਬਿਜ਼ਨਸ ਵੀ ਹੋ ਗਿਆ, ਕਿਉਂਕਿ ਸਰਵਾਈਵ ਵੀ ਕਰਨਾ, ਰਹਿਣਾ ਕਰਨਾ ਸਾਰਾ ਕੁਛ ਹੀ ਹੈ, ਉਹਦੇ ਲਈ
ਫਾਈਨੈਂਸ਼ਲੀ ਵੀ ਤੁਹਾਨੂੰ ਦੇਖਣਾ ਪੈਂਦਾ ਸਾਰਾ ਕੁਛ। ਅੱਛਾ, ਪਹਿਲਾ ਗਾਣਾ ਜਿਹੜਾ ਤੁਸੀਂ ਦਿੱਤਾ ਸੀ ਕਿੰਨੇ ਕੁ ਪੈਸਿਆਂ ਦੇ ਵਿੱਚ ਦਿੱਤਾ ਸੀ ਕਿ ਫ੍ਰੀ ਦਿੱਤਾ ਸੀ? ਬਾਈ ਪਹਿਲਾ ਗਾਣਾ ਚਾਰਜ ਕੀਤਾ ਸੀ ਕੁਛ? ਨਹੀਂ, ਪਹਿਲੇ ਗਾਣੇ ਦਾ ਮੈਂ ਕੁਛ ਨਹੀਂ ਚਾਰਜ ਕੀਤਾ ਸੀ। ਉਹ ਐਕਚੁਅਲੀ ਕੰਪਨੀ ਨਾਲ ਬੌਂਡ ਸੀ, ਮੇਰੀ ਕੋਈ ਡੀਲ ਸੀ ਕੰਪਨੀ ਨਾਲ। ਅੱਛਾ, ਬੌਂਡ ਨਹੀਂ ਸੀਗਾ ਕੰਪਨੀ ਨਾਲ ਉਦੋਂ, ਉਦੋਂ ਨਹੀਂ ਬੌਂਡ ਸੀ, ਉਦੋਂ ਤਾਂ ਮੇਰੀ ਡੀਲ ਸੀ ਕੰਪਨੀ ਨਾਲ। ਉਹ ਡੀਲ ਐ ਸੀ ਵੀ ਕੁਛ ਪੈਸੇ ਉਹਨਾਂ ਨੇ ਦੇਣੇ ਸੀ ਉਹਨਾਂ ਦਿਨਾਂ 'ਚ, ਮੇਰੇ ਖਿਆਲ 10 ਦੀ ਗੱਲ ਹੈ, ਇਹ 2010 ਦੀ ਗੱਲ ਹੈ ਨਾ, 2009-10 ਦੀ ਗੱਲ, ਹਾਂ ਹਾਂ ਇੱਥੇ ਹੈ। ਉਦੋਂ ਕੀ ਸੀ ਕਿ ਉਹਨਾਂ ਨੇ ਮੈਨੂੰ ਕੁਛ ਪੈਸੇ ਉਹਨਾਂ ਨੇ ਕਮਿਟਮੈਂਟ ਕੀਤੀ ਸੀ ਕਿ ਯਾਰ ਇੰਨੇ ਕੁ ਪੈਸੇ ਤੈਨੂੰ ਦੇਵਾਂਗੇ, ਉਹ ਮੈਨੂੰ ਲੱਗਦਾ ਅਮਾਊਂਟ ਹੋਊ 80,000 ਬਸ। ਅੱਛਾ, ਮੈਂ 11 ਗਾਣੇ ਕੀਤੇ ਕੰਪਨੀ ਲਈ 80,000 'ਚ ਗਾਣਾ, 11 ਗਾਣੇ। ਹਾਂ, ਮਤਲਬ ਇੱਕ ਡੀਲ ਸੀ ਉਹਦੇ 'ਚੋਂ, ਕੋਈ ਇਹ ਤੈਅ ਨਹੀਂ ਸੀ ਵੀ 11 ਗਾਣੇ ਕਰਨੇ ਆ, ਬਟ ਉਹਨਾਂ ਨੇ 11 ਮੰਗ ਲਏ। ਇਹ ਸੀ ਕਿ ਹਾਂ ਵੀ ਤੈਨੂੰ ਅਸੀਂ ਪੈਸੇ ਦੇਵਾਂਗੇ, ਮਤਲਬ ਇੱਕ ਉਹਨਾਂ ਨੇ ਇੱਕ ਅਮਾਊਂਟ ਜਾਂ ਬਿੱਲੇ ਬਾਈ ਦੇ ਥਰੂ, ਉਹਨਾਂ ਨੇ ਮੈਨੂੰ ਸਿੱਧਾ ਵੀ ਨਹੀਂ ਮਤਲਬ ਡਾਇਰੈਕਟ ਨਹੀਂ ਕਿਹਾ ਬਾਈ ਬਿੱਲੇ ਨੇ, ਕਿਉਂਕਿ ਬਾਈ ਬਿੱਲੇ ਦਾ ਵੀ ਇਹਦੇ 'ਚ ਕੋਈ ਕਸੂਰ ਨਹੀਂ ਹੈ, ਨਾ ਕਦੇ ਮੈਂ ਜ਼ਿੰਦਗੀ 'ਚ ਬਾਈ ਨੂੰ ਇੱਦਾਂ ਦੀ ਗੱਲ ਕੋਈ ਕਹੀ ਹੈ ਕੋਈ ਕੰਪਨੀ ਨੂੰ ਲੈ ਕੇ ਜਾਂ ਕੋਈ, ਕਿਉਂਕਿ ਬਾਈ ਬਾਉਂਡ ਸੀ, ਬਾਈ ਤਾਂ ਫਸਿਆ ਹੋਇਆ ਸੀ ਉਹਨਾਂ ਦਿਨਾਂ 'ਚ। ਬਿਲਕੁਲ, ਮੈਂ ਇੱਕ ਵੀਡੀਓ ਦੇਖੀ ਸੀ, ਬਾਈ ਵੀ ਦੱਸ ਰਿਹਾ ਸੀ ਇੱਕ ਇੰਟਰਵਿਊ ਦੇ ਵਿੱਚ ਕਿ ਉਹਨਾਂ ਨੇ ਸੁਸਾਈਡ ਦਾ ਕਰਨ ਦਾ ਵੀ ਸੋਚਿਆ ਸੀ। ਹਾਂ ਬਾਈ, ਵੀ ਮੈਂ ਕੰਪਨੀ ਤੋਂ ਇੰਨਾ ਤੰਗ ਸੀ। ਕਿਹੜਾ ਬੰਦਾ ਨਹੀਂ ਬਾਈ, ਹਰ ਬੰਦਾ, ਕਿਉਂਕਿ ਜਦੋਂ ਤੁਹਾਡੇ ਸੁਪਨਿਆਂ ਦੀ, ਮੈਂ ਸੋਚਦਾ ਬਾਈ ਯਾਰ ਸੁਪਨੇ ਦੇਖਣਾ ਹਰ ਬੰਦੇ ਦਾ, ਮਤਲਬ ਕੋਈ ਵੀ ਬੰਦਾ ਸੁਪਨੇ ਦੇਖ ਸਕਦਾ, ਸੁਪਨੇ ਇੱਕ ਅਮੀਰ ਵੀ ਦੇਖਦਾ, ਅਮੀਰ ਵੀ ਦੇਖਦਾ, ਇੱਕ ਗਰੀਬ ਵੀ ਦੇਖਦਾ। ਹਨਾ, ਇਹ ਕਿਹੜਾ ਕੋਈ ਇਹ ਚੀਜ਼ ਆ ਕਿ ਯਾਰ ਕੋਈ ਕਿਸੇ ਨੇ ਤੁਹਾਡੇ 'ਤੇ ਰੋਕ ਲਾਈ ਹੈ ਜਾਂ ਤੁਹਾਨੂੰ ਕੋਈ ਫਤਵਾ ਸੁਣਾ ਦੂਗਾ ਵੀ ਤੁਸੀਂ ਇੱਦਾਂ ਦੇ ਸੁਪਨੇ ਕਿਉਂ ਦੇਖਦੇ ਹੋ। ਸੁਪਨੇ ਹਰ ਬੰਦਾ ਦੇਖ ਸਕਦਾ, ਮੈਂ ਵੀ ਉਹਨਾਂ 'ਚੋਂ ਇੱਕ ਹਾਂ, ਬਾਈ ਬਿੱਲਾ ਵੀ ਉਹਨਾਂ 'ਚੋਂ ਇੱਕ ਆ। ਬਾਈ ਨੇ ਬਹੁਤ ਸੁਪਨੇ ਦੇਖੇ ਸੀ ਵੱਡੇ, ਅਸੀਂ ਰਲ ਕੇ ਦੇਖੇ ਆ ਬੜੇ ਸੁਪਨੇ, ਪਰ ਬਾਈ ਨੇ ਉਹ ਅਚੀਵ ਕੀਤਾ, ਬਾਈ ਨੇ ਬੜਾ ਕੁਛ ਕਰਕੇ ਦਿਖਾਇਆ। ਅਸੀਂ ਇਕੱਠੇ, ਬਾਈ ਕੋਲ ਜੈਨ ਗੱਡੀ ਹੁੰਦੀ ਸੀ, ਅਸੀਂ ਗੜਸ਼ੰਕਰ ਜਾਣਾ, ਜੱਸੀ ਬ੍ਰਦਰ ਕੋਲ ਗਾਣੇ ਕੀਤੇ ਆ। ਅੱਛਾ, ਬਿੱਲੇ ਬਾਈ ਕੋਲ ਜੈਨ ਗੱਡੀ ਸੀ? ਹਾਂ, ਜੈਨ ਗੱਡੀ ਸੀ ਬਾਈ ਕੋਲ। ਅੱਛਾ, ਅਸੀਂ ਦੋਨੇ ਜਾਣਿਆਂ ਨੇ ਜਾਣਾ ਉੱਥੇ, ਅਸੀਂ ਦੋਵੇਂ ਹੁੰਦੇ ਸੀ। ਅੱਛਾ, ਮਤਲਬ ਅਸੀਂ ਦੋਨੇ ਹੁੰਦੇ ਸੀ ਉੱਥੇ, ਇੱਕ ਹੋਟਲ ਰੂਮ ਲਿਆ ਹੋਇਆ ਸਾਡਾ ਉੱਥੇ। ਕਈ ਗਾਣੇ ਤਾਂ ਇੱਦਾਂ ਸੀਗੇ ਵੀ ਅਸੀਂ ਉੱਥੇ ਹੋਟਲ 'ਚ ਵੀ, ਹੋਟਲ 'ਚ ਬੈਠ ਕੇ, ਕਈ ਪਹਿਲਾਂ ਤੈਅ ਹੁੰਦੇ ਸੀ ਹੋਟਲ 'ਚ ਬੈਠ ਕੇ ਵੀ ਗਾਣੇ ਪੂਰੇ ਕੀਤੇ ਆ, ਮਤਲਬ ਲਿਖੇ ਆ। ਉਦੋਂ ਆਹ ਜ਼ਮਾਨਾ ਨਹੀਂ ਸੀ ਵੀ ਤੁਸੀਂ ਸਟੂਡੀਓ 'ਚ ਔਨ ਦਾ ਸਪੋਰਟ ਜਿਵੇਂ ਹੁਣ ਕੰਮ ਕਰਦੇ ਹਾਂ, ਉਦੋਂ ਇਹ ਨਹੀਂ ਸੀ, ਉਦੋਂ ਤੁਸੀਂ ਪਹਿਲਾਂ ਬਣਾ ਲੈਂਦੇ ਸੀ। ਉੱਥੇ ਜਾਂਦੇ ਰਹੇ ਹਾਂ, ਗਾਣੇ ਕਰਦੇ ਰਹੇ ਹਾਂ, ਪਰ ਹੋਈ ਗਿਆ ਸਾਰਾ ਕੁਛ। ਮੈਨੂੰ ਨਹੀਂ ਇਸ ਚੀਜ਼ ਬਾਰੇ ਪਤਾ ਕਿ ਉਹਨਾਂ 'ਚ ਕੀ ਹੋਇਆ, ਕਿਉਂਕਿ ਬਹੁਤ ਵਧੀਆ ਗਾਣੇ ਜਾ ਰਹੇ ਸੀ ਬਾਈ ਦੇ, ਸਾਰੀ ਦੋ ਐਲਬਮ ਮੇਰੇ ਖਿਆਲ ਉਹਨਾਂ ਨੇ ਕੀਤੀਆਂ, ਦੋ ਪਤਾ ਨਹੀਂ ਤਿੰਨ, ਉਹ ਸਾਰੇ ਗਾਣੇ ਹਿੱਟ ਸੀਗੇ। ਉਹ ਜਿਹੜੇ ਮੇਰੇ ਨਾਲ ਸੀਗੇ ਉਹ ਤਾਂ ਮੇਰਾ ਦੇਸ਼ ਹੋਵੇ ਪੰਜਾਬ ਤੁਸੀਂ ਸੁਣਿਆ ਹੀ ਆ ਸਾਰੇ, ਬਹੁਤ ਹਿੱਟ ਸੀ ਅਤੇ ਬਹੁਤ ਸਾਰੇ ਗਾਣੇ। ਅਤੇ ਉਹਨਾਂ ਦੇ ਵਿੱਚ ਇਹ ਹੈ ਕਿ ਉਦੋਂ ਕੰਪਨੀ ਨਾਲ ਹਰ ਬੰਦਾ ਚਾਹੁੰਦਾ ਕਿ ਯਾਰ ਮੈਂ ਆਪਣੀ ਆਜ਼ਾਦੀ ਨਾਲ, ਫਰੀਡਮ ਚਾਹੁੰਦਾ ਹਰ ਬੰਦਾ, ਕਿਉਂਕਿ ਜਦੋਂ ਕੰਡੀਸ਼ਨਸ ਹੋਣ ਅਤੇ ਉਹ ਬੰਦੇ ਦੇ ਅਨੁਕੂਲ ਕਹਿ ਸਕਦੇ ਹਾਂ ਵੀ ਉਹ ਬੰਦੇ ਦੀ ਸੋਚ ਮੁਤਾਬਕ ਕੰਮ ਨਾ ਹੁੰਦਾ ਹੋਵੇ, ਜੇ ਉਹ ਬੰਦਾ ਜਿਹੜਾ ਉਸ ਬੰਦੇ ਨੇ ਜਿਹੜਾ ਸੋਚਿਆ ਹੁੰਦਾ, ਆਰਟਿਸਟ ਨੇ ਸੋਚਿਆ ਹੁੰਦਾ, ਮਤਲਬ ਬਾਈ ਬਿੱਲੇ ਨੇ ਬੜਾ ਕੁਛ ਸੋਚਿਆ ਹੋਣਾ ਕਿ ਯਾਰ ਮੈਂ ਜੇ ਅੱਜ ਇੱਦਾਂ ਦਾ ਵੀਡੀਓ ਕਰਦਾ ਮੈਂ ਕਿਉਂ ਨਾ। ਉਨੀ ਦਿਨੀ ਬਾਈ ਜੱਸੀ ਗਿੱਲ ਬਾਈ ਹੋਰਾਂ ਦੇ ਵੀ ਗਾਣੇ ਆ ਰਹੇ ਸੀ ਔਰ ਵਧੀਆ ਵੀਡੀਓ ਬਣ ਕੇ ਆ ਰਹੇ ਸੀ, ਬੰਦੇ ਨੂੰ ਹੁੰਦੇ ਹੀ ਯਾਰ ਮੇਰੇ ਗਾਣੇ ਉੱਦਾਂ ਦੇ ਹੋਣੇ ਚਾਹੀਦੇ ਆ, ਬੰਦਾ ਕੰਪੈਰੀਜ਼ਨ ਸ਼ੁਰੂ ਕਰ ਦਿੰਦਾ, ਕੰਪੈਰੀਜ਼ਨ ਵੀ ਫਲਾਣੇ 'ਤੇ ਵੀ ਕੰਪਨੀ ਪੈਸੇ ਲਾ ਰਹੀ ਹੈ ਕੁਛ ਵੀ ਇੱਦਾਂ। ਮਾੜਾ ਮੈਂ ਗਾਉਂਦਾ ਨਹੀਂ,
ਮਾੜਾ ਮੇਰੇ ਕੋਲ ਮਾਰੇ ਲਿਰਿਕਸ ਗਾਣੇ ਵੀ ਨਹੀਂ ਹੈਗੇ ਲਿਰਿਕਸ ਮੇਰੇ ਕੋਲ ਮਾੜੇ ਨਹੀਂ ਫਿਰ ਕਿਉਂ ਅਸੀਂ ਕੰਪਰੋਮਾਈਜ਼ ਕਿ ਮੇਰੀ ਕੰਪਨੀ ਕਾਹਤੋਂ ਕਰਦੀ ਹੈ ਆਹ ਚੀਜ਼ ਬਾਈ ਦੇ ਮਾਇੰਡ 'ਚ ਸੀ ਇਹ ਮੈਨੂੰ ਲੱਗਦਾ ਹਰ ਇੱਕ ਦੇ ਮਨ 'ਚ ਹਰ ਇੱਕ ਦੇ ਮਨ 'ਚ ਹੁੰਦੀ ਆ ਸੋ ਕਾਫੀ ਕੁਛ ਵਿਵਾਦ ਚੱਲਿਆ ਮੈਂ ਉਹ ਉਹਨਾਂ ਚੀਜ਼ਾਂ 'ਚ ਹੈ ਨਹੀਂ ਸੀ ਪਰ ਮੇਰਾ ਇਹ ਹੈ ਕਿ ਮੈਨੂੰ ਮੈਂ ਘਰ ਸੀ ਉਸ ਦਿਨ ਇਹ ਮੈਂ ਹਰ ਇੱਕ ਨੂੰ ਸੁਣਾਉਣਾ ਹੁੰਦਾ ਗੱਲ ਅਸੀਂ ਮੈਂ ਮੇਰੀ ਮਾਸੀ ਦਾ ਮੁੰਡਾ ਅਸੀਂ ਅਤੇ ਮੈਨੂੰ ਫੋਨ ਆਇਆ ਕੰਪਨੀ ਦਾ ਉਹ ਕਹਿੰਦੇ ਵੀ ਫਤਿਹ ਤੇਰੀ ਐਲਬਮ ਕਰਨੀ ਹੈ ਮੇਰੀ ਐਲਬਮ ਕਰਨੀ ਹੈ ਅਸੀਂ ਚਲੇ ਗਏ ਜਾ ਕੇ ਮੈਂ ਸਾਈਨ ਕਰਤੇ ਮੈਨੂੰ ਉਹਨਾਂ ਨੇ ਐਜ਼ ਏ ਲਿਰਿਸਿਸਟ ਵੀ ਬਾਉਂਡ ਕਰ ਲਏ ਸਾਈਨ ਕਰ ਲਿਆ ਅੱਛਾ ਇਹਦਾ ਖਾਮਿਆਜ਼ਾ ਮੈਨੂੰ ਭੁਗਤਣਾ ਪਿਆ ਕਾਫੀ ਲੰਬੀ ਦੇਰ ਮੈਨੂੰ ਕਿੰਨੇ ਸਾਲ ਦਾ ਬਾਉਂਡ ਸੀ ਉਹਨਾਂ ਮੇਰੇ ਨਾਲ 5 ਸਾਲ ਦਾ ਸੀ ਮੇਰੇ 5-6 ਸਾਲ ਦਾ ਸੀ ਅੱਛਾ ਅਤੇ 3.5 ਸਾਲ ਮੇਰਾ ਬਾਉਂਡ ਰਿਹਾ ਫਿਰ ਉਹ ਨਿਬੜ ਗਿਆ ਸੀਗਾ ਬੜਾ ਜ਼ਰੂਰੀ ਹੋ ਜਾਂਦਾ ਕਿਉਂਕਿ ਬਾਈ ਮੈਨੂੰ ਇਹ ਸੀ ਬਾਈ ਬਿੱਲੇ ਦੇ ਐਂ ਤਾਂ ਦੇਖਿਆ ਨਹੀਂ ਕਿ ਯਾਰ ਉਹਦੇ ਨਾਲ ਹੋ ਕੀ ਰਿਹਾ ਇਹ ਤਾਂ ਮੈਂ ਦੇਖਿਆ ਨਹੀਂ ਮੈਨੂੰ ਇਹ ਦਿਸ ਗਿਆ ਬਾਈ ਬਿੱਲਾ ਆ ਰਿਹਾ ਸਾਹਮਣੇ ਕੈਮਰੇ ਦੇ ਕਾਫੀ ਵੱਡੇ ਗਾਣੇ ਆ ਰਹੇ ਨੇ ਮੈਂ ਵੀ ਉੱਦਾਂ ਹੀ ਆਊਂਗਾ ਹੈ ਨਾ ਸਿੰਗਰ ਬਣ ਕੇ ਬੜਾ ਕੁਛ ਆਊਗਾ ਮੈਂ ਬਾਉਂਡ ਹੋ ਗਿਆ ਅਤੇ ਬਾਈ ਨੂੰ ਦੱਸਿਆ ਵੀ ਨਹੀਂ ਮੈਂ ਅੱਜ ਮੈਂ ਇੱਥੇ ਇਸ ਪੋਡਕਾਸਟ 'ਤੇ ਇਹ ਗੱਲ ਮੰਨਦਾ ਵੀ ਮੈਂ ਬਾਈ ਨੂੰ ਇਹ ਗੱਲ ਦੱਸੀ ਨਹੀਂ ਵੀ ਮੈਂ ਜਾ ਰਿਹਾ ਹੋ ਸਕਦਾ ਵੀ ਜੇ ਮੈਂ ਦੱਸ ਦਿੰਦਾ ਬਾਈ ਮੈਨੂੰ ਦੱਸ ਦਿੰਦੇ ਵੀ ਯਾਰ ਫਤਿਹ ਤੂੰ ਕਾਹਨੂੰ ਕਿਵੇਂ ਅੱਖਾਂ 'ਚ ਡਾਂਗਾ ਮਾਰਦਾ ਫਿਰਦਾ ਤੂੰ ਕੀ ਲੈਣਾ ਬਾਉਂਡ ਹੋ ਕੇ ਆਪਾਂ ਕੰਮ ਕਰਦੇ ਹਾਂ ਹੋ ਸਕਦਾ ਬਾਈ ਐਂ ਕਹਿ ਦਿੰਦੇ ਮੈਂ ਗਿਆ ਨਹੀਂ ਜਾ ਕੇ ਘੁੱਗੀ ਮਾਰਿਆ ਆ ਅਤੇ ਉਹ ਕਾਫੀ ਕੁਛ ਮੈਨੂੰ ਤਾਂ ਪਤਾ ਨਹੀਂ ਸੀ ਮੈਂ ਐਜ਼ ਏ ਮੈਂ ਪੜ੍ਹਿਆ ਵੀ ਨਹੀਂ ਐਗਰੀਮੈਂਟ ਹੁੰਦਾ ਨਾ ਬੰਦਾ ਪੜ੍ਹ ਲੈਂਦਾ ਉਹ ਮੈਂ ਪੜ੍ਹਿਆ ਵੀ ਨਹੀਂ ਚਲੋ ਉੱਦਾਂ ਹੀ ਸਾਈਨ ਕਰਕੇ ਹੋ ਗਿਆ ਕੰਮ ਠੀਕ ਹੋ ਗਿਆ ਉਸ ਤੋਂ ਬਾਅਦ ਅੱਛਾ ਉਹਨਾਂ ਨੇ ਇੱਕ ਸ਼ਰਤ ਰੱਖੀ ਮੇਰੇ ਨਾਲ ਉਹ ਕਹਿੰਦੇ ਵੀ ਕਿਉਂਕਿ ਉਹਨਾਂ ਨੂੰ ਡਰ ਸੀ ਉਹ ਕਹਿੰਦੇ ਵੀ ਅਸੀਂ ਤੈਨੂੰ ਆਹ ਦੇਖ ਕਰ ਲਿਆ ਸਾਈਨ ਹੋ ਗਿਆ ਸਾਰਾ ਕੁਛ ਹੋ ਗਿਆ ਵੀ ਇਹਦੀ ਭਾਫ਼ ਨਹੀਂ ਕੱਢਣੀ ਤੂੰ ਕਿਸੇ ਕੋਲ ਆਪਾਂ ਚੁੱਪ ਚੁਪੀਤੇ ਕੰਮ ਕਰਦੇ ਹਾਂ ਅੱਛਾ ਇਹਦੇ ਬਾਰੇ ਦੱਸਣਾ ਨਹੀਂ ਹਾਂ ਉਂਗਲਾਂ ਲਾਉਣ ਵਾਲੇ ਬਹੁਤ ਹੁੰਦੇ ਆ ਖਰਾਬ ਹੋ ਜਾਂਦਾ ਫਲਾਨਾ ਉਹਨਾਂ 'ਚ ਇਹ ਕਾਫੀ ਸਾਲਾਂ ਦੀ ਗੱਲ ਆ ਯਾਰ ਉਦੋਂ ਬੰਦੇ ਦੀ ਨਵੀਂ ਸੋਚ ਹੁੰਦੀ ਹੈ ਅਸੀਂ ਨਵੇਂ ਇਸ ਕੰਮ 'ਚ ਆਏ ਸੀ ਕਾਫੀ ਕੁਛ ਚਲੋ ਸਿਖਾਉਂਦੀਆਂ ਨੇ ਚੀਜ਼ਾਂ ਮਾੜਾ ਟਾਈਮ ਮੇਰੇ ਖਿਆਲ ਨਾਲ ਹਰ ਇੱਕ ਬੰਦੇ 'ਤੇ ਆਉਂਦਾ ਆਉਣਾ ਵੀ ਚਾਹੀਦਾ ਕਲਾਸਾਂ ਬੰਦਾ ਲੈਂਦਾ ਉਹਨਾਂ ਤੋਂ ਸਿੱਖਦਾ ਹੀ ਹੈ ਕੁਛ ਬੜਾ ਕੁਛ ਸਿੱਖਿਆ ਜ਼ਿੰਦਗੀ ਨੇ ਬਹੁਤ ਕੁਛ ਸਿਖਾਇਆ ਯਾਰ ਮੈਂ ਨਾ ਇੱਕ ਬੜੀ ਸੋਹਣੀ ਚੀਜ਼ ਨਾ ਇੱਦਾਂ ਇਸੇ ਨਾਲ ਤੁਹਾਡੀ ਕਹਾਣੀ ਦੇ ਨਾਲ ਰਿਲੇਟ ਕਰਦੀ ਇੱਕ ਚੀਜ਼ ਸੁਣੀ ਸੀ ਕਹਿੰਦੇ ਵੀ ਇੱਕ ਗੁਬਾਰਾ ਹੁੰਦਾ ਨਾ ਹਾਂ ਭਰਿਆ ਹੋਇਆ ਗੁਬਾਰਾ ਹਾਂ ਉਹਨੂੰ ਜਦ ਆਪਣਾ ਛਾਤੀ ਨਾਲ ਲਾ ਕੇ ਆਪਾਂ ਫੜਦੇ ਹਾਂ ਬਿਲਕੁਲ ਜੇ ਆਪਾਂ ਬਹੁਤ ਜ਼ੋਰ ਕੇ ਫੜ ਕੇ ਰੱਖਾਂਗੇ ਹਾਂ ਤਾਂ ਉਹਨੇ ਫਟ ਜਾਣਾ ਫਟ ਜਾਣਾ ਅਤੇ ਉਹਨੂੰ ਬਿਲਕੁਲ ਢਿੱਲਾ ਫੜ ਕੇ ਰੱਖਾਂਗੇ ਉਹਨੇ ਉੱਡ ਜਾਣਾ ਉੱਡ ਜਾਣਾ ਯਾਨੀ ਇੱਕ ਪਕੜ ਇੱਕ ਮਜ਼ਬੂਤੀ ਓਨੀ ਬੈਲੈਂਸ ਰੱਖਣਾ ਜ਼ਰੂਰੀ ਇੱਕ ਬੈਲੈਂਸ ਬਹੁਤ ਜ਼ਰੂਰੀ ਹੈ ਬਿਲਕੁਲ ਪਕੜ ਓਨੀ ਕੁ ਹੋਵੇ ਕਿ ਬੰਦਾ ਅਗਲਾ ਆਜ਼ਾਦ ਵੀ ਫੀਲ ਕਰੇ ਤੇ ਇਹ ਫੀਲ ਨਾ ਕਰੇ ਕਿ ਮੈਨੂੰ ਜਕੜ ਕੇ ਰੱਖਿਆ ਹਾਂ ਕਿਉਂਕਿ ਜ਼ਿਆਦਾ ਪਾਵਰ ਦਿੱਤੀ ਵੀ ਮਾੜੀ ਹੈ ਤੇ ਜ਼ਿਆਦਾ ਢਿੱਲ ਵੀ ਮਾੜੀ ਢਿੱਲ ਵੀ ਮਾੜੀ ਹੈ ਇਹ ਕੰਪਨੀ ਤੇ ਡਿਪੈਂਡ ਕਰਦੀ ਹੈਗਾ ਹਾਂ ਹੁਣ ਅੱਜ ਮੈਂ ਕਈ ਕੰਪਨੀ ਦੇਖੀ ਨੇ ਬਾਈ ਉਹਨਾਂ ਦੇ ਆਰਟਿਸਟ ਵਧੀਆ ਵੀ ਨੇ ਹੁਣ ਦੇਖੋ ਕਿੱਡੇ ਵੱਡੇ ਵੱਡੇ ਗਾਣੇ ਕੀਤੇ ਸੀ ਇਹਨਾਂ ਹੁੰਦੇ ਆ ਚਲੋ ਆਪਣੀ ਆਪਣੀ ਬੰਦੇ ਦੀ ਜਰਨੀ ਹੈ ਜਿਹੜੀ ਮੇਰੀ ਜਰਨੀ ਆ ਉਹ ਬੜੀ ਮੈਂ ਹੁਣ ਐਵੇਂ ਇੱਥੇ ਬੈਠਾ ਸੁਣਾਈ ਜਾਵਾਂ ਮੈਂ ਬਹੁਤ ਕੁਛ ਦੁੱਖ ਦੇਖੇ ਮੈਂ ਬਥੇਰੀਆਂ ਭੁੱਖਾਂ ਕੱਟੀਆਂ ਮੈਂ ਇਹ ਕੀਤਾ ਐਵੇਂ ਮਰੀ ਜਾਵਾਂ ਫਲੱਦੇ ਉਹਦਾ ਕੋਈ ਫਾਇਦਾ ਨਹੀਂ ਜਿਹੜੀ ਚੀਜ਼ ਹੈ ਮੈਂ ਕਹਿੰਦਾ ਵੀ ਜਿਹੜਾ ਕੁਛ ਯਾਰ ਮੇਰੀ ਜਰਨੀ ਹੈ ਜਿਹੜਾ ਕੁਛ ਹੋਇਆ ਮੇਰੇ ਨਾਲ ਬਹੁਤ ਵਧੀਆ ਹੋਇਆ ਇਹਨੇ ਮੈਨੂੰ ਬਹੁਤ ਤਰਾਸ਼ਿਆ ਇਹਨੇ ਮੈਨੂੰ ਬਹੁਤ ਬਣਾਇਆ ਔਰ ਮੈਂ ਪਹਿਲਾਂ ਵੀ ਕਹਿ ਕੇ ਕਲਮਾਂ ਦੀ ਕੋਈ ਉਮਰ ਨਹੀਂ ਮੈਂ ਉਹ ਬਣਨਾ ਚਾਹੁੰਦਾ ਵੀ ਯਾਰ ਬੰਦਾ ਜੇ ਮੈਂ 50 ਸਾਲ ਦਾ ਹੋ ਕੇ ਹਟਾਂ ਨਾ ਪੀਕ 'ਤੇ ਹਾਂ ਮੈਂ 50 ਸਾਲ ਦਾ ਹੋ ਕੇ
ਅਤੇ ਇੱਕ ਐਗਜ਼ਾਮਪਲ ਹੋਵਾਂ ਲੋਕਾਂ ਲਈ, ਉਦਾਹਰਣ ਹੋਵਾਂ, ਲੋਕ ਕਹਿਣ, ਲੋਕਾਂ ਲਈ ਰਾਹ ਬਣਾ, ਜਿਹਦੇ ਜਿਹੜੇ ਵਿਸ਼ਵਾਸ ਛੱਡ ਜਾਂਦੇ ਆ, ਜਿਹਨਾਂ ਦਾ ਵਿਸ਼ਵਾਸ ਟੁੱਟ ਜਾਂਦਾ ਆਪਣੇ ਆਪ ਤੋਂ ਕਿ ਯਾਰ ਯਾਰ ਇੰਨੇ ਸਾਲ ਹੋ ਗਏ ਮੇਰਾ ਹੁੰਦਾ ਕੁਛ ਨਹੀਂ, ਉਹਦੇ ਸਾਹਮਣੇ ਇੱਕ ਬੰਦਾ ਖੜਾ ਹੋਵੇ ਪੰਜਾਬੀ ਇੰਡਸਟਰੀ 'ਚ, ਫਤਿਹ ਯਾਰ ਉਹ ਖੜਾ ਯਾਰ, ਉਹਨੇ 50 ਸਾਲ ਦਾ ਹੋਇਆ ਹੋਇਆ, ਚਲੋ ਯਾਰ 50 ਸਾਲ ਦੇ ਤਾਂ ਹੈ ਨਹੀਂ ਹਲੇ ਆਪਾਂ, ਮੈਂ ਕਹਿੰਦਾ ਵੀ ਇਹ ਜਰਨੀ ਵੀ ਉਸ ਉਮਰ ਤੱਕ ਵੀ ਅਸੀਂ ਉਸ ਪੀਕ 'ਤੇ ਰਹੀਏ ਕਿ ਲੋਕਾਂ ਲਈ ਯਾਰ ਉਦਾਹਰਨ ਬਣੀਏ, ਲੋਕ ਵੀ ਉਹਨੂੰ ਲੋਕਾਂ ਨੂੰ ਰਾਹ ਬਣੀਏ, ਲੋਕਾਂ ਦੇ ਲੋਕਾਂ ਨੂੰ ਇਹ ਲੱਗੇ ਯਾਰ ਵੀ ਹਾਂ ਯਾਰ ਉਹ ਬੰਦਾ ਕਿਹੜੀ ਉਮਰ 'ਚ ਜਾ ਕੇ ਹਿੱਟ ਹੋਇਆ। ਅਤੇ ਹੁਣ ਹੁਣ ਵੀ ਤਾਂ ਅਸੀਂ, ਮੇਰੀ 37-38 ਸਾਲ ਦੀ ਉਮਰ ਹੋਣੀ ਹੈ। ਅੱਛਾ, ਹੈ ਨਾ, ਅਤੇ ਆ ਹੁਣ ਵੀ ਉਮਰਾਂ 21-22-23 ਸਾਲ ਦੀ ਉਮਰ ਦੇ ਵਿੱਚ ਲੋਕ ਹਿੱਟ ਵੀ ਹੋਏ ਨੇ, ਫਲੋਪ ਵੀ ਹੋਏ ਨੇ, ਅਤੇ ਅਸੀਂ ਸਾਡੇ ਗਾਣੇ ਅੱਜ ਵੀ ਚੱਲ ਰਹੇ ਨੇ, ਅੱਜ ਵੀ ਹੋ ਸਕਦਾ ਮੈਨੂੰ ਉਹੀ ਚੀਜ਼ ਹੁੱਜਾ ਮਾਰਦੀ ਹੋਵੇ, ਨਾ ਯਾਰ, ਕਿਉਂਕਿ ਭਾਈ ਭੁੱਖ ਵੀ ਜ਼ਰੂਰੀ ਯਾਰ ਰੱਖਣੀ, ਕਈ ਵਾਰੀ ਤਾਂ ਬੰਦਾ ਰੱਖਦਾ, ਕਈ ਵਾਰੀ ਹਾਲਾਤ ਉੱਦਾਂ ਦੇ ਬਣ ਜਾਂਦੇ ਵੀ ਤੁਸੀਂ ਰੱਜ ਨਹੀਂ ਪਾਉਂਦੇ ਤੁਸੀਂ ਪ੍ਰੋਪਰ, ਆਪਣੇ ਆਪ ਨੂੰ ਥੋੜ੍ਹਾ ਜਿਹਾ ਖਾਲੀ ਰੱਖੋ, ਤੁਹਾਡੀ ਭੁੱਖ ਰਹੇ ਤਾਂ ਕਿ ਉਹ ਤੁਹਾਨੂੰ ਕੰਮ ਕਰਵਾਵੇ, ਤੁਹਾਨੂੰ ਮਤਲਬ ਬੂਸਟ ਕਰਨ ਉਹ ਚੀਜ਼ਾਂ ਵੀ ਯਾਰ ਤੁਸੀਂ ਹਲੇ ਕਰਨਾ ਬਹੁਤ ਕੁਛ, ਤੁਸੀਂ ਹਲੇ ਬਹੁਤ ਹਰ ਦਿਨ ਤੁਹਾਡਾ ਨਵਾਂ ਸਵੇਰਾ ਹੋਣਾ ਚਾਹੀਦਾ ਮੇਰੇ ਖਿਆਲ ਨਾਲ, ਹਰ ਦਿਨ ਤੁਹਾਡੀ ਨਵੀਂ ਸਵੇਰ ਹੋਣੀ ਚਾਹੀਦੀ, ਹਰ ਦਿਨ ਤੁਹਾਡੀ ਨਵੀਂ ਜ਼ਿੰਦਗੀ ਹੋਣੀ ਚਾਹੀਦੀ ਹੈ, ਹਰ ਦਿਨ ਤੁਹਾਡਾ ਨਵਾਂ ਹੋਣਾ ਚਾਹੀਦਾ, ਹਰ ਪਲ ਤੁਹਾਡਾ ਤਾਜ਼ਾ ਹੋਣਾ ਚਾਹੀਦਾ ਮੇਰੇ ਖਿਆਲ ਨਾਲ, ਫਿਰ ਤੁਸੀਂ ਤਰੋ ਤਾਜ਼ਾ ਰਹਿੰਦੇ ਹੋ। ਥੋੜ੍ਹਾ ਜਿਹਾ ਖਾਲੀ ਰੱਖੋ ਆਪਣੇ ਆਪ ਨੂੰ, ਕਦੇ ਭਰੋ ਨਾ, ਭਰੇ ਵੀ ਤਾਂ ਅਕਸਰ ਤੁਸੀਂ ਦੇਖੋ ਜਿੰਨੇ ਭਰੇ ਨੇ ਸਾਰੇ ਡੁੱਲੇ ਹੀ ਹੈ, ਥੋੜ੍ਹਾ ਜਿਹਾ ਉਣਾ ਰੱਖੋਗੇ ਆਪਣੇ ਆਪ ਨੂੰ ਅਤੇ ਉਹਦਾ ਫਾਇਦਾ ਹੈ ਤੁਹਾਨੂੰ, ਔਰ ਲੋਕ ਤੁਹਾਡੀਆਂ ਗੱਲਾਂ ਕਰਦੇ। ਮੈਂ ਇਹ ਨਹੀਂ ਕਹਾਉਣਾ ਚਾਹੁੰਦਾ ਵੀ ਬੜੀ ਛੋਟੀ ਉਮਰ ਦੇ ਵਿੱਚ ਬੰਦਾ ਹਿੱਟ ਹੋਇਆ, ਦੇਖੋ ਉਹਨੇ ਆਹ ਕਰਤਾ ਉਹ ਬਹੁਤ ਕਰਤਾ, ਨਹੀਂ ਨਹੀਂ ਨਹੀਂ, ਇਹ ਚੀਜ਼ਾਂ ਬੰਦੇ ਦੀ ਆਪਣੀ ਆਪਣੀ ਜਰਨੀ ਹੁੰਦੀ ਹੈ ਯਾਰ। ਮੇਰੀ ਜਰਨੀ ਅਲੱਗ ਹੈ ਬਾਈ, ਮੈਂ ਅਲੱਗ ਤਰੀਕੇ ਨਾਲ ਤੁਰਿਆ ਹੋਇਆ, ਮੇਰੇ ਨਾਲ ਜਿਹੜੇ ਜੁੜੇ ਹੋਏ ਮੈਨੂੰ ਪਿਆਰ ਕਰਨ ਵਾਲੇ ਮੇਰੇ ਭਰਾ ਨੇ, ਜਿੰਨੇ ਵੀ ਮੇਰੇ ਗਾਣਿਆਂ ਨੂੰ ਪਿਆਰ ਕਰਦੇ ਨੇ, ਉਹਨਾਂ ਨੇ ਜਿੰਨੇ ਵੀ ਮੇਰੇ ਗਾਣੇ ਸੁਣੇ ਨੇ, ਉਹਨਾਂ ਦਾ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਮੈਂ, ਹਮੇਸ਼ਾ ਰਹੂੰਗਾ, ਮੈਂ ਉਹਨਾਂ ਦੀ ਬਦੌਲਤੀ ਹਾਂ ਅੱਜ ਜਿੰਨੇ ਵੀ ਮੇਰੇ ਗਾਣੇ ਯਾਰ। ਮੈਂ ਬਾਈ ਮੈਂ ਉਹ ਡੋਲਰ ਗਿਣਦੀ ਹੈ, ਮੈਂ ਤਾਰੇ ਗਿਣਦਾ, ਮੇਰਾ ਦੇਸ਼ ਹੋਵੇ ਪੰਜਾਬ, ਅੱਜ ਜੇ ਉਹ ਗਾਣਾ ਲਿਖ ਕੇ ਅਸੀਂ ਅੱਜ ਬਾਈ ਨਿੰਜੇ ਨੇ ਗਾਣਾ ਗਾਇਆ, ਕਾਹਤੋਂ ਟੈਂਕਾਂ ਨਾਲ ਕਹਿੰਦੀ ਨਹੀਂ ਮੁਟਿਆਰੇ, ਇਹ ਚੇਂਜ ਹੋਣ ਵਾਲੀਆਂ ਗੱਲਾਂ ਹੀ ਨੇ ਨਾ, ਤੁਸੀਂ ਚੇਂਜ ਹੁੰਦੇ ਰਹੋਗੇ ਸਮੇਂ ਨਾਲ। ਮੈਂ ਆਪਣੇ ਆਪ ਨੂੰ ਨਹੀਂ ਕਹਿੰਦਾ, ਜਿੰਨੇ ਵੀ ਲਿਖਣ ਵਾਲੇ ਭਰਾ ਨੇ ਮੈਂ ਸਾਰਿਆਂ ਨੂੰ, ਕਿਉਂਕਿ ਰਾਏ ਦੇਣ ਵਾਲਾ ਤਾਂ ਮੈਂ ਕੋਈ ਐਡਾ ਵੱਡਾ ਕੋਈ ਵਿਦਵਾਨ ਨਹੀਂ ਹੈ, ਮੈਂ ਆਪਣੇ ਆਪ 'ਤੇ ਮੈਂ ਇਹ ਕੀ ਪ੍ਰੈਕਟੀਕਲ ਵੀ ਸਮੇਂ ਦੇ ਹਿਸਾਬ ਨਾਲ ਆਪਣੇ ਆਪ ਨੂੰ ਢਾਲਣਾ ਜ਼ਰੂਰੀ ਹੈ। ਹਾਂ, ਦੱਸ ਰਿਹਾ ਮੈਂ, ਹਾਂ ਹਾਂ ਜ਼ਰੂਰੀ ਹੈ, ਜ਼ਰੂਰੀ ਹੈ। ਜਿਹੜੀ ਚੀਜ਼ ਲੋਕ ਸੁਣਨੀ ਨਹੀਂ ਚਾਹੁੰਦੇ ਤੁਸੀਂ ਕਿਉਂ ਧੱਕੇ ਨਾਲ ਸੁਣਾਉਂਦੇ ਹੋ? ਬਿਲਕੁਲ, ਹੈ ਨਾ, ਵੀ ਲੋਕ ਨੂੰ ਜਿਹੜੀ ਚੀਜ਼ ਲੋਕ ਪਸੰਦ ਕਰਦੇ ਨੇ, ਜੋ ਅੱਜ ਚੱਲ ਰਹੀ ਹੈ, ਤੁਸੀਂ ਉਹ ਸੁਣਾਓ ਲੋਕਾਂ ਨੂੰ, ਸਮਾਜ ਦੇ ਵਿੱਚ ਕੀ ਹੋ ਰਿਹਾ, ਕੀ ਵਿਚ ਰਿਹਾ। ਕਲਮ ਸਮਾਜ ਨੂੰ, ਆਪਾਂ ਕਹਿੰਦੇ ਵੀ ਕਲਮ ਸਮਾਜ ਨੂੰ ਕੀ ਕਰਦੀ ਹੈ, ਸੇਧ ਦੇਣ ਵਾਲੀ, ਸੇਧ ਦੇ ਦਿੰਦੀ ਹੈ। ਕਲਮ ਨੂੰ ਫੋਲੋ ਕਰਦਾ ਬੰਦਾ, ਕਲਮ ਬਹੁਤ ਕੁਛ ਕਰ ਦਿੰਦੀ ਹੈ, ਤਲਵਾਰ ਤੋਂ ਵੱਡੀ ਤਾਕਤ ਹੁੰਦੀ ਹੈ ਕਲਮ ਦੇ ਵਿੱਚ। ਬਿਲਕੁਲ, ਔਰ ਕਲਮ ਸੇਧ ਦਿੰਦੀ ਹੈ ਸਮਾਜ, ਤੁਹਾਨੂੰ ਫੋਲੋ ਕਰਦਾ ਸਮਾਜ। ਤੁਸੀਂ ਹਾਂ, ਚਮਕੀਲਾ ਸਾਹਿਬ 'ਤੇ ਮੂਵੀ ਆਈ ਆ, ਉਹਨਾਂ ਨੇ ਵਿੱਚ ਇੱਕ ਮੂਵੀ ਦੇ ਇੱਕ ਸੀਨ ਹੈ ਕਿ ਉਹਨਾਂ ਨੇ ਬੰਦ ਕਰਤਾ ਸੀ ਗਾਉਣਾ, ਜਦੋਂ ਉਹਨਾਂ ਨੂੰ ਧਮਕੀਆਂ ਦਿੱਤੀਆਂ, ਫਿਰ ਉਹਨਾਂ ਨੇ ਸਿਆਣਪ ਵਰਤੀ, ਉਹਨਾਂ ਦੀ ਇੱਕ ਡੀਲ ਹੋਈ, ਉਹਦੇ ਵਿੱਚ ਉਹ ਗੱਲਾਂ ਹੋਈਆਂ, ਉਹ ਕਹਿੰਦੇ ਵੀ ਅੱਜ ਤੋਂ ਬਾਅਦ ਅਸੀਂ ਧਾਰਮਿਕ ਗਾਵਾਂਗੇ। ਚਮਕੀਲਾ ਸਾਹਿਬ ਧਾਰਮਿਕ ਗਾ ਰਿਹਾ, ਆਡੀਅੰਸ ਕਹਿ ਰਿਹਾ ਨਾ 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 ਅਸੀਂ ਨਹੀਂ ਸੁਣਨਾ, ਅਸੀਂ ਨਹੀਂ ਸੁਣਨਾ, ਅਸੀਂ ਤਾਂ ਉਹੀ ਸੁਣਨਾ, ਚਮਕੀਲੇ ਉਹੀ ਸੁਣਾ ਦੇ, ਚਮਕੀਲੇ ਉਹੀ ਸੁਣਾ ਦੇ। ਹਾਂ, ਹੁਣ ਲੋਕਾਂ ਦਾ ਕੀ ਕਰੀਏ? ਹੁਣ ਫਿਰ ਕਹਿੰਦੇ ਵੀ ਆਪਾਂ ਜਿਹੇ ਜਿਹਾ ਪਰੋਸਾਂਗੇ ਉਹੋ ਜਿਹਾ ਆਡੀਅੰਸ
ਮੰਗਦੀ ਸੁਣਨਗੇ ਮੰਗਣਗੇ ਪਰ ਨਹੀਂ ਬਾਈ ਜਿਹੋ ਜਿਹਾ ਮੰਗਦੇ ਨੇ ਉਹੋ ਜਿਹਾ ਪਰੋਸਣਾ ਹਾਂ ਇਹ ਉਹ ਲੋਕ ਨੇ ਇਹ ਉਹ ਲੋਕ ਹੈ ਜਿਹੜੇ ਸੁਣ ਕੇ ਤੁਹਾਡਾ ਸਾਰਾ ਅਖਾੜਾ ਵੀ ਦੇਖਣਗੇ ਮੁੜ ਕੇ ਪਿੱਠ ਝਾੜ ਕੇ ਉੱਠਣਗੇ ਅਤੇ ਮੁੜ ਕੇ ਤੁਹਾਡੇ ਬਾਰੇ ਚਾਰ ਗੱਲਾਂ ਵੀ ਕਰਨਗੇ ਤੁਹਾਡੇ ਬਾਰੇ ਮਾੜਾ ਵੀ ਕਰਨਗੇ ਯਾਰ ਬੜਾ ਉਸ ਵਾਲੇ ਨੇ ਆਹ ਗਾਣੇ ਗਾਏ ਆ ਕਿਵੇਂ ਟਪੂਸੀਆਂ ਮਾਰਦਾ ਸੀ ਬਾਂਦਰ ਵਾਂਗੂ ਇੱਦਾਂ ਦਾ ਕੁਛ ਵੀ ਕਰਦੇ ਜਾਣਗੇ ਦੋ ਧਾਰੀ ਤਲਵਾਰ ਹੈ ਪਰ ਹਿੱਟ ਤੁਹਾਨੂੰ ਇੰਨਾ ਨਹੀਂ ਕਰਨਾ ਇੰਨਾ ਨਹੀਂ ਤੁਹਾਨੂੰ ਸੁਣਨਾ ਬਿਲਕੁਲ ਹਾਂ ਮੈਂ ਜਿੰਨੇ ਵੀ ਆਡੀਅੰਸ ਨੇ ਪਿਆਰ ਕਰਨ ਵਾਲੇ ਨੇ ਉਹਨਾਂ ਨੂੰ ਇਹ ਹੈ ਵੀ ਉਹਨਾਂ ਨੇ ਚਮਕੀਲਾ ਸਾਹਿਬ ਨੂੰ ਵੀ ਸੁਣਿਆ ਉਹਨਾਂ ਨੇ ਮਾਣਕ ਸਾਹਿਬ ਨੂੰ ਵੀ ਸੁਣਿਆ ਉਹਨਾਂ ਨੇ ਲਾਲ ਚੰਦ ਯਮਲਾ ਜੱਟ ਜੀ ਨੂੰ ਵੀ ਸੁਣਿਆ ਦੀਦਾਰ ਸੰਧੂ ਸਾਹਿਬ ਨੂੰ ਵੀ ਸੁਣਿਆ ਚੰਨੀਆਂ ਤੇਰੇ ਫੋਟੋਜ਼ ਲੱਗੀਆਂ ਨੇ ਕੀ ਬਾਤ ਹੈ ਸਾਰਿਆਂ ਨੇ ਸੁਣਿਆ ਉਹਦੇ ਵਿੱਚ ਤੁਸੀਂ ਇਹ ਦੇਖੋ ਹੁਣ ਦੀਦਾਰ ਸੰਧੂ ਸਾਹਿਬ ਦੇ ਗਾਣੇ ਚੱਕ ਲਿਓ ਹੈ ਨਾ ਚਮਕੀਲਾ ਸਾਹਿਬ ਦੇ ਚੱਕ ਲਓ ਗਾਣੇ ਗਾਣੇ ਤਾਂ ਗਾਣੇ ਨੇ ਐਂਟਰਟੇਨਮੈਂਟ ਹੈ ਲੋਕਾਂ ਦਾ ਬਿਲਕੁਲ ਹੈ ਨਾ ਜਿੱਦਾਂ ਦਾ ਸਮਾਜ ਦੇ ਵਿੱਚ ਕੁਛ ਹੋ ਰਿਹਾ ਉਦੋਂ ਸੋਸ਼ਲ ਨੈਟਵਰਕ ਇਹ ਮੀਡੀਆ ਸੋਸ਼ਲ ਮੀਡੀਆ ਹੈ ਨਹੀਂ ਸੀ ਹੈ ਨਾ ਡਿਜੀਟਲ ਕੰਮ ਨਹੀਂ ਸੀ ਉਦੋਂ ਨਹੀਂ ਸੀ ਤਾਂ ਲੋਕ ਇਹਨਾਂ ਚੀਜ਼ਾਂ ਤੋਂ ਦੂਰ ਸੀ ਲੋਕ ਉਹ ਜਿਹੜੀਆਂ ਚੀਜ਼ਾਂ ਹੁੰਦੀਆਂ ਸੀ ਜਿਹੜੀਆਂ ਚੀਜ਼ਾਂ ਦੇਖਦੇ ਸੀ ਜਿਵੇਂ ਉਹ ਮੂਵੀ 'ਚ ਵੀ ਦਿਖਾਇਆ ਹੋਇਆ ਉਹੀ ਲਿਖਦੇ ਸੀ ਉਹਨਾਂ ਨੇ ਉਹ ਚੀਜ਼ਾਂ ਲਿਖਤੀਆਂ ਲਿਖਤੀਆਂ ਉਹ ਗਾਣੇ ਬਣ ਗਏ ਬੋਲੀਆਂ ਨੇ ਆਪਣੀਆਂ ਇੰਨੀਆਂ ਗੱਦੀਆਂ ਗੱਦੀਆਂ ਬੋਲੀਆਂ ਤੁਹਾਨੂੰ ਮੈਂ ਸੁਣਾ ਦੂੰ ਦਿਖਾ ਦੂੰ ਪੰਜਾਬ ਦੀਆਂ ਪੰਜਾਬ ਦੇ ਪਿੰਡੇ ਪਿੰਡਾਂ ਦੀਆਂ ਬਿਲਕੁਲ ਇਹ ਇਕੱਲਾ ਆਪਣਾ ਮਾਲਵਾ ਨਹੀਂ ਹੈ ਮਾਝਾ ਮਾਲਵਾ ਦੁਆਬਾ ਜਿੰਨੇ ਵੀ ਏਰੀਆ ਪੰਜਾਬ ਦੇ ਨੇ ਸਾਰੇ ਖਿੱਤਿਆਂ ਦੀਆਂ ਤੁਹਾਨੂੰ ਮੈਂ ਬੋਲੀਆਂ ਜਿਹੜੀਆਂ ਠੇਠ ਪੰਜਾਬੀ ਬੋਲੀਆਂ ਨੇ ਇੰਨੀਆਂ ਕੁ ਗੰਦੀਆਂ ਨੇ ਤੁਸੀਂ ਘਰੇ ਬੈਠ ਕੇ ਸੁਣ ਨਹੀਂ ਸਕਦੇ ਉਹ ਇੱਕ ਅਲੱਗ ਮਜ਼ਮਾ ਜਿਹਾ ਲਾਇਆ ਜਾਂਦਾ ਬੁੜੀਆਂ ਵੱਲੋਂ ਵਿਆਹ ਹੁੰਦਾ ਇੱਕ ਵਿਆਹ ਦਾ ਮਾਹੌਲ ਹੁੰਦਾ ਉੱਥੇ ਕੋਈ ਮਰਦ ਨਹੀਂ ਜਾਂਦਾ ਇਹ ਸੇਮ ਸੀਨ ਫਿਲਮ ਦੇ ਵਿੱਚ ਵੀ ਦਿਖਾਇਆ ਹੋਇਆ ਹਾਂ ਹਾਂ ਮੂਵੀ ਦੇ ਵਿੱਚ ਚੰਗੀਲੇ ਫਿਲਮ ਦੇ ਵਿੱਚ ਵੀ ਦਿਖਾਇਆ ਹਾਂ ਹਾਂ ਇਹ ਅੱਜ ਵੀ ਬਾਈ ਅੱਜ ਵੀ ਹੈ ਅੱਜ ਵੀ ਨੇ ਅੱਜ ਵੀ ਗੰਦੀਆਂ ਬੋਲੀਆਂ ਬੁੜੀਆਂ ਪਾਉਂਦੀਆਂ ਨੇ ਕੋਈ ਕੋਈ ਬੁੜੀ ਬੰਦਾ ਬਣੀ ਹੋਈ ਹੈ ਮਰਦ ਬਣੀ ਹੋਈ ਹੈ ਉਹਦੇ ਪੱਗ ਬੰਨੀ ਹੈ ਸਿਰ 'ਤੇ ਅਤੇ ਫਿਰ ਉਹ ਬੋਲੀਆਂ ਪਾਉਂਦੀ ਹੈ ਗੰਦੀਆਂ ਬੋਲੀਆਂ ਪਾਉਂਦੇ ਨੇ ਇੱਕ ਦੂਜੇ ਵੱਲ ਹੱਥ ਕਰਕੇ ਚੱਲਦਾ ਅੱਜ ਵੀ ਹਾਂ ਵੀ ਇਹਨੂੰ ਤੁਸੀਂ ਕੀ ਕਹੋਗੇ ਇਹ ਪੰਜਾਬ ਦਾ ਤੁਸੀਂ ਸੱਭਿਆਚਾਰ ਕਰੋਗੇ ਇਹ ਸਾਡੇ ਵਿਰਸੇ ਨਾਲ ਸਾਡੇ ਸਮਾਜ ਨਾਲ ਜੁੜੀ ਹੋਈ ਗੱਲ ਹੈ ਦੇਖੋ ਇੱਕ ਛੋਟੀ ਜਿਹੀ ਗੱਲ ਹੈ ਬੰਦਾ ਵਿਆਹ ਕਰਾਉਂਦਾ ਵਿਆਹ ਦੇ ਵਿੱਚ ਇਕੱਠ ਕਰਦਾ ਢੋਲ ਵੱਜਦੇ ਆ ਬਾਜੇ ਵੱਜਦੇ ਆ ਹੈ ਨਾ ਕਿੰਨੀ ਖੁਸ਼ੀ ਮਨਾਉਂਦੇ ਆ ਬਿਲਕੁਲ ਪਤਾ ਤਾਂ ਹੁੰਦਾ ਹੀ ਸਾਰਿਆਂ ਨੂੰ ਵੀ ਕੀ ਹੋਣਾ ਹੈ ਨਾ ਸੋ ਇਹ ਸਮਾਜ ਦਾ ਅੰਗ ਹੈ ਇੱਦਾਂ ਦੀਆਂ ਬੋਲੀਆਂ ਵੀ ਅੰਗ ਨੇ ਸਾਰਾ ਕੁਛ ਆ ਪਰ ਇਹ ਹੈ ਵੀ ਤੁਸੀਂ ਇੱਦਾਂ ਹੀ ਨਹੀਂ ਪਰੋਸ ਸਕਦੇ ਇਹ ਠੀਕ ਹੈ ਵੀ ਤੁਸੀਂ ਸਮਾਜ ਬਈ ਸਾਰਾ ਕੁਛ ਯੂਟਿਊਬ 'ਤੇ ਪਿਆ ਪੋਰਨ ਸਾਈਟ ਵੀ ਹੈਗੀਆਂ ਨੇ ਬਿਲਕੁਲ ਸਾਰਾ ਕੁਛ ਪਿਆ ਏ ਟੂ ਜ਼ੈਡ ਪਿਆ ਉਹ ਤਾਂ ਮੈਂਟੈਲਿਟੀ ਤੁਹਾਡੇ ਮਾਇੰਡ 'ਤੇ ਡਿਪੈਂਡ ਕਰਦਾ ਵੀ ਤੁਸੀਂ ਕੀ ਸੁਣੋਗੇ ਕੀ ਸੁਣਦੇ ਹੋ ਜਿੱਦਾਂ ਦਾ ਤੁਸੀਂ ਸੋਚਦੇ ਹੋ ਉਹਦਾ ਕੁਛ ਤੁਸੀਂ ਕਈ ਵਾਰੀ ਸੋਚੀ ਨਹੀਂ ਕਈ ਵਾਰੀ ਕੁਛ ਤੁਸੀਂ ਵੈਸੇ ਤੁਹਾਡਾ ਕੋਈ ਗਜ਼ਲ ਸੁਣਨ ਨੂੰ ਦਿਲ ਕਰਦਾ ਹੈ ਤੁਸੀਂ ਇੱਕ ਦੋ ਵੀਡੀਓਜ਼ ਇੱਦਾਂ ਸਕਰੋਲਿੰਗ ਜਦੋਂ ਕਰਦੇ ਹਾਂ ਇੱਕ ਦੋ ਵੀਡੀਓਜ਼ ਆ ਜਾਂਦੇ ਨੇ ਤੁਸੀਂ ਦੇਖਦੇ ਹੋ ਤੁਹਾਨੂੰ ਉਹੀ ਦਿਸੀ ਜਾਂਦੇ ਆ ਉਹੀ ਦਿਸੀ ਜਾਂਦੇ ਉਹੀ ਆ ਜਾਂਦੇ ਬਿਲਕੁਲ ਹਾਂ ਜਿੱਦਾਂ ਦੀ ਸੋਚ ਮਤਲਬ ਇਹ ਆ ਕਿਸੇ ਨੂੰ ਕੋਈ ਮਜਬੂਰ ਨਹੀਂ ਕਰਦਾ ਬਾਈ ਮੈਂ ਨਹੀਂ ਕਹੀ ਦਵਾਂ ਬਹੁਤ ਧਾਰਮਿਕ ਗਾਣੇ ਲਿਖੇ ਨੇ ਸਾਰੀ ਤਰ੍ਹਾਂ ਦੇ ਗਾਣੇ ਆਪਾਂ ਲਿਖਦੇ ਹਾਂ ਹਰ ਤਰ੍ਹਾਂ ਦੇ ਗਾਣੇ ਲਿਖਦੇ ਰਵਾਂਗੇ ਠੋਕ ਵਜਾ ਕੇ ਕਹਿੰਦੇ ਹਾਂ ਵੀ ਜਿਹੋ ਜਿਹਾ ਆਡੀਅੰਸ ਡਿਮਾਂਡ ਕਰੂਗੀ ਹਾਂ ਆਪਾਂ ਲਿਖ ਜਿਹੋ ਜਿਹਾ ਆਡੀਅੰਸ ਡਿਮਾਂਡ ਕਰੂਗੀ ਠੀਕ ਹੈ ਠੀਕ ਹੈ ਡਿਮਾਂਡ ਆਡੀਅੰਸ ਨੇ ਓਬਵੀਅਸ ਜਿੰਨੇ ਵੀ ਗਾਣੇ ਹੁਣ ਤੱਕ ਕੀਤੇ ਨੇ ਅਸੀਂ ਮੇਰਾ ਦੇਸ ਹੋਵੇ ਪੰਜਾਬ ਵੀ ਗਾਣਾ ਮੈਂ ਹੀ ਲਿਖਿਆ ਹੈ ਨਾ ਰੱਸਾ ਗਾ ਮਾਂ ਗਾਣਾ ਵੀ ਮੈਂ ਹੀ ਲਿਖਿਆ ਮੇਰਾ ਆਪਣਾ
ਹਰ ਜਨਮ ਦੇਣ ਨਹੀਂ ਦੇ ਸਕਦਾ, ਟਾਲੀ ਨਾਲ ਫਾਹਾ ਲੈ ਲਈਏ ਵਰਗੇ ਗਾਣੇ। ਕਿਆ ਬਾਤ ਹੈ ਵੀ, ਮਤਲਬ ਕਈ ਗਾਣੇ ਇੱਦਾਂ ਦੇ ਵੀ ਬਾਈ ਕੀਤੇ ਹੋਏ ਨੇ ਜਿਹੜੇ ਲੋਕਾਂ ਨੇ ਸੁਣੇ ਤੱਕ ਨਹੀਂ ਬਾਈ, 10,000 ਵੀ ਵਿਊਜ਼ ਨਹੀਂ ਹੋਣੇ ਉਹਨਾਂ ਦੇ। ਮੇਰੇ ਚੈਨਲ 'ਤੇ ਪਏ ਨੇ ਇੱਕ ਦੋ ਗਾਣੇ ਇੱਦਾਂ ਦੇ ਵੀ ਹੈਗੇ ਨੇ। ਤੁਸੀਂ ਉੱਥੇ ਸਮਾਜ, ਉੱਥੇ ਸਾਡਾ ਕਿੱਥੇ ਖੜਾ ਹੈ? ਥੋੜ੍ਹੀ ਜਿਹੀ ਕਰਾਰੀ ਗੱਲ ਲੈ ਕੇ ਤੁਸੀਂ ਇੱਕ ਨਿਊਜ਼, ਆਹ ਮੇਰੀ ਹੁਣ ਮੇਰਾ ਪੋਡਕਾਸਟ ਹੈ, ਜਦੋਂ ਤੁਸੀਂ ਇਹਦੀ ਨਿਊਜ਼ ਪਾਓਗੇ ਉੱਤੇ ਥੋੜ੍ਹਾ ਜਿਹਾ ਕਰਾਰਾ ਲਿਖ ਦਿਓਗੇ, ਮਸਾਲਾ ਲਿਖ ਦਿਓਗੇ, ਲੋਕ ਉਹਨੂੰ ਕਲਿੱਕ ਕਰਨਗੇ, ਐਂ ਦੇਖਣਗੇ, ਫਰੋਲਣਗੇ, ਉਹਨੂੰ ਵਾਇਰਲ ਕਰਨਗੇ। ਅੱਛਾ, ਉਹ ਸਾਰਾ ਪੋਡਕਾਸਟ ਦੇਖਣਗੇ ਅੱਗੇ ਪਿੱਛੇ ਕਰਕੇ ਵੀ ਕਿੱਥੇ ਆ ਉਹ ਗੱਲ ਜਿਹੜੀ ਇੱਥੇ ਲਿਖੀ ਹੋਈ ਹੈ। ਤੁਹਾਡੀ ਗੰਦਗੀ ਤੁਹਾਡੀ ਸੋਚ ਦੇ ਵਿੱਚ ਹੈ। ਆਪਾਂ ਕਿਸੇ 'ਤੇ ਕਲਾਕਾਰ ਨਹੀਂ ਇਹਦਾ ਦੋਸ਼ੀ ਹੈਗਾ, ਕਲਾਕਾਰ ਵੀ ਸਮਾਜ ਦਾ ਹਿੱਸਾ ਨੇ, ਸਿੰਗਰ ਲਿਖਣ ਵਾਲੇ ਸਾਰੇ ਸਮਾਜ ਦਾ ਹਿੱਸਾ ਹੀ ਨੇ। ਅੱਛਾ ਬਾਈ, ਇਹ ਤੁਹਾਡੀ ਗੱਲ ਦੇ ਨਾਲ ਹੀ ਜੁੜਦੀ ਇੱਕ ਗੱਲ ਹੈ, ਕਲਾਕਾਰ ਨੂੰ ਜਿਵੇਂ ਮਿਊਜ਼ ਆਪਣਾ ਚਮਕੀਲਾ ਮੂਵੀ ਸੀ ਉਸ ਦੇ ਵਿੱਚ ਵੀ ਗੱਲ ਕਰੀ ਕਿ ਵੈਸੇ ਵੀ ਆਮ ਤੌਰ 'ਤੇ ਆਪਾਂ ਗੱਲ ਕਰੀਏ ਨਾ ਸੋਸਾਇਟੀ ਦੇ ਵਿੱਚ, ਕਿਉਂਕਿ ਜਦ ਸਾਡੇ ਡੈਡੀ ਉਹਨਾਂ ਦਾ ਟਾਈਮ ਸੀਗਾ ਤਾਂ ਉਦੋਂ ਗਾਉਣ ਵਜਾਉਣ ਜਦੋਂ ਮੇਰੇ ਡੈਡੀ ਫਾਦਰ ਸਾਹਿਬ ਨਾਲ ਬੈਠਿਆ ਤਾਂ ਮੇਰੇ ਫਾਦਰ ਸਾਹਿਬ ਵੀ ਖੁਦ ਇੱਕ ਦੋ ਵਾਰ ਅਖਾੜਾ ਸੁਣ ਕੇ ਆਏ ਨੇ ਚਮਕੀਲੇ ਦਾ, ਅਤੇ ਬਹੁਤ ਵਧੀਆ ਫੈਨ ਸੀ ਉਹਨਾਂ ਦੇ, ਕਿਉਂਕਿ ਉਹਨਾਂ ਨੂੰ ਪਤਾ ਕਿ ਇੱਕ ਗਰੀਬ ਘਰ ਦੇ ਵਿੱਚੋਂ ਉੱਠ ਕੇ ਉਹਨੇ ਇੰਨੀ ਤਰੱਕੀ ਕੀਤੀ ਕਿ ਉਸ ਟਾਈਮ ਦੇ ਵਿੱਚ ਕੋਈ ਦਿਨ ਉਹਦਾ ਵਿਹਲਾ ਨਹੀਂ ਸੀਗਾ। ਬਿਲਕੁਲ, ਵੱਡੇ ਤੋਂ ਵੱਡੇ ਕਲਾਕਾਰ ਵੀ ਘਰ ਬਿਠਾਤੇ ਸੀ, ਬਿਲਕੁਲ ਕੋਈ ਸ਼ੋਅ ਨਹੀਂ ਸੀ ਲੱਗਦਾ। ਬਿਲਕੁਲ, ਇੱਥੋਂ ਤੱਕ ਕਿ ਉਹਦੀ ਹਿੱਟ ਹੋਣ ਦਾ ਕਾਰਨ ਇਹ ਵੀ ਸੀ ਯਾਰ, ਲੋਕ ਉਹ ਇੰਨਾ ਹਿੱਟ ਸੀ, ਲੋਕ ਇੱਥੋਂ ਜੱਜ ਕਰਦੇ ਸੀ ਵੀ ਉਹਦੀ ਸ਼ੋਅ ਦੀ ਤਰੀਕ ਵਿਹਲੀ ਦੇਖ ਕੇ ਆਪਣਾ ਵਿਆਹ ਰੱਖਦੇ ਸੀ, ਵਿਆਹ ਰੱਖਦੇ ਅੱਗੇ ਪਿੱਛੇ ਕਰ ਲੈਂਦੇ। ਬਿਲਕੁਲ, ਸੁਣੀਆਂ ਗੱਲਾਂ ਨੇ, ਇਹ ਸੁਣੀਆਂ ਗੱਲਾਂ, ਆਪਾਂ ਛੋਟੇ ਹੋਵਾਂਗੇ ਜਾਂ ਆਪਾਂ ਨਹੀਂ। ਬਿਲਕੁਲ ਬਿਲਕੁਲ, ਮੈਂ ਡੈਡੀ ਨੂੰ ਦੱਸਦੇ ਸੀ, ਪਰ ਉਸ ਟਾਈਮ 'ਤੇ ਵੀ ਕਲਾਕਾਰਾਂ ਨੂੰ ਇੱਕ ਟੈਗ ਜ਼ਰੂਰ ਦਿੱਤਾ ਜਾਂਦਾ ਸੀਗਾ ਵੀ ਇਹ ਨਚਾਰ ਨੇ, ਨਚਾਰ ਹੈ, ਇਹ ਨਚਾਰ ਨੇ, ਇਹ ਨਚਾਰਾਂ ਵਾਲਾ ਕੰਮ ਹੈ। ਹਾਂ ਵੀ ਇਹ ਮਾੜਾ ਕੰਮ ਹੈ। ਹਾਂ, ਅਤੇ ਜੇ ਦੇਖਿਆ ਜਾਵੇ ਤਾਂ ਅੱਜ ਵੀ ਬਹੁ ਗਿਣਤੀ ਲੋਕ ਹਾਲੇ ਵੀ ਇਹ ਕਮੈਂਟ ਕਰਦੇ ਨੇ, ਬਿਲਕੁਲ ਹਾਲੇ ਵੀ ਇਹ ਕਹਿੰਦੇ ਨੇ ਬਾਈ ਇਹ ਤਾਂ ਨਚਾਰ ਹੈ। ਹਾਂ, ਕਮੈਂਟ ਨਚਾਰਾਂ ਤੁਹਾਨੂੰ ਵੀ ਕਹਿੰਦੇ ਹੋਣਗੇ। ਹਾਂ ਬਾਈ, ਜਦੋਂ ਕੋਈ ਵੀ ਫੋਟੋ ਜਾਂ ਕੁਛ ਗਾਣੇ ਨਾਲ ਰਿਲੇਟ ਕਰਦੀ ਕੋਈ ਗੱਲ ਅਸੀਂ ਪਾਉਂਦੇ ਹਾਂ, ਵੈਸੇ ਚਲੋ ਸਾਡੇ ਨਾਲ ਤਾਂ ਹਾਲੇ ਆਡੀਅੰਸ ਉੱਦਾਂ ਦੇ ਓਨਾ ਨਹੀਂ ਤਾਮਾ ਜਾਮਾ। ਮੈਂ ਦੇਖਿਆ ਕਈ ਵਾਰੀ ਹੁਣ ਦਿਲਜੀਤ ਬਾਈ ਹੈ, ਉਹਨੇ ਐਡੀ ਦੂਰ ਪੰਜਾਬ, ਪੰਜਾਬੀਅਤ ਨੂੰ ਕਿੱਡੇ ਵੱਡੇ ਲੈਵਲ 'ਤੇ, ਕਿ ਲੋਕ ਬੜਾ ਕੁਛ ਕਹਿੰਦੇ ਨੇ ਪਰ ਉਸ ਬੰਦੇ ਨੇ ਕਿੱਡੇ ਵੱਡੇ ਲੈਵਲ 'ਤੇ ਲੈ ਕੇ ਗਿਆ ਯਾਰ। ਕਿਆ ਬਾਤ ਹੈ, ਸਲਿਊਟ ਆ ਯਾਰ ਉਸ ਬੰਦੇ ਨੂੰ, ਉਹਦੀ ਮਿਹਨਤ ਨੂੰ ਯਾਰ। ਐਸੀ ਜਰਨੀ ਯਾਰ ਬੰਦੇ ਦੀ, ਐਸਾ ਕੀ ਯਾਰ, ਉਹ ਕੀ ਕੀਤਾ ਯਾਰ ਉਹ ਬੰਦੇ ਨੇ, ਐਸਾ ਆਪਣੇ ਆਪ ਨੂੰ ਪੋਲਿਸ਼ ਕੀਤਾ, ਹਰ ਦਿਨ ਆਪਣੇ ਆਪ ਨੂੰ ਨਵਾਂ ਰੱਖਿਆ। ਅਸੀਂ ਪੜ੍ਹਦੇ ਸੀ ਸਕੂਲਾਂ ਦੇ ਵਿੱਚ ਜਦੋਂ ਬਾਈ ਦੇ ਗਾਣੇ ਆਉਂਦੇ ਸੀ, ਉਹ ਇਸ਼ਕ ਦਾ ਊੜਾ ਆੜਾ, ਹਾਏ ਹਾਏ ਹਾਏ, ਪਹਿਲੀ ਐਲਬਮ 10ਵੀਂ 'ਚ, ਪਤਾ ਨਹੀਂ ਮੈਂ ਪਲੱਸ ਟੂ 'ਚ ਮੇਰਾ ਖਿਆਲ ਮੈਂ ਪੜ੍ਹਦਾ ਹੋਊਂਗਾ ਉਦੋਂ। ਅਤੇ ਬਾਈ ਦੇਖੋ ਕੈਸੀ ਜਰਨੀ ਆ ਬੰਦੇ ਦੀ, ਉਹਦੇ ਨਾਲ ਦੇ ਜਿੰਨੇ ਸੀਗੇ ਉਹ ਸਾਰੇ ਘਰ ਬੈਠੇ ਨੇ ਬਾਈ, ਉਹਦੇ ਨਾਲ ਦੇ ਜਿਹੜਿਆਂ ਨੇ ਉਹਨਾਂ ਦੇ ਉਹਦੇ ਬੈਚਮੇਟ ਕਹਿ ਲਓ, ਸਟਾਰਟ ਕੀਤਾ ਸੀ ਨਾਲ ਜਾਂ ਇਕੱਠੇ ਸ਼ੁਰੂ ਕੀਤਾ ਸੀ, ਇਕੱਠਿਆਂ ਨੇ। ਹਾਂ, ਅਤੇ ਉਹ ਕਿੱਥੇ ਨੇ, ਉਹ ਕਿੱਥੇ ਆ, ਉਹ ਬੰਦੇ ਨੂੰ ਬਾਈ ਸਲਿਊਟ ਹੈ। ਔਰ ਉਹ ਜਦੋਂ ਕੋਈ ਪੋਸਟ ਪਾਉਂਦੇ ਹੈ ਜਾਂ ਕੋਈ ਆਪਣੀ ਸਟੋਰੀ ਪਾਉਂਦੇ ਨੇ ਯਾਰ, ਪ੍ਰਾਊਡ ਹੋਣਾ ਚਾਹੀਦਾ ਪੂਰੇ ਪੰਜਾਬ ਨੂੰ ਯਾਰ, ਆਪਣਾ ਪੂਰਾ ਪੰਜਾਬ ਨਾਲ ਖੜ੍ਹੇ ਬਾਈ ਦੇ ਯਾਰ, ਉਹ ਪੂਰਾ ਪੰਜਾਬ ਨਾਲ ਲੈ ਕੇ ਚੱਲਿਆ ਹੋਇਆ ਯਾਰ। ਕਿੱਥੇ ਨੇ, ਕਿਹੜੇ ਮੰਚ 'ਤੇ ਨਹੀਂ ਪੰਜਾਬੀ ਦੀ ਗੱਲ ਕੀਤੀ ਬਾਈ ਨੇ ਯਾਰ, ਦਿਲਜੀਤ ਨੇ, ਸੱਚ ਹੈ ਨਾ, ਕਿਹੜਾ ਇੱਦਾਂ ਦਾ ਮੰਚ ਹੈ ਜਿੱਥੇ ਨਹੀਂ ਕੀਤੀ ਪੰਜਾਬ ਦੀ ਗੱਲ, ਪੰਜਾਬ ਦੇ। ਇੱਥੇ ਪਿੱਛੇ ਹੁਣ ਜਦੋਂ ਆਪਣੇ ਧਰਨੇ ਸੀਗੇ ਕਿਸਾਨਾਂ ਲਈ, ਉਦੋਂ ਵੀ ਡੋਨੇਟ ਕਰਿਆ ਉਹਨਾਂ ਨੇ, ਡੋਨੇਟ, ਬਹੁਤ ਵੱਡਾ ਅਮਾਊਂਟ ਡੋਨੇਟ ਕਰਿਆ। ਹਾਂ, ਅਤੇ ਮਾੜਾ ਇਹਨਾਂ ਨੇ ਫਿਰ ਕਹਿਣਾ ਹੈ, ਇਹ ਲੋਕਾਂ ਦੀ ਫਿਤਰਤ ਹੈ, ਇਹਨਾਂ ਨੇ ਕਹਿੰਦੇ ਵੀ ਤੁਸੀਂ 100 ਕੰਮ, 99 ਕੰਮ ਤੁਸੀਂ ਚੰਗੇ ਕਰ ਲਓ,
ਇੱਕ ਕੰਮ ਤੁਸੀਂ ਮਾੜਾ ਕਰ ਲਓ ਨਾ, ਤੁਹਾਡੇ 99 ਕੰਮਾਂ ਨੂੰ ਵੀ ਲੋਕਾਂ ਨੇ ਮਾੜਾ ਹੀ ਕਹਿਣਾ। ਆ ਪਿੱਛੇ ਜੇ ਮਾਨ ਸਾਹਿਬ ਵਾਲੀ ਗੱਲ ਵੀ ਹੋਈ ਸੀ, ਚਲੋ ਉਹਦੇ 'ਤੇ ਨਾ ਪਾਈਏ ਆਪਾਂ ਉਹ ਉਹ ਹੁਣ ਮੈਂ ਇੱਕ ਦਿਨ ਦੇਖਿਆ ਅਸੀਂ ਕੁਛ ਲਿਖ ਨਹੀਂ ਸਕਦੇ, ਚਲੋ ਕੋਈ ਨਹੀਂ, ਮੈਂ ਪੜ੍ਹਿਆ ਥੱਲੇ ਲਿਖਿਆ ਨਚਾਰ, ਜਿੱਥੇ ਉਹ ਮੇਰੇ ਖਿਆਲ ਕਰੀਨਾ ਕਪੂਰ ਨਾਲ ਡਾਂਸ ਕਰ ਰਹੀ ਹੈ, ਹੈ ਨਾ। ਪਹਿਲੀ ਗੱਲ ਤਾਂ ਵੈਸੇ ਅੰਬਾਨੀ ਉਹਨਾਂ ਦੀ ਵੈਡਿੰਗ ਲਈ ਉਹਨਾਂ ਨੇ ਬੁਲਾਇਆ, ਉਹ ਲੋਕ ਇੱਦਾਂ ਇਹਨੂੰ ਵੀ ਪੁੱਠੇ ਪਾਸੇ ਲਈ ਜਾਂਦੇ ਨੇ ਵੀ ਯਾਰ ਉਹਨਾਂ ਨੇ ਬੁਲਾਇਆ ਪਤਾ ਨਹੀਂ ਕਾਹਦੇ ਲਈ। ਚਲੋ ਵੀ ਤੁਸੀਂ ਪੈਸੇ ਦੇ ਕੇ ਉੱਥੇ ਨੱਚਣ ਗਏ ਹੋ, ਪੈਸੇ ਲੈ ਕੇ ਦੱਸ, ਇਹ ਅਸਲ ਦੇ ਵਿੱਚ ਗੱਲ ਕੀ ਹੈ ਨਾ, ਨਚਾਰ ਲੋਕ ਕਹਿ ਕੇ ਪਾਸੇ ਹੋ ਜਾਂਦੇ, ਇਹ ਉਹ ਲੋਕ ਨੇ ਜਿਵੇਂ ਸਿੱਧੂ ਮੂਸੇ ਵਾਲੇ ਨੇ ਕਹੀ ਸੀ ਨਾ, ਬੈਠ ਕੇ ਰਜਾਈਆਂ ਵਿੱਚ ਚੌਂਕੀ ਦਾ ਨਹੀਂ ਹੁੰਦਾ, ਇਹ ਉਹ ਨੇ, ਇਹ ਕਰ ਕੁਛ ਪਾਉਂਦੇ ਨਹੀਂ, ਇਹ ਉਹ ਨੇ ਜਿਨ੍ਹਾਂ ਦੇ ਵਿੱਚ ਉਹ ਕੀੜਾ ਸੀ ਕਿਤੇ ਨਾ ਕਿਤੇ ਗਾਉਣ ਦਾ, ਪਰ ਉਹ ਕਰ ਨਹੀਂ ਪਾਏ, ਗਾਉਣ ਦਾ ਲਾ ਲਓ ਜਾਂ ਕੁਛ ਕਰਨ ਦਾ, ਆਪ ਤੋਂ ਹੋਇਆ ਨਾ ਦੂਜੇ ਨੂੰ ਕਰਨ ਨਹੀਂ ਦੇਣਾ, ਹਾਂ ਇਕੱਲਾ ਕੀੜਾ ਸੀਗਾ ਉਹ, ਕੀੜਾ ਬਸ ਉੱਠਦਾ ਸੀ ਸਿਰ ਚੱਕਦਾ ਸੀ, ਉੱਠਦਾ ਸੀ ਸਿਰ ਚੱਕਦਾ ਸੀ, ਮਰ ਗਿਆ। ਜਦੋਂ ਕੀੜਾ ਮਰ ਜਾਂਦਾ ਨਾ ਬੰਦੇ ਦਾ, ਉਦੋਂ ਫਿਰ ਉਹ ਜਿਹੜੀ ਪੜਾਸ ਹੁੰਦੀ ਆ ਉਹ ਦੂਸਰਿਆਂ 'ਤੇ ਕੱਢਦਾ। ਬਿਲਕੁਲ, ਇਹ ਉਹ ਲੋਕ ਨੇ। ਹੁਣ ਮੈਂ ਤੁਹਾਨੂੰ ਦੱਸਦਾ ਨਚਾਰ, ਸਭ ਤੋਂ ਵੱਡੀ ਗੱਲ ਮੈਂ ਤੁਹਾਨੂੰ ਦੱਸਦਾ, ਸ਼੍ਰੀ ਗੁਰੂ ਨਾਨਕ ਦੇਵ ਜੀ ਸ਼ਬਦ ਗੁਰੂ ਦੇ ਕੇ ਗਏ ਨੇ ਆਪਾਂ ਨੂੰ, ਉਹਨਾਂ ਦਾ ਫਲਸਫਾ ਹੀ ਅਲੱਗ ਸੀ, ਉਹ ਰੱਬ ਸੀ ਦੁਨੀਆਂ 'ਤੇ ਆਏ ਹੋਏ। ਉਹਨਾਂ ਦੇ ਜਿਹੜੇ ਨਾਲ ਰਹਿੰਦੇ ਹੁੰਦੇ ਸੀ ਭਾਈ ਮਰਦਾਨਾ ਜੀ, ਰਬਾਬ ਵਜਾਉਂਦੇ ਸੀ, ਕਿਆ ਬਾਤ ਹੈ, ਕਲਾਕਾਰ ਸੀ ਉਹ, ਕਿੱਡਾ ਵੱਡਾ ਰੁਤਬਾ, ਕਿੱਡਾ ਵੱਡਾ ਰੁਤਬਾ। ਅੱਜ ਜਿਹੜੇ ਕੀਰਤਨੀਏ ਕੀਰਤਨ ਕਰਦੇ ਨੇ ਉਹ ਵੀ ਗਾਉਂਦੇ ਨੇ, ਉਹ ਵੀ ਕਲਾਕਾਰ ਨੇ, ਹੈ ਤਾਂ ਸੰਗੀਤ, ਹੈ ਤਾਂ ਸੰਗੀਤ ਹੈ ਨਾ, ਮਿਊਜ਼ਿਕ ਹੈ, ਪਰ ਗੱਲ ਇਹ ਹੈ ਵੀ ਇਹ ਜਿਹੜਾ ਲੈਵਲ ਲੱਗਿਆ ਹੋਇਆ ਨਚਾਰ ਦਾ, ਉਹ ਸਾਡੇ ਵਰਗਿਆਂ ਨੂੰ ਕਹਿੰਦੇ ਵੀ ਯਾਰ ਨਚਾਰ ਹੈ, ਇਹ ਮੈਂ ਤੁਹਾਨੂੰ ਦੱਸਦਾ ਹਰ ਬੰਦੇ ਦਾ ਆਪਣਾ ਕੰਮ ਹੈ, ਹਰ ਬੰਦੇ ਦਾ ਆਪਣਾ ਕੰਮ ਹੈ, ਕਲਾਕਾਰ ਦਾ ਕੰਮ ਆ ਐਂਟਰਟੇਨ ਕਰਨਾ ਲੋਕਾਂ ਨੂੰ, ਠੀਕ ਹੈ ਨਾ। ਜਿੱਦਾਂ ਹਰ ਫੀਲਡ ਹੈ, ਹਰ ਫੀਲਡ ਦਾ ਹਰ ਬੰਦਾ ਆਪਣੇ ਆਪਣੇ ਫੀਲਡ ਦੇ ਵਿੱਚ ਰੁੱਝਿਆ ਹੋਇਆ ਆਪਣਾ ਆਪਣਾ ਕੰਮ ਕਰ ਰਿਹਾ, ਤੁਸੀਂ ਆਪਣਾ ਕੰਮ ਕਰ ਰਹੇ ਹੋ ਜੀ, ਅਸੀਂ ਲਿਖਣ ਵਾਲੇ ਗਾਉਣ ਵਾਲੇ ਅਸੀਂ ਆਪਣਾ ਕੰਮ ਕਰ ਰਹੇ ਹਾਂ ਜੀ, ਖੇਤੀਬਾੜੀ ਕਰਨ ਵਾਲਾ ਖੇਤੀਬਾੜੀ ਕਰ ਰਿਹਾ, ਠੀਕ ਹੈ। ਹੁਣ ਜੇ ਕੋਈ ਖੇਤੀਬਾੜੀ ਵਾਲੇ ਕਰਨ ਵਾਲੇ ਦਾ ਕੋਈ ਉੱਦਾਂ ਦਾ ਨਾਂ ਹੋਵੇ, ਤੁਸੀਂ ਜਿੱਦਾਂ ਲੋਕ ਨਚਾਰ ਕਹਿ ਕੇ ਸੰਬੋਧਨ ਕਰਦੇ ਨੇ ਸਾਡੇ ਵਰਗਿਆਂ ਨੂੰ, ਖੇਤੀਬਾੜੀ ਨੂੰ ਕੁਛ ਉਸ ਤਰੀਕੇ ਦੇ ਨਾਂ ਤੋਂ ਬੁਲਾਵੇ, ਉਸ ਤਰੀਕੇ ਦਾ ਨਾਂ ਜਿਵੇਂ ਬੁੱਟ ਕਹਿ ਦਿੰਦੇ ਨੇ ਯਾਰ, ਬਿਲਕੁਲ ਹੈ ਨਾ, ਜਟਵੈੜ ਬੁੱਟ ਇਹ ਬੋ, ਇਹ ਚੀਜ਼ਾਂ ਚੱਲਦੀਆਂ ਨੇ ਪਿੰਡਾਂ 'ਚ ਆਪਣੇ ਮਾਲ ਵਿੱਚ ਇਹ ਬੋਲਦੇ ਹਾਂ, ਪਰ ਲੋਕਾਂ ਨੇ ਕਹੀ ਜਾਣਾ ਉਹ ਠੀਕ ਹੈ। ਨਚਾਰ ਇੱਕ ਬਹੁਤ ਵੱਡਾ ਰੁਤਬਾ ਹੈ, ਪਹਿਲੀ ਗੱਲ ਤਾਂ ਸਾਨੂੰ ਗੁੱਸੇ ਨਹੀਂ ਹੋਣਾ ਚਾਹੀਦਾ ਲੋਕਾਂ ਨੂੰ ਮਾਰਨ ਦੀ ਭਕਾਈ, ਪਰ ਲੋਕ ਜਿਹੜੇ ਲਹਿਜ਼ੇ ਨਾਲ ਕਹਿੰਦੇ ਨੇ, ਜਿਹੜੇ ਤਰੀਕੇ ਨਾਲ ਕਹਿੰਦੇ ਨੇ, ਜਿਹੜੀ ਸੋਚ ਨਾਲ ਕਹਿੰਦੇ ਨੇ, ਉਸ ਤੋਂ ਪ੍ਰੋਬਲਮ ਆ, ਉਹ ਇੱਕ ਗਾਲ ਲੱਗਦੀ ਹੈ, ਉਹ ਇੱਕ ਗਾਲ ਲੱਗਦੀ ਹੈ। ਬਾਬੇ ਬੁੱਲੇ ਸ਼ਾਹ ਤੋਂ ਵੱਡਾ ਨਚਾਰ ਕੌਣ ਹੈ ਪਹਿਲਾਂ ਮੈਨੂੰ ਇਹ ਦੱਸੋ, ਜਿਹਨੇ ਰੁੱਸਿਆ ਹੋਇਆ ਯਾਰ ਹਾਂ ਘੁੰਗਰੂ ਪਾ ਕੇ ਮਨਾ ਲਿਆ ਉਹਨਾਂ ਨੇ, ਜਾਂ ਤਾਂ ਇਹ ਆ ਨਾ ਵੀ ਉਹਨਾਂ ਦਾ ਜਿਹੜਾ ਰੁਤਬਾ ਹੈ ਬਾਬੇ ਬੁੱਲੇ ਸ਼ਾਹ ਜੀ ਦਾ ਜਿਹੜਾ ਰੁਤਬਾ, ਤੁਸੀਂ ਇਹ ਦਿਖਾ ਦਿਓ ਵੀ ਉਹਨਾਂ ਦਾ ਰੁਤਬਾ ਕਿੱਥੇ ਹੈ। ਜਿੰਨੇ ਵੀ ਫਿਲੋਸਫਰ ਨੇ, ਜਿੰਨੇ ਵੀ ਵਿਦਵਾਨ ਨੇ, ਕੋਈ ਵੀ ਮਾੜਾ ਕਹਿ ਦਿਓ ਬਾਬਾ ਬੁੱਲੇ ਸ਼ਾਹ ਨੂੰ, ਕੀ ਲਿਖਿਆ ਉਹਨਾਂ ਨੇ ਆਪਣੇ ਯਾਰ ਨੂੰ, ਉਹਨਾਂ ਨੇ ਯਾਰ ਪਿਆਰ ਦੀ ਪਰਿਭਾਸ਼ਾ ਦੱਸੀ ਹੈ, ਪਿਆਰ ਦੀ ਭਾਸ਼ਾ ਦੱਸੀ ਹੈ ਕਿ ਯਾਰ ਪਿਆਰ ਕਿਰਪਾਨਾਂ ਗੋਲੀਆਂ ਬੰਦੂਕਾਂ ਤੋਂ ਹਟ ਕੇ
ਖਾਰ ਖਾਣ ਤੋਂ ਹਟ ਕੇ ਉਹਨਾਂ ਨੇ ਪਿਆਰ ਨੂੰ ਪਹਿਲ ਦਿੱਤੀ ਹੈ। ਤੁਹਾਨੂੰ ਲੱਗਦਾ ਬਾਈ ਬਹੁਤ ਇਨਸਾਨੀਅਤ ਦਾ ਮਤਲਬ ਹੀ ਪਿਆਰ ਆ ਬਾਈ? ਤੁਹਾਨੂੰ ਲੱਗਦਾ ਬਹੁਤ ਗਿਣਤੀ ਲੋਕ ਜਿਹੜੇ ਹੈਗੇ ਨੇ ਉਹਨਾਂ ਨੂੰ, ਉਹਨਾਂ ਨੇ ਕਦੇ ਬੁੱਲੇ ਸ਼ਾਹ ਪੜ੍ਹਿਆ ਵੀ ਹੋਊਗਾ? ਹੋ ਸਕਦਾ ਬਈ ਪੜ੍ਹਿਆ ਹੋਵੇ, ਜੇ ਨਹੀਂ ਪੜ੍ਹਿਆ ਤਾਂ ਪੜ੍ਹਨਾ ਚਾਹੀਦਾ। ਬੁੱਲਾ ਕੀ ਜਾਣਾ ਮੈਂ ਕੌਣ, ਬੰਦੇ ਨੂੰ ਪਤਾ ਹੀ ਮਤਲਬ ਯਾਰ ਇਹ ਕੋਈ ਕਿਸੇ ਨੂੰ ਇਹ ਪਤਾ ਵੀ ਆਪਾਂ ਕੀ ਇਹ ਵਜ੍ਹਾ ਕੀ ਹੈ, ਆਪਾਂ ਕਾਹਤੋਂ ਇੱਥੇ? ਕਦੇ ਇਹ ਸਵਾਲ ਕੀਤਾ ਕਿਸੇ ਨੇ ਆਪਣੇ ਆਪ 'ਤੇ ਵੀ ਸਾਡਾ ਵਜੂਦ ਕਿਉਂ ਹੈ, ਵੀ ਆਪਾਂ ਇੱਥੇ ਕਿਉਂ ਹਾਂ, ਧਰਤੀ 'ਤੇ ਕਾਹਤੋਂ ਆਪਾਂ? ਬਾਬਾ ਬੁੱਲੇ ਸ਼ਾਹ ਨੇ ਆਪਦੇ ਪੈਰਾਂ ਦੇ ਵਿੱਚ ਝਾਂਜਰ ਪਾ ਲਈ, ਮੁਰਸ਼ਿਦ ਨੂੰ ਮਨਾਉਣ ਲਈ ਉਹ ਨਚਾਰ ਹੋ ਗਏ। ਕਲਾਕਾਰ ਵੀ ਆਪਣੇ ਮੁਰਸ਼ਿਦ ਨੂੰ ਖੁਸ਼ ਕਰਦਾ ਸਟੇਜ 'ਤੇ, ਭਾਵੇਂ ਉਹ ਗਾਣਿਆਂ ਜ਼ਰੀਏ ਹੋਵੇ। ਲੱਖਾਂ ਰੁਪਈਆ ਲੋਕ ਦਿੰਦੇ ਨੇ ਕਲਾਕਾਰ ਨੂੰ, ਹੈ ਨਾ, ਔਰ ਜਿਹੜੀ ਉਹਦੀ ਜਰਨੀ ਹੁੰਦੀ ਹੈ ਇਹ ਤਾਂ ਇੱਕ ਵਾਰ 'ਚ ਕਮੈਂਟ ਕਰਕੇ ਚਲੇ ਜਾਂਦੇ ਨੇ ਸਾਰੇ ਕਲਾਕਾਰਾਂ ਨੂੰ, ਕੋਈ ਇੱਕ ਨਹੀਂ, ਹਰ ਕਲਾਕਾਰ ਕੋਈ ਵੀ ਹੈ ਅਸਲ ਦੇ ਵਿੱਚ ਲੀੜਾ ਕੱਪੜਾ ਕਲਾਕਾਰ ਵਧੀਆ ਪਾਉਂਦਾ ਹੈ, ਕਿਉਂਕਿ ਮਜਬੂਰ ਗੱਡੀ ਵੱਡੀ ਹੈ, ਕਿਉਂਕਿ ਮਜਬੂਰੀ ਵੀ ਹੁੰਦੀ ਹੈ ਕਿਤੇ ਨਾ ਕਿਤੇ ਬੰਦੇ ਦੀ, ਕਈ ਤਾਂ ਸ਼ੋਅ ਆਫ, ਚਲੋ ਉਹ ਵੱਖਰੀਆਂ ਗੱਲਾਂ ਨੇ, ਹੈ ਨਾ, ਪਰ ਬਸ ਉਹ ਆਪਾਂ ਉੱਥੇ ਹੋਣੇ ਆ ਵੀ ਯਾਰ ਨਚਾਰ ਇੱਕ ਗਾਲ ਹੈ, ਇਹ ਸੋਚ ਦੇ ਵਿੱਚ ਹੈ। ਜੇ ਤੁਸੀਂ ਸੋਚ ਤੋਂ ਗਾਲ ਬਣਾ ਕੇ ਲਿਖੀ ਹੈ ਤਾਂ ਇਹ ਬਹੁਤ ਮਾੜੀ ਗੱਲ ਹੈ, ਕਿਸੇ ਦੇ ਖਿੱਤੇ ਨੂੰ ਕਿਸੇ ਦੇ ਕੰਮ ਨੂੰ ਇਸ ਨਜ਼ਰ ਨਾਲ ਦੇਖਣਾ ਬਹੁਤ ਗਲਤ ਹੈ। ਜਿਵੇਂ ਤੁਸੀਂ ਕਿਸੇ ਦੇ ਨੌਕਰੋਂ, ਇੱਥੇ ਲਿਖਣ ਵਾਲਾ ਵੀ ਕਮੈਂਟ ਲਿਖਣ ਵਾਲਾ ਹੋ ਸਕਦਾ ਕਿਸੇ ਦੀ ਡਿਊਟੀ ਕਰਦਾ ਹੋਵੇ, ਕਿਸੇ ਦਾ ਨੌਕਰ ਹੋਵੇ, ਕਿਸੇ ਦੇ ਥੱਲੇ ਕੰਮ ਕਰਦਾ ਹੋਵੇ, ਝਾੜੂ ਪੋਚਾ ਹੀ ਕਰਦਾ ਹੋਵੇ, ਬਾਹਰ ਬਾਹਰ ਬੈਠੇ ਕਮੈਂਟ ਕਰੀ ਜਾਂਦੇ ਆ, ਹੋ ਸਕਦਾ ਅਗਲਾ ਉਹ ਇਹ ਕਹਿ ਕੇ ਤੂੰ ਕਹਿ ਕੇ ਫਰਸਟ੍ਰੇਸ਼ਨ ਕਰਦਾ ਹੋਵੇ ਆਪਣੀ ਕਮੈਂਟ ਦੇ ਵਿੱਚ। ਸੋ ਕੋਈ ਵੀ ਐਪਰੀਸ਼ੀਏਟ ਕਰਨਾ ਚਾਹੀਦਾ ਯਾਰ, ਮੇਰੇ ਖਿਆਲ ਨਾਲ ਵੀ ਇੱਕ ਤਾਂ ਵੈਸੇ ਹੀ ਪ੍ਰਾਊਡ ਹੋਣਾ ਚਾਹੀਦਾ ਵੀ ਆਪਣੀ ਪੰਜਾਬੀਅਤ ਕਿੱਥੇ ਚਲੀ ਗਈ। ਹਾਲਾਂਕਿ ਹਾਲਾਤ ਪੰਜਾਬ ਦੇ ਜਿੱਦਾਂ ਦੇ ਮਰਜ਼ੀ ਹੋਣ, ਪਰ ਅੱਜ ਪੰਜਾਬੀ ਇੰਡਸਟਰੀ, ਸਾਡੀ ਪੰਜਾਬੀ ਇੰਡਸਟਰੀ, ਸੰਗੀਤਕ ਇੰਡਸਟਰੀ, ਮਿਊਜ਼ਿਕ ਇੰਡਸਟਰੀ ਕਿੱਥੇ ਆ ਦੁਨੀਆ ਦੇ ਨਕਸ਼ੇ 'ਤੇ? ਬਹੁਤ ਵੱਡੇ ਲੈਵਲ 'ਤੇ, ਬਹੁਤ ਵੱਡੀ ਇੰਡਸਟਰੀ ਲੈਵਲ 'ਤੇ, ਬਹੁਤ ਵੱਡੇ ਲੈਵਲ 'ਤੇ, ਬਹੁਤ ਇਹਦਾ ਪ੍ਰਾਊਡ ਹੋਣਾ ਚਾਹੀਦਾ। ਬਿਲਕੁਲ, ਤੁਸੀਂ ਨਚਾਰ ਨਚਾਰ ਲਿਖਦੇ ਹੋ, ਇਹ ਤਾਂ ਦੇਖੋ ਵੀ ਉਹ ਆਏ ਕਿੱਥੋਂ ਆ, ਪੰਜਾਬ ਤੋਂ ਹੀ ਆਏ ਆ, ਤੁਹਾਡੇ ਪਿੰਡਾਂ 'ਚੋਂ ਹੀ ਆਏ ਆ, ਤੁਹਾਡੇ ਭੈਣ ਭਾਈ ਨੇ। ਵੀਰੇ ਤੁਸੀਂ ਇਹ ਵੇਖ ਲਓ ਕਿ ਇਹਨਾਂ ਪੰਜਾਬੀਆਂ ਨੇ, ਚਾਹੇ ਦਲਜੀਤ ਬਾਈ ਨੇ, ਚਾਹੇ ਸਿੱਧੂ ਬਾਈ ਸੀ, ਸਿੱਧੂ ਮੂਸੇਵਾਲਾ, ਇਹਨਾਂ ਨੇ ਐਡੇ ਵੱਡੇ ਲੈਵਲ 'ਤੇ ਇੰਡੀਆ ਨੂੰ, ਪੰਜਾਬ ਨੂੰ ਖਾਸ ਕਰਕੇ ਆਪਣੇ ਪੰਜਾਬੀਆਂ ਨੂੰ ਰਿਪ੍ਰਜੈਂਟ ਕਰਤਾ ਕਿ ਗੋਰੇ ਤੱਕ ਇਹਨਾਂ ਦੇ ਜਿਹੜੇ ਗਾਣੇ ਨੇ ਉਹਨਾਂ 'ਤੇ ਰਿਐਕਟ ਕਰਦੇ ਨੇ, ਉਹਨਾਂ ਨੂੰ ਸਰਚ ਕਰਦੇ ਨੇ, ਸੁਣਦੇ ਨੇ, ਫਿਰ ਰਿਐਕਟ ਕਰਦੇ ਨੇ। ਕਿਹੜਾ ਪੰਜਾਬੀ ਸੀ ਜਿਹਨੂੰ ਸੁਣਦੇ ਹੁੰਦੇ ਸੀ ਯਾਰ? ਬਿਲਕੁਲ, ਤੁਸੀਂ ਜੇ ਆਪਾਂ ਇਧਰਲੇ ਪਾਸੇ ਨੂੰ ਜਾਈਏ ਵੀ ਚਾਹੇ ਲੱਖ ਮਾੜੇ ਵੀ ਹੋਣ, ਪਰ ਤੁਸੀਂ ਉਹ ਮਾੜਿਆਂ ਦੇ ਵਿੱਚ ਚੰਗੀ ਚੀਜ਼ ਚੱਕੋ ਨਾ। ਹਾਂ, ਮਾੜੇ ਮਾਨ ਸਾਹਿਬ ਕਹਿੰਦੇ ਮਾੜੇ ਬੰਦੇ ਵਿੱਚ ਵੀ ਕੋਈ ਗੁਣ ਚੰਗਾ ਹੋਵੇਗਾ, ਚੰਗਾ ਹੋਵੇਗਾ, ਤੁਸੀਂ ਚੰਗੇ ਗੁਣ ਨੂੰ ਚੱਕ ਕੇ ਉਹਨਾਂ ਨੂੰ ਸਲਾਹੋ ਵੀ ਭਾਈ ਆਹ ਚੀਜ਼ ਤਾਂ ਚੰਗੀ ਕੀਤੀ, ਸਾਡੀ ਪੱਗ ਨੂੰ ਕਿੱਥੇ ਲੈ ਕੇ ਗਏ, ਪੱਗ ਨੂੰ ਕਿੱਥੇ ਲੈ ਕੇ ਗਏ, ਹੈ ਨਾ। ਉਹ ਸਿੱਧੂ ਦਾ ਗਾਣਾ ਸੀ ਟਾਵਲ ਨਹੀਂ ਸਿਰਾਂ 'ਤੇ ਹੈ ਮਾਣ ਜੱਟਾਂ ਦਾ, ਮਾਣ ਜੱਟਾਂ ਦਾ, ਉਹ ਇੱਕ ਬਹੁਤ ਵੱਡੀ ਫੇਮਸ ਸਿੰਗਰ ਹੈ ਬਾਹਰਲੀ, ਉਹਨੇ ਕਹਿਤਾ ਸੀ ਵੀ ਇਹ ਸਿਰ 'ਤੇ ਟਾਵਲ ਜਾ ਕੇ ਬੰਨ ਕੇ ਰੱਖ ਦੇ, ਫਿਰ ਉਹਨੂੰ ਰਿਪਲਾਈ ਕੀਤਾ ਸੀ ਸਿੱਧੂ ਨੇ ਬਿਲਕੁਲ ਵੀ ਟਾਵਲ ਨਹੀਂ ਸਿਰਾਂ 'ਤੇ ਹੈ ਮਾਣ ਜੱਟਾਂ, ਮਾਣ ਜੱਟਾਂ ਵੀ ਉਹ
ਆਪਣੇ ਪ੍ਰਾਈਡ ਨੂੰ ਦੱਸਿਆ ਉਹਨੇ ਵੀ ਇਹ ਦਸਤਾਰ ਸਾਡੇ ਵਾਸਤੇ ਛੋਟੀ ਮੋਟੀ ਗੱਲ ਨਹੀਂ, ਵੀ ਇੱਕ ਬਹੁਤ ਵੱਡੀ ਗੱਲ ਹੈ, ਇਹ ਸਾਡੇ ਪੰਜਾਬੀਆਂ ਦਾ, ਸਾਡੇ ਸਿੱਖਾਂ ਦਾ ਮਾਣ ਹੈ ਵੀ ਇਸ ਮਾਣ ਨੂੰ ਕਿੱਥੇ ਤੱਕ ਲੈ ਗਏ ਆਪਾਂ, ਤੇ ਆਪਾਂ ਹਜੇ ਵੀ ਉੱਥੇ ਫਿਰਦੇ ਹਾਂ ਕਿ ਤੁਸੀਂ ਨਚਾਰ ਹੋ ਜਾਂ ਫਲਾਣਾ ਚੀਜ਼, ਸਰਾਉਣਾ ਚਾਹੀਦਾ। ਹੋ ਸਕਦਾ ਫਿਰ ਮੇਰੇ ਹੁਣ ਇੱਕ ਹੋਰ ਗੱਲ, ਹੋ ਸਕਦਾ ਨਚਾਰ ਤਾਂ ਲਿਖ ਦਿੰਦੇ ਵੀ ਨਾ ਚਾਰ, ਕਿਉਂਕਿ ਕਲਾਕਾਰ ਦਾ ਕੰਮ ਹੀ ਹੁੰਦਾ ਚਾਰਨਾ। ਸਹੀ ਗੱਲ ਹੈ, ਕਲਾਕਾਰ ਦਾ ਕੰਮ ਚਾਰਨਾ ਹੀ ਹੈ ਅਸਲ 'ਚ ਤਾਂ। ਹੋ ਸਕਦਾ ਹੈ ਕਹਿੰਦੇ ਹੁਣ ਵੀ ਯਾਰ ਨਾ ਨਾ ਚਾਰ ਨਾ ਚਾਰ ਨਾ ਚਾਰ ਉੱਥੋਂ ਬਣਿਆ ਹੋਵੇ ਵਰਡ ਹਨਾ, ਪਰ ਮੇਰੇ ਖਿਆਲ ਨਾਲ ਇਹ ਮਾੜਾ ਹੈ, ਮਿਹਨਤ ਵਾਲੀ ਗੱਲ ਹੈ, ਇੱਦਾਂ ਨਾ ਐਪਰੀਸ਼ੀਏਟ ਕਰਿਆ ਕਰੋ ਯਾਰ, ਪਿਆਰ ਕਰਿਆ ਕਰੋ ਗਾਉਣ ਵਾਲਿਆਂ ਨੂੰ। ਬਿਲਕੁਲ, ਵੈਸੇ ਅਸੀਂ ਤਾਂ ਤੁਹਾਡੇ, ਚਲੋ ਮੈਂ ਤਾਂ ਹਾਲੇ ਬਹੁਤ ਕੁਛ ਕੀਤਾ ਨਹੀਂ, ਪਰ ਦੁੱਖ ਲੱਗਦਾ ਕਿਉਂਕਿ ਸਾਡਾ ਫੀਲਡ ਇਹ ਹੈ, ਇੱਕੋ ਫੀਲਡ ਸਾਡਾ ਕੰਮ ਇਹ ਹੈ, ਅਸੀਂ ਇਹ ਤਾਂ ਹੈ ਨਹੀਂ ਗਾ ਕਿ ਅਸੀਂ ਰੀਸੋ ਰੀਸ ਲੱਗ ਕੇ ਗਾਉਣ, ਨਹੀਂ ਨਹੀਂ, ਬਚਪਨ ਤੋਂ ਗਾਉਂਦੇ ਹਾਂ ਯਾਰ, ਬਚਪਨ ਤੋਂ ਇਹ ਗਾਉਣਾ ਯਾਰ, ਇਹ ਕੁਦਰਤ ਦੇ ਮਾਲਕ ਨੇ ਦਿੱਤੇ ਹੋਏ ਗਾਉਣਾ ਹੈ, ਪਰ ਵਾਹਿਗੁਰੂ ਦੇ ਪਰਮਾਤਮਾ ਨੇ ਦਿੱਤੇ ਹੋਏ ਗੁਣ ਨੇ ਇਹ, ਲਿਖਣਾ ਗਾਉਣਾ। ਮੇਰੇ ਹਿਸਾਬ ਨਾਲ ਜੇ ਆਪਾਂ ਇਹ ਚੀਜ਼ ਮੰਨਦੇ ਹਾਂ ਨਾ ਵੀ ਉਹਦੀ ਇਜਾਜ਼ਤ ਬਿਨਾਂ ਪੱਤਾ ਨਹੀਂ ਹਿਲਦਾ, ਤੇ ਫਿਰ ਸਾਨੂੰ ਕਿੰਤੂ ਪ੍ਰੰਤੂ ਨਹੀਂ ਕਰਨੀ ਚਾਹੀਦੀ, ਕਿਉਂਕਿ ਉਹ ਵੀ ਤਾਂ ਉਹਦੀ ਇਜਾਜ਼ਤ ਹੀ ਹੈ ਨਾ, ਜੇ ਅਸੀਂ ਕੁਛ ਲਿਖਦੇ ਹਾਂ ਤੇ ਉਹਦੀ ਇਜਾਜ਼ਤ ਹੀ ਹੈ। ਬਿਲਕੁਲ, ਉਹਦੇ ਹੁਕਮ ਨਾਲ ਹੀ ਹੋ ਰਿਹਾ, ਉਹਦੇ ਹੁਕਮ ਨਾਲ ਹੀ ਹੋ ਰਿਹਾ। ਹਾਂ, ਫਿਰ ਆਪਾਂ ਉਹਨੂੰ ਮਾੜਾ ਕਿਵੇਂ ਕਹਿ ਸਕਦੇ ਹਾਂ? ਹਾਂ, ਤੇ ਜਿਹੜੇ ਸ਼ਬਦ ਫੁਰਦੇ ਨੇ, ਇਹ ਗੁਰਬਾਣੀ ਦੇ ਵਿੱਚ ਵੀ ਹੈ ਵੀ ਜਿਹੜੇ ਸ਼ਬਦ ਫੁਰਦੇ ਨੇ ਉਹ ਧੁਰ ਦਰਗਾਹੋਂ ਹੀ ਫੁਰਦੇ ਨੇ, ਉਹ ਤਾਂ ਅਕਾਲ ਦੀ ਕਿਰਪਾ ਹੈ, ਵਾਹਿਗੁਰੂ ਦੀ ਕਿਰਪਾ ਹੀ ਹੈ, ਚੰਗਾ ਮਾੜਾ ਉਹਦਾ ਹੀ ਹੈ। ਇੱਥੇ ਉਹ ਵੀ ਹੈ ਲਿਖਣ ਵਾਲੇ ਜਿਹੜੇ ਜਮੇ ਹੀ ਗੰਦ ਪਰੋਸੀ ਜਾਂਦੇ ਨੇ। ਬਿਲਕੁਲ ਹੈਗੇ ਨੇ, ਹੈ ਨਾ, ਉਹਨਾਂ 'ਤੇ ਉਹੋ ਜਿਹੀ ਕਿਰਪਾ ਹੋਈ ਵੀ ਹੈ ਪਰਮਾਤਮਾ ਦੀ, ਅਤੇ ਉਹਨਾਂ ਨੂੰ ਥੂ ਵੀ ਹੁੰਦੀ ਹੈ, ਹੁੰਦੀ ਹੈ, ਹੁੰਦੀ ਹੈ ਨਾ। ਫਿਰ ਹੁਣ ਕਈ ਬੰਦੇ, ਇੱਕ ਬੱਗਾ ਸਫਰੀ ਹੈ, ਹੈ ਨਾ, ਉਹਨੂੰ ਚਮਕੀਲਾ ਸਾਹਿਬ ਨਾਲ ਕੰਪੇਅਰ ਕਰ ਰਹੇ ਨੇ, ਜ਼ਮੀਨ ਅਸਮਾਨ ਦਾ ਫਰਕ ਹੈ। ਇਹ ਤਾਂ ਯਾਰ ਬੰਦੇ ਦੀ ਸੋਚ 'ਤੇ ਡਿਪੈਂਡ ਕਰਦਾ, ਤੁਸੀਂ ਚਮਕੀਲਾ ਸਾਹਿਬ ਦਾ ਕੋਈ ਵੀ ਗਾਣਾ ਚੱਕ ਲਓ, ਤੁਸੀਂ ਲਾ ਲਓ, ਹੈ ਨਾ, ਤੁਸੀਂ ਕਿੱਧਰ ਲਾਉਣਾ, ਉਹਦੇ ਉਹਦੇ ਨਾਲ ਰਿਲੇਟ ਕਰਨਾ ਤੁਸੀਂ। ਜੇ ਤੁਸੀਂ ਸੂਫੀ ਵੱਲ ਲੈ ਕੇ ਜਾਣਾ ਗਾਣਾ, ਰੂਹਾਨੀਅਤ ਵੱਲ ਲੈ ਕੇ ਜਾਣਾ ਗਾਣਾ, ਤਾਂ ਤੁਸੀਂ ਇੰਨੇ ਕੁ ਨੇੜੇ ਚਲੇ ਜਾਓਗੇ ਵੀ ਤੁਸੀਂ ਕਹੋਗੇ ਵਾਹ ਆਹ ਕੀ ਲਿਖਤਾ। ਅੱਧੇ ਗਾਣੇ ਤਾਂ ਬਾਈ ਹੁਣ ਵੀ ਬਾਈ ਕਈਆਂ ਨੂੰ ਪਤਾ ਹੀ ਨਹੀਂ ਕਿ ਇਹ ਚਮਕੀਲੇ ਦੇ ਲਿਖੇ ਹੋਏ ਸੀ। ਹਾਂ, ਨਹੀਂ ਤੂੰ ਨਰਕਾਂ ਨੂੰ ਜਾਵੇਂ ਸਰਹੰਦ ਦੀ ਦਰਬਾਰੇ, ਸਰਹੰਦ ਦੀ ਦਰਬਾਰੇ ਹੈ। ਹਾਂ, ਵੀ ਤੁਸੀਂ ਉਹ ਦੇਖੋ, ਫਿਰ ਉਹ ਸਾਥੋਂ ਬਾਬਾ ਖੋਲਿਆ ਤੇਰਾ ਨਨਕਾਣਾ, ਹੈ ਛੋਟੇ ਸਾਹਿਬਜ਼ਾਦੇ 'ਤੇ ਗਾਣਾ ਲਿਖਿਆ, ਹੈ ਉਹ ਕਿੰਨੇ ਗਾਣੇ ਐਸੇ, ਕਿੰਨੇ ਗਾਣੇ ਐਸੇ ਨੇ ਵੀ ਜਿਹੜੇ ਉਹ ਚਮਕੀਲਾ ਸਾਹਿਬ ਨੇ ਰਾਤੋਂ ਰਾਤ ਬੈਠ ਕੇ ਧਾਰਮਿਕ ਗੀਤਕਾਰ, ਧਾਰਮਿਕ ਪੂਰੀ ਐਲਬਮ ਕੈਸੇਟ ਬਣਾ ਕੇ ਇਹ ਤਾਂ ਬਾਈ ਰਿਲੀਜ਼ ਕੀਤੀ ਸੀ। ਬਲ ਸਾਹਿਬ ਇਹ ਨਾ ਇਹ ਹੁੰਦਾ ਹੋਣਾ, ਇਹ ਨਹੀਂ ਮੁੱਕਣਾ, ਇਹ ਤਾਂ ਤਾਨ ਸੈਨ ਵੇਲੇ ਦੀਆਂ ਗੱਲਾਂ ਸੁਣੀਆਂ ਸੁਣਾਈਆਂ, ਚਲੋ ਆਪਾਂ ਤਾਂ ਉਦੋਂ ਵੀ ਇਹ ਵਿਤਕਰੇ ਹੁੰਦੇ ਸੀ, ਉਦੋਂ ਵੀ ਇਹ ਚੀਜ਼ਾਂ ਹੁੰਦੀਆਂ ਸੀ, ਆ ਹੁਣ ਇੱਧਰ ਆ ਗਿਆ ਕੰਮ ਵੀ। ਮੇਰੇ ਹਿਸਾਬ ਨਾਲ ਤਾਂ ਇਹ ਆ, ਤੁਸੀਂ ਜੋ ਲਿਖਣਾ ਨਿਡਰਤਾ ਨਾਲ ਲਿਖੋ, ਜੋ ਗਾਉਣਾ ਨਿਡਰਤਾ ਨਾਲ ਗਾਓ, ਫਿਰ ਦੁਨੀਆ 'ਤੇ ਆਏ ਦਾ ਕੋਈ ਫਾਇਦਾ ਨਹੀਂ। ਕਿਆ ਪਾ, ਹਾਂ ਇੱਕ ਗੱਲ ਜ਼ਰੂਰ ਹੈ, ਮੈਂ ਜਦੋਂ ਕੋਈ ਚੀਜ਼ ਲਿਖਦਾ, ਮੇਰਾ ਕੋਈ ਵੀ ਗਾਣਾ ਦਿਖਾ ਦਿਓ, ਕੋਈ ਵੀ ਚੱਕ ਕੇ ਇੱਦਾਂ ਦਾ, ਜੇ ਉਹਦੇ 'ਚ ਕੋਈ ਵੀ ਇੱਦਾਂ ਦੀ ਕਮੀ ਕੱਢ ਕੇ ਦਿਖਾ ਦਿਓ, ਮੈਂ ਕਿਸੇ ਨੂੰ ਵਲਗਰ ਕੋਈ ਚੀਜ਼ ਬੋਲੀ ਹੋਵੇ, ਕਹੀ ਹੋਵੇ, ਜਿਹੜੀ ਹਕੀਕਤ ਹੈ, ਮੈਂ ਉਹਦੇ ਨੇੜੇ ਤੇੜੇ ਰਹਿੰਦਾ ਹੁੰਦਾ। ਇੱਕ ਵਾਰੀ ਲਿਖਣ ਵਾਲੇ ਦੇ ਉਹ ਜਿਹੜਾ ਮਰਜ਼ੀ ਲਿਖਦਾ, ਉਹਦੇ ਦਿਮਾਗ 'ਚ ਇਹ ਚੀਜ਼ ਆਉਂਦੀ ਆ ਵੀ ਹਾਂ ਯਾਰ ਜੇ ਮੈਂ ਆਹ ਚੀਜ਼ ਲਿਖਤੀ ਸਾਲੀ ਆਹ ਗੱਲ ਹੋ ਜਾਣੀ, ਆਉਂਦੀ ਹੈ ਆਉਂਦੀ ਹੈ ਵੀ ਨਾ ਲਿਖੇ ਯਾਰ,
ਐਵੇਂ ਨਾ ਕੋਈ ਕੰਟਰੋਵਰਸੀ ਕ੍ਰੀਏਟ ਹੋ ਜਾਵੇ, ਕੰਟਰੋਵਰਸੀ ਕ੍ਰੀਏਟ ਹੋ ਜੂਗੀ। ਪਰ ਉਹੀ ਗੱਲ ਆ ਜਾਂਦੀ ਨਾ ਵੀ ਜੋ ਲਿਖਣਾ ਨਿਧੜਕ ਹੋ ਕੇ ਲਿਖੋ, ਜੋ ਗਾਉਣਾ ਨਿਧੜਕ ਹੋ ਕੇ ਗਾਓ। ਤੁਹਾਡੇ ਤੁਹਾਡੀ ਕਲਮ ਆ ਯਾਰ, ਰਾਈਟਸ ਨੇ ਤੁਹਾਡੇ ਕੋਲ, ਤੁਹਾਡੇ ਇਹ ਤੁਹਾਡੀ ਪ੍ਰੋਪਰਟੀ ਆ, ਇਹ ਵੀ ਤੁਹਾਡੀ ਪ੍ਰੋਪਰਟੀ ਹੈ, ਰੱਬ ਦੀ ਬਖਸ਼ੀ ਹੋਈ ਹੈ। ਹੁਣ ਉਹ ਗੀਤ ਸੀਗਾ ਨੀ, ਤਾਰਿਆਂ ਦੀ ਲੋਏ ਤੁਰਦੇ ਮਟਕ ਨਾਲ ਜਾਂਦੇ ਦਸ਼ਮੇਸ਼ ਜੀ ਦੇ ਲਾਲ ਹੈ, ਕਿਆ ਗਾਣਾ ਬਾਬਾ ਜੀ ਨੇ ਲਿਖਿਆ। ਮਤਲਬ ਉਹ ਗਾਣਾ ਕਈਆਂ ਨੂੰ ਬਾਈ ਪਤਾ ਵੀ ਨਹੀਂ ਹੋਗਾ ਵੀ ਇਹ ਚਮਕੀਲੇ ਦਾ ਗਾਣਾ ਸੀ। ਨਹੀਂ ਪਤਾ, ਕਿਉਂਕਿ ਉਹ ਜਿਹੜੀ ਵੀਡੀਓ ਵਾਇਰਲ ਹੋਈ ਸੀ, ਉਹ ਵਾਇਰਲ ਹੋਈ ਸੀ ਇੱਕ ਕੀਰਤਨੀ ਗੁਜਰੀ ਕੁਮਾਰ, ਹਾਏ ਹਾਏ ਕੀਤੀ ਮਾਤਾ ਗੁਜਰੀ ਕੁਮਾਰ, ਓਏ ਹੋਏ। ਮਤਲਬ ਉਹ ਚੀਜ਼ਾਂ ਐਸੀਆਂ ਸੀਗੀਆਂ ਵੀ ਆਪਾਂ ਸੋਚ ਹੀ ਨਹੀਂ ਸਕਦੇ ਵੀ ਉਹ ਚਮਕੀਲੇ ਦੀ ਕਲਮ ਚੋਂ ਨਿਕਲੀ ਹੋਈ ਚੀਜ਼ ਹੈ, ਅਤੇ ਉਹ ਗਾਈ ਕੀਰਤਨ ਦੇ ਵਿੱਚ ਸੀਗੀ। ਹਾਂ ਬਿਲਕੁਲ, ਅਤੇ ਲੋਕ ਉੱਥੇ ਕਹਿੰਦੇ ਨੇ ਅੱਛਾ ਯਾਰ ਚਮਕੀਲੇ ਦਾ ਲਿਖਿਆ ਹੈ। ਬਿਲਕੁਲ, ਹੈਂ ਦੇਖੋ ਪੁੱਤ ਗਿਆ, ਬਾਪ ਹੈ ਨਾ, ਪੋਤਰੇ ਵੀ ਤੋੜ ਦਿੱਤੇ, ਕੀਤੀ ਮਾਤਾ ਗੁਜਰੀ ਕਮਾਲ, ਕਿਆ ਬਾਤ ਹੈ। ਮਤਲਬ ਉਹ ਕਲਮ ਨੂੰ ਆਪਾਂ ਕਿਵੇਂ ਮਾੜਾ ਕਹਿ ਸਕਦੇ ਵੀ ਜੇ ਜੇ ਉਹ ਕਲਮ ਇੱਥੇ ਚੱਲੀ ਸੀ ਤਾਂ ਫਿਰ ਉਲਟਾ ਹੋ ਗਿਆ ਵੀ ਕਹਿੰਦੇ ਖਾਲਿਸਤਾਨੀ ਇਹ ਖਾਲਿਸਤਾਨੀ ਨਾਲ ਜੋੜਨ ਲੱਗ ਗਏ ਜਾਂ ਉਸ ਤਰੀਕੇ ਨਾਲ ਖਾੜਕੂਵਾਦ ਨਾਲ ਜੋੜਨ ਲੱਗ ਗਏ ਉਸ ਟਾਈਮ 'ਤੇ। ਹਾਂ ਹੁਣ ਦੇਖੋ ਇੱਕ ਨਾ ਤੁਹਾਨੂੰ, ਹਾਂ ਚਮਕੀਲਾ ਸਾਹਿਬ ਨੇ ਜੋ ਗਾਇਆ ਨਿਧੜਕ ਹੋ ਕੇ ਗਾਇਆ, ਉਹਨਾਂ ਨੇ ਧਾਰਮਿਕ ਵੀ ਲਿਖਿਆ ਨਿਧੜਕ ਹੋ ਕੇ। ਉਦੋਂ ਜਦੋਂ ਉਹਨਾਂ ਨੇ ਧਾਰਮਿਕ ਗਾਇਆ ਸੀ, ਹੋ ਸਕਦਾ ਕਿ ਜਿਹੜੇ ਦੂਸਰੇ ਹੋਣਗੇ, ਕਿਉਂਕਿ ਚੀਜ਼ਾਂ ਉਹ ਹੁੰਦੀਆਂ ਨੇ ਨਾ, ਇਹ ਨਹੀਂ ਹੈਗਾ ਵੀ ਕੋਈ ਇੱਕ ਇੱਕ ਹੀ ਸੁਣੀ ਜਾਂਦਾ, ਉਹਦੇ ਵੀ ਆਪੋਜ਼ਿਟ ਹੋਣਗੇ ਬੰਦੇ। ਜੇ ਧਾਰਮਿਕ ਉਹਨਾਂ ਨੇ ਗਾਇਆ ਤਾਂ ਉਹ ਨਹੀਂ। ਹੁਣ ਇੱਕ ਗਾਣਾ ਹੈ ਉਹ ਚਮਕੀਲਾ ਸਾਹਿਬ ਲਾਈਵ ਗਾ ਰਹੇ ਆ, ਮੈਂ ਉਹਨਾਂ ਦਾ ਦੇਖਿਆ ਪ੍ਰੋਗਰਾਮ ਅਖਾੜਾ। ਅੱਛਾ, ਉਹ ਕਹਿੰਦਾ ਬਾਈ ਜੀ ਮੈਂ ਧਾਰਮਿਕ ਗਾਣਾ ਗਾਉਣ ਲੱਗਾ। ਉਹ ਵਿੱਚੋਂ ਆਵਾਜ਼ ਆਉਂਦੀ ਆ, ਕਹਿੰਦਾ ਧਾਰਮਿਕ ਗਾਦੇ ਚਾਹੁੰਦਾ 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 ਚਾਹੁੰਦਾ। ਹਾਂ ਮੈਂ ਵੀ ਦੇਖਿਆ, ਕਰ ਲਾ ਗੱਲ ਕਹਿੰਦਾ ਵੀ ਕਹਿੰਦਾ ਬਾਲੇ ਹੋਏ ਬਾਈ, ਕਹਿੰਦਾ ਤੇਰੇ ਆਹ ਸੋਚ ਹੋ ਸਕਦਾ ਆ, ਸੋਚਾਂ ਮੁੜਦੇ ਜਿਵੇਂ ਸਿੱਧੂ ਮੂਸੇ ਵਾਲੇ ਦੀ, ਸਾਡੇ ਭਰਾ ਦੀ ਸੋਚ, ਉਹਦੀ ਵੀ ਸੋਚ ਟਰਨ ਮੁੜੀ ਸੀ ਯਾਰ, ਸੋਚ ਉਹਦੀ, ਉਹ ਵੀ ਆ ਰਿਹਾ ਸੀ ਉਸ ਪਾਸੇ ਵਾਰ। ਕੋਈ ਪਤਾ ਨਹੀਂ ਯਾਰ, ਕਲਮਾਂ ਨੇ ਯਾਰ, ਕਲਮਾਂ ਤਾਂ ਬਚਾ ਕੇ ਰੱਖਣ ਵਾਲੀਆਂ ਚੀਜ਼ਾਂ, ਇਹ ਤਾਂ ਉਹਦੀ ਕਿਰਪਾ ਯਾਰ। ਹੁਣ ਹੁਣ ਦੇਖੋ ਅੰਮ੍ਰਿਤ ਦੀ ਦਾਤ, ਜਿੱਦਾਂ ਦਾਤੇ ਨੇ ਮਿਹਰ ਹੋ ਗਈ, ਜਿੱਦਾਂ ਮਾਲਕ ਦੀ ਮਿਹਰ ਹੋ ਗਈ, ਉਦਾਂ ਬਈ ਛਕ ਲਾਂਗੇ ਅੰਮ੍ਰਿਤ। ਪਰ ਐਵੇਂ ਅਸੀਂ ਅੰਮ੍ਰਿਤ ਛਕ ਕੇ ਪਾਪਾਂ ਦੇ ਅਸੀਂ ਭਾਗੀ ਬਣੀਏ, ਕੁਛ ਅਸੀਂ ਅੱਜ ਅੰਮ੍ਰਿਤ ਛਕਿਆ, ਕੱਲ੍ਹ ਨੂੰ ਅਸੀਂ ਉੱਦਾਂ ਦਾ ਕੁਛ ਕਾਰਨਾਮਾ ਕਰੀਏ, ਉਹਦਾ ਕੀ ਫਾਇਦਾ? ਅਤੇ ਉਹਦਾ ਚਲੋ ਸਾਡੇ ਨਾਲ ਜੋ ਹੋਣੀ ਹੈ ਉਹ ਤਾਂ ਸਾਰੇ ਸਮਾਜ ਨੂੰ ਹੀ ਪਤਾ ਹੈ, ਪਰ ਜਿਹੜੀ ਉੱਥੇ ਉੱਥੇ ਸਾਡੇ ਨਾਲ ਹੋਣੀ ਹੈ ਉਹ ਅਸੀਂ ਸੋਚ ਵੀ ਨਹੀਂ ਸਕਦੇ। ਜਿਹੜਾ ਜਿਹੜਾ ਜਿਹੜਿਆਂ ਨੇ ਸਾਡੇ ਲਈ ਯਾਰ ਕਿੱਡੀਆਂ ਵੱਡੀਆਂ ਵੱਡੀਆਂ ਕੁਰਬਾਨੀਆਂ ਕੀਤੀਆਂ ਨੇ, ਹੈ ਨਾ, ਜਦੋਂ ਵੀ ਉਹ ਦਿਨ ਆਉਂਦੇ ਨੇ ਸਰਹੰਦ ਵਾਲੇ ਸਭਾ ਦੇ, ਲੂੰ ਕੰਡਾ ਖੜਾ ਹੋ ਜਾਂਦਾ ਅੱਖਾਂ 'ਚੋਂ ਪਾਣੀ, ਉਹਨਾਂ ਦਿਨ ਅੱਖਾਂ ਰੋਂਦੀਆਂ ਨੇ ਜਿੰਨਾ ਟਾਈਮ ਉਹ ਚੀਜ਼ਾਂ ਸੱਚ ਆ, ਨਾ ਭੁੱਲਣ ਵਾਲੀਆਂ ਗੱਲਾਂ ਨੇ ਸੱਚ। ਅਤੇ ਲੋਕ ਹੀਟਰ ਲਾ ਲਾ ਕੇ, ਮੇਰਾ ਗਾਣਾ ਵੀ ਸੇਕ ਲਾ ਕੇ ਹੀਟਰ ਘਰਾਂ 'ਚ ਸੌਣ ਵਾਲੇ ਭੁੱਲ ਜਾਏ ਉਹਨਾਂ ਬੁਰਜ ਸਰਹੰਦ ਦਾ। ਮਤਲਬ ਚਲੋ ਇਹ ਤਾਂ ਹਾਲਾਤ, ਜੇ ਉੱਦਾਂ ਦੇ ਹਾਲਾਤ ਹੋਣਗੇ ਤਾਂ ਅੱਜ ਵੀ ਮੇਰੇ ਖਿਆਲ ਨਾਲ ਕੌਮ ਤਾਂ ਉਹੀ ਹੈ, ਜਜ਼ਬੇ ਤਾਂ ਉਹੀ ਨੇ, ਖੂਨ ਵੀ ਉਹੀ ਹੈ, ਖੂਨ ਵੀ ਉਹੀ ਹੈ, ਅੱਜ ਜਿਉਂਦੇ ਨੇ ਸਾਰੇ। ਜੇ ਉਹ ਹਾਲਾਤ ਹੁਣ ਦੁਬਾਰਾ ਹੋਣਗੇ ਤਾਂ ਓਬੀਅਸ ਹਥਿਆਰ ਵੀ ਚੱਕੇ ਜਾਣਗੇ, ਸਾਰਾ ਕੁਛ ਹੁੰਦਾ ਹੈ। ਇਹ ਕਹਾਂ, ਮੈਂ ਇੱਕ ਵੀਡੀਓ ਦੇਖੀ ਸੀਗੀ, ਬਾ ਮੇਰੇ ਖਿਆਲ ਮਹਾਰਾਸ਼ਟਰ ਦੀ ਵੀਡੀਓ ਆ। ਇੱਕ ਨਾ DGP ਮੇਰੇ ਖਿਆਲ ਰੈਂਕ ਦਾ ਬੰਦਾ, ਉਹਨੂੰ ਇੱਕ ਲੇਡੀ, ਪਤਾ ਨਹੀਂ ਕਿਹਦੀ ਉਹ ਨੇਤਾ ਹੈ, ਕਿਹਦੀ ਪਾਰਟੀ ਦੀ ਹੈ, ਉਹ ਨੇਤਾ ਉਹਨੂੰ ਖਾਲਿਸਤਾਨੀ ਕਹਿ ਰਹੀ ਹੈ। ਹਾਂ
ਇੱਕ ਵੱਡੇ ਰੈਂਕ ਦਾ ਪੁਲਿਸ ਅਫਸਰ ਹੈ, ਉਹ ਵੈਸਟ ਬੰਗਾਲ ਦੀ ਹੈ, ਵੈਸਟ ਬੰਗਾਲ ਦੀ ਹੈ, ਵੈਸਟ ਬੰਗਾਲ ਦੀ ਵੀਡੀਓ ਹੈ। ਉਹ ਮੈਨੂੰ ਬੜਾ ਮੈਨੂੰ ਲੱਗਿਆ, ਮੈਂ ਕਿਹਾ ਯਾਰ ਜੇ ਸਾਡੇ ਬੰਦੇ ਨੇ ਪੱਗ ਬੰਨੀ ਹੈ ਤਾਂ ਉਹਨੂੰ ਖਾਲਿਸਤਾਨੀ ਖਾਲਿਸਤਾਨੀ। ਉਹਦੇ ਲਈ ਮੈਂ ਨਾ ਕੁਛ ਲੈਣਾ ਸੀ, ਮੈਂ ਗਾਣਾ ਮੇਰੇ ਚੈਨਲ 'ਤੇ ਪਿਆ, ਖਾਲਸ ਦਾ ਮੀਨਿੰਗ ਪਤਾ ਨਹੀਂ ਤਾਂਹੀਓ ਡੋਲਦੀ ਪੱਗ ਬੰਨੀ ਵੇਖ ਬੀਬੀ ਅੱਤਵਾਦੀ ਬੋਲਦੀ, ਖਾਲਸ ਦਾ ਮੀਨਿੰਗ ਪਤਾ ਨਹੀਂ ਤਾਂਹੀਓ ਡੋਲਦੀ ਪੱਗ ਬੰਨੀ ਵੇਖ ਬੀਬੀ ਅੱਤਵਾਦੀ ਬੋਲਦੀ, ਬਖਸ਼ੀ ਆ ਪੱਗ ਸਾਨੂੰ ਪਿਤਾ ਦਸ਼ਮੇਸ਼ ਨੇ, ਲੜ ਜੀ ਦੇ ਝੱਲੀਏ ਤੂੰ ਫਿਰਦੀ ਫਰੋੜਦੀ, ਅਣਖਾਂ ਅਤੇ ਇੱਜ਼ਤਾਂ ਦੀ ਪੂਣੀ ਕੀਤੀ ਹੋਈ ਹੈ ਸਾਡੀ ਕੁਰਬਾਨੀ ਮੱਲਾ ਦੂਣੀ ਕੀਤੀ ਹੋਈ ਹੈ। ਸੋ ਇਹ ਖਾਲਸ ਦਾ ਮੀਨਿੰਗ ਹੀ ਨਹੀਂ ਪਤਾ, ਕਈਆਂ ਨੂੰ ਪਤਾ ਹੀ ਨਹੀਂ ਬਾਈ, ਪਤਾ ਹੀ ਨਹੀਂ ਖਾਲਸ ਦਾ ਮੀਨਿੰਗ ਹੈ ਸ਼ੁੱਧ ਸ਼ੁੱਧ ਖਰਾ। ਲੋਕ ਡਰੇ ਫਿਰਦੇ ਆ, ਚਲੋ ਸਾਡੀ ਕੌਮ ਹੀ ਡਰਨ ਵਾਲੀ ਹੈ, ਇਹ ਸਾਡਾ ਸਾਡੀ ਕੌਮ ਹੀ ਇੱਦਾਂ ਦੀ ਹੈ, ਡਰਨਾ ਹੀ ਹੈ ਬਾਈ, ਡਰਨਾ ਹੀ ਹੈ। ਅੱਛਾ ਬਾਈ, ਆਪਾਂ ਇੱਕ ਹੋਰ ਮੈਂ ਚੀਜ਼ਾਂ ਤੁਹਾਡੇ ਬਾਰੇ ਜਾਣਨਾ ਚਾਹੁੰਦਾ, ਜਿਵੇਂ ਤੁਹਾਡੀ ਜਰਨੀ ਬਹੁਤ ਵੱਡੀ ਹੈ ਜੀ, ਤੁਸੀਂ ਕਾਫੀ ਲੰਬਾ ਟਾਈਮ ਹੋ ਗਿਆ ਜੀ, ਉਹ ਹੁਣ ਥੋੜਾ ਆਹ ਆਲਰੇਡੀ ਗਾਣਾ ਆਇਆ ਜਰਨੀ ਤੇ ਗੌਸਿਪ ਕਤੀੜ ਕਰਦੀ, ਹਾਂ ਜਿਹਨੂੰ ਕਹਿੰਦੇ ਆ ਕਮਬੈਕ ਦੱਸਾਂਗੇ, ਕਮਬੈਕ ਦੱਸਾਂਗੇ ਵੀ ਆਪਾਂ ਕਮਬੈਕ ਤੇ ਆਈਏ। ਹਾਂ ਤੁਸੀਂ 12-15 ਸਾਲ ਦਾ ਤੁਹਾਡਾ ਸਫ਼ਰ ਹੈ ਵੀਰੇ ਜੀ ਜੀ, ਕਦੇ ਐਂ ਹੋਇਆ ਟੁੱਟਿਆ ਕਲਾਕਾਰ, ਕਿਉਂਕਿ ਹੁੰਦਾ ਵੀ ਜੋ ਕਲਾਕਾਰ ਲੋਕਾਂ ਨੂੰ ਦੇਖਦਾ ਕਹਿੰਦੇ ਤਾਂ ਵੱਡੀ ਗੱਡੀ ਆ, ਫੋਰਚੂਨਰ ਰੱਖੀ ਆ, ਬੱਲੇ ਬੱਲੇ ਹੋਈ ਹੋਊਗੀ, ਓਕੇ ਰਿਪੋਰਟ ਹੈ, ਕੋਈ ਗਾਣੇ ਵਿਕ ਰਹੇ ਨੇ, ਚੰਗੇ ਪੈਸੇ ਆ ਰਹੇ ਨੇ, ਕਿਉਂਕਿ ਗਾਣੇ ਦਾ ਚੰਗੇ ਚੰਗੇ ਪੈਸੇ ਲੈ ਰਹੇ ਨੇ, ਇਹਨੂੰ ਕਾਹਦੀ ਕਮੀ ਹੈ। ਪਰ ਜਿਹੜਾ ਕਰੀਬੀ ਹੁੰਦਾ ਜਾਂ ਉਹਦੇ ਅੰਦਰਲਾ ਬੱਚਾ ਛੋਟਾ ਦਿਲ ਬੈਠਾ ਹੁੰਦਾ, ਉਹਨੂੰ ਪਤਾ ਹੁੰਦਾ ਉਹ ਕਿੰਨੀ ਕੁ ਵਾਰ ਟੁੱਟਿਆ ਅਤੇ ਕਿੰਨੀ ਕੁ ਵਾਰ ਉਹਨੇ ਆਪਣੇ ਆਪ ਨੂੰ ਜੋੜਿਆ, ਅਤੇ ਫਿਰ ਕਿੰਨੀ ਕੁ ਵਾਰ ਟੁੱਟਿਆ, ਇਕੱਠਾ ਕਰਕੇ ਫਿਰ ਖੜਾ ਹੋਇਆ, ਬਿਲਕੁਲ ਫਿਰ ਟੁੱਟ ਗਿਆ, ਫਤਿਹ ਕਿੰਨੀ ਕੁ ਵਾਰ ਟੁੱਟਿਆ ਬਾਈ, ਇਹੀ ਜ਼ਿੰਦਗੀ ਹੈ। ਦੇਖੋ ਬੰਦਾ ਮੇਰੇ ਹਿਸਾਬ ਨਾਲ ਮੈਂ ਇੱਕ ਚੀਜ਼ ਕਹਿਣਾ ਵੀ ਦਰਦ ਆ ਜਿਹੜਾ ਨਾ ਉਹ ਹਮੇਸ਼ਾ ਜਿਉਂਦੇ ਲੋਕ ਮਹਿਸੂਸ ਕਰਦੇ ਆ, ਮਰੇ ਬੰਦੇ ਨੂੰ ਦਰਦ ਨਹੀਂ ਹੁੰਦਾ। ਤੁਸੀਂ ਬੰਦਾ ਮਰਦਾ ਤੁਸੀਂ ਉਹਨੂੰ ਫੂਕ ਦਿੰਦੇ ਹੋ, ਕਦੇ ਬੰਦਾ ਸਿਵੇ 'ਚ ਫੁੱਕਦਾ ਮੱਚਦਾ ਉੱਠ ਕੇ ਭੱਜਿਆ ਵੀ ਹਾਏ ਓਏ ਮੈਂ ਤਾਂ ਮੱਚ ਗਿਆ, ਹਾਏ ਓਏ ਮੈਨੂੰ ਤਾਂ ਅੱਗ ਲੱਗ ਗਈ, ਕਿਉਂਕਿ ਉਦੋਂ ਉਹ ਮਿੱਟੀ ਹੁੰਦਾ, ਉਹਦੇ 'ਚ ਸਾਹ ਨਹੀਂ ਹੁੰਦੇ। ਜੇ ਤੁਹਾਨੂੰ ਦਰਦ ਹੋ ਰਿਹਾ, ਜੇ ਤੁਹਾਡੇ ਦਰਦ ਹੋ ਰਿਹਾ, ਇਹਦਾ ਮਤਲਬ ਤੁਸੀਂ ਜਿਉਂਦੇ ਹੋ, ਤੁਸੀਂ ਜੀ ਰਹੇ ਹੋ। ਦਰਦ ਹਮੇਸ਼ਾ ਜਿਉਂਦੇ ਲੋਕ ਮਹਿਸੂਸ ਕਰਦੇ ਨੇ, ਇਹ ਜ਼ਿੰਦਗੀ ਦਾ ਬਹੁਤ ਵੱਡਾ ਸੱਚ ਹੈ। ਲੋਕ ਇਹਨੂੰ ਮੰਨਣ ਨੂੰ ਤਿਆਰ ਨਹੀਂ, ਲੋਕ ਮਰਦੇ ਨੇ ਹਰ ਰੋਜ਼, ਹਾਲਾਂਕਿ ਪਤਾ ਹੈ ਵੀ ਇੱਕ ਦਿਨ ਮਰਨਾ ਹੈ, ਪਰ ਫਿਰ ਰੋਜ਼ ਹੀ ਮਰਦੇ ਆ, ਸੁਬਾਹ ਤੋਂ ਮਰਨ ਲੱਗਦੇ ਆ, ਸ਼ਾਮ ਤੱਕ ਮਰੀ ਜਾਂਦੇ ਆ, ਫਿਰ ਸੌਂ ਜਾਂਦੇ ਆ, ਉਹ ਵੀ ਮਰਨੀ ਹੈ, ਸੌਣਾ ਵੀ। ਬਿਲਕੁਲ, ਗੁਰੂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਡੇ ਦਸ਼ਮੇਸ਼ ਪਿਤਾ ਜੀ, ਉਹ ਸੌਣ ਵੇਲੇ, ਮੈਂ ਹੁਣ ਐਡਾ ਵੱਡਾ ਗੁਣੀ ਗਿਆਨੀ ਨਹੀਂ, ਪਰ ਸਾਡੇ ਬਾਪੂ ਜੀ ਉਹਨਾਂ ਦਾ ਅੰਮ੍ਰਿਤ ਛਕਿਆ ਹੋਇਆ, ਉਹ ਪਾਠ ਕਰਕੇ ਸੌਂਦੇ ਨੇ, ਮੇਰੇ ਖਿਆਲ ਸੋਹੇਲਾ ਸਾਹਿਬ ਪੜ੍ਹਦੇ ਆ, ਸ਼ਾਇਦ ਮੇਰੇ ਤੋਂ ਗੁਸਤਾਖੀ ਨਾ ਹੋ ਜੇ, ਸ਼ਾਇਦ ਇਹੀ ਉਹ ਪੜ੍ਹ ਕੇ ਸੌਂਦੇ ਆ। ਇਹਦਾ ਮਤਲਬ ਕਹਿੰਦੇ ਇਹ ਹੁੰਦਾ ਵੀ ਹੋ ਸਕਦਾ ਬੰਦਾ ਨਾ ਉੱਠੇ ਤੜਕੇ, ਸੁਬਾਹ ਨਾ ਉੱਠੇ, ਆਪਦਾ ਭੋਗ ਆਪ ਹੀ ਪਾ ਕੇ ਪੈ ਜਾਂਦੇ ਆ। ਗੁਰੂ ਸਾਹਿਬ ਦਾ ਫਲਸਫਾ ਸੀ ਗੁਰੂ ਗੋਬਿੰਦ ਸਿੰਘ ਜੀ ਦਾ, ਕਿਆ ਬਾਤ ਹੈ, ਵੀ ਤੁਸੀਂ ਦਰਦ ਹਮੇਸ਼ਾ ਜਿਉਂਦੇ ਲੋਕ ਮਹਿਸੂਸ ਕਰਦੇ ਨੇ। ਜਿੱਦੇ ਬੰਦਾ ਜੰਮਿਆ ਸੀ, ਅਸਲ ਦੇ ਵਿੱਚ ਬੰਦਾ ਜੰਮਦਾ ਹੀ ਮਰਨ ਵਾਸਤੇ ਆ, ਬੰਦਾ ਬਾਈ ਜੋ ਮਰਜ਼ੀ ਕਰ ਲਏ ਲਾਈਫ ਦੇ ਵਿੱਚ, ਤਕਲੀਫਾਂ ਉਹਦਾ ਕਦੇ ਖਹਿੜਾ ਨਹੀਂ ਛੱਡਣਗੀਆਂ, ਤਕਲੀਫਾਂ ਆਉਣੀਆਂ ਜ਼ਰੂਰੀ ਨੇ, ਤਕਲੀਫਾਂ ਆਉਣੀਆਂ ਜ਼ਰੂਰੀ ਆ ਬਾਈ, ਇਹੀ ਜ਼ਿੰਦਗੀ ਆ। ਇਹਦਾ ਮਤਲਬ ਤੁਸੀਂ ਸਹੀ ਸਲਾਮਤ ਹੋ, ਕਦੇ ਕਮਲੇ ਬੋਲੇ ਜਿਹੜੇ ਆ ਤੁਰੇ ਫਿਰਦੇ ਨੇ,
ਰੋਡਾਂ 'ਤੇ, ਇਹਨਾਂ ਨੂੰ ਕਦੇ ਰੋਂਦਾ ਦੇਖਿਆ ਤੁਸੀਂ? ਇਹਨਾਂ ਨੂੰ ਬਿਲਕਦੇ ਦੇਖਿਆ? ਇਹਨਾਂ ਨੂੰ ਚਿੰਤਾਵਾਂ ਕਰਦੇ ਦੇਖਿਆ? ਇਹਨਾਂ ਨੂੰ ਕਿਸੇ ਨੂੰ ਦਰਦ ਸੁਣਾਉਂਦੇ ਦੇਖਿਆ? ਕਦੇ ਵੀ ਆਪਦਾ ਦਰਦ ਬਈ ਕਿਸੇ ਨਾਲ ਸਾਂਝਾ ਨਾ ਕਰੋ, ਲੋਕ ਤੁਹਾਡੇ ਦਰਦ ਦਾ ਫਾਇਦਾ ਉਠਾਉਂਦੇ ਆ, ਲੋਕ ਤੁਹਾਡਾ ਫਾਇਦਾ ਉਠਾਉਂਦੇ ਆ। ਜਦੋਂ ਤੁਸੀਂ ਆਪਦਾ ਦਰਦ, ਆਪਣਾ ਦੁੱਖ ਕਿਸੇ ਨਾਲ ਸਾਂਝਾ ਕਰਦੇ ਹੋ ਨਾ, ਲੋਕ ਉਹਨਾਂ ਚੀਜ਼ਾਂ ਦਾ ਫਾਇਦਾ ਉਠਾਉਂਦੇ ਆ, ਲੋਕ ਤੁਹਾਡੇ ਤੋਂ ਜਾਣੂ ਹੁੰਦੇ ਆ, ਲੋਕਾਂ ਨੂੰ ਤੁਹਾਡੀਆਂ ਕਮਜ਼ੋਰੀਆਂ ਦਾ ਪਤਾ ਲੱਗਦਾ। ਜਦੋਂ ਤੁਹਾਨੂੰ ਪਤਾ ਹੀ ਆ ਵੀ ਇੱਕ ਦਿਨ ਮਰਨਾ ਹੈ, ਤੁਹਾਨੂੰ ਤਾਂ ਖੁਸ਼ ਹੋਣਾ ਚਾਹੀਦਾ ਵੀ ਯਾਰ ਇਹ ਬਹੁਤ ਵੱਡੀ ਗੱਲ ਹੈ, ਸਾਨੂੰ ਤਕਲੀਫ ਹੋ ਰਹੀ ਹੈ, ਸਾਨੂੰ ਦਰਦ ਹੋ ਰਿਹਾ, ਬਈ ਹੋਇਆ ਮੈਨੂੰ ਦਰਦ ਬਹੁਤ ਵਾਰੀ ਹੋਇਆ, ਇਹ ਤੁਹਾਨੂੰ ਵੀ ਹੋਇਆ ਹੋਣਾ ਐਜ਼ ਅ ਹਿਊਮਨ ਨੂੰ। ਇਹਦਾ ਮਤਲਬ ਉਹੀ ਗੱਲ ਆ ਨਾ ਵੀ ਜਿਉਂਦੇ ਹਾਂ ਅਸੀਂ, ਇਹਦਾ ਮਤਲਬ ਵੀ ਇਹ ਹੈ ਵੀ ਅਸੀਂ ਜੀ ਰਹੇ ਹਾਂ, ਤਾਂ ਹੀ ਤਾਂ ਦਰਦ ਹੋ ਰਿਹਾ। ਫਿਰ ਉਸ ਦਰਦ ਦੇ ਵਿੱਚ ਉਹ ਆਪਣੇ ਆਪ ਨੂੰ ਇਕੱਠਾ ਕਿਵੇਂ ਕਰਿਆ? ਇਕੱਠਾ ਬਈ ਅਸਲ ਦੇ ਵਿੱਚ ਤਾਂ ਜਿਹੜਾ ਗੁਰਬਾਣੀ ਦੇ ਲੜ ਲੱਗਿਆ ਬੰਦਾ, ਗੁਰਬਾਣੀ ਬਹੁਤ ਵੱਡੀ ਚੀਜ਼ ਆ। ਮੇਰੇ ਡੈਡੀ ਕਹਿੰਦੇ ਹੁੰਦੇ ਆ ਵੀ ਜਦੋਂ ਕੋਈ ਤਕਲੀਫ ਆਉਂਦੀ ਹੈ ਉਦੋਂ ਤੁਸੀਂ, ਵੈਸੇ ਤਾਂ ਨਿਤਨੇਮ ਤੁਹਾਨੂੰ ਕਰਨਾ ਚਾਹੀਦਾ, ਗੁਰਬਾਣੀ ਪੜ੍ਹਨੀ ਚਾਹੀਦੀ, ਗੁਰਬਾਣੀ ਤੁਹਾਨੂੰ ਜੀਵਨ ਜਾਂਚ ਸਿਖਾਉਂਦੀ ਹੈ, ਬਿਲਕੁਲ ਤੁਹਾਨੂੰ ਜਿਉਣਾ ਸਿਖਾਉਂਦੀ ਹੈ। ਤੁਸੀਂ ਹਰ ਦਿਨ ਕਿਵੇਂ ਪੋਜ਼ਿਟਿਵ ਹੋਣਾ ਉਹ ਗੁਰਬਾਣੀ ਤੋਂ ਸਿੱਖੋ, ਇਹ ਪਹਿਲੀ ਗੱਲ ਹੈ। ਗੁਰਬਾਣੀ ਪੜ੍ਹਨਾ, ਪਾਠ ਕਰਨਾ, ਹੋ ਸਕਦਾ ਮੈਂ ਨਾ ਕਰਦਾ ਹੋਵਾਂ, ਹੋ ਸਕਦਾ ਮੈਂ ਕਰਦਾ ਹੋਵਾਂ, ਮੈਂ ਐਵੇਂ ਉਵੇਂ ਕ੍ਰੈਡਿਟ ਜਿਹਾ ਲੈਂਦਾ ਫਿਰਾਂ ਵੀ ਯਾਰ ਮੈਂ ਤਾਂ ਪਾਠ ਕਰਦਾ, ਪਾਠ ਦੱਸ ਕੇ ਕੀਤਾ ਵੀ ਕੀ ਕੀਤਾ? ਹਾਂ ਪਾਠ ਤਾਂ ਤੁਹਾਡੇ ਅੰਦਰ ਹੀ ਚੱਲਦਾ, ਇਹ ਪਾਠ ਹੀ ਆ ਸਾਹਾਂ ਦਾ, ਜਿਹੜਾ ਆਉਂਦੇ ਜਾਂਦੇ ਸਾਹ ਨੇ, ਜਦੋਂ ਸਾਹ ਬਾਹਰ ਜਾਂਦਾ ਆਉਂਦਾ ਉਹ ਤੁਹਾਡੀ ਸੋਚ ਹੈ, ਤੁਹਾਡਾ ਸਾਹ ਗੰਦ ਲੈ ਕੇ ਮੁੜਦਾ ਜਾਂ ਤੁਹਾਡਾ ਸਾਹ ਗੁਰਬਾਣੀ ਦੇ ਪਵਿੱਤਰ ਲਫਜ਼ ਲੈ ਕੇ ਮੁੜਦਾ, ਇਹ ਸੋਚ 'ਤੇ ਡਿਪੈਂਡ ਹੈ। ਹੁਣ ਸਮੇਟਣਾ ਬਈ ਕਿਵੇਂ ਆ, ਮੈਂ ਕੋਈ ਇਹ ਨਹੀਂ ਹੈਗਾ ਕਿ ਮੈਂ ਯਾਰ ਇੱਥੇ ਐਵੇਂ ਬੋਲੀ ਜਾਵਾਂ, ਸਮੇਟਣਾ ਆਪਣੇ ਆਪ ਨੂੰ, ਬਸ ਸਭ ਤੋਂ ਵੱਡੀ ਗੱਲ ਹੀ ਇਹ ਆ, ਸਮੇਟਿਆ ਹੀ ਇੱਦਾਂ ਜਾਂਦਾ ਵੀ ਦਰਦ ਹਮੇਸ਼ਾ ਜਿਉਂਦੇ ਲੋਕ ਮਹਿਸੂਸ ਕਰਦੇ ਆ, ਇਹੀ ਚਾਬੀ ਹੈ ਇਸ ਚੀਜ਼ ਦੀ। ਟੁੱਟੇ ਹੋਏ ਹੋ, ਉੱਠੋ, ਹਿੰਮਤਾਂ ਨਾ ਹਾਰਦੇ ਜੋ ਆਪੇ ਲੱਭ ਲੈਂਦੇ ਨੇ ਰਾਹਾਂ, ਕੌਣ ਕਰ ਪਾਇਆ ਏ ਕਾਬੂ ਸੰਗ ਤੂਫਾਨਾਂ ਦੇ ਹਵਾਵਾਂ। ਕਿਆ ਬਾਤ, ਇਹ ਫੈਸਲੇ ਦਾ ਮੋੜ ਏ, ਸਵੇਰਾ ਦੂਰ ਨਹੀਂ ਬਸ ਹੌਸਲੇ ਦੀ ਲੋੜ ਏ, ਹੌਸਲਾ ਬੜੀ ਵੱਡੀ ਚੀਜ਼ ਹੈ, ਆਪਣੇ ਆਪ ਨੂੰ ਹੌਸਲਾ ਦੇਣਾ ਬਹੁਤ ਵੱਡੀ ਚੀਜ਼। ਕਦੇ ਸ਼ੀਸ਼ੇ ਮੂਹਰੇ ਬੈਠ ਕੇ ਆਪਣੇ ਆਪ ਨਾਲ ਬਾਈ ਗੱਲਾਂ ਕਰਕੇ ਦੇਖਿਓ ਤੁਸੀਂ, ਕਿਆ ਮਜ਼ਾ, ਕਿਆ ਸਵਾਦ ਆ। ਤੁਸੀਂ ਕਿੰਨੇ ਕਰਦੇ ਹੋ ਬਾਈ? ਮੈਂ ਕਰਦਾ ਗੱਲਾਂ ਆਪਣੇ ਆਪ ਨਾਲ ਇਕੱਲੇ, ਮੈਂ ਵਧੀਆ। ਕਿੰਨੇ ਜਣੇ ਨੂੰ? ਤੁਹਾਡੇ ਤੋਂ ਨੇੜੇ, ਤੁਹਾਡੇ ਵਰਗਾ ਤੁਹਾਡਾ ਕੋਈ ਸਾਥੀ ਨਹੀਂ ਬਾਈ, ਇੱਥੇ ਸਭ ਰਿਸ਼ਤੇ ਫੇਕ ਨੇ ਯਾਰ, ਸਭ ਰਿਸ਼ਤੇ ਫੇਕ ਨੇ ਤੁਹਾਡੀ। ਮੇਰਾ ਮੈਂ ਹੀ ਇੱਕ ਯਾਰ ਹਾਂ, ਮੇਰਾ ਮੈਂ ਹੀ ਇੱਕ ਦੋਸਤ ਹਾਂ, ਦੋਸਤ ਹਾਂ, ਇਕੱਲਾ ਹੀ ਤੁਰਿਆ ਬੰਦਾ। ਜਿਵੇਂ ਡਾਕਟਰ ਨਰਿੰਦਰ ਸਿੰਘ ਕਪੂਰ ਸਾਹਿਬ ਦੀ ਇੱਕ ਬੁੱਕ ਆ, ਇਕੱਲਿਆਂ ਦਾ ਕਾਫਲਾ, ਮੈਂ ਅੱਜ ਕੱਲ੍ਹ ਪੜ੍ਹ ਰਿਹਾ ਬੁੱਕ। ਅੱਛਾ, ਇਕੱਲਿਆਂ ਦਾ ਕਾਫਲਾ, ਜੇ ਤੁਸੀਂ ਇਕੱਲੇ ਹਾਂ ਤਾਂ ਤੁਸੀਂ ਕਾਫਲਾ ਲੈ ਕੇ ਚੱਲੋ ਨਾਲ। ਹੁਣ ਆਪਣੇ ਆਪ ਨੂੰ ਸਮੇਟਣਾ, ਹਰ ਬੰਦਾ ਟੁੱਟਦਾ, ਇਹਦਾ ਮਤਲਬ ਤੁਸੀਂ ਜਿਉਂਦੇ ਹੋ, ਇਹਦਾ ਮਤਲਬ ਤੁਸੀਂ ਸਹੀ ਸਲਾਮਤ ਹੋ, ਤੁਹਾਡੀ ਸਿਹਤ ਵਧੀਆ ਹੈ। ਜੇ ਤੁਹਾਨੂੰ ਦਰਦ ਮਹਿਸੂਸ ਹੋ ਰਿਹਾ, ਜੇ ਇਮੋਸ਼ਨਸ ਤੁਹਾਨੂੰ ਮਹਿਸੂਸ ਤੁਸੀਂ ਕਰ ਰਹੇ ਹੋ, ਇਮੋਸ਼ਨਲ ਹੋ ਰਹੇ ਹੋ, ਮਤਲਬ ਕਿਸੇ ਨਾਲ ਕੋਈ ਪਿਆਰ ਕਰਦੇ ਹੋ ਤੁਸੀਂ,
ਕੋਈ ਕੁੜੀ ਕੋਈ ਮੁੰਡਾ ਤੁਹਾਡੀ ਲਾਈਫ ਤੋਂ ਵਿੱਚੋਂ ਚਲਾ ਜਾਂਦਾ ਤੁਹਾਨੂੰ ਠੋਕਰ ਮਾਰ ਕੇ, ਇਮੋਸ਼ਨਲ ਹੋ ਗਏ ਤੁਸੀਂ। ਜੇ ਤੁਸੀਂ ਪਾਗਲ ਹੁੰਦੇ ਉਸੇ ਪਲ ਤੁਸੀਂ ਮਤਲਬ ਪਾਗਲ ਹੋ, ਤੁਹਾਨੂੰ ਪਤਾ ਲੱਗੂਗਾ ਵੀ ਇਹ ਮੈਨੂੰ ਛੱਡ ਕੇ ਚਲਾ ਗਿਆ, ਤੁਹਾਨੂੰ ਪਤਾ ਲੱਗੂਗਾ ਵੀ ਇਹ ਮੈਨੂੰ ਪਿਆਰ ਕਰਦਾ, ਜਦੋਂ ਤੁਹਾਡਾ ਦਿਮਾਗ ਹੀ ਹੈ ਨਹੀਂ, ਤੁਹਾਡਾ ਦਿਮਾਗ ਹੀ ਨਹੀਂ ਕੰਮ ਕਰ ਰਿਹਾ। ਇਹ ਤਾਂ ਜਾਂਚ ਹੈ ਇੱਕ ਤੁਹਾਡੀ, ਜਦੋਂ ਤੁਹਾਨੂੰ ਕੋਈ ਦੁੱਖ ਆਉਂਦਾ ਇਹ ਤੁਹਾਡੀ ਜਾਂਚ ਹੈ। ਜਿਵੇਂ ਆਪਾਂ ਟੈਸਟ ਨਹੀਂ ਕਰਦੇ, ਕੋਈ ਬਲੱਡ ਕਢਵਾ ਕੇ ਆਪਾਂ ਦੇਖਦੇ ਹਾਂ ਵੀ ਯਾਰ ਇਹਨੂੰ ਕੋਈ ਰੋਗ ਤਾਂ ਨਹੀਂ, ਹੈ ਨਾ, ਲੈਬੋਰਟਰੀ ਟੈਸਟ ਕਰਦੇ ਹਾਂ ਆਪਾਂ, ਵਾ ਉਵੇਂ ਹੈ ਇਹ ਹੈ, ਦੁੱਖ ਤਕਲੀਫਾਂ ਆਉਂਦੇ ਆ, ਤੁਹਾਡੀ ਜਾਂਚ ਹੈ, ਤੁਹਾਨੂੰ ਪਰਖਦਾ ਵੀ ਹੈ ਪਰਮਾਤਮਾ। ਅੱਛਾ, ਹਾਂ, ਤੁਹਾਨੂੰ ਪਰਖਦਾ ਹੈ, ਤੁਹਾਡੀ ਪਰਖ ਹੁੰਦੀ ਹੈ ਵੀ ਯਾਰ ਕਿੰਨੇ ਕੁ ਦਮ 'ਚ ਹੈ ਇਹ, ਦੇਖੀਏ ਮਾੜਾ ਜਿਹਾ ਟੋਕੇ। ਅਤੇ ਮੇਰੇ ਹਿਸਾਬ ਨਾਲ ਦੁੱਖ ਤਕਲੀਫਾਂ ਬਈ ਦਿੰਦਾ ਹੀ ਮਾਲਕ ਉਹਨੂੰ ਆ, ਕਸ਼ਮਤਾ ਹੁੰਦੀ ਹੈ ਜਿਹਦੇ 'ਚ ਸਾਂਭਣ ਦੀ, ਉਹਨੂੰ ਸਹਿਣ ਦੀ, ਸਹਿਣ ਦੀ, ਬਰਦਾਸ਼ਤ ਕਰਨ ਦੀ, ਚੁਣ ਕੇ ਦਿੰਦਾ ਵੀ ਯਾਰ ਆਹ ਬੰਦਾ ਇਹ ਆ ਮੇਰਾ ਸ਼ੇਰ, ਫਿਰ ਉਹ ਦਿੰਦਾ, ਫਿਰ ਸੁੱਟਦਾ। ਪਰ ਉਹਦੇ ਵਿੱਚੋਂ ਕੋਇਲੇ ਦੇ ਵਿੱਚੋਂ ਹੀਰਾ ਨਿਕਲਦਾ। ਫਿਰ ਤੁਸੀਂ ਜਿੰਨਾ ਦਰਦ ਹੰਢਾਓਗੇ, ਜਿੰਨੀਆਂ ਤਕਲੀਫਾਂ ਹੰਢਾਓਗੇ, ਜਿੰਨੇ ਵਾਰ ਟੁੱਟੋਗੇ ਉਨੇ ਵਾਰ ਤੁਹਾਡਾ ਨਿਰਮਾਣ ਹੋਊਗਾ। ਤੁਸੀਂ ਜਿੰਨੇ ਵਾਰ ਟੁੱਟੋਗੇ ਤੁਹਾਡਾ ਉਨੇ ਵਾਰ ਨਿਰਮਾਣ ਹੋਊਗਾ। ਤੁਸੀਂ ਖੁਸ਼ ਹੋ, ਤੁਸੀਂ ਤਰਾਸ਼ੇ ਜਾ ਰਹੇ ਹੋ, ਸੰਗਮਰਮਰ ਦਾ ਜਿਹੜਾ ਪੱਥਰ ਹੁੰਦਾ ਹੈ, ਤਾਜ ਮਹਿਲ ਸਾਰਾ ਸੰਗਮਰਮਰ ਦਾ ਬਣਿਆ ਹੋਇਆ। ਪਰ ਕਿਸੇ ਨੂੰ ਇਹ ਤਾਂ ਨਹੀਂ ਪਤਾ ਵੀ ਬਣਿਆ ਹੋਊਗਾ ਉਦੋਂ, ਕਿੰਨੀ ਉਹਨਾਂ ਨੂੰ ਕਿੰਨੇ ਵਾਰੀ ਇੱਕ ਪੱਥਰ ਨੂੰ ਕਿੰਨੇ ਵਾਰੀ ਉਹਦੇ 'ਤੇ ਸੱਟਾਂ ਪਈਆਂ ਹੋਣੀਆਂ, ਕਿੰਨੇ ਵਾਰੀ ਟੁੱਟਿਆ ਹੋਣਾ। ਪਰ ਅੱਜ ਉਹ ਦੁਨੀਆ ਦਾ ਸੱਤਵਾਂ ਅਜੂਬਾ ਹੈ, ਉਹਨੂੰ ਲੋਕ ਦੇਖਣ ਆਉਂਦੇ ਨੇ। ਆਹ ਬੰਦੇ 'ਤੇ ਡਿਪੈਂਡ ਕਰਦੀਆਂ ਨੇ ਗੱਲਾਂ। ਕਿਆ ਬਾਤ ਹੈ, ਬਹੁਤ ਸੋਹਣੀ ਗੱਲ ਹੈ ਨਾ। ਇਹ ਬੰਦਾ ਕਿਸੇ ਨੂੰ, ਯਾਰ ਮੇਰੀ ਇੱਕ ਗੱਲ ਹੈ, ਕਿਸੇ ਨੂੰ ਤਕਲੀਫ ਨਾ ਦਿਓ, ਆਪਣੇ ਰਾਹ ਚੱਲੋ, ਸ਼ਿੱਦਤ ਨਾਲ ਆਪਣਾ ਕੰਮ ਕਰੋ, ਸੱਚਾਈ ਨਾਲ ਆਪਣਾ ਕੰਮ ਕਰੋ, ਸੱਚੀ ਨੀਤ ਨਾਲ ਕੰਮ ਕਰੋ, ਕਿਸੇ ਵੱਲ ਦੇਖ ਕੇ ਕਦੇ ਵੀ ਤੇਜ਼ ਨਾ ਹੋਵੋ, ਕਾਲੇ ਨਾ ਪਓ ਵੀ ਯਾਰ ਉਹ ਤਾਂ ਉਹ ਕਰ ਲਿਆ, ਮੈਂ ਕਾਹਤੋਂ ਰਹਿ ਗਿਆ। ਇਹ ਚੀਜ਼ਾਂ ਵੀ ਤੁਹਾਨੂੰ ਤੰਗ ਕਰਦੀਆਂ ਨੇ, ਤੁਹਾਨੂੰ। ਤੁਸੀਂ ਹਮੇਸ਼ਾ ਪੋਜ਼ਿਟਿਵ ਰਹਿਣ ਦੀ ਕੋਸ਼ਿਸ਼, ਪੋਜ਼ਿਟਿਵ ਰਹੋ ਯਾਰ, ਪੋਜ਼ਿਟਿਵ ਰਹੋ। ਔਰ ਅੱਜ ਦੇ ਵਿੱਚ ਮੇਰੇ ਖਿਆਲ ਨਾਲ ਵੀ ਜਿਹੜਾ ਬੰਦਾ ਆਪਣੇ ਪਾਸਟ ਨਾਲ ਜੁੜਿਆ ਰਹਿੰਦਾ, ਉਹ ਵੀ ਬੰਦਾ ਮਰਿਆ ਵਰਗੇ ਹੁੰਦਾ। ਫਲਾਨਾ ਬੰਦਾ ਯਾਰ ਮੈਨੂੰ ਐਂ ਕਰ ਗਿਆ ਸੀ ਯਾਰ, ਉਹ ਫਲਾਨੇ ਬੰਦੇ ਨੇ ਯਾਰ ਮੇਰਾ ਯੂਜ਼ ਕਰ ਲਿਆ ਯਾਰ, ਫਲਾਨੇ ਬੰਦੇ ਨੇ ਐਂ ਪਿੱਟਦਾ ਰਹਿੰਦਾ ਬੰਦਾ, ਐਂ ਪਿੱਟਦਾ ਰਹਿੰਦਾ, ਉਹਦੀ ਆਪਣੀ ਐਨਰਜੀ ਹੈ ਜਿਹੜੀ ਉਹ ਸਾਰੀ ਉੱਥੇ ਵੇਸਟ ਕਰ ਦਿੰਦਾ, ਸਾਰੀ ਐਨਰਜੀ ਉੱਧਰ ਗਈ। ਅੱਜ ਦੇ ਲਈ ਤੁਸੀਂ ਕੀ ਕਰ ਰਹੇ ਹੋ? ਅੱਜ ਆਪਾਂ ਇੱਥੇ ਬੈਠੇ ਆ, ਕੋਈ ਪਤਾ ਨਹੀਂ ਨਾ ਕੱਲ੍ਹ ਦਾ ਕੀ ਪਤਾ। ਬਿਲਕੁਲ, ਅਸੀਂ ਇੱਥੋਂ ਆਏ, ਬਾਹਰ ਜਾਵਾਂਗੇ, ਕੋਈ ਪਤਾ ਨਹੀਂ ਕੀ ਹੋਣਾ ਸਾਡੇ ਨਾਲ, ਕੋਈ ਪਤਾ ਨਹੀਂ। ਪਰ ਸਾਨੂੰ ਇੰਨਾ ਪਤਾ ਹੈ ਵੀ ਅਸੀਂ ਪੋਜ਼ਿਟਿਵ ਹਾਂ, ਜਿੰਨਾ ਚਿਰ ਜਿਉਂਦੇ ਅਸੀਂ ਪੋਜ਼ਿਟਿਵ ਹਾਂ। ਤਕਲੀਫਾਂ ਆਉਣੀਆਂ ਨੇ, ਤਕਲੀਫਾਂ ਜਾਣੀਆਂ ਵੀ ਨੇ। ਹਾਂ, ਜਿਹੜੀ ਚੀਜ਼ ਆਈ ਹੈ ਉਹ ਜਾਣੀ ਹੈ, ਜੇ ਰਾਤ ਹੋਈ ਹੈ ਤਾਂ ਦਿਨ ਹੋਊਗਾ, ਜੇ ਬੰਦਾ ਜੰਮਿਆ ਤਾਂ ਉਹਨੇ ਮਰਨਾ ਵੀ ਹੈ, ਹੈ ਨਾ, ਉਹਨੇ ਮਰਨਾ। ਜੇ ਰਾਤ ਹੋਈ ਹੈ ਤੁਹਾਡੇ ਵਾਲੀ ਗੱਲ ਤਾਂ ਦਿਨ ਵੀ ਚੜ੍ਹਨਾ, ਦਿਨ ਵੀ ਚੜੂਗਾ। ਜੇ ਤਕਲੀਫਾਂ ਤੁਹਾਡੀ ਲਾਈਫ ਦੇ ਵਿੱਚ ਆਈਆਂ ਨੇ ਤਾਂ ਜਾਣੀਆਂ ਵੀ ਨੇ। ਇਹ ਹਮੇਸ਼ਾ ਤੁਹਾਡੇ ਮਾਇੰਡ 'ਚ ਹੋਣੀ ਚਾਹੀਦੀ ਹੈ ਗੱਲ ਕਿ ਯਾਰ ਹਾਂ ਆਹ ਤਕਲੀਫ ਹੈ, ਕੋਈ ਚੱਕਰ ਨਹੀਂ, ਇਹ ਸਿੱਖਣ ਲਈ ਹੈ। ਆਹ ਮੈਂ ਥੋੜ੍ਹਾ ਟਾਈਮ ਪਹਿਲਾਂ, ਹੁਣ ਮੈਨੂੰ ਇਹ ਵੀ ਨਹੀਂ ਪਤਾ ਮੈਂ ਨੈਗੇਟਿਵ ਕਾਹਤੋਂ ਸੀ, ਆਹ ਥੋੜ੍ਹਾ ਟਾਈਮ ਪਹਿਲਾਂ ਹੀ, ਅੱਛਾ, ਜਦੋਂ ਮੈਂ ਆਇਆ ਤੁਹਾਡੇ ਕੋਲ, ਮੈਨੂੰ ਪਤਾ ਹੀ ਨਹੀਂ
ਕਿਉਂਕਿ ਅਸੀਂ ਬੜੇ ਸੈਂਸਿਟਿਵ ਹੁੰਦੇ ਹਾਂ, ਜਿਹੜੇ ਲਿਖਣ ਵਾਲੇ ਹੁੰਦੇ ਹਾਂ ਨਾ, ਜਿੰਨੇ ਵੀ ਲਿਖਣ ਵਾਲੇ ਭਰਾ ਨੇ ਉਹ ਸਾਰਿਆਂ ਨੂੰ ਪਤਾ ਇਸ ਗੱਲ ਦਾ, ਅਸੀਂ ਬੜੇ ਸੂਖਮ ਹੁੰਦੇ ਹਾਂ। ਤੁਹਾਡੇ ਵਰਗੇ ਬੰਦੇ ਵੀ ਜਿਹੜੇ ਪੜ੍ਹਦੇ ਨੇ ਉਹ ਵੀ ਪਤਾ ਹੀ ਹੈ, ਬੜੇ ਸੂਖਮ, ਬੜੇ ਸੈਂਸਿਟਿਵ, ਵੀ ਮਾੜੀ ਜਿਹੀ ਵੀ ਗੱਲ ਜੇ ਕਿਸੇ ਨੇ ਕਹਿਤੀ ਸਾਲੀ ਉਹ ਵੀ ਚੁਭਣੀ ਹੈ, ਵੀ ਯਾਰ ਆਹ ਕਾਹਤੋਂ ਹੋ ਗਿਆ ਯਾਰ। ਇੱਕ ਗੱਲ ਸੌ ਸੌ ਵਾਰੀ ਬੰਦਾ ਸੋਚਦਾ ਵੀ ਯਾਰ ਐਂ ਮੈਂ ਕਾਹਤੋਂ ਕਹਿਤਾ ਕਿਸੇ ਨੂੰ, ਜੇ ਕਿਸੇ ਨੂੰ ਮਾੜਾ ਵੀ ਕਹਿਤਾ ਵੀ ਯਾਰ ਕਾਹਨੂੰ ਯਾਰ ਕਹਿਣਾ ਸੀ ਯਾਰ, ਵਕਤੀ ਸੀ ਲੰਘ ਜਾਣਾ ਸੀ, ਕਿਉਂ ਕਹਿਣਾ ਸੀ, ਕਿਉਂ ਤੋਂ ਛੇੜਨਾ ਸੀ। ਪਰ ਬਾਈ ਇੱਥੇ ਮੈਂ ਆ ਕੇ ਮੈਂ ਨੈਗੇਟਿਵ ਸੀ, ਜਦੋਂ ਬੈਠਾ ਆਹ ਹੁਣ ਮੈਂ ਪੋਜ਼ਿਟਿਵ ਹਾਂ। ਆਈ ਹੈ ਜਿਹੜੀ ਚੀਜ਼ ਆਈ ਹੈ ਉਹਨੇ ਜਾਣਾ, ਮੈਨੂੰ ਇਹ ਨਹੀਂ ਸੀ ਪਤਾ ਬਾਏ ਗੋਡ ਮੈਨੂੰ ਪਤਾ ਹੀ ਨਹੀਂ ਸੀ ਮੈਂ ਕਾਹਤੋਂ ਨੈਗੇਟਿਵ ਹਾਂ। ਯਾਨੀ ਇਹ ਚੀਜ਼ ਬੰਦੇ ਦੇ ਖੁਦ 'ਤੇ ਡਿਪੈਂਡ ਹੁੰਦੀ ਆ ਵੀ ਆਪਾਂ ਆਪਣੇ ਆਪ ਨੂੰ ਪੋਜ਼ਿਟਿਵ ਰੱਖਦੇ ਹਾਂ, ਆਪਣੇ ਆਪ ਨੂੰ ਨੈਗੇਟਿਵ ਰੱਖਦੇ ਹਾਂ, ਜਾਂ ਆਪਾਂ ਨੈਗੇਟਿਵ ਸੋਚ ਸੋਚ ਆਪਣੇ ਆਪ ਨੂੰ ਕੁੜੀ ਜਾਂਦੇ ਹਾਂ। ਹਾਂ, ਆਪਣੇ ਆਪ ਨੂੰ ਵਿੱਚ ਕੁੜੀ ਜਾਣਾ ਵੀ ਯਾਰ ਕਿਉਂ ਕਿੱਦਾਂ ਕਿਵੇਂ ਠੀਕ ਨਹੀਂ, ਫਲਾਣਾ ਠੀਕ ਨਹੀਂ, ਇਹ ਨਹੀਂ ਵੋ ਨਹੀਂ, ਬਿਲਕੁਲ ਬਸ ਇਹ ਚੀਜ਼ ਹੁੰਦੀ ਰਹਿੰਦੀ ਹੈ। ਹਾਂ, ਬਾਕੀ ਇੱਕ ਗੱਲ ਮੈਂ ਹੋਰ ਵੀ ਮੰਨਦਾ, ਇੱਕ ਵਾਈਬ ਨੈਗੇਟਿਵ ਪੋਜ਼ਿਟਿਵ ਵਾਈਬ ਹੁੰਦੀ ਹੈ। ਕਈ ਵਾਰੀ ਤੁਹਾਡੇ ਔਰਾ ਮਤ ਤੁਹਾਡੇ ਬੰਦੇ, ਕਈ ਵਾਰੀ ਕਿਸੇ ਬੰਦੇ ਦਾ ਔਰਾ ਹੀ ਇੱਦਾਂ ਦਾ ਹੁੰਦਾ ਵੀ ਉਹ ਤੁਹਾਨੂੰ ਨਾਲਦਿਆਂ ਨੂੰ ਵੀ ਪੋਜ਼ਿਟਿਵ ਕਰ ਦਿੰਦਾ। ਹਾਂ ਬਿਲਕੁਲ, ਹੈ ਨਾ, ਉਹ ਹੌਸਲਾ ਜਾ ਆਉਂਦਾ ਆਉਣ ਨਾਲ ਹੀ, ਉਹਦੇ ਬੈਠਣ ਨਾਲ ਹੀ ਉਹਦੇ ਸਾਰਾ ਮਾਹੌਲ ਪੋਜ਼ਿਟਿਵ ਹੋ ਜਾਂਦਾ। ਕਈ ਵਾਰੀ ਕੋਈ ਇੱਦਾਂ ਦਾ ਨੈਗੇਟਿਵ ਬੰਦਾ ਹੁੰਦਾ, ਉਹ ਬੋਲਦਾ ਤੱਕ ਨਹੀਂ, ਪਰ ਨੈਗੇਟਿਵਿਟੀ ਪਸਰ ਜਾਂਦੀ ਹੈ ਸਾਰੇ ਪਾਸੇ, ਨੈਗੇਟਿਵਿਟੀ ਬੰਦਾ ਮਹਿਸੂਸ ਕਰ ਰਿਹਾ, ਆਹ ਕੌਣ ਮਰ ਗਿਆ ਯਾਰ, ਮੈਂ ਜੋ ਕੀ ਹੋ ਗਿਆ ਮਹਿਸੂਸ ਕਰਦੇ। ਹਾਂ, ਇੱਦਾਂ ਦੀਆਂ ਵੀ ਗੱਲਾਂ ਨੇ। ਬਾਕੀ ਜਿਹੜੇ ਦਰਸ਼ਕ ਹੁਣ ਨੈਗੇਟਿਵ ਬੰਦਿਆਂ ਨੂੰ ਘੱਟ ਛੱਡੋ ਯਾਰ। ਬਿਲਕੁਲ ਬਿਲਕੁਲ। ਹਾਂ, ਕੀ ਕਹਿ ਰਹੇ ਸੀ ਦਰਸ਼ਕ ਜਿਹੜੇ ਆਪਾਂ ਨੂੰ ਸੁਣ ਰਹੇ ਨੇ ਸਪੋਟੀਫਾਈ 'ਤੇ, ਦੇਖ ਰਹੇ ਨੇ, ਸੁਣ ਰਹੇ ਨੇ ਵੀਡੀਓਜ਼ ਦੇ ਵਿੱਚ, ਤੁਸੀਂ ਸਾਨੂੰ ਵੀਡੀਓ ਪੋਡਕਾਸਟ ਦੇਖ ਰਹੇ ਹੋ ਯੂਟਿਊਬ 'ਤੇ, ਫੇਸਬੁੱਕ 'ਤੇ ਦੇਖ ਰਹੇ ਹੋ, ਥੱਲੇ ਕਮੈਂਟਾਂ ਦੇ ਵਿੱਚ ਸਾਨੂੰ ਜ਼ਰੂਰ ਦੱਸ ਦਿਓ ਤੁਸੀਂ ਕਿਹੜੀ ਕਿਹੜੀ ਜਗ੍ਹਾ ਤੋਂ ਕਿੱਥੋਂ ਕਿੱਥੋਂ ਬੈਠ ਕੇ ਸੁਣ ਰਹੇ ਹੋ ਸਾਡਾ ਪੋਡਕਾਸਟ। ਬਿਲਕੁਲ, ਕਿਹੜੇ ਕਿਹੜੇ ਦੇਸ਼ ਦੇ, ਕਿਹੜੇ ਕਿਹੜੇ ਕੋਨੇ 'ਚੋਂ, ਤੁਹਾਨੂੰ ਕਿਹੜੀ ਗੱਲ ਚੰਗੀ ਲੱਗਦੀ ਹੈ ਤੁਸੀਂ ਉਹ ਵੀ ਕਮੈਂਟ ਦੇ ਵਿੱਚ ਦੱਸ ਦਿਓ। ਜਿਹੜੀ ਬੁਰੀ ਲੱਗਦੀ ਹੈ ਬਾਈ ਉਹ ਵੀ ਦੱਸ ਦਿਓ, ਉਹ ਵੀ ਦੱਸ ਦਿਓ, ਠੀਕ ਹੈ ਨਾ। ਨਾਲ ਥੱਲੇ ਸਬਸਕ੍ਰਾਈਬ, ਦਿਲ 'ਤੇ ਤਾਂ ਲਾਉਣੀ ਨਹੀਂ ਅਸੀਂ। ਬਿਲਕੁਲ, ਨਾਲ ਥੱਲੇ ਸਬਸਕ੍ਰਾਈਬ, ਇਹ ਗੱਲਾਂ ਹੀ ਲਾਵਾਂਗੇ ਦਿਲ 'ਤੇ। ਕੀ ਬਾਤ ਹੈ, ਸਬਸਕ੍ਰਾਈਬ ਵਾਲਾ ਬਟਨ ਥੱਲੇ ਨਾਲ ਉਹਦੇ ਬੈਲ ਆਈਕਨ ਨਾਲ ਉਹਦਾ ਕਤਲ ਕਰ ਦਿਓ, ਕਿਉਂਕਿ ਉਹ ਤਾਂ ਕਤਲ ਕਰ ਦੋਗੇ ਫਿਰ ਉਸ ਤੋਂ ਬਾਅਦ ਸਾਨੂੰ ਸਾਡੇ ਨਾਲ ਜੁੜ ਜਾਓਗੇ, ਸਾਡੇ ਨਾਲ ਜੁੜ ਜਾਓਗੇ ਤੇ ਤੁਹਾਨੂੰ ਪਤਾ ਲੱਗ ਜਾਊਗਾ ਵੀ ਕਦੋਂ ਕੁਦਰਤ ਵਾਲੇ ਆ ਗਏ ਪੋਡਕਾਸਟ ਪੈ ਗਿਆ ਤੇ ਕਿਹੜੇ ਕਲਾਕਾਰ ਨਾਲ ਤੇ ਕਿਹੜੇ ਫਨਕਾਰ ਨਾਲ ਅੱਜ ਉਹ ਹਾਜ਼ਰ ਨੇ। ਹਾਂ ਬਿਲਕੁਲ, ਜਿਹੜੇ ਬਾਈ ਫਤਿਹ ਬਾਈ ਨੂੰ ਪਿਆਰ ਕਰਦੇ ਨੇ, ਫਤਿਹ ਬਾਈ ਦੀ ਲਿਖਤ ਨੂੰ ਪਿਆਰ ਕਰਦੇ, ਬਾਈ ਦੀ ਆਵਾਜ਼ ਨੂੰ ਪਿਆਰ ਕਰਦੇ, ਉਹ ਵੀ ਕਮੈਂਟ ਕਰ ਦਿਓ ਤੇ ਬਾਈ ਦਾ ਕਿਹੜਾ ਗਾਣਾ ਤੁਹਾਨੂੰ ਪਸੰਦ ਹੈ, ਲਿਖਿਆ ਹੋਇਆ, ਗਾਇਆ ਹੋਇਆ, ਕਿਹੜੇ ਜਿਹੜੇ ਗਾਣੇ ਤੁਹਾਡੇ ਫੇਵਰਟ ਨੇ, ਉਹ ਵੀ ਥੱਲੇ ਕਮੈਂਟਾਂ ਦੇ ਵਿੱਚ ਜ਼ਰੂਰ ਲਿਖ ਦਿਓ, ਮੈਂ ਜ਼ਰੂਰ ਪੜੂੰਗਾ, ਕਿਉਂਕਿ ਸਾਡੀ ਸਾਰੀ ਟੀਮ ਇਸੇ ਕੰਮ 'ਤੇ ਲੱਗੀ ਹੁੰਦੀ ਹੈ ਵੀ ਲੋਕ ਕੀ ਡਿਮਾਂਡ ਕਰ ਰਹੇ ਨੇ, ਬਿਲਕੁਲ ਕਿਹੜੇ ਕਲਾਕਾਰ ਨੂੰ ਸੁਣਨਾ ਚਾਹੁੰਦੇ ਨੇ। ਹਾਂ, ਅਤੇ ਅੱਛਾ ਬਾਈ ਜੇ ਮੈਂ ਯਾਰੀ ਦੋਸਤੀ ਦੀ ਗੱਲ ਕਰਾਂ, ਹਾਂਜੀ ਇਹ ਸਵਾਲ ਇੱਕ ਐਸਾ ਕਾਮਨ ਸਵਾਲ ਹੈ ਬਾਈ, ਮੈਨੂੰ ਲੱਗਦਾ ਮੈਂ ਹੁਣ ਤੱਕ 22-23 ਪੋਡਕਾਸਟ ਕਰ ਲਏ ਜੀ, ਅਤੇ ਤਕਰੀਬਨ ਹਰ ਇੱਕ ਰੂਹ ਪੁੱਛਿਆ ਜਾਂਦਾ, ਮੈਂ ਪੁੱਛਦਾ ਕਿਉਂਕਿ ਯਾਰੀ ਦੀ ਡੈਫੀਨੇਸ਼ਨ ਚੇਂਜ ਹੁੰਦੀ ਰਹੀ। ਅੱਜ ਤੁਸੀਂ ਐਜ਼ ਅ ਤੁਸੀਂ ਆਰਟਿਸਟ ਹੋ, ਤੁਸੀਂ ਲਿਖਾਰੀ ਵੀ ਹੋ ਬਾਈ, ਲਿਰਿਸਿਸਟ ਤੁਸੀਂ ਪਹਿਲਾਂ ਹੋ, ਫਿਰ ਤੁਸੀਂ ਸਿੰਗਰ ਆਉਂਦੇ ਹੋ। ਬਿਲਕੁਲ, ਤੁਹਾਨੂੰ ਮੈਂ ਤਾਂ ਪੁੱਛਣਾ ਚਾਹੁੰਦਾ ਕਿਉਂਕਿ ਤੁਸੀਂ ਤਾਂ ਲਿਖਦੇ ਹੋ, ਤੁਸੀਂ ਤੁਸੀਂ ਪੜ੍ਹਦੇ ਹੋ, ਫਿਰ ਸੋਚਦੇ ਹੋ ਤੁਹਾਡੀ ਚੀਜ਼ ਦੇ ਨਾਲ, ਫਿਰ ਤੁਸੀਂ ਲਿਖਦੇ ਹੋ, ਫਿਰ ਉਹ ਦੁਨੀਆ ਦੇਖਦੀ ਹੈ ਉਸ ਚੀਜ਼ ਨੂੰ। ਜੀ ਜੀ, ਯਾਰੀ ਦੋਸਤੀ ਇੱਕ ਆਪਣੇ ਫਾਦਰ ਸਾਹਿਬ ਉਹਨਾਂ ਦੇ ਟਾਈਮ ਦੀ ਸੀ, ਫਾਦਰ ਸਾਹਿਬ ਉਹਨਾਂ ਦੇ ਟਾਈਮ ਦੀ ਸੀ, ਜਦੋਂ ਉਦੋਂ ਆਏ ਹੁੰਦਾ ਸੀਗਾ ਵੀ ਯਾਰ ਦੋਸਤ ਨੇ ਕੁਛ ਕਹਿਤਾ, ਬਸ ਉਹਦੀ ਗੱਲ ਮੂੰਹੋਂ ਨਿਕਲੀ ਅਤੇ ਉਹ ਕਰਨੀ ਹੈ, ਪਗਾਉਣੀ ਹੈ। ਬਿਲਕੁਲ, ਚਾਹੇ ਲੱਖ ਮਾੜਾ ਯਾਰ ਦੋਸਤ ਹੈ, ਮਾੜੀ ਉਹਨੇ ਕੀਤੀ ਹੈ, ਕਰ ਰਿਹਾ ਹੋਵੇ, ਪਰ ਫਿਰ ਵੀ ਉਹਨੇ ਪਗਾਉਣੀ ਹੈ, ਪਗਾਉਣੀ ਵੀ ਯਾਰ ਹੈ, ਯਾਰ ਦੋਸਤ ਹੈ, ਉਹ ਯਾਰੀ ਸੀ। ਬਿਲਕੁਲ ਬਿਲਕੁਲ, ਜੂਠੀਆਂ ਚਾਹਾਂ ਪੀਣ ਵਾਲੀ ਯਾਰੀ ਸੀ, ਯਾਰੀ ਸੀ। ਇੱਕ ਯਾਰੀ ਅੱਜ ਦੀ ਹੈ ਬਈ, ਜਿਵੇਂ ਜਿਵੇਂ ਦੌਰ ਬਦਲਿਆ, ਖੁੱਲੀਆਂ ਪੈਂਟਾਂ ਤੋਂ ਫਿਰ ਭੀੜੀਆਂ ਹੋ ਗਈਆਂ, ਹੁਣ ਫਿਰ ਖੁੱਲੀਆਂ ਆ ਗਈਆਂ। ਬਿਲਕੁਲ, ਇਹ ਦੌਰ ਸੀ, ਗੋਲ ਘੁੰਮਦਾ ਰਿਹਾ। ਤੁਹਾਨੂੰ ਕੀ ਲੱਗਦਾ ਵੀ ਯਾਰੀ ਦੀ ਡੈਫੀਨੇਸ਼ਨ ਚੇਂਜ ਹੁੰਦੀ ਰਹੀ? ਪਹਿਲਾਂ ਯਾਰੀ ਕੁਛ ਕਹਿੰਦੇ ਸੀਗੇ ਵੀ ਇਹ ਯਾਰੀ ਹੈ, ਜਿਵੇਂ ਤੁਹਾਨੂੰ ਦੱਸਿਆ, ਫਿਰ ਯਾਰੀ ਐਂ ਹੋ ਗਈ ਵੀ ਇਹਦੇ ਕੋਲ ਗੱਡੀ ਹੈ, ਇਹਦੇ ਕੋਲ ਪੈਸਾ ਹੈ, ਬਿਲਕੁਲ
ਇਹਦੇ ਕੋਲ ਲਿੰਕ ਨੇ ਬਿਲਕੁਲ ਆਪਣੀ ਇੰਡਸਟਰੀ 'ਚ ਤਾਂ ਤਿੰਨੇ ਚੀਜ਼ਾਂ ਬੜੀਆਂ ਮੇਨ ਨੇ ਹਾਂ ਬਿਲਕੁਲ ਯਾਰੀ ਯਾਨੀ ਗੱਡੀ ਪੈਸਾ ਅਤੇ ਲਿੰਕ ਦੇਖ ਕੇ ਬੜੀ ਲੱਗਦੀ ਹੈ ਹਾਂ ਬਿਲਕੁਲ ਤੁਹਾਨੂੰ ਕੀ ਲੱਗਦਾ ਅਸਲ ਤੌਰ 'ਤੇ ਇੱਕ ਯਾਰ ਦੀ ਮਹੱਤਤਾ ਉਹਦੀ ਇੰਪੋਰਟੈਂਸ ਅਤੇ ਉਹਦੀ ਡੈਫੀਨੇਸ਼ਨ ਕੀ ਹੁੰਦੀ ਹੈ ਵੀਰੇ ਬਹੁਤ ਵਧੀਆ ਸਵਾਲ ਹੈ ਯਾਰੀ ਦੇਖੋ ਜਿਹੜੀ ਪੁਰਾਣੀ ਗੱਲ ਤੁਸੀਂ ਕੀਤੀ ਸੀ ਯਾਰੀ ਦੀ ਉਹ ਤਾਂ ਹੁਣ ਆਪਣਾ ਜਿਉਣੇ ਮੋੜ ਵਾਲੀ ਸਟੋਰੀ ਚੱਕ ਲਓ ਤੁਸੀਂ ਉਹ ਤਾਂ ਕਿਸ਼ਨੇ ਨੂੰ ਕੀ ਸੀ ਉਹ ਡੋਗਰ ਡੋਗਰ ਨੇ ਡੋਗਰ ਯਾਰ ਸੀ ਕਿਸ਼ਨੇ ਦਾ ਯਾਰ ਸੀ ਕਿੱਡੀ ਪੁਰਾਣੀ ਗੱਲ ਹੈ 100-150-200 ਸਾਲ ਪੁਰਾਣੀ ਬਿਲਕੁਲ ਗੱਲ ਹੋਣੀ ਹੈ 150-200 ਸਾਲ ਪੁਰਾਣੀ ਗੱਲ ਹੋਣੀ ਹੈ ਅਤੇ ਮਤਲਬ ਯਾਰੀ ਤਾਂ ਬਾਈ ਨਿਭਾਉਣ ਵਾਲਾ ਚਾਹੀਦਾ ਤੁਹਾਡੇ ਨਾਲ ਤੁਹਾਡੀਆਂ ਬੰਦੇ ਦੀਆਂ ਬਦਲੀਆਂ ਅੱਖਾਂ ਦੱਸ ਦਿੰਦੀਆਂ ਨੇ ਵੀ ਯਾਰ ਮੈਂ ਗੱਲ ਦੱਸਾਂ ਲਾਈਫ ਦੇ ਵਿੱਚ ਹਰ ਦਿਨ ਕੋਈ ਨਾ ਕੋਈ ਬੰਦਾ ਨਵਾਂ ਮਿਲਦਾ ਪਰ ਮਿਲਦਾ ਇੱਕ ਵਾਰੀ ਹੈ ਜਿਹੜਾ ਉਹ ਹੈ ਜਿਹੜਾ ਤੁਹਾਡਾ ਯਾਰ ਹੈ ਨਾ ਤੁਹਾਡੇ ਨਾਲ ਖੜ੍ਹਨ ਵਾਲਾ ਉਹ ਸਿਰਫ ਤੁਹਾਡੇ ਨਾਲ ਇੱਕ ਵਾਰੀ ਮਿਲਦਾ ਔਰ ਸਦਾ ਲਈ ਤੁਹਾਡਾ ਹੋ ਜਾਂਦਾ ਉਹ ਤੁਹਾਡੇ ਨਾਲ ਹੀ ਹੈ ਉਹਨੂੰ ਕੋਈ ਫਰਕ ਨਹੀਂ ਪੈਂਦਾ ਤੁਸੀਂ ਕਿੱਥੇ ਹੋ ਕਿੱਥੇ ਖੜ੍ਹੇ ਹੋ ਕਿੱਥੇ ਉਹ ਯਾਰ ਹੈ ਪਹਿਲਾਂ ਮੈਂ ਤੁਹਾਨੂੰ ਇਹ ਦੱਸਦਾ ਵੀ ਯਾਰੀ ਆ ਜਿਹੜੀ ਇੱਕ ਬਹੁਤ ਵੱਡੀ ਜੇ ਸਕਿਆਂ ਭਰਾਵਾਂ ਨਾਲੋਂ ਵੱਧ ਕੋਈ ਚੀਜ਼ ਹੈ ਤਾਂ ਉਹ ਯਾਰੀ ਹੈ ਤੁਹਾਡੀ ਯਾਰੀ ਹੁਣ ਯਾਰੀ ਕੋਈ ਕਿੱਥੋਂ ਤੱਕ ਨਿਭਾਉਂਦਾ ਹੈ ਇਹ ਤਾਂ ਹੁਣ ਯਾਰਾਂ 'ਤੇ ਡਿਪੈਂਡ ਕਰਦੀ ਹੈ ਗੱਲ ਵੀ ਉਹ ਕਿੱਥੋਂ ਤੱਕ ਨਿਭਾਉਂਦੇ ਨੇ ਪਰ ਮੇਰਾ ਮੰਨਣਾ ਬਈ ਇਹ ਹੈ ਵੀ ਯਾਰ ਆ ਜਿਹੜੇ ਨਾ ਮੇਰੇ ਦਿਮਾਗ ਦੇ ਵਿੱਚੋਂ ਗੱਲ ਨਿਕਲ ਗਈ ਬਹੁਤ ਵੱਡੀ ਬਹੁਤ ਵਧੀਆ ਗੱਲ ਮੈਂ ਕਰ ਰਿਹਾ ਸੀਗਾ ਇੱਕ ਤਾਂ ਉਹ ਯਾਰ ਹੁੰਦੇ ਆ ਬਈ ਜਿਹੜੇ ਤੁਹਾਡੇ ਨਾਲ ਖੜ੍ਹਦੇ ਆ ਤੁਹਾਡੀਆਂ ਬਾਹਾਂ ਬਣ ਕੇ ਜਿਹੜੇ ਬਿਨਾਂ ਕਿਸੇ ਮਤਲਬ ਤੋਂ ਤੁਹਾਡੇ ਨਾਲ ਖੜ੍ਹਦੇ ਆ ਉਹਨਾਂ ਨੂੰ ਕੋਈ ਮਤਲਬ ਨਹੀਂ ਤੁਸੀਂ ਮਹਿੰਗੀ ਗੱਡੀ 'ਚ ਆਉਂਦੇ ਹੋ ਤੁਸੀਂ ਬਹੁਤ ਸਾਰਾ ਪੈਸੇ ਵਾਲੇ ਹੋ ਉਹਨਾਂ ਨੂੰ ਕੋਈ ਮਤਲਬ ਨਹੀਂ ਉਹ ਸਿਰਫ ਉਹ ਕੋਰੇ ਹੈ ਯਾਰ ਬਾਈ ਉਹੀ ਹੈ ਜਿਹੜੇ ਨਾ ਤੁਹਾਡੇ ਮੂੰਹ 'ਤੇ ਵੀ ਕੋਰੇ ਆ ਠੀਕ ਹੈ ਇਹ ਨਹੀਂ ਹੈਗਾ ਵੀ ਤੁਹਾਡੇ ਮੂੰਹ 'ਤੇ ਤਾਂ ਤੁਹਾਨੂੰ ਜੀ ਜੀ ਤੁਹਾਨੂੰ ਤੁਹਾਡੇ ਮੂੰਹ 'ਤੇ ਕਹਿਣਾ ਉਹ ਬਾਈ ਯਾਰ ਉਹ ਬਾਈ ਯਾਰ ਆਪਾਂ ਤਾਂ ਬਹੁਤ ਆਪਾਂ ਤਾਂ ਚੱਕ ਤਾ ਫੱਟੇ ਬਾਈ ਤੁਸੀਂ ਤਾਂ ਪੌਲੇ ਘੈਂਟ ਬਾਈ ਤੁਸੀਂ ਤਾਂ ਤੁਹਾਡੇ ਵਰਗਾ ਕੌਣ ਹੈ ਬਈ ਤੁਸੀਂ ਤਾਂ ਹੀਰੇ ਹੋ ਬਾਈ ਤੁਸੀਂ ਕਿੱਥੇ ਸੀ ਬਾਈ ਹੁਣ ਤੱਕ ਤੁਸੀਂ ਤਾਂ ਇਹ ਹੋਵੋ ਬੜਾ ਬੜਾ ਤੁਹਾਨੂੰ ਕਰੀਮਾਂ ਲਾਉਣ ਵਾਲੇ ਬੰਦੇ ਪਰ ਪਿੱਠ ਪਿੱਛੇ ਤੁਹਾਡੇ ਹੈ ਨਾ ਬੜਾ ਕੁਛ ਹੈ ਯਾਰ ਤੁਹਾਡਾ ਕੋਰਾ ਹੋਣਾ ਚਾਹੀਦਾ ਕਾਗਜ਼ ਵਰਗਾ ਜਿਹੜੀ ਗੱਲ ਉਹਦੇ ਮਨ 'ਚ ਆਈ ਜਿਹੜੀ ਤੁਹਾਡੇ ਲਈ ਚੰਗੀ ਨਹੀਂ ਤੁਹਾਡੇ ਮੂੰਹ 'ਤੇ ਕਹਿੰਦਾ ਹੋਵੇ ਤੁਹਾਡੇ ਮੂੰਹ 'ਤੇ ਕਹਿੰਦਾ ਹੋਵੇ ਕਿਆ ਬਾਤ ਹੈ ਤੁਹਾਡਾ ਯਾਰ ਤੁਹਾਨੂੰ ਉਹ ਚੀਜ਼ ਮੂੰਹ 'ਤੇ ਕਹਿੰਦਾ ਹੋਵੇ ਵੀ ਬਾਈ ਆਹ ਗੱਲ ਤੁਸੀਂ ਗਲਤ ਕਰ ਰਹੇ ਹੋ ਬਾਈ ਤੂੰ ਇਹ ਗੱਲ ਗਲਤ ਕਰ ਰਿਹਾ ਜੇ ਤੂੰ ਇਹ ਕਰੇਗਾ ਤਾਂ ਬਾਈ ਆਹ ਨੁਕਸਾਨ ਹੋਜੂ ਆਪਣਾ ਕੋਰੀ ਕਹਿੰਦਾ ਹੋਵੇ ਗੱਲ ਇਹ ਨਹੀਂ ਹੈਗਾ ਵੀ ਮੂੰਹ 'ਤੇ ਤਾਂ ਪੂਛ ਪੂਛ ਵੀ ਬਾਈ ਜੀ ਹਾਂ 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 ਇਹ ਚੀਜ਼ਾਂ ਮਿੱਠੀਆਂ ਜ਼ਰੂਰ ਨੇ ਗੱਲਾਂ ਵਧੀਆ ਲੱਗਦੀਆਂ ਨੇ ਪਰ ਉਹਦਾ ਨੁਕਸਾਨ ਹੁੰਦਾ ਤੁਹਾਡੀ ਪਿੱਠ ਪਿੱਛੇ ਵੀ ਉਹੀ ਉਵੇਂ ਗੱਲ ਕਰਦਾ ਹੋਵੇ ਤੁਹਾਡੇ ਮੂੰਹ 'ਤੇ ਵੀ ਖਰਾ ਹੋਵੇ ਉਹ ਤੁਹਾਡਾ ਯਾਰ ਆ ਬਿਨਾਂ ਕਿਸੇ ਮਤਲਬ ਦੇ ਜੁੜਿਆ ਹੋਵੇ ਕਿਆ ਬਾਤ ਆ ਠੀਕ ਹੈ ਇੱਥੇ ਯਾਰੀਆਂ ਬਾਈ ਵਾਕਈ ਅੱਜ ਕੱਲ੍ਹ ਪੈਸੇ ਲਈ ਯਾਰ ਤੁਹਾਡੇ ਨਾਲ ਜੁੜਦੇ ਨੇ ਠੀਕ ਹੈ ਪਰ ਜਿਹੜੇ ਪੈਸੇ ਵਾਲੇ ਨੇ ਜਿਹੜੇ ਪੈਸੇ ਲਈ ਜੁੜਦੇ ਨੇ ਉਹਨਾਂ ਦਾ ਵੀ ਪਤਾ ਲੱਗ ਜਾਂਦਾ ਇਹ ਨਹੀਂ ਹੈਗਾ ਵੀ ਕੋਈ ਬਹੁਤ ਹੀ ਲੰਬੀ ਦੇਰ ਤੱਕ ਤੁਹਾਨੂੰ ਪਤਾ ਨਾ ਲੱਗਿਆ ਹੋਵੇ ਪਤਾ ਹੀ ਨਾ ਲੱਗਿਆ ਹੋਵੇ ਤੁਹਾਨੂੰ ਯੂਜ਼ ਕਰੀ ਜਾਵੇ ਬੰਦਾ ਜਾਂ ਤੁਹਾਨੂੰ ਜਿਹੜਾ ਬੰਦਾ ਤੁਹਾਡੇ ਲਈ ਪੈਸੇ
ਤੁਹਾਡੇ ਨਾਲ ਪੈਸੇ ਲਈ ਜੁੜਿਆ ਜਾਂ ਕਿਸੇ ਹੋਰ ਮਤਲਬ ਲਈ ਜੁੜਿਆ ਨਾ, ਕਿਸੇ ਨਾ ਕਿਸੇ ਮੋੜ 'ਤੇ ਜਾ ਕੇ ਉਹਦਾ ਤੁਹਾਨੂੰ ਪਤਾ ਲੱਗ ਜਾਣਾ ਵੀ ਹਾਂ ਯਾਰ ਇਹਨੂੰ ਮੇਰੇ ਤੱਕ ਕੋਈ ਮਤਲਬ ਸੀ, ਵੀ ਇਹ ਕਿਸੇ ਮਤਲਬ ਲਈ ਮੇਰੇ ਨਾਲ ਜੁੜਿਆ ਹੋਇਆ। ਫਿਰ ਜਦੋਂ ਤੁਹਾਨੂੰ ਪਤਾ ਲੱਗ ਗਿਆ ਫਿਰ ਤੁਸੀਂ ਉਹਨੂੰ ਇੱਦਾਂ ਦਾ ਇੱਦਾਂ ਮੱਖਣ 'ਚੋਂ ਵਾਲ ਵਾਂਗੂ ਕੱਢ ਕੇ ਬਾਹਰ ਮਾਰੋਗੇ, ਫਿਰ ਉਹ ਤੁਹਾਡੇ ਨੇੜੇ ਤੇੜੇ ਨਹੀਂ ਦਿਖਣਾ, ਨਹੀਂ ਦਿਖਦਾ ਬਾਈ। ਕਿਆ ਬਾਤ ਹੈ, ਪਰ ਉਹ ਤਾਂ ਗਿਆ ਨਾ, ਉਹਦਾ ਰੁਤਬਾ ਵੀ ਗਿਆ ਤੁਹਾਡੀਆਂ ਨਜ਼ਰਾਂ 'ਚ, ਜਿਹੜਾ ਤੁਹਾਡਾ ਸਰਕਲ ਸੀ ਉਹਦੇ ਵਿੱਚੋਂ ਵੀ ਗਿਆ। ਯਾਰ ਉਹੀ ਹੈ ਜਿਹੜਾ ਤੁਹਾਡੀ ਭੈਣ ਨੂੰ ਭੈਣ ਸਮਝਦਾ ਹੋਵੇ, ਤੁਹਾਡੀ ਧੀ ਨੂੰ ਧੀ ਸਮਝਦਾ ਹੋਵੇ, ਠੀਕ ਹੈ, ਜਿਹੜਾ ਤੁਹਾਡੇ ਨਾਲ ਖੜ੍ਹਦਾ ਹੋਵੇ, ਜਿਹੜਾ ਜਿਹੜਾ ਕਹੇ ਵੀ ਹਾਂ ਯਾਰ ਇਹ ਬਾਈ ਤੇਰੇ ਲਈ ਚੰਗਾ, ਇਹ ਬਾਈ ਤੇਰੇ ਲਈ ਮਾੜਾ ਹੈ, ਹਿੰਮਤ ਰੱਖਦਾ ਹੋਵੇ ਬੋਲਣ ਦੀ, ਕੋਰਾ ਹੋਵੇ, ਠੋਕ ਕੇ ਗੱਲ ਕਹਿੰਦਾ ਹੋਵੇ ਵੀ ਹਾਂ ਯਾਰ ਇਹ ਬਾਈ ਤੁਹਾਡੇ ਲਈ ਮਾੜੀ ਗੱਲ ਹੈ, ਭਰਾ ਮੇਰਿਆ ਇਹ ਤੇਰੇ ਲਈ ਮਾੜੀ ਗੱਲ ਹੈ, ਇਹ ਆਪਾਂ ਨਹੀਂ ਕਰਨੀ, ਹੈ ਨਾ। ਹੁਣ ਜ਼ਿਆਦਾਤਰ ਜਿਹੜੇ ਮੇਰੇ ਵਰਗੇ ਮਿਹਨਤੀ ਤੁਹਾਡੇ ਵਰਗੇ ਲਾ ਲਓ ਸਟਰੈਗਲਰ ਨੇ, ਜਿਹੜੇ ਜਿਹੜੇ ਕੰਮ ਕਰ ਰਹੇ ਨੇ, ਸਾਰੇ ਬੰਦੇ ਸਾਰੇ ਜੁੜ ਜਾਂਦੇ ਨੇ। ਹੁਣ ਮੇਰੇ ਨਾਲ ਮੇਰੇ ਭਰਾ ਆਏ ਨੇ, ਕਾਫੀ ਮੈਂ ਕਹਿਣਾ ਹੁੰਦਾ ਵੀ ਜਿਵੇਂ ਉਹ ਇਕੱਲਿਆਂ ਦਾ ਕਾਫਲਾ, ਮੇਰੇ ਨਾਲ ਸੱਚੀ ਕਾਫਲਾ, ਯਾਰ ਦੋਸਤ ਨੇ ਮੇਰੇ ਨਾਲ, ਰਣਦੀਪ ਆਇਆ, ਲਾਲੀ ਬਾਈ ਆਇਆ, ਹੈ ਨਾ, ਸਾਹਿਲ ਹੈ, ਸਾਰੇ ਭਰਾ ਨੇ, ਅਤੇ ਮਤਲਬ ਭਰਾ ਥੋੜ੍ਹੇ, ਇਹ ਨਹੀਂ ਹੁੰਦਾ ਵੀ ਬੰਦਾ ਕਹਿੰਦਾ ਯਾਰ ਚੰਦਕ ਯਾਰ ਨੇ ਮੇਰੇ, ਚਾਰਕ ਨੇ ਉਹੀ ਬਹੁਤ ਹੈ, ਬੰਦਾ ਕਹਿੰਦਾ ਚਾਰਕ ਨੇ ਉਹੀ ਬਹੁਤ ਹੈ। ਯਾਰਾਂ ਦੀ ਗਿਣਤੀ ਭਾਵੇਂ ਘੱਟ ਹੋਵੇ ਭਾਵੇਂ ਵੱਧ ਹੋਵੇ, ਉਹਨਾਂ ਦੇ ਦਿਲ ਦੇ ਵਿੱਚ ਤੁਹਾਡੇ ਲਈ ਹਮੇਸ਼ਾ ਉਹ ਪਿਆਰ ਹੋਣਾ ਚਾਹੀਦਾ ਕਿ ਉਹਨਾਂ ਨੂੰ ਇਹ ਹੋਵੇ ਵੀ ਯਾਰ ਜੇ ਇਹਦਾ ਸਾਡੇ ਭਰਾ ਦਾ ਨੁਕਸਾਨ ਹੋ ਗਿਆ ਤਾਂ ਸਾਡਾ ਪਹਿਲਾਂ ਫਿਰ ਜਾਰੀ ਹੈ। ਇਹ ਨਹੀਂ ਹੈਗਾ ਵੀ ਤੁਸੀਂ ਆਪਦਾ ਮਤਲਬ ਕੱਢ ਕੇ ਤੁਸੀਂ ਪੱਤਰੇ ਵਾਹ ਕੇ ਮੁੜ ਕੇ ਕਿਤੇ ਦਿਖਦੇ ਦਿਖੀ ਨਹੀਂ ਤੁਸੀਂ, ਕਈ ਇੱਦਾਂ ਦੇ ਆ ਉਹ ਸਾਰਾ ਕੁਛ ਕਰ ਵੀ ਜਾਂਦੇ ਆ ਫਿਰ ਤੁਹਾਡੇ ਨਾਲ ਵਿਚਰਦੇ ਆ ਫਿਰ ਤੁਹਾਡੇ ਨਾਲ ਵਰਤਦੇ ਆ। ਹਾਂ ਉਹਨਾਂ ਦੇ ਉਹਨਾਂ ਨੂੰ ਇੱਕ ਕੁਛ ਡਾਊਟ ਹੁੰਦਾ ਹੈ, ਡਾਊਟ ਨਹੀਂ ਉਹਨਾਂ ਦੇ ਉਹਨਾਂ ਨੂੰ ਉਹਦੇ ਮਾਇੰਡ ਦੇ ਵਿੱਚ ਇੱਕ ਗੱਲ ਹੁੰਦੀ ਹੈ ਕਿ ਯਾਰ ਇਹਨੂੰ ਕਿਹੜਾ ਪਤਾ ਹੈ, ਐਂ ਜੀ ਨਹੀਂ ਲੰਘ ਜਾਣਾ ਹੁੰਦਾ ਕਿ ਵੀ ਤਬੜੂ ਘਸੜੂ ਜੇ ਕਰਕੇ ਵੀ ਚਲੋ ਵਰਤੀ ਜਾਂਦੇ ਹਾਂ ਚੱਲ ਵਰਤੇ, ਪਰ ਇੱਕ ਵਾਰੀ ਜਿਹੜਾ ਬੰਦਾ ਲੰਘ ਗਿਆ ਨਾ ਇੱਥੋਂ ਦੀ ਐਂ ਕਰਕੇ, ਉਹ ਕੰਮ ਕਰਤਾ ਜਿਹਨੇ ਜਿਹਨੇ ਯਾਰੀ 'ਚ ਉਹ ਕੰਮ ਕਰਤਾ, ਮਤਲਬ ਪੈਸੇ ਲਈ ਕੋਈ ਇੱਦਾਂ ਦਾ ਕੰਮ ਕਰ ਗਿਆ ਜਿਹੜਾ ਬੰਦਾ, ਉਹ ਹਮੇਸ਼ਾ ਤੁਹਾਡੇ ਇੱਥੇ ਰਹੋ ਵੀ ਯਾਰ ਇਹ ਬੰਦੇ ਨੇ, ਉਹ ਗੰਢ ਪੈ ਜਾਂਦੀ ਨਾ ਫਿਰ ਵੀ ਇਹ ਬੰਦੇ ਨੇ ਇੱਦਾਂ ਕੀਤਾ ਸੀ, ਭਾਵੇਂ ਉਹ ਲੱਖ ਵਰਤੀ ਜਾਵੇ ਲੱਖ ਤੁਹਾਡੇ ਨਾਲ ਬੈਠ ਕੇ ਖਾਈ ਜਾਵੇ ਪਰ ਉਹ ਦਿਲ 'ਚ ਰਹਿੰਦੀ, ਪਰ ਉਹ ਦਿਲ 'ਚ ਰਹਿੰਦੀ ਹੈ, ਉਹ ਇੱਕ ਉਹ ਵੀ ਇੱਕ ਨੈਗੇਟਿਵਿਟੀ ਹੈ, ਇਹਦੇ ਨਾਲ ਤਾਂ ਯਾਰ ਤੁਸੀਂ ਛੱਡ ਹੀ ਦਿਓ ਵਰਤੋਂ ਨਾ ਕਿਸੇ ਨਾਲ ਵਰਤੋਂ। ਕਿਆ ਬਾਤ, ਹੁਣ ਕਈ ਬੰਦੇ ਤੁਹਾਨੂੰ ਕਿੰਨੇ ਕੀ ਐਸੇ ਯਾਰ ਮਿਲੇ ਨੇ ਬਾਈ? ਮੈਨੂੰ ਮਿਲਿਆ ਕਈ ਹੈਗੇ ਵੀ ਨੇ ਕਿ ਮਿਲੇ ਵੀ ਨੇ ਬਾਈ, ਹੁਣ ਗਾਣਿਆਂ ਦੀ ਸਾਂਝ ਆ ਕਈ ਭਰਾਵਾਂ ਨਾਲ। ਤੁਹਾਨੂੰ ਕਿਸੇ ਨੇ ਕਿਹਾ ਹੈ ਵੀ ਤੁਹਾਡੇ ਨਾਲ ਲਿੰਕ ਬਣਾਇਆ ਹੋਵੇ, ਆ ਫਤਿਹ ਬੈਠ ਆ ਮਿਲਦੇ ਹਾਂ, ਬੈਠਦੇ ਹਾਂ ਚਾਹ ਪੀਂਦੇ ਹਾਂ, ਬਹੁਤ ਆ ਜਾ ਕੌਫੀ ਪੀਂਦੇ ਹਾਂ, ਬਹੁਤ ਮਿੱਠੇ ਬਣ ਕੇ ਫਿਰ ਤੁਹਾਡੇ ਤੋਂ ਗਾਣਾ ਫ੍ਰੀ 'ਚ ਲੈਣ ਦੇ ਵਾਧੂ ਮਾਰੇ ਵਾਧੂ? ਅੱਛਾ ਵਾਧੂ ਕੀ ਕਹਿੰਦੇ ਕੀ ਹੁੰਦੇ ਨੇ? ਬੜਾ ਕੁਛ ਬਾਈ ਬੜਾ ਕੁਛ। ਚਲੋ ਜੇ ਆਪਾਂ ਉਹ ਗੱਲਾਂ ਕਰਦੇ ਹਾਂ ਤਾਂ ਉਹ ਐਂ ਹੋ ਜਾਂਦਾ ਵੀ ਅਗਲਾ ਜੇ ਆਪਦੀਆਂ ਹੀ ਮਰੀ ਜਾਂਦਾ ਵੀ ਆਪਣੇ ਆਪ ਨੂੰ ਪਤਾ ਨਹੀਂ ਕੀ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ, ਪਰ ਹੋ ਸਕਦਾ ਵੀ ਉਹਨਾਂ ਜਿਹੜੇ ਬੰਦੇ ਸੋਚਣਗੇ, ਪਹਿਲੀ ਗੱਲ ਤਾਂ ਉਹ ਸੋਚਦੇ ਨਹੀਂ ਜਿਨ੍ਹਾਂ ਨਾਲ ਹੋਈ ਆ ਇਹ, ਬਿਲਕੁਲ ਬਥੇਰੇ ਬਥੇਰੇ ਬੰਦੇ ਨੇ ਬਾਈ ਬਥੇਰੇ ਬੁਲਾਉਂਦੇ ਨੇ, ਆ ਜਾ ਬਾਈ ਮਿਲਾਂਗੇ, ਆ ਜਾ ਬਾਈ ਕੌਫੀ 'ਤੇ,
ਆਪ ਕੌਫੀ ਕਾਫੀ ਪੀਂਦੇ ਹਾਂ, ਘੁਮਾਈਏ ਗੱਡੀ ਗੁੱਡੀ, ਚਲੋ ਮੈਂ ਫਿਰ ਤੁਸੀਂ ਨਾ ਥੋੜ੍ਹੂ ਕਰੋਗੇ ਯਾਰ, ਫਿਰ ਤੁਸੀਂ ਕਹੋ ਨਾ ਯਾਰ ਮੈਂ ਨਹੀਂ ਜਾਂਦਾ। ਪਤਾ ਸਾਰਾ ਹੁੰਦਾ ਹੀ ਆ ਵੀ ਇਹ ਇਹਦੇ ਪਿੱਛੇ ਕਾਰਨ ਕੀ ਹੈ, ਬੰਦਾ ਖਾਂਦਾ ਪੀਂਦਾ ਵੀ ਆ ਨਾਲ, ਸਾਰਾ ਕੁਛ ਪਤਾ ਹੁੰਦਾ, ਬੜਾ ਕੁਛ ਹੈ। ਹੁਣ ਕਈ ਮੇਰੇ ਨਾ ਜਿੰਨੇ ਵੀ ਮੇਰੇ ਗਾਣੇ ਨੇ, ਮੇਰਾ ਦੇਸ ਹੋਵੇ ਪੰਜਾਬ ਤੋਂ ਹੁਣ ਤੱਕ ਜਿੰਨੇ ਵੀ ਗਾਣੇ ਨੇ, ਜਿੰਨੇ ਵੀ ਗਾਣੇ ਨੇ, ਹਰ ਗਾਣੇ ਦੀ ਕੰਪੋਜੀਸ਼ਨ ਮੈਂ ਆਪ ਕੀਤੀ ਹੈ, ਮੇਰਾ ਇੱਦਾਂ ਦਾ ਕੋਈ ਗਾਣੇ ਸਾਰਿਆਂ ਦੀ। ਹਾਂ, ਜਿੰਨੇ ਵੀ ਹੁਣ ਤੱਕ ਨੇ, ਜਿੰਨੇ ਵੀ ਗਾਣੇ। ਅੱਛਾ, ਕੋਈ ਇੱਕ ਨਾ ਅੱਧਾ ਕੋਈ ਮੇਰੇ ਨਹੀਂ ਯਾਦ ਕੋਈ ਗਾਣਾ ਇੱਦਾਂ ਦਾ ਹੋਣਾ ਵੀ ਜਿਹਦੇ ਵਿੱਚ ਮੈਂ ਤੁਹਾਡੀ ਕੰਪੋਜੀਸ਼ਨ 'ਚ ਨਾ ਇਨਵੋਲਵ ਹੋਵਾਂ। ਅਦਰਵਾਈਜ਼ ਸਾਰੇ ਗਾਣੇ, ਜਿੰਨੇ ਵੀ ਗਾਣੇ ਮੈਂ ਹੁਣ ਤੱਕ ਲਿਖੇ ਆ ਨਾ, ਕਿਉਂਕਿ ਬਾਈ ਮੈਂ ਬਿਨਾਂ ਕੰਪੋਜੀਸ਼ਨ ਤੋਂ ਲਿਖ ਹੀ ਨਹੀਂ ਪਾਉਂਦਾ ਗਾਣਾ, ਮੈਂ ਕੰਪੋਜੀਸ਼ਨ ਨਾਲ ਨਾਲ ਬਣਦੀ ਹੈ ਗਾਣੇ ਦੀ, ਸਮੇਤ ਲਿਖਦੇ ਹਾਂ, ਕੰਪੋਜੀਸ਼ਨ ਸਮੇਤ ਲਿਖਦੇ ਹਾਂ, ਲਿਖਿਆ ਜਾਂਦਾ। ਠੀਕ ਹੈ। ਰਿਸ਼ਤਿਆਂ ਨੂੰ ਜੋੜ ਕੇ ਰੱਖਣ ਲਈ ਬੈਲੈਂਸ ਹੋਣਾ ਜ਼ਰੂਰੀ ਹੈ ਬਾਈ, ਯਾਰੀਆਂ ਨੂੰ ਜੋੜ ਕੇ ਰੱਖਣ ਲਈ ਬੈਲੈਂਸ ਹੋਣਾ ਜ਼ਰੂਰੀ ਹੈ। ਇਹ ਨਹੀਂ ਹੈਗਾ ਕਿ ਇੱਕ ਪਾਸੇ ਤੁਸੀਂ ਮਾੜਾ ਜਿਹਾ ਵੀ ਇੱਕ ਪਲੜਾ ਇੱਦਾਂ ਹੋਇਆ ਨਾ, ਡਗਮਗਾ ਜੂਗਾ, ਗੜਬੜ ਹੋ ਜਾਂਦੀ ਹੈ, ਫਿਰ ਡਗਮਗਾ ਜਾਂਦਾ, ਫਿਰ ਤੁਸੀਂ ਟੁੱਟ ਜਾਂਦੇ ਹੋ। ਬਿਲਕੁਲ, ਤੁਸੀਂ ਆਪਣੇ ਆਪ 'ਤੇ ਰੋਂਦੇ ਹੋ ਵੀ ਯਾਰ ਤੂੰ ਕਿੱਦਾਂ ਦੇ ਬੰਦੇ 'ਤੇ ਵਿਸ਼ਵਾਸ ਕੀਤਾ। ਤੁਸੀਂ ਕਿੰਨੀ ਕੁ ਵਾਰ ਐਵੇਂ ਧੋਖਾ ਖਾਧਾ ਵੀ ਫਤਿਹ ਸ਼ੇਰਗਿੱਲ ਕਿਸੇ ਨੂੰ ਮਿਲਿਆ, ਹਾਂ ਧੋਖਾ ਖਾਧਾ, ਹਾਂ ਦੁਬਾਰਾ ਫੇਰ ਮਿਲਿਆ, ਫਿਰ ਉਹਨੇ ਬੁੱਕਲ 'ਚ ਲਿਆ ਵੀ ਚੱਲ ਕੋਈ ਨਹੀਂ, ਫਿਰ ਧੋਖਾ ਖਾਧਾ, ਕਿੰਨੀ ਵਾਰ ਹੋਇਆ ਬਈ? ਬਹੁਤ ਵਾਰੀ ਹੋਇਆ, ਬਹੁਤ ਵਾਰੀ ਹੋਇਆ, ਪਤਾ ਨਹੀਂ ਕਿਉਂ ਯਕੀਨ ਹੋ ਜਾਂਦਾ ਦੁਬਾਰਾ, ਪਤਾ ਨਹੀਂ ਤਾਂ ਅਸੀਂ ਤਿਆਰ ਹੀ ਇੱਦਾਂ ਹੋਏ ਹਾਂ, ਸਾਡੀ ਮਿੱਟੀ ਇੱਦਾਂ ਦੀ ਹੈ, ਸਾਡਾ ਖੂਨ ਇੱਦਾਂ ਦਾ, ਯਕੀਨ ਕੀਤਾ ਜਾਂਦਾ। ਜਾਂ ਧੋਖਾ ਦੁਬਾਰਾ ਮਿਲਦਾ ਫਿਰ ਮਨ 'ਚ ਕੀ ਹੁੰਦਾ? ਫਿਰ ਕਹਿ ਉਹਦਾ ਵੀ ਯਾਰ ਨਾ ਯਾਰ ਹੁਣ ਅੱਜ ਤੋਂ ਬਾਅਦ ਛੱਡਤਾ, ਕੱਟਤਾ ਯਾਰ ਇਹਨੂੰ। ਪਰ ਬਈ ਇੰਡਸਟਰੀ ਛੋਟੀ ਜੀ ਯਾਰ, ਇਹਦੇ ਵਿੱਚ ਨਾ ਕਿਤੇ ਉਹ ਬੰਦਾ ਮੂਹਰੇ ਆ ਹੀ ਜਾਂਦੇ ਨੇ, ਆ ਹੀ ਜਾਂਦਾ, ਗਿਣੇਵੇਂ ਚੁਣਵੇਂ ਬੰਦੇ ਨੇ। ਮੈਂ ਯਾਰ ਇੱਕ ਗੱਲ ਕਹਿਣਾ, ਯਾਰੀ ਉਹ ਹੈ ਵੀ ਤੁਸੀਂ ਇੱਕ ਦੂਜੇ ਦੇ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰ ਸਕੋ, ਉਹ ਯਾਰੀ ਨਹੀਂ ਜਿੱਥੇ ਤੁਹਾਨੂੰ ਆਹ ਪਲ ਤੁਸੀਂ ਮਿਲੇ ਹੋ, ਦੂਸਰੇ ਪਲ ਤੁਹਾਨੂੰ ਅੱਖਾਂ ਨੀਵੀਂ ਪਾਣੀ ਪੈ ਜਾਏ, ਯਾਰ ਉਹ ਕੀ ਯਾਰੀ ਹੈ? ਕਿਆ ਬਾਤ ਹੈ। ਮੰਨ ਲਓ ਆਪਣਾ ਆਪਣਾ ਪਿਆਰ ਹੈ ਬਲ ਸਾਹਿਬ, ਇੱਕ ਫਤਿਹ ਸ਼ੇਰ ਗਿੱਲ ਔਰ ਬਲ ਭਰਾ ਮੇਰਾ, ਹਨ ਸਾਡਾ ਪਿਆਰ ਹੈ, ਅਸੀਂ ਹੁਣ ਯਾਰੀ ਇੱਕ ਦੂਜੇ ਨਾਲ ਨਿਭਾ ਰਹੇ ਹਾਂ, ਅਸੀਂ ਪਿਆਰ ਕਰ ਰਹੇ ਹਾਂ ਇੱਕ ਦੂਜੇ ਨੂੰ, ਕੋਈ ਤੁਹਾਡੀ ਪਿੱਠ ਪਿੱਛੇ ਮੈਂ ਕਿਸੇ ਨੂੰ ਕੋਈ ਗਲਤ ਗੱਲ ਕਹਿ ਦਿਆਂ, ਉਹ ਤੁਹਾਨੂੰ ਸੁਣਨ ਨੂੰ ਪਹਿਲੀ ਤਾਂ ਤੁਸੀਂ ਯਕੀਨ ਨਹੀਂ ਕਰਨਾ, ਕਿਉਂਕਿ ਕੰਨਾਂ ਦੇ ਕੱਚਿਆਂ ਦਾ ਕੰਮ ਹੈ, ਐਵੇਂ ਫੋਨ ਲਾ ਕੇ ਗਾਲਾਂ ਕੱਢਣ ਲੱਗ ਜਾਣਾ, ਤੁਸੀਂ ਘੋਖੋਗੇ ਉਹਨੂੰ, ਖੋਜੋਗੇ ਉਸ ਚੀਜ਼ ਨੂੰ, ਦੇਖੋਗੇ ਵੀ ਯਾਰ ਇਹ ਗੱਲ ਸੱਚੀ ਹੈ, ਬਾਕੀ ਫਤਿਹ ਨੇ ਕਹੀ ਹੈ ਗੱਲ। ਜਦੋਂ ਤੁਹਾਨੂੰ ਪਰੂਫ ਮਿਲ ਜੇ, ਮਿਲ ਗਏ, ਸਾਰਾ ਕੁਛ ਪਤਾ ਲੱਗ ਗਿਆ, ਫਿਰ ਤੁਹਾਡਾ ਦਿਲ ਟੁੱਟ ਜੂਗਾ, ਫਿਰ ਤੁਸੀਂ ਮੇਰੇ ਨਾਲ ਗੱਲ ਕਰੋਗੇ ਵੀ ਆਹ ਪਿਆ ਭਰਾਵਾ ਪਰੂਫ, ਤੂੰ ਤਾਂ ਮੇਰਾ ਯਾਰ ਸੀ, ਤੂੰ ਆਹ ਕੀ ਕੀਤਾ? ਦੂਸਰੀ ਵਾਰ ਜਦੋਂ ਆਪਾਂ ਮਿਲਾਂਗੇ ਮੈਂ ਬਾਈ ਨੀਵੀਂ ਨਹੀਂ ਚੱਕਣੀ, ਉਹ ਯਾਰੀ ਨਹੀਂ। ਜਦੋਂ ਰਿਸ਼ਤਿਆਂ ਦੇ ਵਿੱਚ ਨੀਵੀਆਂ ਪੈ ਜਾਣ, ਉਹ ਯਾਰੀ ਨਹੀਂ ਬਾਈ, ਯਾਰ ਉਹ ਆ ਜਿਹੜੇ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਦੇ ਹੋਣ, ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰਦੇ ਹੋਣ ਯਾਰ, ਖਰੇ ਹੋਣ ਯਾਰ। ਕਿਆ ਬਾਤ ਹੈ, ਕਿਉਂਕਿ ਬਾਈ ਯਾਰੀ ਦਾ ਮਤਲਬ ਹੀ ਇਹ ਹੈ ਵੀ ਹੱਕ, ਹੱਕ ਹੀ ਯਾਰੀ ਹੈ ਬਾਈ, ਹੱਕ ਹੈ ਮੈਨੂੰ ਯਾਰ, ਜੇ ਤੁਹਾਡੇ, ਮੇਰਾ ਹੱਕ ਹੈ ਯਾਰ ਤੁਹਾਡੇ 'ਤੇ, ਇਹ ਯਾਰੀ ਹੈ ਯਾਰ। ਕਿਆ ਬਾਤ, ਇਹੀ ਯਾਰੀ ਹੈ, ਮੇਰਾ ਹੱਕ ਹੈ ਤੁਹਾਡੇ 'ਤੇ, ਤੁਹਾਡਾ ਹੱਕ ਹੈ ਮੇਰੇ 'ਤੇ, ਇਹ ਯਾਰੀ ਹੈ। ਜਦੋਂ ਕੋਈ ਇੱਦਾਂ ਦੀ ਕੋਈ ਆਉਂਦੀ ਹੈ ਵਿੱਚ ਚੀਜ਼, ਮਤਲਬ ਲਈ ਤੁਸੀਂ ਯੂਜ਼ ਕਰਦੇ ਹੋ, ਮੰਨ ਲਓ ਜਦੋਂ ਨੀਵੀਂ ਪੈ ਗਈ ਯਾਰ, ਉਦੋਂ ਹੱਕ ਖਤਮ ਹੋ ਗਏ, ਤੁਸੀਂ ਹੱਕ ਦੇਣਾ ਬੰਦ ਕਰਤਾ, ਜਾਂ ਮੈਂ ਹੱਕ ਦੇਣਾ ਬੰਦ ਕਰਤਾ,
ਵੀ ਇਹਨੇ ਤਾਂ ਐਡਾ ਵੱਡਾ ਕਾਂਡ ਕਰਤਾ ਯਾਰ, ਅੱਜ ਤੋਂ ਯਾਰੀ ਦਾ ਹੱਕ ਨਹੀਂ ਹੋਏ, ਆਹ ਪ੍ਰੋਪਰਟੀ ਹੈ ਮੇਰੀ ਹੈ, ਇਹਦੇ 'ਤੇ ਤੇਰਾ ਕੋਈ ਹੱਕ ਨਹੀਂ। ਬਹੁਤ ਵੱਡੀ ਯਾਰੀ ਉਹੀ ਹੈ ਜਿੱਥੇ ਤੁਸੀਂ ਇੱਕ ਦੂਜੇ ਦੇ ਅੱਖਾਂ 'ਚ ਅੱਖਾਂ ਪਾ ਕੇ ਗੱਲ ਕਰ ਸਕੋ, ਔਰ ਹਰ ਵਾਰ ਇੱਦਾਂ ਹੋਵੇ, ਹਰ ਵਾਰ ਤੁਸੀਂ ਇੱਦਾਂ ਮਿਲਦੇ ਹੋਵੋ ਭੱਜ ਕੇ ਉੱਡ ਕੇ। ਆਹ ਸਾਡੇ ਭਰਾ ਨੇ ਰਣਦੀਪ ਹੋਰੀ ਸਾਰੇ ਹਨਾ, ਕੁਛ ਮੇਰੇ ਨਾਲ ਆਏ ਨਹੀਂ। ਬਾਕੀ ਜਿਹੜੇ ਪੋਡਕਾਸਟ ਵੇਖ ਰਹੇ ਨੇ, ਇੱਕ ਵਾਰ ਫਿਰ ਤੋਂ ਮੈਂ ਤੁਹਾਨੂੰ ਇਹ ਚੀਜ਼ ਰਿਪੀਟ ਕਰ ਦਿੰਦਾ ਕਿ ਬਾਈ ਤੁਸੀਂ ਕਿੱਥੋਂ ਕਿੱਥੋਂ ਬੈਠ ਕੇ ਸਾਡਾ ਇਹ ਪੋਡਕਾਸਟ ਸੁਣ ਰਹੇ ਹੋ, ਕਿਹੜੀ ਕਿਹੜੀ ਜਗ੍ਹਾ 'ਚ, ਕਿਹੜੇ ਦੇਸ਼ ਦੇ ਵਿੱਚ। ਮੈਂ ਕਮੈਂਟ ਪੜ੍ਹਦਾ ਨਾ ਬਾਈ, ਆਸਟ੍ਰੇਲੀਆ, ਅਮੈਰੀਕਾ, ਨਿਊਜ਼ੀਲੈਂਡ, ਕੈਨੇਡਾ, ਵੈਰੀ ਗੁੱਡ, ਸਾਊਦੀ ਅਰੇਬੀਆ, ਮਤਲਬ ਕਿ ਐਸੇ ਐਸੇ ਦੇਸ਼ਾਂ ਦੇ ਵਿੱਚ ਪੰਜਾਬੀ ਆਪਣੇ ਹੁਣ ਤਾਂ ਆਪਣੇ ਹਰੇਕ ਕੋਨੇ 'ਚ ਬੈਠੇ ਨੇ। ਤੇ ਮੈਨੂੰ ਖੁਸ਼ੀ ਉਦੋਂ ਹੁੰਦੀ ਹੈ ਕਿ ਬਾਈ ਯਾਰ ਉਹ ਸਪੈਸ਼ਲ ਕਮੈਂਟ ਵੀ ਕਰਦੇ ਨੇ, ਕਮੈਂਟ ਵੀ ਕਰਦੇ ਵੀ ਬਾਈ ਅਸੀਂ ਫਲਾਣੀ ਜਗ੍ਹਾ ਤੇ ਬੈਠ ਕੇ ਤੁਹਾਨੂੰ ਸੁਣ ਰਹੇ ਹਾਂ। ਵਾਹ ਵਾਹ ਵਾਹ। ਤੇ ਇੱਕ ਕਮੈਂਟ ਦਾ ਬਾਈ ਇੰਨਾ ਜ਼ਿਆਦਾ ਸੋਹਣਾ ਆਇਆ, ਮੈਂ ਇਸ ਕਰਕੇ ਦੱਸਦਾ ਹੁੰਦਾ ਕਿਉਂਕਿ ਮੈਨੂੰ ਖੁਦ ਨੂੰ ਖੁਸ਼ੀ ਮਿਲਦੀ ਆ ਕਿ ਸਾਡਾ ਇਹ ਅੱਜ ਬਾਈ ਤੁਸੀਂ ਫੋਟੋ ਦੇਖ ਰਹੇ ਹੋ, ਇਹ ਫੋਟੋਆਂ ਦੇ ਪਿੱਛੇ ਪੇਂਟ ਵੀ ਅਸੀਂ ਖੁਦ ਕੀਤਾ। ਕਿਆ ਬਾਤ, ਅਸੀਂ ਕੋਈ ਬੰਦਾ ਨਹੀਂ ਬਾਹਰੋਂ ਬੁਲਾਇਆ, ਕੁਛ ਨਹੀਂ, ਸਾਰਾ ਕੁਛ ਹੱਥੀ ਕੀਤਾ। ਫਿਰ ਉਹ ਚੀਜ਼ 'ਚ ਬੜਾ ਸਵਾਦ ਆਉਂਦਾ, ਬੜਾ ਸਵਾਦ ਆਉਂਦਾ, ਛੋਟੀ ਛੋਟੀ ਚੀਜ਼ ਦੇ ਵਿੱਚ ਬੜਾ ਸਵਾਦ ਆਉਂਦਾ, ਬੜਾ ਸਵਾਦ। ਮੈਂ ਕਮੈਂਟ ਪੜ੍ਹ ਰਿਹਾ ਸੀ, ਇੱਕ ਭੈਣ ਨੇ ਮੇਰੀ ਨੇ ਕਮੈਂਟ ਕੀਤਾ, ਕਹਿੰਦੀ ਵੀਰੇ ਮੈਂ ਜ਼ਿੰਦਗੀ 'ਚ ਪਹਿਲੀ ਵਾਰ ਯੂਟਿਊਬ 'ਤੇ ਕੋਈ ਐਡੀ ਵੱਡੀ ਵੀਡੀਓ ਵੇਖ ਰਹੀ ਹਾਂ ਲਗਾਤਾਰ, ਪਹਿਲਾ ਪੋਡਕਾਸਟ ਵੇਖਿਆ ਅਤੇ ਦੋ ਪੋਡਕਾਸਟ ਲਗਾਤਾਰ ਦੇਖੇ, ਲਗਾਤਾਰ ਉਹ ਭੈਣ 3 ਘੰਟੇ ਮੇਰੇ ਚੈਨਲ 'ਤੇ ਮੇਰੀ ਵੀਡੀਓਜ਼ ਦੇਖਦੀ ਰਹੀ। ਕਿਆ ਬਾਤ, ਅਤੇ ਜ਼ਿੰਦਗੀ 'ਚ ਉਹਦੇ ਵਾਰ ਪਹਿਲੀ ਵਾਰ ਹੋਇਆ, ਕਹਿੰਦੀ ਮੈਂ ਕਿਸੇ ਬੰਦੇ ਦੀ ਵੀਡੀਓਜ਼ ਜਾਂ ਕਿਸੇ ਦਾ ਪੋਡਕਾਸਟ ਜਾਂ ਕੁਛ ਵੀ ਵੀਡੀਓ ਖੋਲ੍ਹ ਕੇ ਦੇਖੀ ਹੋਵੇ, ਪਹਿਲੀ ਵਾਰ ਹੋਇਆ। ਤਾਂ ਮੈਨੂੰ ਬੜਾ ਸਕੂਨ ਮਿਲਿਆ ਕਿ ਲੋਕ ਆਪਣਾ ਸਮਝ ਕੇ ਵੇਖ ਰਹੇ ਨੇ। ਬਿਲਕੁਲ, ਅੱਜ ਕੱਲ੍ਹ ਤਾਂ 5 ਮਿੰਟ ਦਾ ਟਾਈਮ ਨਹੀਂ ਕਿਸੇ ਕੋਲ, ਸਵਾਲ ਇੱਦਾਂ ਦੇ ਪੁੱਟ, ਕੁਐਸਚਨ ਇੱਦਾਂ ਦੇ ਪੁੱਟ ਕਰਦੇ ਹੋ, ਇਹ ਤੁਹਾਡੇ 'ਤੇ ਹੈ, ਜਿੱਦਾਂ ਦੇ ਤੁਸੀਂ ਸਵਾਲ ਪੁੱਛੋਗੇ ਅਗਲੇ ਵਾਲੇ ਨੇ ਉੱਦਾਂ ਦੇ ਤੁਹਾਨੂੰ ਜਵਾਬ ਦੇਣਾ, ਜਵਾਬ ਦੇਣਾ ਹੈ ਨਾ। ਜੇ ਤੁਸੀਂ ਸਵਾਲ ਹੀ ਉੱਦਾਂ ਦੇ ਪੁੱਛੋਗੇ ਤਾਂ ਅਗਲਾ ਉੱਦਾਂ ਦੇ ਜਵਾਬ ਦੇਊਗਾ। ਬਿਲਕੁਲ, ਹੁਣ ਜਿਹੜੀ ਚੀਜ਼ ਉਹਨਾਂ ਨਾਲ ਰਿਲੇਟ ਹੀ ਨਹੀਂ ਕਰਦੀ ਉਹ ਚੀਜ਼ ਤੁਸੀਂ ਪੁੱਛ ਲਈ, ਉਹ ਕਿੱਥੇ ਸੁਣਨਗੇ? ਸੁਣਨਗੇ ਹੀ ਨਹੀਂ। ਬਿਲਕੁਲ, ਹਕੀਕਤ ਦੇ ਨੇੜੇ ਰਹਾਂਗੇ, ਸੱਚ ਦੇ ਨੇੜੇ ਰਹਾਂਗੇ। ਜੇ ਆਪਾਂ ਬੈਠੇ ਫੇਕ ਹੀ ਲੱਗੀ ਗਏ ਲੋਕਾਂ ਨੂੰ, ਬੰਦਾ ਕਹਿ ਗਿਆ ਵੀ ਯਾਰ ਇਹ ਕੀ ਮੂੰਹ ਬਣਾ ਬਣਾ ਕੇ ਗੱਲਾਂ ਕਰਦੇ ਨੇ, ਹਾਂਜੀ ਅਸੀਂ ਇੱਥੇ ਆਏ ਹਾਂ ਅਤੇ ਹੋਰ ਇੱਥੇ ਆ ਅਤੇ ਹੈ। ਜੇ ਆਪਾਂ ਗੱਲਾਂ ਹੀ ਐਂ ਕਰਾਂਗੇ ਤਾਂ ਲੋਕ ਜੁੱਤੀ ਲਮਾਰਨਗੇ ਆਪਣੇ, ਵੀ ਆਹ ਕੀ ਆ ਯਾਰ। ਸੱਚ ਆ ਬਾਈ, ਪੋਡਕਾਸਟ ਬਾਈ ਬੜੀ ਘੈਂਟ ਚੀਜ਼ ਹੈ। ਇਹ ਇਸ ਕਰਕੇ ਨਹੀਂ ਵੀ ਮੈਂ ਕਰਦਾ, ਇਹ ਇਸ ਕਰਕੇ ਕਿਉਂਕਿ ਨਾ ਲੋਕ ਜਦ ਸੁਣਦੇ ਨੇ ਨਾ ਪੋਡਕਾਸਟ, ਇੰਟਰਵਿਊ ਦਾ ਬਾਈ ਤੁਸੀਂ ਇੰਟਰਵਿਊਜ਼ ਦੇਖਿਓ, ਕੋਈ ਵੀ ਕਲਾਕਾਰ ਦੀ, ਮੈਂ ਕਿਸੇ ਨੂੰ ਮਾੜਾ ਨਹੀਂ ਕਹਿੰਦਾ, ਪਰ ਉੱਥੇ ਨਾ ਕਲਾਕਾਰ ਪਹਿਲਾਂ ਹੀ ਸੋਚ ਕੇ ਆਇਆ ਹੁੰਦਾ, ਮੈਂ ਅੱਜ ਨਾ ਆਹ ਸਾਈਡ ਫੇਸ ਦਿਖਾਉਣਾ, ਮੇਰੇ ਆਹ ਇੱਥੇ ਕੁ ਤੱਕ ਸੋਹਣਾ ਲੱਗੇ ਅਤੇ ਮੈਂ ਇੰਨੀ ਕੁ ਗੱਲ ਕਰਨੀ ਹੈ ਅਤੇ ਆਹ ਕੁਛ ਟੋਪਿਕ 'ਤੇ ਗੱਲ ਕਰਨੀ ਅਤੇ ਆਹ ਬੋਲਣਾ। ਉਹ ਦਿਖਾਉਂਦੇ ਨੇ ਲੋਕਾਂ ਨੂੰ ਜੋ ਦਿਖਾਉਣਾ ਚਾਹੁੰਦੇ ਨੇ, ਜੋ ਚਾਹੁੰਦੇ ਨੇ ਕਿ ਲੋਕ ਉਹ ਦੇਖਣ, ਜੋ ਨਹੀਂ ਦਿਖਾਉਣਾ ਚਾਹੁੰਦੇ ਉਹ ਤਾਂ ਵੈਸੇ ਹੀ ਪਰੇ ਰੱਖ ਦਿੰਦੇ ਨੇ, ਪਰ ਪੋਡਕਾਸਟ ਬਾਈ ਉਹ ਚੀਜ਼ ਨੂੰ ਕੱਢ ਲਿਆਉਂਦਾ ਬਾਹਰ। ਤੁਹਾਡੀ ਲੁਕੀ ਹੋਈ ਚੀਜ਼ 15 ਮਿੰਟ, 20 ਮਿੰਟ, ਅੱਧਾ ਘੰਟਾ, ਹੱਦ ਘੰਟਾ ਲੁਕੀ ਰਹੂਗੀ, ਬਿਲਕੁਲ, ਪਰ ਉਸ ਤੋਂ ਬਾਅਦ ਕਿਤੇ ਨਾ ਕਿਤੇ ਤੁਹਾਡੀ ਉਹ ਰਿਐਲਿਟੀ ਬਾਹਰ ਆਈ ਜਾਊਗੀ। ਬਿਲਕੁਲ ਬਿਲਕੁਲ, ਤੁਹਾਡੀ ਜੋ ਥੋੜ੍ਹਾ ਅਸਲਪਨ ਹੈ, ਰਿਐਲਿਟੀ ਤੁਹਾਡੀ ਹੈ, ਬਿਲਕੁਲ, ਫੇਕ ਨਾ ਸੜ ਜੂਗੀ, ਰਿਐਲਿਟੀ ਸਾਹਮਣੇ ਆ ਜੂਗੀ। ਬਿਲਕੁਲ, ਪੋਡਕਾਸਟ ਇਸ ਕਰਕੇ ਲੋਕ ਜ਼ਿਆਦਾ ਸੁਣਦੇ ਨੇ ਅੱਜ ਕੱਲ੍ਹ, ਕਹਾਣੀ ਹੁੰਦੀ ਹੈ। ਬਿਲਕੁਲ, ਵਾਪਸ ਆਪਾਂ ਟਰੈਕ 'ਤੇ ਆਉਂਦੇ ਬਾਈ, ਆਪਾਂ ਯਾਰੀ ਦੋਸਤੀ ਦੀ ਗੱਲ ਕਰ ਲਈ। ਬਚਪਨ ਦਾ ਉਹ ਟਾਈਮ ਜੋ ਸੀ ਗੋਲਡਨ ਪੀਰੀਅਡ, ਜਦ ਆਪਾਂ ਪਿੰਡ 'ਚ ਹੁੰਦੇ ਸੀ, ਕਿਸੇ ਚੀਜ਼ ਦੀ ਫਿਕਰ ਨਹੀਂ, ਬਸ ਇੱਕ ਸੋਚ ਹੁੰਦੀ ਸੀ, ਸਕੂਲ ਤੋਂ ਘਰ ਆ ਗਏ, ਬਸਤਾ ਮਾਰਿਆ ਭਗਾ ਕੇ ਪਰੇ ਬੈੱਡ 'ਤੇ, ਇਹ ਨਹੀਂ ਪਤਾ ਥੱਲੇ ਡਿੱਗਿਆ ਉੱਪਰ ਡਿੱਗਿਆ, ਅਤੇ ਉਹ ਤੋਂ ਬਾਅਦ ਬਸ ਐਂ ਹੁੰਦਾ ਸੀਗਾ ਵੀ ਰੋਟੀ ਦਾ ਵੀ ਨਹੀਂ ਸੀ ਚਾਹ, ਭੱਜ ਜੀਏ ਬਾਹਰ, ਮਿੱਤਰ ਖੜ੍ਹੇ ਨੇ ਮੇਰੇ, ਆੜੀ ਖੜ੍ਹੇ ਨੇ, ਉਹ ਡੀਕਦੇ ਨੇ,
ਵੀ ਅਸੀਂ ਹੁਣ ਬਾਂਟੇ ਖੇਡਣ ਜਾਣੇ ਨੇ, ਬਾਂਟੇ ਖੇਡਣੇ ਨੇ ਵੀ ਭੱਜ ਲਈਏ ਕੇਰਾਂ, ਜਾਂ ਪੇੜ ਤੇ ਚੜ੍ਹ ਕੇ ਲਗਾਠਾਂ ਤੋੜਨੀਆਂ ਨੇ, ਮਰੂਦ ਤੋੜਨੇ ਨੇ, ਅੰਬ ਤੋੜਨੇ ਨੇ, ਅੰਬੀਆਂ ਤੋੜਨੀਆਂ ਨੇ। ਉਹ ਬਚਪਨ ਸੀ ਬਾਈ, ਤੁਸੀਂ ਯਾਦ ਕਰਦੇ ਹੋ ਆਪਣੇ ਬਚਪਨ? ਬਾਈ ਬਹੁਤ, ਬਾਈ ਬੜੀਆਂ ਯਾਦਾਂ ਨੇ ਬਚਪਨ ਦੀਆਂ। ਮੈਂ ਇਲਤੀ ਸੀ ਬਾਈ। ਅੱਛਾ? ਹਾਂ ਮੈਂ ਬਹੁਤ ਇਲਤੀ ਸੀਗਾ ਬਚਪਨ 'ਚ, ਸਾਰੀ ਇਲਤੀ ਹੁੰਦੀ ਬਾਈ ਬਚਪਨ ਹੀ। ਕਾਹਦਾ ਜੇ ਤੁਸੀਂ ਜੇ ਸ਼ਰਾਰਤ ਨਹੀਂ ਕੀਤੀ, ਖਾਸ ਕਰਕੇ ਪਿੰਡਾਂ ਵਾਲੇ ਆਪਾਂ ਪੰਜਾਬੀ, ਉਹ ਵੀ ਇਹ ਬੜੀਆਂ ਮੇਰੇ ਨਾਲ। ਮੇਰੇ ਕਿੱਸਾ ਇੱਕ ਮੈਂ ਤੁਹਾਨੂੰ ਸੁਣਾਉਣਾ ਬਚਪਨ ਦਾ। ਡੈਡੀ ਮੇਰੇ ਫੌਜ ਦੇ ਵਿੱਚ ਸੀਗੇ। ਅੱਛਾ? ਅਤੇ ਅਸੀਂ ਕਿਤੇ ਬਾਹਰ ਚਲੇ ਗਏ ਉਹਨਾਂ ਨਾਲ, ਅਸੀਂ 6 ਮਹੀਨਿਆਂ ਲਈ। ਠੀਕ ਹੈ। ਅਤੇ ਮੇਰੀ ਸਟੱਡੀ ਸਟੂਡੀ ਸਾਰਾ ਕੁਛ ਕੁਛ ਮੇਰੇ ਕੁਛ ਟਾਈਮ ਮੇਰੀ ਬਾਹਰ ਹੋਈ ਹੈਗੀ। ਓਕੇ। ਮੇਰਾ ਖਿਆਲ ਪਤਾ ਨਹੀਂ ਦੇਹਰਾਦੂਨ ਸਾਈਡ। ਅੱਛਾ, ਉੱਧਰ ਪੋਸਟਿੰਗ ਸੀ? ਪੋਸਟਿੰਗ ਉੱਧਰ ਸੀਗੀ। ਠੀਕ ਹੈ। ਦੇਹਰਾਦੂਨ ਸੀ ਜਾਂ ਪਤਾ ਨਹੀਂ ਕਿਹੜਾ ਸੀ ਉਹ। ਬਾਈ ਚਲੇ ਗਏ ਸੀ, ਮੈਂ ਹੋਊਗਾ 11 ਕੁ ਸਾਲ ਦਾ। ਅੱਛਾ। 11-12 ਸਾਲ ਦਾ। ਠੀਕ ਹੈ। ਛੋਟਾ ਹੋਊਂਗਾ, ਇਹਦੇ ਤੋਂ ਵੀ ਛੋਟਾ ਹੋਊਂਗਾ। ਹਾਂ 8-9 ਸਾਲ ਦਾ ਹੋਊਂਗਾ। ਮੈਂ ਸਾਲ ਹੀ ਗਿਣਾ ਹੀ ਗਿਆ, ਇੱਥੇ ਪੋਡਕਾਸਟ ਨਾ ਲੰਘ ਜਾਏ ਆਪਣਾ। ਬਾਈ ਅਸੀਂ ਚਲੇ ਗਏ। ਅੱਛਾ। ਜਿਹੜਾ ਸਾਨੂੰ ਕੁਆਟਰ ਆਊਟ ਹੋਇਆ ਸੀ, ਮਿਲਿਆ ਸਰਕਾਰੀ, ਸਰਕਾਰੀ ਉੱਥੇ ਬਾਈ ਉਸ ਕੁਆਟਰ ਦੇ ਵਿੱਚ ਨਾ ਅੰਬਾਂ ਦੇ ਬੂਟੇ ਸੀ 2। ਉਹ ਜਗ੍ਹਾ ਕਾਫੀ ਖੁੱਲ੍ਹੀ ਸੀ। ਉੱਥੇ ਜਿੰਨੇ ਵੀ ਸਾਡੇ ਤੋਂ ਪਹਿਲਾਂ ਰਹਿ ਕੇ ਗਏ ਆ ਲੋਕ, ਉਹਨਾਂ ਨੇ ਕਿਸੇ ਨੇ ਵੀ ਉਹ ਅੰਬਾਂ ਦੇ ਬੂਟੇ ਨੂੰ ਹੱਥ ਨਹੀਂ ਲਾਇਆ, ਕਿਉਂਕਿ ਆਲ ਟਾਈਮ ਬਾਰਿਸ਼ ਪੈਂਦੀ ਰਹਿੰਦੀ ਆ ਉੱਥੇ। ਅੰਬ ਦਾ ਬੂਟਾ ਉੱਚਾ ਸੀ ਬਹੁਤ। ਠੀਕ ਹੈ। ਉਹਦੇ ਉੱਤੇ ਪੈਰ ਫਿਸਲ ਜਾਂਦਾ, ਉੱਥੇ ਫਿਸਲ ਜਾਂਦਾ, ਅਤੇ ਬੰਦਾ ਡਰਦਾ ਚੜ੍ਹਦਾ ਨਹੀਂ ਸੀ, ਨਾ ਆਪਦੇ ਨਿਆਣਿਆਂ ਨੂੰ ਨੇੜੇ ਕਰਦਾ ਸੀ ਵੀ ਯਾਰ ਤਿਲਕ ਤੁਲਕ ਨੇ ਡਿੱਗ ਪਏ, ਸੱਟ ਲਾ ਜੂਗੀ। ਹਾਂ ਦੇਖਿਓ ਤੁਸੀਂ ਆਪਣੀਆਂ ਮਾਵਾਂ ਵੀ ਕਿੱਦਾਂ ਦੀਆਂ। ਦੇਖੋ ਅਸੀਂ ਗਏ ਜਾਣ ਸਾਰੀ, ਜਦੋਂ ਭਾਈ ਸਫਾਈਆਂ ਸਫੂਈਆਂ ਲੱਗੇ ਕਰਨ, ਮੰਮੀ ਨੇ ਦੇਖ ਲਿਆ ਅੰਬ। ਅੱਛਾ। ਅੱਡੇ ਅੱਡੇ ਅੰਬ ਕਿਰੇ ਹੋਏ। ਅੱਛਾ। ਉਹ 2 ਸੀ ਮੇਰਾ, ਮੈਂ ਇੱਕ ਚਾਰ ਹੀ ਸੀ ਪਤਾ ਨਹੀਂ, ਇੱਕ ਦੂਸਰਾ ਸੀ ਕਿਰੇ ਹੋਏ ਸੀਗੇ, ਜਿਹੜੇ ਚੂਪਣ ਵਾਲੇ ਅੰਬ ਨਹੀਂ ਹੁੰਦੇ। ਹਾਂ ਹਾਂ। ਅੱਛਾ 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 ਅੱਛਾ। ਅਤੇ ਮੰਮੀ ਮੈਨੂੰ ਕਹਿੰਦੀ ਵੀ ਆਵਾਜ਼ ਦੇ ਕੇ ਮੈਨੂੰ, ਨਹੀਂ ਬੰਦਾ ਡਰ ਜਾਂਦਾ, ਜਿਹੜੇ ਦੂਸਰੇ ਪਹਿਲਾਂ ਲਹਿਰ ਕੋਈ ਗਏ ਸੀ ਉਹ ਤਾਂ ਕਹਿੰਦੇ ਹੁਣ ਵੀ ਨਾ 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 ਨਾ। ਮੰਮੀ ਕਹਿੰਦੀ ਚਾੜਾ ਅੰਬ ਲਾਉਣੇ ਆ ਤੁਹਾਨੂੰ ਆਪ ਗਿਆ। ਮੈਂ ਟੋਕਰਾ ਭਰ ਲਿਆ ਬਾਈ ਚੜ੍ਹ ਕੇ। ਹਾਂ ਮੈਂ ਅੰਬ 'ਤੇ ਚੜ੍ਹ ਗਿਆ, ਪਾ ਕੇ ਹੱਥ ਚੜ੍ਹਿਆ ਅਤੇ ਮੈਂ ਬਾਈ ਅੰਬ ਸਾਰੇ ਲਾ ਤੇ ਖਾਲੀ ਕਰਤਾ। ਗੁਆਂਢਣ ਆਈ ਬਾਈ, ਉਹ ਜਿਹੜੀ ਗੁਆਂਢਣ ਸੀ ਉਹ ਸਾਡੇ ਤੋਂ ਪਹਿਲਾਂ ਰਹਿ ਰਹੀ ਸੀ। ਅੱਛਾ। ਉਹ ਆਈ, ਉਹ ਐਂ ਮੂੰਹ ਫੜ ਕੇ ਬੈਠੀ ਕਹਿੰਦੀ ਅਰੇ 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 ਬਾਬਾ, ਹਿੰਦੀ ਬੋਲਦੀ ਸੀਗੀ ਉਹ, ਇਹ ਕੈਸੀ ਕੀ ਆਪਨੇ। ਮੰਮੀ ਇਸ਼ਾਰਾ ਕਰਕੇ ਕਹਿੰਦੀ ਉਹ ਨਹੀਂ ਕੀਤਾ, ਕਹਿੰਦੀ ਬੈਠਾ ਮੈਂ ਅੰਬ ਚੁੱਪੀ ਜਾਂਦਾ ਸੀ। ਸੋ ਮੈਂ ਕਦੇ ਜਦੋਂ ਮੈਂ ਜਾਂਦਾ ਪਿੰਡ, ਮੰਮੀ ਗੱਲ ਕਰਦੇ ਆ ਬਹੁਤ ਹੱਸਦੇ, ਕਹਿੰਦੀ ਇੰਨਾ ਇਲਤੀ ਸੀ ਤੂੰ। ਮੈਂ ਕਿਹਾ ਮੈਨੂੰ ਚਲੋ ਉਹ ਯਾਦ ਤਾਂ ਹੈਗੀ ਆ ਗੱਲ, ਮੇਰੇ ਯਾਦ ਆ, 10-11 ਸਾਲ ਦੇ ਜਵਾਕ ਨੂੰ ਯਾਦ ਹੁੰਦੀ ਆ। ਅਤੇ ਬਾਈ ਮਤਲਬ ਇਹ ਖੂਨ 'ਚ ਹੈ। ਸਕੂਲ ਦੇ ਵਿੱਚ ਵੀ ਅੱਧੀ ਛੁੱਟੀ ਵੇਲੇ ਝੋਲਾ ਚੱਕਣਾ ਭੱਜਣਾ, ਉਈਂ ਇਹ ਨਹੀਂ ਹੁੰਦਾ ਸੀ ਵੀ ਕਿਸੇ ਚੀਜ਼ ਦਾ ਡਰ ਹੈ, ਪੜ੍ਹਦੇ ਵੀ ਬਹੁਤ ਸੀ, ਪੜ੍ਹਦੇ ਵੀ ਸੀ, ਇਹ ਨਹੀਂ ਹੋਊਗਾ ਕਿ ਮੈਂ ਕਿਸੇ ਨੂੰ ਕਿਰਾਏ ਪਾ ਦਿਆਂ ਵੀ ਯਾਰ ਮੈਂ ਤਾਂ ਐਂ ਸੀ ਸਕੂਲ 'ਚ ਮੇਰੀਆਂ ਰੀਸਾਂ ਕਰਕੇ ਅਗਲਾ ਚਲੋ ਮੇਰੇ ਵਰਗੇ ਨੂੰ ਟੱਕੇ ਨੇ ਫੋਲੋ ਕਰਨਾ ਹੈ। ਪਰ ਮੈਂ ਵੈਸੇ ਗੱਲ ਕਰਦਾ ਵੀ ਅੱਧੀ ਛੁੱਟੀ ਵੈਸੇ ਕੁੱਤੇ ਕੱਤੇ
ਘਚੋਰਾਂ 'ਚ ਵੜ ਜਾਣਾ ਅਤੇ ਟਿੱਬਿਆਂ 'ਚ, ਉਹ ਫਲਾਣੇ ਜਗ੍ਹਾ ਕੁੱਤੀ ਸੂਈ ਆ ਜੀ, ਚਲੋ ਉੱਥੋਂ ਕਤੂਰਾ ਲਿਆ, ਉਹ ਕਤੂਰੇ ਇਕੱਠੇ ਕਰ ਲੈਣੇ ਘਰੇ, ਉਹ ਪੁਰਾਣੀਆਂ ਬਚਪਨ ਦੀਆਂ ਯਾਰ ਬਹੁਤ ਉਹ ਟਾਈਮ ਗੋਲੀਆਂ ਬਹੁਤ ਖੇਡਦੇ ਸੀ। ਅਮਰੂਦ ਚੋਰੀ ਕੀਤੇ ਆ, ਅੱਛਾ, ਕਿਸੇ ਨੂੰ ਕਿਹਾ ਭਾਈ ਸਾਨੂੰ ਫੜ ਲਿਆ ਸੀਗਾ, ਅੱਛਾ, ਅਤੇ ਅਮਰੂਦ ਤੋੜ ਕੇ ਭੱਜੇ, ਅਮਰੂਦ ਤੋੜ ਕੇ ਭੱਜੇ ਭੱਜਦੇ ਸੀ, ਇਸ ਨੂੰ ਫੜ ਲਿਆ, ਅੱਛਾ, ਫਿਰ ਕੁੱਟ ਪਈ ਨਾ, ਕੋਈ ਬੰਦਾ ਆ ਗਿਆ ਸੀਗਾ, ਉਹ ਬੰਦੇ ਨੇ ਮੇਰੀ ਬਾਂਹ ਮਰੋੜ ਲਈਆਂ, ਛੋਟਾ ਸੀ ਨਾ ਮੈਂ, ਅੱਛਾ, ਬਾਂਹ ਮਰੋੜ ਕੇ ਮਾਰਦਾ ਨਹੀਂ ਸੀਗਾ ਵੀ, ਛੋਟੀ ਸੀਗੀ, ਉਹਦੇ ਕੋਲ ਸੜਕ 'ਤੇ ਮਾਰੀ ਗਿਆ ਉਹ, ਹੈ ਨਾ, ਹੁਣ ਤੂੰ ਆਇਆ ਹੁਣ ਆਵੇਂਗਾ, ਤੂੰ ਹੁਣ ਆਵੇਂਗਾ, ਥੱਲੇ ਮਾਰ ਸਕਦਾ ਨਹੀਂ ਸੀਗਾ, ਮੈਂ ਰੋਵਾਂ। ਇੱਕ ਬੰਦਾ ਸਕੂਟਰ ਤੋਂ ਜਾਂਦਾ ਸੀਗਾ, ਉਹਨੂੰ ਵਿਚਾਰੇ ਨੂੰ ਕਿਤੇ ਤਰਸ ਆਇਆ, ਉਹਨੇ ਉਹਦੀ ਬਹੁਤ ਬੇਇੱਜ਼ਤੀ ਕੀਤੀ, ਉਹ ਕਹਿੰਦਾ ਯਾਰ ਅਮਰੂਦ ਹੀ ਹੈ, ਕੀ ਕਾਂਡ ਕਰਤਾ ਇਹਨੇ ਤੇਰਾ ਅਮਰੂਦ, ਚੱਕ ਕਹਿੰਦਾ ਮੈਂ ਇੱਥੋਂ ਪੈਸੇ ਲਏ, ਉਹਨੇ ਪਤਾ ਨਹੀਂ 10-20 ਰੁਪਏ ਪਤਾ ਨਹੀਂ ਉਹਨੂੰ ਦਿੱਤੇ, ਅਤੇ ਪਿੰਡ ਤੋਂ ਕਿਲੋ ਅੱਧਾ ਕਿਲੋਮੀਟਰ ਦੂਰ ਸੀ, ਉਹਦੇ ਮੈਂ ਸਕੂਟਰ 'ਤੇ ਬੈਠ ਕੇ ਆਇਆ। ਅੱਛਾ, ਬਹੁਤ ਪੁਰਾਣੀ ਗੱਲ ਹੈ ਇਹ ਵੀ, ਇਹ ਬਚਪਨ ਦੀਆਂ ਯਾਦਾਂ ਨੇ। ਪਰ ਬਾਈ ਜਦੋਂ ਮੈਂ ਸਕੂਲ, ਮੈਂ ਨੈਣੇਵਾਲ ਸਰਕਾਰੀ ਸਕੂਲਾਂ 'ਚ ਪੜ੍ਹਿਆ ਆਪਾਂ, ਜਦੋਂ ਮੈਂ ਨੈਣੇਵਾਲ ਸਕੂਲ ਗਿਆ, ਉੱਥੇ ਸਾਡੇ ਉਸਤਾਦ ਜੀ ਮਾਸਟਰ ਮਲਕੀਤ ਸਿੰਘ ਆਲਕੜਾ, ਜਿਨ੍ਹਾਂ ਦਾ ਮੈਂ ਜ਼ਿਕਰ ਕਰਦਾ ਹਮੇਸ਼ਾ, ਜਿਹੜੀ ਲਿਖਣ ਦੀ ਦੇਣ ਆ ਮੈਨੂੰ ਉੱਥੋਂ ਹੋਈ ਹੈ, ਮਾਸਟਰ ਮਲਕੀਤ ਸਿੰਘ ਆਲਕੜਾ ਤੋਂ। ਉਹ ਬੜਾ ਵਧੀਆ ਸਾਹਿਤ ਉਹਨਾਂ ਨੇ ਲਿਖਿਆ, ਚਾਨਣ ਦੀ ਛਿੱਟ, ਸਧਰਾਂ ਦੇ ਪੰਛੀ, ਬਹੁਤ ਵਧੀਆ, ਮਤਲਬ ਗਜ਼ਲਾਂ ਕਵਿਤਾਵਾਂ ਬਹੁਤ ਵਧੀਆ ਉਹ ਲਿਖਦੇ ਸੀ, ਔਰ ਮੈਂ ਗਾਉਂਦਾ ਸੀ ਬਾਲ ਸਭਾਵਾਂ ਦੇ ਵਿੱਚ, ਮੈਂ ਉਹਨਾਂ ਦੀਆਂ ਲਿਖੀਆਂ ਰਚਨਾਵਾਂ ਗਾਉਂਦਾ ਰਹਿੰਦਾ ਸੀਗਾ, ਕੰਪੋਜੀਸ਼ਨ ਵਗੈਰਾ। ਉਦੋਂ ਮਤਲਬ 6ਵੀਂ 7ਵੀਂ ਦੇ ਵਿੱਚ ਬਾਈ, ਕੋਈ ਬੰਦਾ ਕਿੱਦਾਂ ਦੇ ਗਾਣੇ ਗਾਉਂਦਾ, ਕੋਈ ਬੰਦਾ ਕਿੱਦਾਂ ਦੇ ਗਾਣੇ ਗਾਉਂਦਾ, ਪਤਾ ਨਹੀਂ ਕਿਉਂ ਇੱਕ ਥਿੰਕਿੰਗ ਹੁੰਦੀ ਹੈ ਨਾ, ਜਾਂ ਤਾਂ ਤੁਹਾਡਾ ਮਾਹੌਲ ਕਰਦਾ ਉੱਦਾਂ ਦਾ ਹੋਵੇ ਵੀ ਤੁਸੀਂ, ਸੱਭਿਅਕ ਜਿਹਾ ਮਾਹੌਲ ਆ ਸਾਡੇ ਘਰ ਦਾ ਅੱਜ ਵੀ। ਮੈਂ ਉਦੋਂ ਉਸ ਵਕਤ ਮਾਨ ਸਾਹਿਬ ਦਾ ਗਾਣਾ ਗਾਇਆ ਸੀ, ਮੈਂ 6ਵੀਂ ਕਲਾਸ 'ਚ ਗਿਆ ਸੀਗਾ, ਕਿਉਂਕਿ 5ਵੀਂ ਤੱਕ ਸਾਡੇ ਪਿੰਡ ਸਕੂਲ ਸੀ, ਹੁਣ ਵੀ 5ਵੀਂ ਤੱਕ ਹੀ ਹੈ, ਅਤੇ ਮੈਂ ਬਾਈ ਗਿਆ ਆਪਣਾ ਨੈਣੇਵਾਲ, ਨੈਣੇਵਾਲ 2 ਕਿਲੋਮੀਟਰ ਸਾਡੇ ਪਿੰਡ ਤੋਂ, ਉੱਥੇ ਮੈਂ ਗਿਆ, ਜਾਣ ਸਾਰ ਬਾਈ ਉਹਨਾਂ ਨੂੰ ਪਤਾ ਨਹੀਂ ਸੀ ਵੀ ਗਾਉਂਦਾ ਇਹ, ਮੈਂ ਕਿਹਾ ਵੀ ਮੈਂ ਗਾਣਾ ਗਾਉਣਾ, ਕੋਈ ਪ੍ਰੋਗਰਾਮ ਸੀ ਉਹਨਾਂ ਦਾ, ਰਿਟਾਇਰ ਹੋਣਾ ਸੀ ਕਿਸੇ, ਮੇਰੇ ਖਿਆਲ PN ਨੇ ਹੋਣਾ ਸੀਗਾ, ਉੱਥੇ ਮੈਂ ਬਾਈ ਗਾਣਾ ਗਾਇਆ ਮਾਨ ਸਾਹਿਬ ਦਾ, ਮਿੱਟੀਏ ਨਹੀਂ ਬਾਲ ਅੱਗੇ ਉੱਡ ਜਾਣਾ, ਹਾਏ ਕਿਆ ਬਾਤ, ਮਿੱਟੀਏ ਨਹੀਂ ਬਾਲ ਅੱਗੇ ਉੱਡ ਜਾਣਾ, ਅਤੇ ਮਤਲਬ ਉਹ ਉਸ ਤੋਂ ਬਾਅਦ ਫਿਰ ਮੈਨੂੰ ਉੱਥੇ ਮੈਨੂੰ ਪਿਆਰ ਕਰਨ ਲੱਗ ਗਏ ਜਿਹੜੇ ਟੀਚਰਸ ਸੀ ਸਾਡੇ ਅਧਿਆਪਕ, ਵਧੀਆ, ਫਿਰ ਉਹਨਾਂ ਦੀ ਮੈਂ ਨਜ਼ਰ ਪਿਆ, ਮਲਕੀਤ ਮਾਸਟਰ ਅਲਕੜਾ ਸਾਹਿਬ ਦੀ, ਉਹਨਾਂ ਦੀਆਂ ਨਜ਼ਮਾਂ, ਉਸ ਤੋਂ ਬਾਅਦ ਮੈਂ ਉਹਨਾਂ ਦੇ ਲਿਖੇ ਹੋਏ ਗੀਤ ਕਵਿਤਾਵਾਂ ਗਾਈਆਂ ਨੇ, ਇੱਕ ਥੋੜ੍ਹਾ ਮਾਹੌਲ ਉੱਦਾਂ ਦਾ ਬਣ ਜਾਂਦਾ ਨਾ। ਫਿਰ ਮੈਂ ਲਿਖਣ ਕਿਵੇਂ ਲੱਗ ਗਿਆ, ਇਹਦੇ ਪਿੱਛੇ ਵੀ ਰਾਜ ਹੈ, ਲਿਖਣ ਦੇ ਪਿੱਛੇ ਵੀ, ਅੱਜ ਮੈਂ ਪੋਡਕਾਸਟ 'ਤੇ ਮੈਂ ਖੁੱਲ੍ਹ ਕੇ ਦੱਸੂੰਗਾ, ਕਿਉਂਕਿ ਬਈ ਆਪਾਂ ਉਹ ਹਾਂ ਲਵ ਲੈਟਰ ਵੇਲੇ ਦੇ ਹਾਂ, ਉਹ ਟਾਈਮ ਹੁੰਦਾ ਸੀ ਆਪਾਂ ਯੁੱਗ ਚੇਂਜ ਹੁੰਦਾ ਦੇਖਿਆ, ਬਿਲਕੁਲ, ਇਹਦੇ ਵੀ ਇਹਦਾ ਇਹਦਾ ਵੀ ਇੱਕ ਪ੍ਰਾਊਡ ਰਹੂਗਾ ਦੇਖ ਲਾ ਆਪਣੀ ਜਨਰੇਸ਼ਨ ਨੂੰ, ਹੈ ਨਾ, ਹਾਂ ਵੀ ਦੇਖਿਆ ਆਪਣੇ ਨਾਲ ਦੇ ਆ, ਹਾਂ, ਅਤੇ ਯੁੱਗ ਵੀ ਦੇਖਿਆ ਆਪਾਂ ਜਿਹੜਾ ਚੱਲਦਾ ਹੁੰਦਾ ਟੀਵੀ 'ਤੇ ਸ਼ਕਤੀਮਾਨ, ਅਤੇ ਮਤਲਬ ਯੁੱਗ ਚੇਂਜ ਹੁੰਦਾ ਵੀ ਦੇਖਿਆ ਆਪਾਂ, ਇਹ ਯੁੱਗ ਹੀ ਚੇਂਜ ਹੋਇਆ ਜਦੋਂ, ਬਿਲਕੁਲ ਬਾਈ, ਮੋਬਾਈਲ ਆ ਗਏ, ਲੈਟਰ ਲਿਖਦੇ ਹੁੰਦੇ ਸੀ ਬਾਈ, ਹੁਣ ਮੈਂ ਜਿੱਦਾਂ ਦੀ ਕਵਿਤਾਵਾਂ ਮੈਂ ਗਾਉਂਦਾ ਸੀਗਾ, ਹੁਣ ਇਹ ਨਾ ਸਮਝ ਲੈਣ ਕਿਤੇ ਯਾਰ, ਅੱਛਾ ਲੈਟਰ ਲਿਖਦਾ ਸੀ, ਕੰਮ ਤਾਂ ਗੰਦੇ ਹੀ ਕਰਦਾ ਸੀ, ਮੈਨੂੰ ਇਹ ਦੱਸੋ ਵੀ ਲਿਖੇ ਕਿ ਨਹੀਂ ਲੈਟਰ,
ਪਿਆਰ ਦਾ ਫੁਰਨਾ ਕਿਹਦੇ 'ਚ ਨਹੀਂ ਫੁਰਿਆ ਤੁਸੀਂ ਦੱਸੋ, ਜਦੋਂ ਜਵਾਨੀ ਚੜ੍ਹਦੀ ਹੈ ਇਹ ਤਾਂ ਸਭ 'ਤੇ ਆਉਂਦੀ ਹੈ, ਇਹ ਤਾਂ ਸਭ 'ਤੇ ਆਉਂਦੀ ਹੈ, ਔਰ ਫੁਰਨੇ ਵੀ ਫੁਰਦੇ ਨੇ ਬਿਲਕੁਲ, ਦਿਲ ਉੱਡਦਾ ਵੀ ਹੈ, ਹਾਏ ਹਾਏ, ਫਿਰ ਦਿਲ ਗੱਭਰੂ ਦਾ ਉੱਡ ਜੂ ਕਰਦਾ ਵਰਸਾ ਹੁੰਦਾ ਹੈ, ਹਾਂ ਇਹ ਹੁੰਦਾ ਹੈ, ਹਾਂ ਉਦੋਂ ਇਹ ਵੀ ਹੁੰਦਾ ਯਾਰ ਕੋਈ ਮਹਿਜ਼, ਉਹ ਤਾਂ ਚਲੋ ਦੂਰ ਦੀ ਗੱਲ ਹੈ, ਮਹਿਜ਼ ਕੋਈ ਕੁੜੀ ਕੋਈ ਮੈਨੂੰ ਸਲਾਹੇ ਮੇਰੇ ਵੱਲ ਦੇਖੇ, ਕਿਸੇ ਨਾ ਕਿਸੇ ਦੀ ਤਲਾਸ਼ ਹੁੰਦੀ ਹੈ ਅੱਖਾਂ ਨੂੰ ਉਸ ਉਮਰ 'ਚ, ਜਦੋਂ ਬੰਦਾ 18, 19, 20, 21 'ਚ ਆਉਂਦਾ ਪੈਰ ਧਰਦਾ ਉਦੋਂ ਬੰਦੇ ਨੂੰ ਇਹ ਹੁੰਦਾ ਵੀ ਯਾਰ, ਵੀ ਯਾਰ ਹਾਂ ਯਾਰ ਸਮਝ ਲਓ, ਜੇ ਤੁਸੀਂ ਇੱਦਾਂ ਦਾ ਕੁਛ ਸੋਚਦੇ ਜਵਾਨ ਹੋ ਗਏ ਤੁਸੀਂ, ਹੋ ਸਕਦਾ ਕਈ ਕਹਿਣ ਵੀ ਇਹ ਤਾਂ ਲਿਖਦਾ ਤਾਂ ਲੈਟਰ ਹੀ ਸੀ, ਪਰ ਮੈਨੂੰ ਲੈਟਰਾਂ ਨੇ, ਮੈਂ ਦੱਸਣੀ ਚਾਹੁੰਦਾ ਵੀ ਜਿਹੜੇ ਮੈਂ ਲਵ ਲੈਟਰ ਲਿਖੇ ਆ ਉਹ ਮੈਂ ਆਪਦੇ ਲਈ ਕੋਈ ਨਹੀਂ ਲਿਖੇ, ਅੱਛਾ ਨਾ ਫਿਰ ਸ਼ਾਹੀ ਸੀ ਬਾਈ, ਮੈਂ ਬਹੁਤ ਸ਼ਰਮੀਲਾ ਸੀ, ਮੈਂ ਸੰਗਦਾ ਸੀ ਬਾਈ, ਡਰਦਾ ਸੀ, ਮੈਂ ਕੁੜੀਆਂ ਨਾਲ ਕਦੇ ਵੀ ਜ਼ਿੰਦਗੀ 'ਚ ਮੈਂ ਗੱਲ ਨਹੀਂ ਕੀਤੀ ਬਾਈ, ਅੱਛਾ ਹਾਂ ਮੈਂ ਬਹੁਤ ਸੰਗਦਾ ਸੀ, ਪਿਆਰ ਕੀਤਾ ਬਾਈ ਕਿਸੇ ਨੂੰ ਮੈਂ ਇੱਕ ਤਰਫਾ, ਹਾਏ ਹਾਏ ਹਾਏ, ਹਾਂ ਇੱਕ ਤਰਫਾ ਪਿਆਰ ਕੀਤਾ ਬਾਈ, ਬਸ ਦੇਖਦਾ ਰਹਿੰਦਾ ਸੀ ਉਹਨੂੰ ਮੈਂ, ਮੇਰੀ ਇੰਨੀ ਹਿੰਮਤ ਨਹੀਂ ਸੀ ਬਾਈ ਵੀ ਮੈਂ ਉਹਨੂੰ ਮੈਂ ਬੁਲਾ ਕੇ ਕਹਿ ਸਕਾਂ, ਕਹਿ ਸਕਾਂ ਉਹਨੂੰ ਵੀ ਮੈਂ ਤੈਨੂੰ ਪਿਆਰ ਕਰਦਾ, ਕਿੰਨੀ ਉਮਰ ਸੀ ਜਦੋਂ ਬਾਈ, ਮੈਂ ਕੰਬਣ ਲੱਗ ਜਾਂਦੀ ਬਾਈ, ਜੇ ਕੋਲ ਦੀ ਵੀ ਲੰਘਦਾ ਸੀ ਨਾ, ਹਾਂ ਕਈ ਵਾਰ ਮੇਰੇ ਕੋਲ ਦੀ ਲੰਘਦੀ ਉਹ, ਅੱਛਾ ਮੇਰੀ ਦੇਹ ਕੰਬਣ ਲੱਗ ਜਾਂਦੀ ਸੀ, ਹਾਏ ਹਾਏ ਸਰੀਰ ਕੰਬਣ ਲੱਗ ਜਾਂਦਾ ਸੀ ਮੇਰਾ, ਪਤਾ ਨਹੀਂ ਮੈਂ ਕਿਵੇਂ, ਮੈਂ ਕੁੜੀਆਂ ਵਾਂਗੂ ਲੰਘਦਾ ਸੀ ਬਾਈ, ਐਨੀ ਵੀ ਪਾ ਕੇ ਲੰਘ ਜਾਂਦਾ ਸੀ, ਹਜ਼ਾਰਾਂ ਲੈਟਰ ਬਾਈ ਮੇਰੇ ਜਿਹੜੇ ਮੈਂ ਉਹਦੇ ਲਈ ਲਿਖੇ ਸੀ, ਜੇਬਾਂ 'ਚ ਪੁਰਾਣੇ ਪਏ ਹੋ ਗਏ, ਉਹ ਮੈਂ ਜਿਹੜੇ ਉਹਨੂੰ ਲਿਖੇ ਖੱਤ ਸੀ, ਕਈ ਧੋਤੇ ਪੈਂਟਾਂ 'ਚ ਬੇਬੇ ਨੇ, ਕੀ ਲੱਗੇ ਬਾਪੂ ਜੀ ਦੇ ਹੱਥ ਸੀ, ਮੇਰਾ ਲਵ ਲੈਟਰ ਗਾਣਾ ਵੀ ਆਇਆ ਸੀਗਾ, ਇੱਕ ਮੇਰੀ ਟੇਪ ਆਈ ਸੀਗੀ 2013-14 'ਚ, ਉਹਦੇ ਨਾਲ ਉਦੋਂ ਦੀਆਂ ਲੱਗੀਆਂ ਜਦੋਂ ਲਵ ਲੈਟਰ ਵਿਚੋਲੇ ਸੀ, ਕਿਉਂ ਸੋ ਇਹ ਮੈਂ ਤਾਂ ਗੱਲ ਸੁਣਾਉਣਾ ਵੀ ਗਾਣੇ ਉੱਥੋਂ ਲਿਖਣ ਲੱਗਿਆ ਮੈਂ, ਮੈਂ ਬਾਈ ਲਵ ਲੈਟਰ ਲਿਖ ਲੈਣਾ, ਉਹਨੂੰ ਰੱਖਣਾ, ਉਹਨੂੰ ਮੈਂ ਕਈ ਕਈ ਵਾਰ ਇੱਕ ਲਵ ਲੈਟਰ ਨੂੰ ਲਿਖਣਾ, ਇਹ ਨਹੀਂ ਸੀਗਾ ਮੈਂ ਉੱਥੇ ਦਿਲ ਬਣਾਈ ਜਾਣਾ ਕਵਿਤਾਵਾਂ ਟਾਈਪ, ਕਿਉਂਕਿ ਮੈਂ ਮੇਰਾ ਸਰਕਲ ਉਹ ਸੀ, ਮੇਰੀ ਸੋਚ ਦੇ ਵਿੱਚ ਇੱਕ ਬਹੁਤ ਵੱਡੀ ਕਲਮ ਸੀ ਮਾਸਟਰ ਜੀ ਦੀ, ਕਦੇ ਮੈਂ ਕਿਸੇ ਕੁੜੀ ਨੂੰ ਆ ਇੱਥੇ ਬੈਠਿਆ ਤੁਹਾਡੇ ਕੋਲ, ਕਦੇ ਵੀ ਬਾਏ ਗੋਡ ਕੋਈ ਬੰਦਾ ਇੱਕ ਸਾਡੇ ਪਿੰਡ 'ਚ ਕੋਈ ਬੰਦਾ ਇੱਕ ਕੋਈ ਵੀ ਕਹਿ ਦੇ ਮੈਨੂੰ, ਸਾਡਾ ਮੇਰਾ ਛੰਨਾ ਗੁਲਾਬ ਸਿੰਘ ਵਾਲਾ ਪਿੰਡ ਹੈ, ਭਦੌੜ ਤੋਂ 5 ਕਿਲੋਮੀਟਰ ਦੂਰ ਹੈ, ਸਾਡੇ ਪਿੰਡ ਦਾ ਕੋਈ ਵੀ ਬੰਦਾ ਕਹਿ ਦੇ ਕਿ ਮੈਂ ਮੇਰਾ ਪਿੰਡ ਦੇ ਵਿੱਚ ਕਰੈਕਟਰ ਕਿੱਦਾਂ ਦਾ, ਨੇੜੇ ਤੇੜੇ ਦੇ ਪਿੰਡਾਂ ਵਾਲੇ ਕਹਿ ਦੇਣ, ਸਭ ਦੱਸਣਗੇ, ਬੰਦਾ ਬਾਈ ਉਹੀ ਹੈ ਜਿਹਨੂੰ ਹੱਥ ਮਾਰ ਕੇ ਬੁਲਾਉਂਦੇ ਹੁਣ ਵੀ ਆ ਜਾ ਯਾਰ ਚਾਹ ਪੀ ਜਾ, ਆਹ ਹੋਣੀ ਚਾਹੀਦੀ ਹੈ ਬਾਈ ਤੁਹਾਡੀ ਪਹਿਚਾਣ, ਵੀ ਆਹ ਸੀ ਹੁਣ ਉਹ ਮੈਂ ਲਿਖ ਲੈਣੇ ਮੇਰੇ ਕੋਲ ਹੋਣੇ, ਮੇਰੀਆਂ ਜੇਬਾਂ 'ਚ ਪੁਰਾਣੇ ਹੋ ਜਾਣੇ, ਕਈ ਵਾਰੀ ਬਾਪੂ ਡੈਡੀ ਨੇ ਇੱਕ ਵਾਰੀ ਡੈਡੀ ਨੂੰ ਇੰਨੇ ਉੱਥੇ ਆਏ, ਅੱਛਾ ਹੱਥ ਲੱਗ ਗਏ, ਇੰਨੇ ਲੱਭ ਗਏ ਤੁਹਾਡਾ ਭਲਾ ਹੋ ਜਾਏ, ਫਿਰ ਲਫਾਫੇ 'ਚ ਪਾ ਕੇ ਰੱਖੇ ਹੋਏ, ਅੱਛਾ ਪਤਾ ਹੀ ਨਹੀਂ ਕਿਉਂ ਮੈਂ ਸੁੱਟਦਾ ਨਹੀਂ ਸੀ ਉਹਨੂੰ, ਅੱਛਾ ਨਾ ਮੈਂ ਦੱਬਦਾ ਸੀ ਵੀ ਕਿਤੇ ਦੱਬੀ ਦੇ ਯਾਰ ਮਿੱਟੀ ਮੁੱਟੀ 'ਚ, ਦੱਬਦਾ ਨਹੀਂ ਮੈਂ ਉਹਨੂੰ ਰੱਖੀ, ਮੈਂ ਦੇਖੀ ਜਾਣੇ ਬਸ ਉਹਨੂੰ ਪੜ੍ਹੀ ਜਾਣੇ, ਮੈਂ ਦੇਖੀ ਜਾਣੇ, ਉਹਦੇ 'ਚੋਂ ਹੋਰ ਚੀਜ਼ਾਂ ਕ੍ਰੀਏਟ ਹੋਈ ਜਾਣੀਆਂ, ਕੋਈ ਨਵੀਆਂ ਚੀਜ਼ਾਂ ਬਣੀ ਜਾਣੀਆਂ, ਲਿਖੀ ਜਾਣੇ ਕਵਿਤਾਵਾਂ ਸ਼ਾਇਰੋ ਸ਼ਾਇਰੀ ਲਿਖੀ ਜਾਣੀ, ਬਾਪੂ ਬਹੁਤ ਮੇਰੇ ਨਾਲ, ਡੈਡੀ ਕਹਿੰਦੇ ਵੀ ਤੂੰ ਇਹ ਕੀ ਕਰਦਾ ਤੂੰ ਗਲਤ ਕਰਦਾ, ਡਰ ਹੁੰਦਾ ਨਾ ਮਾਂ ਬਾਪ ਨੂੰ ਵੀ ਯਾਰ ਪਿੰਡ ਦੇ ਵਿੱਚ ਕੋਈ ਹਾਦਸਾ ਨਾ ਕਰਦੇ ਸਾਡੀ
ਬਦਨਾਮੀ ਧੌਣ ਨਾ ਨੀਵੀਂ ਕਰਵਾ ਦੇ, ਬਦਨਾਮੀ ਨਾ ਕਰਵਾ ਦੇ, ਬਟ ਆਪਾਂ ਇਹ ਕੰਮ ਕੀਤਾ ਨਹੀਂ। ਪਰ ਡੈਡੀ ਨੂੰ ਪਤਾ ਲੱਗਿਆ ਜਦੋਂ ਵੀ ਇਹ ਤਾਂ ਉਹ ਕੰਜਰ ਦਿਆ, ਕਹਿੰਦੇ ਤੂੰ ਇਹ ਕੀ ਕਰਨਾ, ਤੂੰ ਤਾਂ ਆਪ ਹੀ ਲਿਖ ਲਿਖ ਕੇ ਗੋਲੀ ਰੱਖੀ ਜਾਂਦਾ, ਕਿਸੇ ਨੂੰ ਫੜਾ ਹੀ ਦੇ ਤੂੰ ਤਾਂ, ਜੁੱਤੀਆਂ ਜਾਤੀਆਂ ਖਾ ਲਾ ਕਿਸੇ ਤੋਂ। ਅੱਗੇ ਵੀ ਕਹਿੰਦੇ ਸੀ ਵੀ ਫੜਾ ਕੇ ਕਿਸੇ ਤੋਂ ਜੁੱਤੀਆਂ ਜਾਤੀਆਂ ਖਾ ਲਾ, ਚਪੇੜਾਂ ਖਾ ਲਾ ਕਿਸੇ ਤੋਂ, ਤੈਨੂੰ ਅਕਲ ਆ ਜੂਗੀ ਸਾਲਿਆ। ਯਾਨੀ ਉੱਥੋਂ ਫਤਿਹ ਸ਼ੇਰਗਿੱਲ ਬਣਨਾ ਸ਼ੁਰੂ ਹੋਇਆ ਸੀ। ਔਰ ਜਦੋਂ ਬਾਈ ਮੈਂ ਲਿਖ ਕੇ, ਕਈ ਮੇਰੇ ਯਾਰ ਦੋਸਤ ਇੱਦਾਂ ਦੇ ਆ, ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਇੰਨਾ ਸੋਹਣਾ ਇਹ ਲੈਟਰ ਲਿਖਦਾ। ਅੱਛਾ, ਫਿਰ ਤੁਹਾਡੇ ਤੋਂ ਲਿਖਾਉਣ ਲੱਗ ਗਏ? ਲਿਖਾਉਣ ਲੱਗ, ਪਰ ਮੇਰੀ ਇੱਕ ਸ਼ਰਤ ਹੁੰਦੀ ਸੀ, ਮੈਂ ਕਿਹਾ ਯਾਰ ਵੀਰ ਬਣ ਕੇ ਵੀ ਮੇਰਾ ਕੋਈ ਕਸੂਰ ਨਹੀਂ ਇਹਦੇ 'ਚ, ਮੈਂ ਲਿਖ ਦਿੰਦਾ ਕਿਤੇ ਮੇਰੇ ਜੁੱਤੀਆਂ ਨੂੰ ਥਾਂ ਨਾ ਕਰ ਦਿਓ। ਪਰ ਬਈ ਜਿੰਨੇ ਵੀ ਲਿਖਿਆ ਲੈਟਰ ਕੋਈ ਆਲਾ ਨਹੀਂ ਗਿਆ। ਮੈਨੂੰ ਕਹੇ ਯਾਰ ਉਹਦੇ ਵਾਸਤੇ ਮੈਨੂੰ ਲੈਟਰ ਲਿਖ ਕੇ ਦਿਓ ਬਾਈ, ਕਹਿਣੀ ਵੀ ਉਹਨੂੰ ਮੈਂ ਇਮੋਸ਼ਨਲ ਹੋ ਕੇ ਲੈਟਰ ਲਿਖ ਦਿਆਂ, ਮੁੜ ਕੇ ਉਹ ਲੈਟਰ ਫੜਾ ਦੇ ਉਹਨੂੰ, ਤੇ ਇਹ ਤਾਂ ਪਾਪ ਹੈ। ਹਾਂ, ਰੁੱਸੇ ਵੇ ਪ੍ਰੇਮੀ ਜੋੜੇ ਮਨਾਏ, ਮੈਂ ਜ਼ਰੂਰ ਮਨਾਏ ਆ, ਆਏ ਹਾਏ ਹਾਏ। ਹਾਂ, ਉਹਦਾ ਮੈਨੂੰ ਪੂਰਾ ਸਿਹਰਾ ਜਾਂਦਾ, ਮੈਂ ਸੱਚੀ ਮਨਾਇਆ। ਬਾਏ ਗੋਡ, ਮੇਰਾ ਦੋਸਤ ਹੈ ਸੋਮਾ। ਅੱਛਾ, ਫੌਜੀ ਆ, ਫੌਜ 'ਚ ਹੈ। ਅੱਛਾ, ਬੜਾ ਘੈਂਟ ਭਰਾ ਮੇਰਾ ਦੋਸਤ ਹੈ ਬਹੁਤ। ਉਹਦਾ ਕੋਈ ਰਿਸ਼ਤਾ ਸੀ ਕਿਸੇ ਨਾਲ, ਬੜਾ ਪਾਕ ਰਿਸ਼ਤਾ ਸੀ, ਬੜਾ ਕਿਸੇ ਕੁੜੀ ਨੂੰ ਚਾਹੁੰਦਾ ਸੀ, ਪਿਆਰ ਕਰਦਾ ਸੀ। ਉਹ ਕੁੜੀ ਪਿਛਲੇ ਡੇਢ ਦੋ ਮੰਥ ਤੋਂ ਬੁਲਾ ਨਹੀਂ ਸੀ ਰਹੀ ਉਹਨੂੰ, ਦੋ ਤਿੰਨ ਮਹੀਨਿਆਂ ਤੋਂ ਉਹਨੂੰ, ਅਤੇ ਮੈਂ ਮੇਰੇ ਕੋਲ ਆ ਗਿਆ ਉਹ, ਮੈਨੂੰ ਪਤਾ ਲੱਗ ਗਿਆ। ਮੈਂ ਕਿਹਾ ਯਾਰ ਤੂੰ, ਕਹਿੰਦਾ ਬਾਈ ਮੈਂ ਬਹੁਤ ਦੁਖੀ ਹਾਂ ਯਾਰ, ਤੂੰ ਤਾਂ ਭਰਾ ਆਪਣਾ ਹੈ ਨਾ, ਵੀ ਮੈਂ ਕੁਛ ਵੀ ਕਰ ਸਕਦਾ। ਮੈਂ ਕਹਿੰਦਾ ਕਿਸੇ ਬੱਲੂ ਵਾਲੀ ਨਹਿਰ 'ਚ ਛਾਲ ਮਾਰ ਕੇ ਮਰ ਜੂੰ, ਕਹਿੰਦਾ ਮੈਂ ਕਿਹਾ ਮੈਂ ਨਾ ਮਰਨਾ ਕਾਹ ਤੋਂ, ਆਪਾਂ ਕਰ ਲੈਂਦੇ ਹਾਂ ਕੋਈ ਹੀਲਾ। ਆਇਆ ਖਾਤੀ ਲਿਖਾਉਣ ਸੀ, ਕਹਿੰਦਾ ਲਿਖ ਫਿਰ ਖਾਤ, ਪਹਿਲਾਂ ਮੈਨੂੰ ਪੂਰਾ ਇਮੋਸ਼ਨਲ ਕਰ ਲਿਆ ਭੈਣ ਚੋਂ, ਜਿਵੇਂ ਬਗਲੇ ਦੇ ਨਹੀਂ ਉਹ ਮੋਮ ਰੱਖਦੇ ਹੁੰਦੇ ਸਿਰ 'ਤੇ, ਉਹ ਮੈਨੂੰ ਤਜਾ ਕੇ ਮੈਨੂੰ ਲਿਖ ਫਿਰ ਬਹਿ ਗਏ ਭਾਈ ਅਸੀਂ। ਅੱਛਾ, ਰਾਤ ਨੂੰ, ਰਾਤ ਨੂੰ ਲਿਖਣ ਬਹਿ ਗਏ ਬਾਈ, ਇਹ ਖਤ ਲਿਖਿਆ। ਉਦੋਂ ਕਿਹੜਾ ਜਵਾਕ ਹੁੰਦੇ ਸੀ ਯਾਰ ਬਾਈ, ਇਹ ਤਾਂ ਨਹੀਂ ਹੈਗਾ ਸੀਗਾ ਵੀ ਇੱਕ ਦੋ ਤਿੰਨ ਚਾਰ ਪੇਜਾਂ ਦਾ ਲਿਖਤਾ, ਬਹੁਤ ਕੁਛ ਲਿਖਤਾ ਉਹਨੇ ਭਾਈ, ਫੜਾ ਦਿਆ ਉਹ ਕੁੜੀ ਨੂੰ, ਫੜਾਇਆ ਬਸ, ਅਤੇ ਮੰਨ ਗਈ, ਦੂਜੇ ਦਿਨ ਮੰਨ ਗਈ ਬਾਈ ਉਦੋਂ ਹੀ ਪੜ੍ਹ ਕੇ। ਪਰ ਉਹਨੂੰ ਇੱਕ ਵੀ ਗੱਲ ਇਹ ਵੀ ਕਹਿੰਦੀ ਸੀ, ਕਹਿੰਦੀ ਤੂੰ ਤਾਂ ਨਹੀਂ ਲਿਖਿਆ, ਤੂੰ ਤਾਂ ਇੰਨੇ ਜੋਗਾ ਨਹੀਂ ਲਿਖਿਆ, ਤੂੰ ਇੰਨੇ ਜੋਗਾ ਨਹੀਂ ਹੈਗਾ, ਇੰਨੇ ਜੋਗਾ ਨਹੀਂ ਹੈਗਾ। ਪਰ ਮੈਂ ਕਿਹਾ ਮੇਰਾ ਨਾਂ ਨਾਲ ਨਹੀਂ ਭਰਾਵਾ, ਕਿਆ ਪੁੱਛਦਾ। ਮੈਨੂੰ ਲੱਗਦਾ ਬਾਈ ਦੀ ਇਹ ਚੀਜ਼ ਨਾ ਕਿਸੇ ਨੂੰ ਨਹੀਂ ਪਤਾ ਹੋਊਗੀ, ਕਿਸੇ ਨੂੰ ਵੀ ਨਹੀਂ ਪਤਾ, ਪਹਿਲੀ ਵਾਰੀ ਹੋਊਗੀ ਬਾਈ ਜੇ ਬਾਈ ਸੁਣ ਵੀ ਰਹੇ ਹੋਣਗੇ। ਗਾਣੇ ਬਣੇ ਆ, ਫਿਰ ਮੈਂ ਚਲੋ ਜ਼ਮਾਨਾ ਤਾਂ ਚਲਾ ਗਿਆ, ਮੈਂ ਚਲੋ ਕਰ ਦਿੰਦਾ ਸੀ ਬਾਈ ਕੰਮ, ਲਿਖ ਦਿੰਦੇ ਸੀ, ਲਿਖ ਲੈਂਦੇ ਸੀ, ਠੀਕ ਹੈ, ਅਸੀਂ ਵੀ ਧੀਆਂ ਭੈਣ ਵਾਲੇ ਹਾਂ, ਕੋਈ ਐਸੀ ਗੱਲ ਨਹੀਂ ਹੈਗੀ। ਪਰ ਇਹ ਤਾਂ ਸਮਾਜ ਆ ਯਾਰ, ਇਹ ਸਾਰੀਆਂ ਚੀਜ਼ਾਂ ਹੁੰਦੀਆਂ ਆਈਆਂ ਨੇ, ਹਰ ਬੰਦੇ ਨੇ ਖਤ ਲਿਖੇ ਨੇ, ਹਰ ਬੰਦੇ ਨੇ ਪਿਆਰ ਕੀਤਾ, ਪਰ ਬੋਲਦੇ ਉਹੀ ਆ ਇਹਨਾਂ ਚੀਜ਼ਾਂ 'ਤੇ ਜਿਹੜੇ ਚਮਾ ਸਿਰੇ ਦੇ ਕੰਜਰ ਹੈ, ਹਾਸਾ ਨਹੀਂ ਸਿਰੇ ਦੇ ਕੰਜਰ ਹੋਣਗੇ, ਉਹ ਕਹਿਣਗੇ ਅੱਛਾ ਤਾਂ ਖਤ ਵੀ ਲਿਖਦਾ ਰਿਹਾ, ਇਹਨੇ ਤਾਂ ਬੜੀਆਂ ਗੰਦੀਆਂ ਲੁੱਚੀਆਂ ਗੱਲਾਂ ਕੀਤੀਆਂ। ਇਹ ਉਹੀ ਬੋਲਣਗੇ ਜਿਹੜੇ ਸਿਰੇ ਦੇ ਖੱਚ ਆ ਨਾ, ਜਿਹੜਾ ਨੇ ਦੇਖੇ ਉਸ ਨਜ਼ਰ ਨਾਲ ਕੁੜੀ ਨੂੰ, ਧੀ ਭੈਣ ਨੂੰ,
ਹੈ ਨਾ ਵੀ ਬਸ ਇਹ ਤਾਂ ਗੁਰਚਰਨ ਬੋਲੀ ਵਾਲੀ ਸੋਚ ਰੱਖੀ ਫਿਲਮਾਂ 'ਚ ਉੱਦਾਂ ਤਾਂ ਕਹਿੰਦੇ ਬੰਦਾ ਬਹੁਤ ਸਿਰਾ ਬਾਈ ਅਤੇ ਮਤਲਬ ਉਹ ਇਹੀ ਹੈ ਬਿਲਕੁਲ ਉਸ ਤੋਂ ਬਾਅਦ ਬਾਈ ਵੀ ਉਹ ਖੱਤ ਸੀ ਜਿਹੜੇ ਕਦੋਂ ਗਾਣਿਆਂ ਦਾ ਰੂਪ ਲੈ ਲਿਆ ਉਹਨਾਂ ਨੇ ਪਤਾ ਨਹੀਂ ਲੱਗਿਆ ਮੈਨੂੰ ਬਾਈ ਪਤਾ ਨਹੀਂ ਲੱਗਿਆ ਪਰ ਮੈਂ ਬੜਾ ਧੰਨਵਾਦੀ ਹਾਂ ਵੀ ਜਿਨ੍ਹਾਂ ਨੇ ਪ੍ਰੇਰਿਤ ਕੀਤਾ ਮੈਨੂੰ ਜਿਨ੍ਹਾਂ ਨੇ ਖੱਤ ਲਿਖਾਏ ਜਿਨ੍ਹਾਂ ਨੇ ਲਿਖਵਾਏ ਆ ਜਿਨ੍ਹਾਂ ਨੇ ਲਿਖਵਾਏ ਕਿਉਂਕਿ ਮੇਰੀ ਜ਼ਿੰਦਗੀ 'ਚ ਬਾਈ ਉਸ ਵਕਤ ਕੋਈ ਨਹੀਂ ਸੀ ਮੈਂ ਇੱਕ ਤਰਫਾ ਪਿਆਰ ਕੀਤਾ ਸੀ ਕਿਸੇ ਨੂੰ ਖਰੇ ਜਿਤਾਇਆ ਨਹੀਂ ਮੈਂ ਬਾਈ ਜਿਤਾਇਆ ਨਹੀਂ ਹੋ ਸਕਦਾ ਜੇ ਮੈਂ ਕਹਿ ਦਿੰਦਾ ਫਿਰ ਸਾਡੀ ਕੋਈ ਗੱਲ ਹੋ ਜਾਂਦੀ ਫਿਰ ਅਸੀਂ ਇੱਕ ਦੂਜੇ ਦੇ ਨੇੜੇ ਹੋ ਜਾਂਦੇ ਹੋ ਸਕਦਾ ਮੈਂ ਨਾਂ ਲਿਖਣ ਲੱਗਦਾ ਯਾਰ ਹੋ ਸਕਦਾ ਵੀ ਮੈਂ ਕਿੰਨੇ ਗਾਣੇ ਲਿਖਤੇ ਹੁਣ ਕਿੰਨੇ ਉਹ ਡੋਲਰ ਗਿਣਦੀ ਹੈ ਮੈਂ ਤਾਰੇ ਗਿਣਦਾ ਪਿਆਰ ਤਾਂ ਉਹੀ ਹੁੰਦਾ ਜਿਹੜਾ ਪਹਿਲੀ ਵਾਰ ਹੋਵੇ ਉਸ ਤੋਂ ਬਾਅਦ ਪਿਆਰ ਹੁੰਦਾ ਪਿਆਰ ਹੁੰਦੇ ਨੇ ਪਿਆਰ ਹੁੰਦਾ ਮੇਰਾ ਪਿਆਰ ਆ ਸਾਰਾ ਕੁਛ ਹੈ ਘਰ ਬਾਰ ਆ ਬੱਚੇ ਨੇ ਸਾਰਾ ਕੁਛ ਹੈ ਠੀਕ ਹੈ ਨਾ ਪਰ ਉਹ ਇਹ ਉਹ ਇਹ ਬਚਪਨ ਦੀਆਂ ਗੱਲਾਂ ਨੇ ਇਹਨਾਂ ਦਾ ਇਹ ਉਹ ਇੱਕ ਅਲੱਗ ਦੌਰ ਰਿਹਾ ਸਕੂਨ ਮਿਲਦਾ ਇਹ ਚੀਜ਼ਾਂ ਨੂੰ ਯਾਦ ਕਰਕੇ ਸਕੂਨ ਮਿਲਦਾ ਬਈ ਕਿਤੇ ਨਾ ਕਿਤੇ ਕਿਸੇ ਕੋਨੇ ਦੇ ਵਿੱਚ ਪਈਆਂ ਨੇ ਯਾਦਾਂ ਉਹ ਫਰੋਲ ਲਈ ਦੀ ਹੈ ਕਿਤਾਬ ਫਿਰ ਕੋਈ ਨਾ ਕੋਈ ਗਾਣਾ ਬਣ ਜਾਂਦਾ ਕਿਆ ਬਾਤ ਹੈ ਹਾਂ ਉਹ ਜ਼ਿਆਦਾ ਜਦੋਂ ਕੋਈ ਫੀਲ ਹੁਣ ਅੱਜ ਦੇ ਦਿਨ ਅਸੀਂ ਜਿਹੜਾ ਕੰਮ ਕਰਦੇ ਹਾਂ ਔਨ ਦਾ ਸਪੋਰਟ ਕਰਦੇ ਹਾਂ ਤੁਹਾਨੂੰ ਪਤਾ ਹੀ ਹੈ ਬਲ ਸਾਹਿਬ ਆਪਾਂ ਕਿੰਨੇ ਤੁਸੀਂ ਕਿੰਨੇ ਵਾਰ ਮੈਨੂੰ ਸਟੂਡੀਓ 'ਚ ਮਿਲਿਆ ਬਿਲਕੁਲ ਆਪਾਂ ਬੈਠਿਆਂ ਨੇ ਸਟੂਡੀਓ ਦੇ ਵਿੱਚ ਬੀਟ ਲਾ ਕੇ ਗਾਣੇ ਲਿਖਾਏ ਨੇ ਉਦੋਂ ਮੈਂ ਉਹ ਕਿਤਾਬ ਖੋਲਦਾ ਜਿਹੜੀਆਂ ਪੁਰਾਣੀਆਂ ਕਿਤਾਬਾਂ ਮੇਰੇ ਦਿਮਾਗ ਮੈਮਰੀ ਹੈਗੀਆਂ ਨੇ ਉਹ 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 ਖੋਲਦਾ ਫਿਰ ਮੈਂ ਉਦੋਂ ਉਦਾਂ ਦੀਆਂ ਚੀਜ਼ਾਂ ਉੱਥੇ ਫਿਰ ਮਸ਼ੀਨ ਚੱਲਦੀ ਹੈ ਗਾਣੇ ਵਾਲੀ ਉੱਥੇ ਮਸ਼ੀਨ ਚੱਲਦੀ ਹੈ ਹਾਏ 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 ਉੱਥੇ ਫਿਰ ਲਿਖਦੇ ਆ ਪਰ ਸਮਾਂ ਬਾਈ ਬਹੁਤ ਚੇਂਜ ਹੋ ਗਿਆ ਗਾਉਣ ਵਾਲੇ ਚੇਂਜ ਹੋ ਗਏ ਬੀਟਾਂ ਚੇਂਜ ਹੋ ਗਈਆਂ ਮਿਊਜ਼ਿਕ ਚੇਂਜ ਹੋ ਗਿਆ ਲਿਖਣਾ ਚੇਂਜ ਹੋ ਗਿਆ ਅਸਲ 'ਚ ਜਿਹੜੀ ਸਾਡੀ ਲਿਖਣੀ ਆ ਨਾ ਜਿਹੜੀ ਮੇਰੀ ਲਿਖਣੀ ਆ ਮੈਂ ਕਹਿੰਦੇ ਵੀ ਜਾਂ ਤਾਂ ਹਾਲਾਤ ਤੁਹਾਡੇ ਜੇ ਮੇਰੇ ਹਾਲਾਤ ਬਾਹਲੇ ਵਧੀਆ ਹੁੰਦੇ ਹੋ ਸਕਦਾ ਮੈਂ ਨਾ ਰਾਈਟਰ ਬਣਦਾ ਹੋ ਸਕਦਾ ਲਿਰਿਸਿਸਟ ਨਾ ਹੁੰਦਾ ਮੈਂ ਨਾ ਲਿਖਦਾ ਕੁਛ ਹਾਲਾਤ ਉੱਦਾਂ ਦੇ ਸੀ ਮੈਂ ਚਲੋ ਲਿਖਣ ਲੱਗ ਗਿਆ ਅਤੇ ਮਜਬੂਰ ਨੂੰ ਉੱਦਾਂ ਦਾ ਵੀ ਕਿਉਂਕਿ ਸਰਵਾਈਵ ਵੀ ਕਰਨਾ ਰੋਟੀ ਪਾਣੀ ਵੀ ਜਿਹੜਾ ਗੋਲ ਆ ਰੋਟੀ ਪਾਣੀ ਵੀ ਚਲਾਉਣਾ ਰਾਈਟ ਔਰ ਜਿਹੜਾ ਗੋਲ ਹੈ ਉਹ ਵੀ ਕਰਨਾ ਉਹਦੇ 'ਤੇ ਵੀ ਨਿਸ਼ਾਨਾ ਗੋਲ 'ਤੇ ਵੀ ਹੈ ਉਹਦੇ ਕਰਕੇ ਸਾਨੂੰ ਉਸ ਤਰੀਕੇ ਦੀ ਚੀਜ਼ ਕਰਨੀ ਉਸ ਤਰੀਕਾਂ ਦੀਆਂ ਚੀਜ਼ਾਂ ਵੀ ਲਿਖਣੀਆਂ ਪੈਂਦੀਆਂ ਨੇ ਕਰਨੀਆਂ ਪੈਂਦੀਆਂ ਨੇ ਅੱਛਾ ਬਾਈ ਮਜਬੂਰ ਮਾਂ ਪਿਓ ਮੈਂ ਨਾ ਬਾਈ ਬਿਨੂ ਉਹਨਾਂ ਨਾਲ ਮਿਲਿਆ ਬਿਨੂ ਢਿੱਲੋਂਵੀਰੇ ਨਾਲ ਜਦੋਂ ਉਹਨਾਂ ਨਾਲ ਪੋਡਕਾਸਟ ਕੀਤਾ ਬਾਈ ਹਾਂਜੀ ਉਹਨਾਂ ਨੇ ਇੱਕ ਚੀਜ਼ ਬਹੁਤ ਸੋਹਣੀ ਕਹੀ ਜੋ ਮੈਨੂੰ ਬੜੀ ਬਹੁਤ ਜ਼ਿਆਦਾ ਚੰਗੀ ਲੱਗੀ ਉਹ ਕਹਿੰਦੇ ਵੀ ਮਾਂ ਪਿਓ ਐਸੀ ਚੀਜ਼ ਹੈ ਵੀ ਸਿਰਫ ਇੱਕ ਵਾਰ ਮੌਕਾ ਮਿਲਦਾ ਬੰਦੇ ਨੂੰ ਇੱਕ ਬੱਚੇ ਨੂੰ ਮਾਂ ਪਿਓ ਕਹਿਣ ਦਾ ਉਹ ਕਹਿੰਦੇ ਮੇਰੇ ਹੁਣ ਮਾਂ ਪਿਓ ਹੈ ਨਹੀਂ ਇਸ ਦੁਨੀਆਂ 'ਚ ਕਹਿੰਦਾ ਮੈਂ ਹੁਣ ਕਿਸੇ ਨੂੰ ਮਾਂ ਪਿਓ ਕਹਿ ਹੀ ਨਹੀਂ ਸਕਦਾ ਬੰਦਾ ਜਨਮ ਲੈਂਦਾ ਸਿਰਫ ਇੱਕ ਵਾਰ ਮਾਂ ਪਿਓ ਕਹਿੰਦਾ ਕਿਸੇ ਨੂੰ ਕਹਿੰਦਾ ਹੁਣ ਮੈਨੂੰ ਮਾਂ ਪਿਓ ਕਹਿਣ ਵਾਸਤੇ ਦੁਬਾਰਾ ਜਨਮ ਲੈਣਾ ਪੈਣਾ ਮੈਂ ਫਿਰ ਮਾਂ ਪਿਓ ਕਹੂੰਗਾ ਕੀ ਬਾਤ ਹੈ ਬਹੁਤ ਵੱਡੀ ਗੱਲ ਹੈ ਬਾਈ ਵੀ ਮਤਲਬ ਆਪਾਂ ਮਾਂ ਪਿਓ ਨੂੰ ਨਾ ਅੱਜ ਦਾ ਟਾਈਮ ਜੋ ਬਈ ਸਮਾਰਟਫੋਨਾਂ ਦਾ ਦੌਰ ਹੈ ਜਿਵੇਂ ਆਪਾਂ ਨਾ ਆਪਾਂ ਜਦ ਛੋਟੇ ਹੁੰਦੇ ਸੀਗੇ ਆਪਾਂ ਨੂੰ ਕਾਹਲ ਹੁੰਦੀ ਸੀ ਆਪਾਂ ਸਕੂਲ ਤੋਂ ਆਏ
ਤੇ ਚੱਲ ਬਸ ਤਾਂ ਸਿੱਟੇ ਤੇ ਬਾਹਰ ਲੰਘ ਜਾ ਬਸ। ਮੰਮੀ ਤੋਂ ਕਈ ਵਾਰ ਚੋਰੀ ਵੀ ਨਿਕਲਣਾ, ਫਿਰ ਮੰਮੀ ਕੁੱਟ ਕੇ ਲਿਆਉਂਦੀ ਸੀ ਬਿਲਕੁਲ ਵੀ ਤੈਨੂੰ ਭੇਜਿਆ ਸੀ ਕਿੱਥੇ, ਤੂੰ ਕਿੱਥੇ ਫਿਰਦਾ, ਤੂੰ ਕੱਪੜੇ ਨਹੀਂ ਚੇਂਜ ਕਰਨੇ, ਫਲਾਣਾ ਨਹੀਂ ਕਰਨਾ, ਯੇ ਨਹੀਂ ਕਰਨਾ, ਕੁੱਟ ਪੈਂਦੀ ਸੀ। ਇੱਕ ਉਹ ਟਾਈਮ ਸੀ, ਇੱਕ ਟਾਈਮ ਬਾਈ ਅੱਜ ਦਾ। ਅੱਜ ਤੁਸੀਂ ਦੇਖ ਲਓ ਬੱਚੇ ਸਕੂਲ ਤੋਂ ਵਾਪਸ ਆਉਂਦੇ ਨੇ, ਅੱਜ ਕੱਲ੍ਹ ਤਾਂ ਵਾਪਸ ਆਉਂਦੇ ਵੇਲੇ ਵੀ ਹੱਥਾਂ 'ਚ ਫੋਨ ਨੇ, ਫੋਨ ਘਰੇ ਬੈਠ ਗਿਆ, ਫੋਨ ਨੇ, ਫੋਨ ਬਾਹਰ ਬੰਦ ਹੋ ਗਿਆ। ਉਸ ਫੋਨ ਨੇ ਬੰਦੇ ਦਾ ਮਾਨਸਿਕ ਤੌਰ 'ਤੇ, ਸਰੀਰਕ ਤੌਰ 'ਤੇ ਅਤੇ ਫਾਈਨੈਂਸ਼ੀਅਲ ਤੌਰ 'ਤੇ ਇੰਨਾ ਕੁ ਨੁਕਸਾਨ ਅਤੇ ਘਾਣ ਕੀਤਾ ਕਿ ਆਪਾਂ ਆਪਣੇ ਮਾਂ ਪਿਓ ਨੂੰ ਖਿੱਚ ਕੇ ਪੈਂਦੇ ਹਾਂ। ਬਿਲਕੁਲ, ਮਾਂ ਪਿਓ, ਮਾਂ ਪਿਓ ਨੂੰ ਆਪਾਂ ਗਾਲਾਂ ਕੱਢਦੇ ਹਾਂ। ਜੇ ਮੰਨ ਲਓ ਬੱਚੇ ਕਿਸੇ ਤੋਂ, ਛੋਟੇ ਬੱਚੇ ਨੂੰ ਤੁਸੀਂ ਐਕਸਪੈਰੀਮੈਂਟ ਕਰਕੇ ਵੇਖ ਲਓ, ਬੱਚਾ ਕੋਈ ਰੋਟੀ ਖਾ ਰਿਹਾ ਹੋਊਗਾ, ਆਪਾਂ ਉਹਨੂੰ ਕਹਿ ਦਿੰਦੇ ਹਾਂ ਲੈ ਫੋਨ ਦੇਖ ਲਾ ਪੁੱਤ, ਤੁਸੀਂ ਉਹਦੇ ਮੂਹਰੋਂ ਫੋਨ ਚੱਕ ਕੇ ਵੇਖ ਲਓ, ਤੁਹਾਨੂੰ ਮਾਰਨ 'ਤੇ ਜਾਊਗਾ। ਬਿਲਕੁਲ, ਤੁਸੀਂ ਆਹ ਕੀਤਾ, ਤੁਸੀਂ ਆਹ ਕੀਤਾ, ਫਲਾਣਾ ਕੀਤਾ, ਇਹ ਕੀਤਾ, ਆਪਾਂ ਕੀ ਕਰ ਰਹੇ? ਮਾਂ ਪਿਓ ਦਾ ਸਤਿਕਾਰ ਘੱਟ ਗਿਆ ਬਾਈ, ਬਹੁਤ ਜ਼ਿਆਦਾ, ਬਹੁਤ ਜ਼ਿਆਦਾ ਘੱਟ ਗਿਆ। ਮੈਂ ਕਹਿੰਦਾ ਵੀ 90% ਸਤਿਕਾਰ ਘੱਟ ਗਿਆ। ਤੁਹਾਨੂੰ ਲੱਗਦਾ ਵੀ ਇਹ ਜੋ ਸਤਿਕਾਰ ਹੈ ਵਾਪਸ ਮਾਂ ਪਿਓ ਦਾ, ਜੋ ਜਨਰੇਸ਼ਨ ਗੈਪ ਪੈ ਗਿਆ, ਇਹ ਘੱਟ ਸਕਦਾ ਕਿਸ ਤਰੀਕੇ ਦੇ ਨਾਲ? ਬਈ ਇਹ ਤਾਂ ਦੇਖੋ ਮਾਹੌਲ ਚੇਂਜ ਹੋ ਰਿਹਾ, ਇਹ ਤਾਂ ਟਾਈਮ ਹੀ ਦੱਸ, ਅਸੀਂ ਪੇਰੈਂਟਸ ਹੈਗੇ ਹਾਂ ਜਾਂ ਬਣਨਾ ਸਾਡੇ 'ਚੋਂ ਬਹੁਤਿਆਂ ਨੇ। ਅਸਲ ਵਿੱਚ ਤਾਂ ਜਿਹੜੇ ਸੰਸਕਾਰ ਆ ਨਾ ਘਰੇ, ਜਿੰਨਾ ਮਰਜ਼ੀ ਕੋਈ ਫੋਨ ਯੂਜ਼ ਕਰਦਾ, ਜੋ ਮਰਜ਼ੀ ਆ, ਬੱਚਾ ਕੂੜਾ ਕਾਗਜ਼ ਹੁੰਦਾ, ਉਹਨੂੰ ਤੁਸੀਂ ਕੁਛ ਵੀ ਸਿਖਾ ਸਕਦੇ ਹੋ। ਇੱਦਾਂ ਦੇ ਪੇਰੈਂਟਸ ਵੀ ਹੈਗੇ ਆ ਜਿਨ੍ਹਾਂ ਨੇ ਬਹੁਤ ਵਧੀਆ ਸੰਸਕਾਰ ਸਿਖਾਏ ਹੋਏ ਆ ਅੱਜ ਵੀ ਬੱਚਿਆਂ ਨੂੰ। ਬਿਲਕੁਲ ਹੈਗੇ ਨੇ, ਹਾਲਾਂਕਿ ਬੱਚੇ ਫੋਨ ਵੀ ਯੂਜ਼ ਕਰਦੇ ਆ, ਚੱਕ ਲੈਂਦੇ ਨੇ, ਬਹੁਤ ਮਾੜੀ ਗੱਲ ਆ, ਫੋਨ ਠੀਕ ਹੈ, ਬਟ ਜਿਹੜੇ ਬੰਦੇ ਨੇ ਆਪ ਮਾਤਾ ਪਿਤਾ ਦਾ ਸਤਿਕਾਰ ਕੀਤਾ ਹੁੰਦਾ, ਮਾਤਾ ਪਿਤਾ ਨੂੰ ਪਿਆਰ ਕੀਤਾ ਹੁੰਦਾ, ਸਭ ਕੁਛ ਮਾਂ ਬਾਪ ਨੂੰ ਸਮਝਿਆ ਹੁੰਦਾ, ਉਹ ਕਦੇ ਵੀ ਆਪਣੇ ਉਹ ਅਣਗੌਲਿਆਂ ਨਹੀਂ ਰਹਿਣ ਦਿੰਦਾ ਉਸ ਗੱਲ ਨੂੰ, ਉਹ ਹਮੇਸ਼ਾ ਉਹ ਦਿਮਾਗ ਦੇ ਵਿੱਚ ਇਹ ਚੀਜ਼ ਪਾਉਂਦਾ ਹੈ ਆਪਣੇ ਬੱਚਿਆਂ ਦੇ। ਹਾਂ, ਮਾਹੌਲ ਜ਼ਰੂਰ ਚੇਂਜ ਹੋਇਆ, ਔਰ ਇਹ ਹੁਣ ਇਹ ਕਿੱਥੋਂ ਕੁ ਤੱਕ ਜਾਣੀ ਹੈ ਗੱਲ, ਇਹਦਾ ਵੀ ਕੋਈ ਆਪਾਂ ਨੂੰ ਕੋਈ ਪਤਾ ਨਹੀਂ, ਹਲੇ ਫਿਊਚਰ ਹੈ, ਕੋਈ ਪਤਾ ਨਹੀਂ, ਹੋ ਸਕਦਾ ਮਾਂ ਬਾਪ ਨੂੰ, ਮਾਂ ਬਾਪ ਸਮਝਣੇ ਹਟ ਜਾਣ, ਹਾਂ ਸਮਝਣੋਂ ਹਟ ਜਾਣ ਕਿਸੇ ਉਮਰ ਦਾ, ਅੱਜ ਵੀ ਤਾਂ ਜਾਂਦੀ ਨੇ ਆਸ਼ਰਮਾਂ 'ਚ ਛੱਡ ਕੇ ਆਉਂਦੀ ਨੇ, ਹੈ ਨਾ, ਹੋ ਸਕਦਾ ਇਹ ਹੋਵੇ ਵੀ ਜਦੋਂ ਸੁਰਤ ਸੰਭਲੀ, ਹੋ ਸਕਦਾ ਸਰਕਾਰਾਂ ਵੀ ਇਹਦੇ ਫੇਵਰ 'ਚ ਇਸ ਚੀਜ਼ ਦੇ ਹੋ ਜਾਣ, ਕਿਉਂ, ਕਿਉਂਕਿ ਚਿੜਚਿੜੇ ਜਵਾਕ ਇੰਨੇ ਹੋ ਜਾਣ, ਚੀਜ਼ਾਂ ਚੱਕ ਚੱਕ ਮਾਰਨ ਲੱਗ ਜਾਣ, ਜਿੱਦਾਂ ਦਾ ਸਮਾਂ ਆ ਰਿਹਾ, ਦੌਰ ਆ ਰਿਹਾ, ਦੌਰ ਆ ਰਿਹਾ, ਜਦੋਂ 18 ਸਾਲ ਦਾ ਜਵਾਕ ਹੋ ਗਿਆ ਵੀ ਭਾਈ ਆਸ਼ਰਮ 'ਚ ਜਾਣੇ ਆ ਪੇਰੈਂਟਸ, ਹਾਂ ਵੀ ਚਲੋ ਆਹ ਦੌਰ ਆ ਜੀ, ਇਹ ਤਾਂ ਹੁਣ ਸਮੇਂ 'ਤੇ ਡਿਪੈਂਡ ਕਰਦਾ। ਪਰ ਮੈਂ ਇੱਕ ਗੱਲ ਕਹਿੰਦਾ ਵੀ ਮਾਂ ਬਾਪ ਆ ਨਾ, ਮਾਂ ਬਾਪ ਤੋਂ ਵੱਡਾ ਤੁਹਾਡੇ ਲਈ ਕੁਛ ਵੀ ਨਹੀਂ ਹੈ, ਮਾਂ ਬਾਪ ਤੋਂ ਵੱਡਾ ਤੁਹਾਡੇ ਲਈ ਕੁਛ ਨਹੀਂ ਹੈ। ਉਨਾ ਟਾਈਮ ਤੁਹਾਨੂੰ ਇਹ ਚੀਜ਼ਾਂ ਸੜੀਆਂ ਲੱਗਦੀਆਂ ਨੇ ਵੀ ਯਾਰ ਠੀਕ ਹੈ, ਜਦੋਂ ਤੁਸੀਂ ਆਪ ਬਾਪ ਬਣਦੇ ਹੋ, ਆਪ ਤੁਸੀਂ ਮਾਂ ਬਣਦੇ ਹੋ, ਤੁਹਾਨੂੰ ਫਿਰ ਪਤਾ ਲੱਗਦਾ ਮਾਂ ਬਾਪ ਦੀ ਕਦਰ ਦਾ ਵੀ ਯਾਰ ਸਾਨੂੰ ਕੀ ਕੁਛ ਫੇਸ ਕਰਨਾ ਪੈਂਦਾ, ਕਿਹੜੀ ਆਫਤ ਹੈ ਜਿਹਨੂੰ ਅਸੀਂ ਸਾਂਭ ਰਹੇ ਹਾਂ। ਸੱਚ ਆ ਭਾਈ, ਹੈ ਨਾ, ਔਰ ਸਾਡਾ ਤਾਂ ਦੌਰ ਹੀ ਹੋਰ ਸੀ, ਹੁਣ ਤਾਂ ਚਲੋ ਜਵਾਕ ਫੋਨ ਅਤੇ ਟੀ ਵੀ ਦੇ ਮੂਹਰੇ ਬੈਠੇ ਰਹਿੰਦੇ ਨੇ, ਉਨਾ ਕੁਛ ਕਰਦੇ ਨਹੀਂ, ਹਾਲਾਂਕਿ ਲਮਕਦੇ ਨੇ, ਬੜਾ ਕੁਛ ਕਰਦੇ ਨੇ, ਬੜਾ ਕੰਨ ਪੱਟਦੇ ਨੇ, ਬੜਾ ਕੁਛ ਕਰਦੇ ਨੇ, ਪਰ ਉਦੋਂ ਹਾਕਾਂ ਮਾਰ ਮਾਰ ਬੀਬੀ ਹੋਰਾਂ ਨੇ, ਮੰਮੀ ਹੋਰਾਂ ਨੇ ਹਾਕਾਂ ਮਾਰ ਮਾਰ ਕੇ
ਥੱਕ ਜਾਣਾ, ਡਰ ਹੁੰਦਾ ਸੀਗਾ ਝੋਨੇ ਟਰਾਲੀਆਂ ਜਾਂਦੀਆਂ ਨੇ ਜੇ ਉਹ ਕਿਸੇ ਦੇ ਥੱਲੇ ਨਾ ਆ ਜੇ, ਹੈ ਨਾ, ਇਹ ਤਾਂ ਰੱਬ ਰਾਖੀ ਬਚੇ ਹਾਂਗੇ ਆਪਾਂ ਤਾਂ ਸੱਚ ਬਾਈ, ਹੈ ਨਾ, ਬੇਫਿਕਰੇ ਜੇ ਤੀ। ਮੈਂ ਇੱਕ ਚੀਜ਼ ਕਹਿੰਦਾ ਸਾਰਿਆਂ ਨੂੰ ਕਿ ਮਾਂ ਬਾਪ ਦੀ ਬਾਈ ਕਦਰ ਕਰੋ, ਕਿ ਮੇਰੇ ਕਹਿਣ ਨਾਲ ਕੋਈ ਬਹੁਤੀ ਵੱਡੀ ਗੱਲ ਨਹੀਂ ਹੋਣੀ, ਕਿਉਂਕਿ ਹਰ ਬੰਦੇ ਨੇ ਕਿਹਾ ਹੀ ਹੈ। ਬਿਲਕੁਲ, ਜਿਹੜਾ ਵੀ ਆਰਟਿਸਟ ਪੋਡਕਾਸਟ 'ਤੇ ਆਇਆ, ਜਿਹੜਾ ਜਿੱਥੇ ਵੀ ਕਹਿੰਦਾ ਹੈ, ਜੇ ਇਹ ਸਵਾਲ ਜਿਹੜੇ ਬੰਦੇ ਨੂੰ ਹੁੰਦਾ ਉਹ ਕਹਿੰਦਾ ਹੀ ਹੈ ਵੀ ਮਾਂ ਬਾਪ ਦੀ ਬਾਈ ਸੇਵਾ ਕਰੋ, ਸਤਿਕਾਰ ਕਰੋ, ਇਹ ਸੱਚ ਹੈ। ਮਾਂ ਬਾਪ ਤੋਂ ਵੱਡਾ ਰੱਬ ਤੁਹਾਡੇ ਲਈ ਕਿਤੇ ਨਹੀਂ, ਕਿਤੇ ਵੀ ਨਹੀਂ। ਨਾ ਪਿਓ ਮਿਲੇ ਤੁਹਾਨੂੰ, ਜਿੰਨਾ ਚਿਰ ਪਿਓ ਜਿਉਂਦਾ ਨਾ ਉਨਾ ਚਿਰ ਤੁਸੀਂ ਸਰਦਾਰ ਹੋ, ਪਿਓ ਭਾਵੇਂ ਤੁਹਾਡੇ ਤੋਂ ਬਹੁਤ ਦੂਰ ਬੈਠਾ ਰਹੇ, ਜਿੰਨਾ ਚਿਰ ਪਿਓ ਇਸ ਦੁਨੀਆ 'ਤੇ ਆ ਨਾ, ਤੁਹਾਨੂੰ ਵੈਸੀ ਇੱਕ ਅਜੀਬ ਜਿਹੀ ਐਨਰਜੀ ਤੁਹਾਡੇ ਅੰਦਰ ਹੈ ਵੀ ਯਾਰ ਚੱਕ ਦਿਆਂਗੇ ਫੱਟੇ, ਚੱਕਦਿਆਂ ਫੱਟੇ। ਹੁਣ ਡੈਡੀ ਹੋ ਰਹੀ ਹੈ ਉਹ ਇੱਥੋਂ 300-250 ਕਿਲੋਮੀਟਰ ਦੂਰ ਪਿੰਡ ਆ ਆਪਣਾ, ਉੱਥੇ ਨੇ ਮੰਮੀ ਡੈਡੀ, ਉਹਨਾਂ ਨੂੰ ਪਿੰਡ ਨਾਲ ਮੋਹ ਹੈ, ਪਰ ਇੱਥੇ ਆਉਂਦੇ ਆ ਜਦੋਂ 15-15 ਦਿਨ ਮੇਰੇ ਕੋਲ ਰਹਿ ਕੇ ਜਾਂਦੇ ਨੇ, ਮੈਂ ਧੱਕੇ ਨਾਲ ਲੈ ਆਉਂਦਾ ਹੁੰਦਾ, ਫਿਰ ਪੁੱਤੋਂ ਜਾਣਾ ਅਸੀਂ ਹੁਣ, ਮੈਂ ਕਿਹਾ ਵੀ ਚਲੋ ਕੋਈ ਨਹੀਂ ਤੁਸੀਂ ਚਲੇ ਜਾਓ, ਫਿਰ ਮੈਂ ਉਹਨਾਂ ਕੋਲ ਵੀ ਰਹਿ ਆਉਣਾ। ਪਰ ਮੈਂ ਇੱਕ ਗੱਲ ਕਹਿੰਦਾ ਵੀ ਯਾਰ ਮਾਂ ਬਾਪ ਦੇ ਬਹੁਤ ਸਾਰੇ ਸੁਪਨੇ ਹੁੰਦੇ ਆ ਬੱਚਿਆਂ ਨੂੰ ਲੈ ਕੇ, ਜਦੋਂ ਤੁਹਾਨੂੰ ਪਾਲਦਾ ਨਾ, ਤੁਹਾਨੂੰ ਨਵਾਉਂਦਾ ਧਵਾਉਂਦਾ ਖਵਾਉਂਦਾ, ਉਹ ਨਾਲ ਨਾਲ ਇਹੀ ਨਹੀਂ ਗਾ ਵੀ ਤੁਹਾਡੀ ਪਰਵਰਿਸ਼ ਇੰਨੀ ਕਰਦਾ ਵੀ ਤੁਹਾਨੂੰ ਪਾਲਦਾ ਹੀ ਨਹੀਂ ਇਕੱਲਾ, ਉਹ ਨਾਲ ਨਾਲ ਉਹਦੇ ਸੁਪਨੇ ਵੀ ਜਵਾਨ ਹੁੰਦੇ ਨੇ। ਮਾਂ ਬਾਪ ਬੁੜਾ ਹੁੰਦਾ ਜਾਂਦਾ, ਸੁਪਨੇ ਮਾਂ ਬਾਪ ਦੇ ਜਵਾਨ ਹੁੰਦੇ ਜਾਂਦੇ, ਕਿਆ ਬਾਤ ਹੈ, ਹੈ ਨਾ। ਔਰ ਇਹ ਸੋਚਦਾ ਮਾਂ ਬਾਪ ਵੀ ਯਾਰ ਇਹ ਕਦੇ ਸਾਨੂੰ ਸੁੱਖ, ਜੇ ਅਸੀਂ ਕੋਈ ਤਕਲੀਫ ਸਹੀ ਹੈ ਤਾਂ ਸਾਨੂੰ ਸਾਡਾ ਪੁੱਤ ਸੁੱਖ ਦਾ ਸਾਹ, ਸਾਡੀ ਧੀ ਸੁੱਖ ਦਾ ਸਾਹ ਦੇਊਗੀ, ਜਿਹੜਾ ਇੱਕ ਇੱਕ ਨਿਵਾਲਾ ਉਹ ਖਵਾਉਂਦਾ ਮੂੰਹ 'ਚ ਪਾਉਂਦਾ ਹਰ ਬੁਰਕੀ ਦੇ ਨਾਲ, ਉਹ ਇਹੀ ਦੁਆ ਇਹੀ ਅਰਦਾਸ ਕਰਦਾ ਮਾਲਕ ਅੱਗੇ ਵੀ ਮੇਰੇ ਪੁੱਤ ਨੂੰ ਗੱਭਰੂ ਕਰੀ, ਮੇਰੀ ਧੀ ਨੂੰ ਐਸੀ ਮੁਟਿਆਰ ਕਰੀ, ਐਸੇ ਕੰਮ ਲਾਈ, ਐਸੀ ਇੱਜ਼ਤ ਬਖਸ਼ੀ ਜਿਹੜੀ ਸਾਡਾ ਕਦੇ ਸਿਰ ਨਾ ਨੀਵਾਂ ਹੋਣ ਦੇਵੇ, ਸਾਡੇ ਪੁੱਤ ਨੂੰ ਐਸੀ, ਸਾਡੀ ਧੀ ਨੂੰ ਐਸੀ ਇੱਜ਼ਤ ਬਖਸ਼ੀ ਜਿਹਦੇ ਕਾਰਨ ਸਾਨੂੰ ਸਿਰ ਨਾ ਝੁਕਾਉਣਾ ਪਵੇ ਪਿੰਡ 'ਚ, ਸਾਡੇ ਪਿਓ ਸਾਡੇ ਪੁੱਤ ਨੂੰ ਐਸੀ ਇੱਜ਼ਤ ਬਖਸ਼ੀ ਜਿਹਦੇ ਕਰਕੇ ਅਸੀਂ, ਬੰਦਾ ਹੀ ਉਹ ਹੈ ਯਾਰ ਜਿਹਦੇ ਕਰਕੇ ਮਾਂ ਬਾਪ ਨੂੰ ਲੋਕ ਲੋਕ ਕਹਿਣ ਵੀ ਹਾਂ ਯਾਰ ਇਹ ਫਲਾਣੇ ਦਾ ਮਾਂ ਪਿਓ ਆ। ਸਵਾਦ ਨਹੀਂ ਹੈਗਾ ਇਸ ਗੱਲ 'ਚ ਕਿੰਨਾ ਵੀ ਯਾਰ ਉਹ ਫਤਿਹ ਦਾ ਡੈਡੀ ਜਾਂਦਾ, ਉਹ ਬਲ ਦੇ ਡੈਡੀ ਜਾ ਰਹੇ ਆ ਯਾਰ, ਮਾਣ ਵਾਲੀ ਗੱਲ, ਫਤਿਹ ਦੇ ਮੰਮਾ ਜਾ ਰਹੇ ਨੇ, ਹੈ ਨਾ। ਇੱਦਾਂ ਜਿੰਨੇ ਵੀ ਆਪਣੇ ਆਰਟਿਸਟ ਨੇ, ਜਿੰਨੇ ਵੀ ਕਲਾਕਾਰ ਨੇ, ਉਹ ਸਾਰਿਆਂ ਦੀ ਇਹੀ ਸੋਚ ਹੋਣੀ ਹੈ ਮੇਰੇ ਖਿਆਲ ਨਾਲ, ਕਿਉਂਕਿ ਕਿਤੇ ਨਾ ਕਿਤੇ ਕਿਸੇ ਮੁਕਾਮ 'ਤੇ ਜਾ ਕੇ ਬੰਦਾ ਸੋਚਦਾ ਵੀ ਯਾਰ ਜੋ ਕੁਛ ਅਸੀਂ ਸੋਚਿਆ ਸੀ ਉਹ ਹੋ ਗਿਆ, ਜਿਵੇਂ ਚੁਗ ਲਈ ਆ ਰੜਕ ਫਤਿਹ ਨੇ ਮਾਪਿਆਂ ਦੀਆਂ ਅੱਖਾਂ 'ਚੋਂ, ਛੰਨਾਂ ਵਾਲੇ ਦਾ ਅੱਜ ਕੱਲ੍ਹ ਉੱਠਦਾ ਨਾ ਸੱਥਾਂ 'ਚੋਂ, ਬਰਕਤ ਨੂੰ ਬੰਨ ਲੈਂਦੀ ਮਾਂ ਚੁੰਨੀ ਦਿਆਂ ਪੱਲਿਆਂ ਨਾ, ਆ ਕੇ ਰੱਬ ਨੱਚਦਾ ਵੇਖੀ ਸਾਡੇ ਪਿੰਡ ਝੱਲਿਆਂ ਨਾ, ਹਾਏ ਆ ਕੇ ਰੱਬ ਗਾਉਂਦਾ ਵੇਖੀ ਸਾਡੇ ਪਿੰਡ ਝੱਲਿਆਂ ਨਾ, ਜਿੰਨਾ ਚਿਰ ਸਾਡੇ ਪਿੰਡ ਦੇ ਬਜ਼ੁਰਗ ਬਈ ਬੜਾ ਸਕੂਨ ਮਿਲਦਾ, ਕਿਤੇ ਬਜ਼ੁਰਗਾਂ 'ਚ ਬੈਠ ਕੇ ਦੇਖਿਓ, ਤੁਸੀਂ ਬੈਠਿਓ ਕੁਛ ਟਾਈਮ ਬੈਠਿਓ, ਮਾਂ ਬਾਪ ਤਾਂ ਚਲੋ ਇੱਕ ਉਹ ਤਾਂ ਇੱਕ ਚੀਜ਼ ਹੀ ਇੱਕ ਰਤਨ ਹੀ ਇੱਦਾਂ ਦਾ, ਉਹ ਤਾਂ ਮਾਲਕ ਦਾ ਬਖਸ਼ਿਆ ਹੋਇਆ ਐਸੀ ਅਨਮੋਲ, ਉਹਦੀ ਕੋਈ ਕੀਮਤ ਨਹੀਂ, ਮਾਂ ਬਾਪ ਦੀ ਕੋਈ ਕੀਮਤ ਨਹੀਂ। ਹਮੇਸ਼ਾ ਮਾਂ ਬਾਪ ਦੀ ਇੱਜ਼ਤ ਕਰੋ, ਮਾਂ ਬਾਪ ਨੂੰ ਪਿਆਰ ਕਰੋ, ਅਥਾਹ ਪਿਆਰ ਕਰੋ, ਜਿਹਦੀ ਕੋਈ ਲਿਮਿਟ ਨਹੀਂ, ਕੋਈ ਸੀਮਾ ਨਹੀਂ, ਇੰਨਾ ਪਿਆਰ ਕਰੋ ਮਾਂ ਬਾਪ ਨੂੰ, ਔਰ ਮਾਂ ਬਾਪ ਦਾ ਨਾਮ ਰੌਸ਼ਨ ਕਰੋ, ਐਡਾ ਵੱਡਾ ਨਾਮ ਕਰੋ।
ਪਰ ਬਜ਼ੁਰਗਾਂ 'ਚ ਜਿਹੜੇ ਤੁਸੀਂ ਪਿੰਡਾਂ ਦੇ ਬਜ਼ੁਰਗ ਹੁੰਦੇ ਆ ਜਾਂ ਵੈਸੇ ਵੀ ਬਜ਼ੁਰਗਾਂ ਕੋਲ ਬੈਠ ਕੇ ਦੇਖਿਓ ਬਾਈ, ਘੜੀ ਉਹਨਾਂ ਕੋਲ ਬੈਠ ਕੇ ਉਹਨਾਂ ਦੀ ਗੱਲਾਂ ਸਵਾਦ ਬਾਈ, ਤੁਹਾਡੇ ਪੋਜ਼ਿਟਿਵਿਟੀ ਨਾਲ ਤੁਸੀਂ ਭਰ ਜਾਓ। ਮੈਂ ਜਦੋਂ ਜਾਂਦਾ ਬਾਈ, ਮੈਂ ਕੋਸ਼ਿਸ਼ ਕਰਦਾ ਹੁੰਦਾ ਵੀ ਕਿਸੇ ਬਜ਼ੁਰਗ ਪਿੰਡ ਦੇ ਕਿਸੇ ਬਜ਼ੁਰਗ ਬੰਦੇ ਨਾਲ, ਕਿਸੇ ਬਜ਼ੁਰਗਾਂ ਨਾਲ ਜਿੱਥੇ ਢਾਣੀ ਬੈਠੀ ਹੁੰਦੀ ਆ ਉਹਨਾਂ ਦੀ, ਉੱਥੇ ਬੈਠ ਕੇ ਗੱਲਾਂ ਬਾਤਾਂ ਮਾਰੀਏ। ਪਰ ਬਾਈ ਟਾਈਮ ਨਹੀਂ ਮਿਲਦਾ, ਪਰ ਜਦੋਂ ਵੀ ਮਿਲਦਾ ਆਪਣੇ ਬਾਹਰ ਘਰ ਦੀ ਥੜੀ ਹੈ ਇੱਕ, ਉੱਥੇ ਬੈਠੇ ਆ ਬਜ਼ੁਰਗ ਆ ਕੇ, ਹੈ ਨਾ, ਕਿ ਆਪਣੇ ਪਿੰਡ ਦੇ, ਮੈਂ ਨਾਲ ਬੈਠਣਾ ਬਾਈ, ਗੱਲਾਂ ਬਾਤਾਂ ਕਰਦਾ, ਬੜਾ ਕੁਛ ਸੁਣਨ ਨੂੰ ਮਿਲਦਾ, ਬੜੀਆਂ ਚਾਰੀਆਂ ਚੀਜ਼ਾਂ, ਬੜਾ ਪੋਜ਼ਿਟਿਵ ਹੋ ਕੇ ਬਾਈ ਆਈਦਾ ਪਿੰਡੋਂ। ਆਹ ਚੀਜ਼ਾਂ ਨੇ ਬਾਈ, ਤੁਸੀਂ ਵੇਖਿਓ ਕਿ ਆ ਥੋੜ੍ਹੇ ਸਮੇਂ ਦੇ ਵਿੱਚ, ਬਹੁਤ ਥੋੜ੍ਹੇ ਸਮੇਂ ਦੇ ਵਿੱਚ ਜਿਹੜੇ ਆਪਣੇ ਮਾਂ ਪਿਓ ਨੇ, ਇਹ ਉਸ ਟਾਈਮ ਦੇ ਜੰਮੇ ਨੇ ਜਦੋਂ ਕੋਈ ਸੁੱਖ ਸੁਵਿਧਾ ਨਹੀਂ ਸੀ, ਨਾ ਕੋਈ ਟੈਕਨੋਲੋਜੀ ਸੀ, ਨਾ ਕੋਈ ਲਾਈਟ ਦਾ ਪ੍ਰੋਪਰਲੀ ਪ੍ਰਬੰਧ ਹੁੰਦਾ ਸੀ। ਹਾਂ, ਉਸ ਟਾਈਮ 'ਤੇ ਡੈਡੀ ਹੁਣੀ ਪੜ੍ਹਦੇ ਵੀ ਦੀਵੇ ਦੀ ਲੋਅ ਦੇ ਵਿੱਚ ਹੁੰਦੇ ਸੀਗੇ, ਇੱਕ ਉਹ ਦੌਰ ਸੀ। ਅਤੇ ਤੁਸੀਂ ਵੇਖਿਓ ਆ ਆਉਣ ਵਾਲੇ 10-12 ਸਾਲਾਂ ਦੇ ਵਿੱਚ ਉਹ ਪੀੜ੍ਹੀ ਖਤਮ ਹੋ ਜਾਣੀ ਹੈ, ਉਹ ਬਜ਼ੁਰਗ ਉਹ ਸਾਰੀ ਪੀੜ੍ਹੀ ਬਈ ਖਤਮ ਹੋਣ ਵਾਲੀ ਹੈ, ਜਿਨ੍ਹਾਂ ਨੂੰ ਸੁਣ ਕੇ, ਜਿਨ੍ਹਾਂ ਨੂੰ ਵੇਖ ਕੇ ਕਦੇ ਅਸੀਂ, ਮਤਲਬ ਜਿਨ੍ਹਾਂ ਦੇ ਕੋਲ ਬਾਤਾਂ ਸੁਣਦੇ ਸੀ, ਨਾਨੀ ਦੀਆਂ ਬਾਤਾਂ, ਦਾਦੇ ਦੀਆਂ ਬਾਤਾਂ, ਸਾਰਾ ਕੁਛ, ਜਿਹੜੇ ਨੇ ਸਾਨੂੰ ਸਾਰਾ ਕੁਛ ਖਤਮ ਹੋ ਗਿਆ ਦੱਸਿਆ ਬਈ, ਅੱਖਾਂ ਨਾਲ ਦੇਖਿਆ ਹੋਇਆ, ਉਹ ਖਤਮ ਹੋ ਜਾਣੀ ਹੈ ਪੀੜ੍ਹੀ। ਮੈਂ ਨਾ ਇਹ ਪੜ੍ਹਿਆ ਸੀ ਬਈ ਫੇਸਬੁੱਕ 'ਤੇ, ਨਾ ਬੜਾ ਸੋਹਣਾ ਕਿਸੇ ਨੇ ਨਾ ਲਿਖਿਆ ਹੋਇਆ ਸੀ, ਵੈਸੇ ਪੋਸਟਾਂ ਬਹੁਤ ਹੁੰਦੀਆਂ, ਮੈਂ ਵੀ ਪੜ੍ਹੀ, ਮੈਂ ਪੜ੍ਹਿਆ ਅਤੇ ਮੈਂ ਇੰਨਾ ਖੁਸ਼ ਹੋਇਆ ਕਿ ਬਈ ਆਪਾਂ ਨਾ ਤਰਸਿਆ ਕਰਾਂਗੇ ਬਜ਼ੁਰਗ ਦੇਖਣ ਨੂੰ, ਆਪਾਂ ਤਰਸਿਆ ਕਰਾਂਗੇ ਪਿੰਡ ਦੇ ਵਿੱਚ ਸੱਥਾਂ ਵੇਖਣ ਨੂੰ, ਆਪਾਂ ਤਰਸਿਆ ਕਰਾਂਗੇ ਪਿੰਡ ਦੇ ਵਿੱਚ ਬਜ਼ੁਰਗਾਂ ਦੀ ਟੋਲੀਆਂ ਵੇਖਣ ਨੂੰ। ਉਹ ਘਾਣ ਉਹ ਸੀ ਆਪਾਂ ਖੁਦ ਕਰ ਰਹੇ ਹਾਂ ਨਾ ਬਜ਼ੁਰਗਾਂ ਕੋਲ ਬੈਠ ਕੇ। 10-12 ਸਾਲ ਦੇ ਵਿੱਚ ਉਹ ਸਾਰੀ ਪੀੜ੍ਹੀ ਖਤਮ ਹੋਣ ਵਾਲੀ ਹੈ। ਕਿਸੇ ਨੇ ਸਾਨੂੰ ਬਾਤਾਂ ਨਹੀਂ ਸੁਣਾਉਣੀ, ਕਿਸੇ ਨੇ ਨਾਨੀ ਨੇ ਸਾਨੂੰ ਇਹ ਨਹੀਂ ਸੁਣਾਉਣੀ ਵੀ ਰਾਤ ਦੀ ਰਾਣੀ ਹੈ, ਜਾਂ ਆਹ ਪੁੱਤ ਇਹਦੀ ਆਹ ਗੱਲ ਸੀ, ਜਾਂ ਇਹਦੀ ਆਹ ਬਾਤਾਂ ਸੀ। ਤੁਹਾਨੂੰ ਪਤਾ ਹੀ ਨਹੀਂ ਲੱਗਣਾ, ਪਤਾ ਹੀ ਨਹੀਂ ਲੱਗਣਾ ਤੁਸੀਂ ਕੀ ਚੀਜ਼ ਗਵਾ ਲਈ, ਪਤਾ ਹੀ ਨਹੀਂ ਲੱਗਣਾ ਤੁਹਾਨੂੰ, ਪਤਾ ਹੀ ਨਹੀਂ ਲੱਗਣਾ ਵੀ ਤੁਸੀਂ ਕੀ ਚੀਜ਼ ਦੀ ਭਾਲ ਦੇ ਵਿੱਚ ਕੀ ਖੋ ਬੈਠੇ, ਕੀ ਖੋ ਬੈਠੇ। ਐਡਾ ਵੱਡਾ ਆਪਣੇ ਕੋਲ ਬਾਈ ਆਪਾਂ ਕਹਿੰਦੇ ਵੀ ਪੋਜ਼ਿਟਿਵ ਹੋਣ ਦਾ ਸੋਰਸ ਆਪਣੇ ਬਜ਼ੁਰਗ ਸੋਰਸ ਬਾਈ। ਇੱਕ ਗੱਲ ਹੋਰ ਹੈ, ਬਜ਼ੁਰਗਾਂ ਤੋਂ ਉਹਨਾਂ ਨੇ ਤਾਂ ਜਾਣਾ ਹੈ, ਉਹ ਪੀੜ੍ਹੀ ਆਖਰੀ ਲਾਸਟ ਪੀੜ੍ਹੀ ਹੈ, ਬਿਲਕੁਲ ਆਖਰੀ ਪੀੜ੍ਹੀ ਹੈ ਬਾਈ। ਆਹ ਪੀੜ੍ਹੀ ਹੈ ਜਿਹੜੀ, ਜਿਨ੍ਹਾਂ ਨੇ 47 ਦੇਖਿਆ ਬਾਈ, ਸਾਡੇ ਦਾਦੀ ਜੀ ਬੈਠੇ ਨੇ, ਜਿਨ੍ਹਾਂ ਨੇ, ਜਿਹੜੇ ਉਹ ਬਜ਼ੁਰਗ ਨੇ, ਉਹ ਪੀੜ੍ਹੀ ਬਾਈ ਖਤਮ ਹੋ ਜੂਗੀ ਹੁਣ। ਹੁਣ ਆਪਣੇ ਡੈਡੀ ਹੋਰੀ ਹੈ, ਹੈ ਨਾ, ਉਹ ਨੇ, ਪਰ ਉਹ ਬਜ਼ੁਰਗਾਂ ਨਾਲ ਬੈਠ ਕੇ ਜਿਹੜੀਆਂ ਆਪਾਂ ਸਾਂਝ ਪਾਵਾਂਗੇ, ਜਿਹੜੀਆਂ ਉਹਨਾਂ ਤੋਂ ਗੱਲਾਂ ਸਿੱਖਾਂਗੇ, ਜਿਹੜੀਆਂ ਗੱਲਾਂ ਸੁਣਾਂਗੇ ਉਹਨਾਂ ਤੋਂ, ਉਹ ਅਸੀਂ ਆਪਣੇ ਬੱਚਿਆਂ ਨੂੰ ਦੱਸਾਂਗੇ। ਜੇ ਅਸੀਂ ਉਹਨਾਂ 'ਚ ਬਜ਼ੁਰਗਾਂ 'ਚ ਬੈਠਾਂਗੇ ਨਾ, ਟਾਈਮ ਨਾਲ ਸਪੈਂਡ ਕਰਾਂਗੇ ਉਹਨਾਂ ਨਾਲ, ਫਿਰ ਉਹ ਚੀਜ਼ ਤੋਂ ਅਸੀਂ ਰਹਿ ਜਾਂਗੇ, ਵਾਂਝੇ ਰਹਿ ਜਾਂਗੇ, ਵਾਂਝੇ ਰਹਿ ਜਾਂਗੇ। ਬਹੁਤ ਯਾਰ ਬੜੀਆਂ ਪੋਜ਼ਿਟਿਵ ਗੱਲਾਂ ਨੇ ਬਾਈ। ਉਹ ਸਮਾਂ ਹੀ ਗਿਆ ਯਾਰ, ਤਾਰਿਆਂ ਵਾਲਾ ਕੋਠੇ 'ਤੇ ਪੈਣਾ ਯਾਰ, ਖੁੱਲੀ ਛੱਤ, ਮੈਂ ਬਾਈ ਨਾਨਕੇ ਜਾਣਾ ਉਹਦੇ, ਹੈ ਮੇਰੇ ਨਾਨਕੇ ਜੰਝੀਆਂ ਨੇ, ਅੱਛਾ, ਸਾਡੇ ਪਿੰਡ ਕੋਲ ਹੀ ਹੈ, ਪਧੌੜ ਕੋਲ, ਅਸੀਂ ਜਾਣਾ, ਮੇਰੀ ਨਾਨੀ ਨੇ, ਅਸੀਂ ਮੰਜਿਆਂ 'ਤੇ ਪੈਣਾ ਬਾਈ ਵਿਹੜੇ 'ਚ, ਬਹੁਤ ਵੱਡਾ ਵਿਹੜਾ ਸੀਗਾ, ਕਦੇ ਖੁੱਲ੍ਹੇ ਹੁੰਦੇ ਸੀਗੇ, ਖੁੱਲ੍ਹੇ ਵਿਹੜੇ ਬਾਈ ਪਿੰਡਾਂ 'ਚ, ਬੜੇ ਖੁੱਲ੍ਹੇ ਵਿਹੜੇ, ਕੋਠੇ 'ਤੇ ਪੈਣਾ ਬਈ, ਤਾਰਿਆਂ ਦੀ ਛਾਵੇਂ ਕਹਿ ਸਕਦੇ ਹਾਂ, ਤਾਰਿਆਂ ਥੱਲੇ, ਉਹਨੇ ਨਾਨੀ ਨੇ ਕਹਿਣਾ ਵੀ ਉਹ ਰਾਜਾ ਹੈ, ਉਹ ਤਾਰਾ, ਉਹ ਰਾਣੀ ਹੈ, ਉਹਦਾ ਵਜ਼ੀਰ ਜਾਂਦਾ ਭੱਜਿਆ, ਉਹ ਐਂ ਜਾਂਦਾ, ਤਾਰਿਆਂ ਨੂੰ ਐਂ ਜੋੜ ਜੋੜ ਕੇ ਉਹਨਾਂ ਨੇ ਸਾਨੂੰ ਦੱਸਣਾ ਵੀ ਆਹ ਤਾਰੇ ਦਾ ਐਂ ਜਾਂਦਾ, ਉਹ ਐਂ, ਉਦੋਂ ਸਾਨੂੰ ਪਤਾ ਨਹੀਂ, ਆਹ ਤਾਂ ਹੁਣ ਲੱਗਿਆ ਵੀ ਭਾਈ ਉਹ ਤਾਂ ਪਤਾ ਨਹੀਂ ਕਿੰਨੇ ਕਰੋੜ ਲੱਖ ਲਾਈਟ ਈਅਰ ਦੂਰ
ਕੋਈ ਲਾਈਟ ਆਪਣੇ ਕੋਲ ਪਹੁੰਚਦੀ ਹੈ ਜਾਂ ਕੋਈ ਗ੍ਰਹਿ ਆ ਹਨਾ, ਕੋਈ ਚੀਜ਼ ਹੋਰ ਹੈ, ਐਂ ਤਾਂ ਨਹੀਂ ਸੀ ਸਭ ਐਂ ਹੁੰਦਾ ਸੀ ਆਪਾਂ ਨੂੰ ਸਾਰਿਆਂ ਨੂੰ ਵੀ ਤਾਰੇ ਯਾਰ ਕੋਈ ਚਮਕਦੇ ਵੀ ਕੋਈ ਇੱਦਾਂ ਦੀ ਚੀਜ਼, ਪਤਾ ਨਹੀਂ ਸੀ ਕੀ ਹੈ ਇਹ ਤਾਰਿਆਂ ਛਾਵੇਂ ਕੈਸਾ ਸਕੂਨ। ਔਰ ਬਾਤਾਂ ਜਿਹੜੀ ਚੀਜ਼ ਅੱਜ ਫੋਨ ਨੇ ਲੈ ਲਈ ਉਹ ਬਾਤਾਂ ਬਈ ਮੈਨੂੰ ਲੱਗਦਾ ਜਿਹੜੇ ਅੱਜ ਦੇ ਦਿਓ ਦੀ ਬਾਤ ਅੱਜ ਦੇ ਯੂਥ ਨੂੰ ਨਾ ਪਤਾ ਹੀ ਨਹੀਂ ਹੋਊਗਾ ਕੀ ਸਕੂਨ ਸੀ ਉਹ ਬਾਤਾਂ ਦਾ। ਨਹੀਂ ਬਾਈ, ਨਾਨੀ ਕੋਲ ਬੈਠ ਕੇ ਬਾਤਾਂ ਸੁਣਨੀਆਂ, ਫੁੱਲਾਂ ਰਾਣੀ ਦੀ ਬਾਤ ਆਏ ਹਾਏ, ਪੰਜ ਫੁੱਲਾਂ ਰਾਣੀ ਦੀ ਬਾਤ, ਕਿਵੇਂ ਹਾਥੀ ਦੇ ਕੰਨ ਦੇ ਵਿੱਚੋਂ ਉਹ ਪੰਜ ਇੱਕ ਡੱਬੀ ਕੱਢਦਾ ਹਨਾ, ਤਲਿਸਮ ਕੋਈ ਕਹਿੰਦੇ ਜਾਦੂ ਦੀ ਕੋਈ ਪਤਾ ਨਹੀਂ ਕੀ, ਹਾਥੀ ਸੁੱਤੇ ਪਏ ਜੇ ਉਹ ਫਲਾਨਾ, ਇੱਕ ਦਿਓ ਦੀ ਕਹਾਣੀ ਹੈ, ਇੱਕ ਚੋਰ ਦੀ ਕਹਾਣੀ ਹੈ, ਬਾਤਾਂ ਅੱਕ ਟੱਕ ਦੀ ਗੱਡੀ ਜੋੜ ਲਈ, ਚੂਹੇ ਜੋੜ ਲਈ ਬੇਲੀ, ਇੱਦਾਂ ਦੀ ਕੁਛ, ਨਿਓਲੇ ਦੀ ਅਤੇ ਰਾਜੇ ਦੀ ਸੱਤ ਰਾਣੀਆਂ ਜੇ ਉਹ ਹੋਏ ਹੋਏ ਕੈਸੀਆਂ ਚੀਜ਼ਾਂ ਪਾਈ, ਇਹ ਕਿੰਨੀਆਂ ਪੋਜ਼ੀਟਿਵ। ਉਦੋਂ ਆਹ ਚੀਜ਼ਾਂ ਨਹੀਂ ਸੀ ਬਾਈ, ਉਹ ਉਹ ਸਕੂਨ ਹੀ ਹੋਰ ਸੀ, ਨਾਨੀ ਦੀ ਬੁੱਕਲ, ਦਾਦੀ ਦੀ ਬੁੱਕਲ, ਉਹ ਸਕੂਨ ਹੀ ਹੋਰ ਆ ਬਾਈ। ਅੱਜ ਕੱਲ੍ਹ ਤਾਂ ਦਾਦੀ ਨੇ ਵੀ ਨਹੀਂ ਬਿਠਾਉਣਾ ਬਾਈ, ਅੱਜ ਕੱਲ੍ਹ ਦੀ ਦਾਦੀ ਬਿਠਾਊਗੀ ਬੁੱਕਲ 'ਚ, ਜੇ ਬੱਚਾ ਬਹਿਣਾ ਵੀ ਜਾਊ ਤਾਂ ਵੀ ਨਹੀਂ ਬਾਈ, ਉਹਦੇ ਆਪ ਨੇ ਨਹੀਂ ਫੋਨ ਛੱਡਣਾ, ਸੱਚ ਆ ਉਹਨੇ ਆਪ ਨੇ ਨਹੀਂ ਫੋਨ ਛੱਡਣਾ ਬਾਈ। ਉਹ ਚੀਜ਼ਾਂ ਮਿਸ ਕਰਾਂ, ਜੇ ਇਹਦਾ ਫਾਇਦਾ ਹੋਇਆ ਆਪਾਂ ਨੂੰ ਫੋਨ ਦਾ ਤਾਂ ਨੁਕਸਾਨ ਵੀ ਬਹੁਤ ਹੋਇਆ, ਬਹੁਤ ਨੁਕਸਾਨ ਬਾਈ, ਜ਼ਿਆਦਾਤਰ ਨੁਕਸਾਨ ਆਪਾਂ ਆਪਣਿਆਂ ਦੇ ਕੋਲ ਹੋਣ ਦੇ ਚੱਕਰ 'ਚ ਆਪਣਿਆਂ ਤੋਂ ਬਹੁਤ ਦੂਰ ਹੋ ਗਏ। ਹਾਂ ਬਿਲਕੁਲ, ਜਿੰਨਾ ਆਪਾਂ ਫੋਨ ਦੇ ਨਜ਼ਦੀਕ ਹੋਏ ਉੱਨਾ ਆਪਾਂ ਆਪਣੇ ਆਪ ਤੋਂ ਦੂਰ ਹੋ ਗਏ, ਦੂਰ ਹੋ ਗਏ, ਦੂਰ ਹੋ ਗਏ। ਇਹ 10 ਆਉਣ ਵਾਲੇ 10-11 ਸਾਲ ਦੇ ਵਿੱਚ ਤੁਸੀਂ ਵੇਖੀ ਜਾਇਓ, ਆਪਾਂ ਇਹ ਚੀਜ਼ਾਂ ਨੂੰ ਤਰਸਾਂਗੇ, ਬਿਲਕੁਲ ਤਰਸਾਂਗੇ, ਕਿਉਂਕਿ ਆਪਾਂ ਤਾਂ ਅੱਖੀਂ ਦੇਖੀਆਂ ਨੇ, ਅੱਖੀਂ ਦੇਖੀਆਂ ਨੇ। ਹੁਣ ਜਿਹੜੇ ਆਪਣੇ ਅੱਗੇ ਆ ਰਹੇ ਨੇ, ਆਪਣੇ ਭਾਣਜੇ ਨੇ, ਭਤੀਜੇ ਨੇ, ਆਪਣੇ ਅਗਲੇ ਨੇ, ਉਹਨਾਂ ਨੂੰ ਤਾਂ ਪਤਾ ਹੀ ਨਹੀਂ ਕੁਛ, ਪਤਾ ਹੀ ਨਹੀਂ, ਕੁਛ ਨਹੀਂ ਪਤਾ ਉਹਨਾਂ ਨੂੰ। ਤਾਂ ਇਹ ਹੈ ਵੀ ਜੇ ਆਪਾਂ ਦੱਸਾਂਗੇ ਕੁਛ, ਹੁਣ ਮੈਂ ਜਵਾਕਾਂ ਨੂੰ ਵੀ ਕੁਛ ਨਾ ਕੁਛ ਸੁਣਾਉਣ ਲੱਗ ਜਾਂਦਾ ਕਈ ਵਾਰੀ, ਮੈਨੂੰ ਆਪ ਨੂੰ ਸਕੂਨ ਮਿਲਦਾ ਆਉਂਦਾ, ਜਿਵੇਂ ਬਾਤ ਸੁਣਾਵਾਂ ਕੁਛ, ਮੈਨੂੰ ਆਪ ਨੂੰ ਸਕੂਨ ਮਿਲਦਾ ਵੀ ਸੁਣਾਉਂਦੇ ਹੋ ਤੁਸੀਂ। ਹਾਂ ਮੈਂ ਸੁਣਾਉਣਾ, ਬਾਤਾਂ ਸੁਣਾਉਣਾ, ਬਹੁਤ ਚੰਗੀ ਗੱਲ, ਮੈਨੂੰ ਆਪ ਨੂੰ ਸਕੂਨ ਮਿਲਦਾ ਕਿ ਯਾਰ ਹਾਂ ਵਾਹ ਵਾਹ ਬਹੁਤ। ਮੈਨੂੰ ਲੱਗਦਾ ਜਿਹੜੇ ਆਪਾਂ ਉਹ ਇੱਕ ਲਹਿਦਾ ਜੋਨਰ ਸੀ ਨਾ, ਹਾਂ ਉਹ ਟਾਈਮ ਵਧੀਆ ਸੀ ਬਜ਼ੁਰਗਾਂ ਦਾ ਬਾਈ, ਬਾਈ ਜਿਹੜੇ ਤੁਸੀਂ ਪੀੜ੍ਹੀ ਲਾਸਟ ਆ, ਬਸ ਇਹ ਪੀੜ੍ਹੀ ਲਾਸਟ ਆ, ਇਹ ਚਲੀ ਜਾਣੀ ਹੈ, ਤਰਸਾਂਗੇ ਬਾਈ। ਚਲੋ ਇਹ ਤਾਂ ਸਮਾਂ ਹੁਣ ਅਨੇਕਾਂ ਪੀੜ੍ਹੀਆਂ ਆਈਆਂ ਬਈ ਚਲੀਆਂ ਜਾਣੀਆਂ ਨੇ, ਆਹ ਹੁਣ ਕਹੀ ਜਾਂਦੇ ਆ ਵੀ 25 'ਚ 26 'ਚ ਪਤਾ ਨਹੀਂ ਦੁਨੀਆ ਖਤਮ ਹੋ ਜਾਣੀ ਹੈ, ਇਹ ਬਈ 12 'ਚ ਵੀ ਹੋਇਆ ਸੀ। ਪਰ ਜਿਹੜੇ ਜਿਹੜੇ ਦਰਸ਼ਕ ਆਪਾਂ ਨੂੰ ਵੇਖ ਰਹੇ ਨੇ, ਮੈਂ ਚਾਹੁੰਦਾ ਇੱਕ ਵਾਰ ਤੁਸੀਂ ਕਮੈਂਟ ਵੀ ਕਰ ਦਿਓ ਕਿੱਥੋਂ ਵੇਖ ਰਹੇ ਹੋ, ਅਤੇ ਨਾਲ ਇਹ ਵੀ ਕਮੈਂਟ ਕਰ ਦਿਓ ਤੁਹਾਡੀ ਨਾਨੀ ਦਾ, ਤੁਹਾਡੀ ਦਾਦੀ ਦਾ ਕੀ ਨਾਮ ਸੀ, ਤੁਹਾਡੇ ਦਾਦੇ ਦਾ ਕੀ ਨਾਮ ਸੀ, ਤੁਹਾਡੇ ਨਾਨੇ ਦਾ ਕੀ ਨਾਮ ਸੀ, ਕਈਆਂ ਨਾਲ ਇਹ ਵੀ ਕਰਦੇ ਹੋ, ਤੁਸੀਂ ਕਿਹੜੀਆਂ ਕਿਹੜੀਆਂ ਬਾਤਾਂ ਸੁਣਦੇ ਹੁੰਦੇ ਸੀ ਆਪਾਂ, ਇਹ ਵੀ ਦੱਸਿਓ, ਇਹ ਵੀ ਦੱਸਿਓ, ਇਹ ਵੀ ਦੱਸਿਓ। ਬਾਕੀ ਜਿਹੜੇ ਜਿਹੜੇ ਰੀਲ ਵਾਲੇ ਫੇਮਸ ਬਾਤ, ਫੇਮਸ ਜਿਹੜੀ ਵਧੀਆ ਬਾਤ, ਤੁਹਾਨੂੰ ਕਿਹੜੀ ਵਧੀਆ ਲੱਗਦੀ ਸੀ ਤੁਹਾਡੀ, ਤੁਸੀਂ ਜਿਹੜੇ ਇੰਸਟਾਗ੍ਰਾਮ ਪੇਜ ਵਾਲੇ ਵੇਖ ਰਹੇ ਨੇ, ਜੇ ਰੀਲਾਂ ਕੱਟੋਗੇ ਤਾਂ ਬਾਈ ਇਹ ਚੀਜ਼ ਦੀ ਵੀ ਜ਼ਰੂਰ ਕੱਟਿਓ, ਵੀ ਤੁਹਾਨੂੰ ਕਿਹੜੀ ਕਿਹੜੀ ਬਾਤ ਯਾਦ ਹੈ ਆਪਣੀ ਨਾਨੀ ਦੀ ਜਾਂ ਦਾਦੀ ਦੀ, ਦਾਦੇ ਦੀ, ਨਾਨੀ ਦੀ ਦੱਸੀ ਹੋਈ, ਅਤੇ ਤੁਹਾਨੂੰ ਤੁਹਾਡੇ ਨਾਨੇ ਦਾ ਕੀ ਨਾਮ ਸੀ, ਨਾਨੀ ਦਾ ਕੀ ਨਾਮ ਸੀ, ਦਾਦੇ ਦਾ ਕੀ ਨਾਮ ਸੀ, ਦਾਦੀ ਦਾ ਕੀ ਨਾਮ ਸੀ, ਕਈਆਂ ਨੂੰ ਪਤਾ ਹੀ ਨਹੀਂ, ਪਰ ਮੈਂ ਚਾਹੁੰਦਾ ਤੁਸੀਂ ਕਮੈਂਟ ਜ਼ਰੂਰ ਕਰਿਓ, ਬਹੁਤ ਚੰਗਾ ਲੱਗਦਾ, ਬਹੁਤ ਸਕੂਨ ਮਿਲਦਾ, ਬਿਲਕੁਲ ਅਤੇ ਕਮੈਂਟ ਕਰਕੇ ਦੱਸਿਓ, ਸਬਸਕ੍ਰਾਈਬ ਕਰ ਲਿਓ, ਨਾਲ ਬੈਲ ਆਈਕਨ ਦਾ ਬਟਨ ਹੈ ਉਹਦਾ ਕਤਲ ਕਰ ਦਿਓ, ਤਾਂ ਕਿ ਤੁਹਾਨੂੰ ਪਤਾ ਲੱਗ ਜਾਇਆ ਕਰੇ ਵੀ ਬਾਈ ਬਿਲਕੁਲ ਕੁਦਰਤ ਵਾਲੇ ਆ ਗਏ। ਅੱਛਾ ਬਾਈ, ਮੈਨੂੰ ਤਾਂ ਬੜਾ ਸਵਾਦ ਆ ਰਿਹਾ, ਸਮਾਂ ਕਿੰਨਾ ਹੋ ਗਿਆ ਨਾ, ਵੀ ਆਪਾਂ ਨਾਲ ਨਾਲ ਚੈੱਕ ਵੀ ਕਰ ਲਈਏ, ਮੈਂ ਤਾਂ ਦੱਸ ਦੇਵਾਂ 1:51
ਮਿੰਟ ਹੋ ਗਏ ਬਈ, ਤਕਰੀਬਨ ਤਕਰੀਬਨ ਆਪਾਂ ਨੂੰ 2 ਘੰਟੇ ਹੋ ਗਏ ਗੱਲਬਾਤ ਕਰਦੇ ਨੂੰ, ਤਕਰੀਬਨ ਤਕਰੀਬਨ, ਅਤੇ ਆਪਾਂ ਨੂੰ ਪਤਾ ਨਹੀਂ ਲੱਗਿਆ ਦਿਲੋਂ ਗੱਲਾਂ 'ਚ ਬਾਈ, ਜਦੋਂ ਗੱਲਾਂ ਚੱਲ ਗੱਲਾਂ 'ਚੋਂ ਗੱਲਾਂ ਨਿਕਲਦੀਆਂ ਨੇ, ਗੱਲਾਂ 'ਚੋਂ ਗੱਲਾਂ ਨਿਕਲਦੀਆਂ, ਕਿਆ ਵਾ ਬਾਈ। ਹੁਣ ਮੈਂ ਨਾ, ਕਿਉਂਕਿ ਹੁਣ ਕਲਾਕਾਰ ਸਾਡੇ ਵਿਹੜੇ ਦੇ ਵਿੱਚ ਆਇਆ, ਕਲਾਕਾਰ ਸਾਡੇ ਸਟੂਡੀਓ ਦੇ ਵਿੱਚ ਆਏ ਨੇ, ਸਾਡੇ ਨਾਲ ਬੈਠੇ ਨੇ ਤੁਸੀਂ ਅੱਜ, ਹੈ ਨਾ, ਸਾਡੇ ਐਪੀਸੋਡ ਦੇ ਵਿੱਚ। ਮੈਂ ਤਾਂ ਤੁਹਾਨੂੰ, ਚਲੋ ਆਪਾਂ ਤਾਂ ਪਹਿਲਾਂ ਵੀ ਜਾਣਦੇ ਇੱਕ ਦੂਸਰੇ ਨੂੰ, ਮੈਂ ਤੁਹਾਡੇ ਤੋਂ ਹੁਣ ਉਹ ਚੀਜ਼ ਸੁਣਨੀ ਚਾਹੁੰਦਾ, ਤੁਹਾਡੀ ਆਵਾਜ਼ ਦੇ ਵਿੱਚ ਪੰਜਾਬ ਦੀ ਗੱਲ ਹੋਈ ਹੈ ਤਾਂ ਪੰਜਾਬ ਦਾ ਉਹ ਗਾਣਾ, ਮੈਂ ਜਦ ਦੁਨੀਆਂ ਤੋਂ ਜਾਵਾਂ, ਮੈਂ ਜੋ ਵੀ ਜੂਨ ਹੰਡਾਵਾਂ, ਮੇਰਾ ਦੇਸ਼ ਹੋਵੇ ਪੰਜਾਬ ਜੀ। ਮੈਂ ਜਦ ਦੁਨੀਆਂ ਤੋਂ ਜਾਵਾਂ, ਮੁੜ ਫੇਰ ਦੁਬਾਰਾ ਆਵਾਂ, ਮੈਂ ਜੋ ਵੀ ਜੂਨ ਹੰਡਾਵਾਂ, ਮੇਰਾ ਦੇਸ਼ ਹੋਵੇ ਪੰਜਾਬ, ਮੇਰਾ ਦੇਸ਼ ਹੋਵੇ ਪੰਜਾਬ। ਕਈ ਸੂਰਮਿਆਂ ਸਰਦਾਰਾਂ ਦੀ, ਕਈ ਸੂਫੀ ਸੰਤ ਫਕੀਰਾਂ ਦੀ, ਇਹ ਧਰਤੀ ਆਸ਼ਕ ਲੋਕਾਂ ਦੀ, ਕਈ ਰਾਂਝੇ ਤੇ ਕਈ ਹੀਰਾਂ ਦੀ। ਮੈਂ ਜਦ ਦੁਨੀਆਂ ਤੋਂ ਜਾਵਾਂ, ਮੁੜ ਫੇਰ ਦੁਬਾਰਾ ਆਵਾਂ, ਮੈਂ ਜੋ ਵੀ ਜੂਨ ਹੰਡਾਵਾਂ, ਮੇਰਾ ਦੇਸ਼ ਹੋਵੇ ਪੰਜਾਬ, ਮੇਰਾ ਦੇਸ਼ ਹੋਵੇ ਪੰਜਾਬ। ਹਾਏ ਹਾਏ ਬਾਈ, ਥੈਂਕ ਯੂ ਸੱਚੀ ਬਾਈ, ਤੁਹਾਡਾ ਇਹ ਜੋ ਗਾਣਾ ਨਾ, ਸਕੂਨ ਦਿੰਦਾ। ਕਿ ਪਤਾ ਨਹੀਂ ਇਹ ਚੀਜ਼ ਸੱਚ ਹੈ ਵੀ ਬੰਦਾ ਦੁਬਾਰਾ ਜਨਮ ਲੈਂਦਾ ਕਿ ਨਹੀਂ ਲੈਂਦਾ, ਪਰ ਮੈਂ ਚਾਹੂੰਗਾ ਸੱਚੀ ਵੀ ਜੇ ਅਸੀਂ ਦੁਬਾਰਾ ਆਈਏ ਤਾਂ ਇੱਥੇ, ਹਰ ਬੰਦਾ ਚਾਹੂਗਾ ਇਹ ਅਸੀਂ ਕੁੱਖੋ ਜਨਮ ਲਈਏ, ਇਹੀ ਕੁੱਖ ਹੋਵੇ, ਇਹੀ ਮਾਂ ਬਾਪ ਹੋਣ, ਇਹ ਸਾਰਾ ਕੁਛ, ਇਹੀ ਦੋਸਤ ਹੋਣ, ਸਾਰਾ ਕੁਛ ਇਹੀ ਹੋਵੇ। ਕਮਾਲ ਕਮਾਲ ਚਾਹੁੰਦਾ ਬੰਦਾ, ਕਮਾਲ ਬਾਈ। ਸੱਚੀ ਜਾਣਾ, ਮੈਂ ਜੇ ਸੱਚ ਗੱਲ ਕਹਾਂ ਤਾਂ ਮੈਂ ਜਿੰਨੇ ਪੋਡਕਾਸਟ ਕੀਤੇ ਨੇ ਨਾ, ਅੱਜ ਦੇ ਨਾ ਸਕੂਨ ਨਹੀਂ ਮੈਨੂੰ ਮਿਲਿਆ। ਵਾਹ, ਮਤਲਬ ਜੋ ਗੱਲਾਂ ਸੀ ਨਾ ਮੈਂ ਆਪਣੇ ਨਾਲ ਰਿਲੇਟ ਕੀਤੀਆਂ, ਕਈ ਗੱਲਾਂ ਤਾਂ ਐਸੀਆਂ ਸੀਗੀਆਂ ਵੀ ਜਿਹੜੀਆਂ ਹੋਈਆਂ ਹੀ ਪਹਿਲੀ ਵਾਰ, ਮੈਂ ਕਿਸੇ ਨਾਲ ਕੀਤੀਆਂ ਨਹੀਂ ਕੀਤੀਆਂ ਨੇ, ਮਤਲਬ ਉਹ ਦਿਲ ਖੁੱਲ੍ਹ ਗਿਆ, ਦਿਲ ਖੁੱਲ੍ਹ ਗਿਆ, ਅਤੇ ਮੈਨੂੰ ਲੱਗਦਾ ਜਿਹੜੇ ਬਹੁਤ ਗਿਣਤੀ ਲੋਕ ਨੇ ਰਿਲੇਟ ਕਰਨਗੇ ਆਪਣੇ ਨਾਲ। ਨਹੀਂ ਨਹੀਂ ਬਿਲਕੁਲ ਬਾਈ, ਇੱਦਾਂ ਹੀ ਹੁੰਦਾ, ਕਿਉਂਕਿ ਅਸਲ 'ਚ ਫੇਕ ਨਾਲੋਂ ਜਿੱਦਾਂ ਦੇ ਬਾਈ ਤੁਸੀਂ ਹੈ ਹੋ, ਜੋ ਤੁਹਾਡੇ ਅੰਦਰ ਚੱਲਦਾ ਬਾਈ ਉੱਦਾਂ ਦਾ ਪਸੰਦ ਕਰਦੇ ਨੇ ਲੋਕ, ਉਹਨੂੰ ਵੀ ਕਹਿਣਾ ਚਾਹੀਦਾ ਤੁਹਾਨੂੰ। ਜੇ ਤੁਸੀਂ ਇਹਦਾ ਮਤਲਬ ਕੀ ਹੈ ਪੋਡਕਾਸਟ ਦਾ, ਇਹ ਤੁਸੀਂ ਆਪਣੇ ਆਪ ਨੂੰ ਲੋਕਾਂ ਨੂੰ ਦੱਸਣਾ ਵੀ ਤੁਸੀਂ ਕਿੱਦਾਂ ਦੇ ਹੋ, ਤੁਸੀਂ ਕੀ ਸੋਚਦੇ, ਮੈਂ ਕੀ ਹਾਂ। ਹਾਂ, ਜੇ ਤੁਸੀਂ ਪਹਿਲਾਂ ਹੀ ਸਕ੍ਰਿਪਟ ਲਿਖ ਕੇ ਲੈ ਆਏ, ਕਰਤਾ ਪਲੈਨਿੰਗ ਨਾਲ ਆਏ ਹੋ, ਫਿਰ ਤਾਂ ਤੁਸੀਂ ਉਹਨਾਂ ਨਾਲ ਧੋਖਾ ਕਰ ਰਹੇ ਹੋ ਜਿਹਨਾਂ ਦੇ ਲਈ ਬੈਠੇ ਹੋ, ਜਿਹਨਾਂ ਨੂੰ ਸੁਣਾ ਰਹੇ ਹੋ, ਹੈ ਨਾ। ਮੰਨ ਲਓ ਸਕ੍ਰਿਪਟਿਡ ਆ ਸਾਰਾ ਕੁਛ, ਤੁਸੀਂ ਸਕ੍ਰਿਪਟਿਡ ਮੈਨੂੰ ਸਵਾਲ ਕੁਐਸਚਨ ਕਰ ਰਹੇ ਹੋ, ਮੈਂ ਉਹਨਾਂ ਦੇ ਜਵਾਬ ਤੁਹਾਨੂੰ ਦੇ ਰਿਹਾ, ਇਹ ਤਾਂ ਬੜੇ ਈਜ਼ੀ ਨੇ, ਇਹ ਤਾਂ ਰੱਟ ਕੇ ਮਰੱਟਾ ਮਾਰ ਕੇ ਜਿਵੇਂ ਮਰਜ਼ੀ ਆ ਜਾ, ਜਿਹੜਾ ਅੰਦਰੋਂ ਆਉਣਾ ਉਹ ਤਾਂ ਬਾਈ ਵੈਸੇ ਹੀ ਸਕੂਨ ਹੈ, ਵੈਸੇ ਹੀ ਸਕੂਨ ਹੈ ਇਹਨਾਂ ਚੀਜ਼ਾਂ ਦਾ। ਕਿਆ ਬਾਤ, ਹਾਂ, ਅਤੇ ਮੈਂ ਬਸ ਇਹੀ ਹੈ ਕਿ ਕਦੇ ਵੀ, ਮੈਂ ਆਪਣੀ ਪਹਿਲਾਂ ਵੀ ਉਹੀ ਗੱਲ ਹੋਈ ਸੀਗੀ ਵੀ ਕਲਮਾਂ ਕਦੇ ਬੁੱਢੀਆਂ ਨਹੀਂ ਹੁੰਦੀਆਂ, ਸੋਚ ਕਦੇ ਬੁੱਢੀ ਨਹੀਂ ਹੁੰਦੀ, ਸੋਚ ਹਮੇਸ਼ਾ ਜਵਾਨ ਰਹਿੰਦੀ ਹੁੰਦੀ ਹੈ, ਪਰ ਸ਼ਰਤ ਹੈ ਵੀ ਤੁਸੀਂ ਇਸ ਚੀਜ਼ ਦੇ ਕਾਬਲ ਹੋਵੋ ਉਹਨੂੰ ਜਵਾਨ ਰੱਖਣ ਦੇ, ਸੋਚ ਨੂੰ ਕਸਰਤ ਕਰਾਉਂਦੇ ਰਹੋ, ਹੈ ਨਾ, ਐਕਸਰਸਾਈਜ਼ ਕਰਵਾਉਂਦੇ ਰਹੋ ਸੋਚ ਨੂੰ। ਤੁਹਾਡੀ ਸੋਚ ਗਲਤ ਵਿਚਾਰ, ਜਦੋਂ ਗੰਦੇ ਵਿਚਾਰ ਤੁਹਾਡੀ ਸੋਚ ਦੇ ਵਿੱਚ ਆਉਂਦੇ ਨੇ ਜਾਂ ਢਹਿੰਦੀ ਕਲਾ 'ਚ ਤੁਸੀਂ ਸੋਚਦੇ ਹੋ ਆਲ ਟਾਈਮ,
ਨੈਗੇਟਿਵ ਸੋਚੀ ਜਾਣਾ, ਨੈਗੇਟਿਵ ਸੋਚਣਾ। ਤੁਸੀਂ ਮੈਂ ਇੱਕ ਕਹਿਣਾ ਵੀ ਬੰਦੇ ਦੇ ਮਾਈਂਡ ਦੇ ਵਿੱਚ ਜ਼ਿਆਦਾਤਰ ਨੈਗੇਟਿਵਿਟੀ ਹੈ, ਨੈਗੇਟਿਵ ਖਿਆਲ ਥੋਟਸ ਆਉਂਦੇ ਨੇ ਵੀਰੇ। ਪੋਜ਼ਿਟਿਵ ਬੜੇ ਰੇਅਰ ਨੇ, ਪੋਜ਼ਿਟਿਵ ਬਹੁਤ ਘੱਟ ਆਉਂਦੇ ਨੇ। ਪਰ ਮੈਂ ਕਹਿੰਦਾ ਵੀ ਜਦੋਂ ਤੁਸੀਂ ਪੋਜ਼ਿਟਿਵ ਹੁੰਦੇ ਹੋ ਉਸ ਮੌਕੇ ਦਾ ਪੂਰਾ ਨਜ਼ਾਰਾ ਲਿਆ ਕਰੋ, ਜਦੋਂ ਤੁਸੀਂ ਨੈਗੇਟਿਵ ਹੁੰਦੇ ਹੋ ਉਹਦਾ ਵੀ ਨਜ਼ਾਰਾ ਲਿਆ ਕਰੋ, ਉਹਦਾ ਵੀ ਸਵਾਦ ਲਿਆ ਕਰੋ। ਕਿਉਂਕਿ ਤੁਹਾਨੂੰ ਇਹ ਤਾਂ ਪਤਾ ਹੈ ਵੀ ਇਹ ਜਾਣਾ ਹੈ, ਵੀ ਜਿਹੜਾ ਪੋਜ਼ਿਟਿਵ ਹੈ ਆ ਨੈਗੇਟਿਵ ਹੈ ਇਹ ਜਾਣਾ ਹੈ, ਜਾਣ ਲਈ ਆਇਆ, ਇਹ ਤਾਂ ਛੋਟੀ ਜਿਹੀ ਗੱਲ ਹੈ ਨਾ। ਫਿਰ ਤੁਹਾਨੂੰ ਉਹਦੇ 'ਤੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ। ਜੇ ਤੁਸੀਂ ਨੈਗੇਟਿਵ ਹੋ ਤੁਸੀਂ ਇਹ ਸੋਚ ਕੇ ਸਵਾਦ ਲਓ ਵੀ ਪੋਜ਼ਿਟਿਵ ਆਉਣ ਵਾਲਾ, ਪੋਜ਼ਿਟਿਵ ਆਉਣ ਵਾਲਾ, ਕੋਈ ਗੱਲ ਨਹੀਂ। ਔਰ ਇੱਕ ਆਪਾਂ ਉਹ ਗੱਲ ਕੀਤੀ ਸੀ ਕਿ ਯਾਰ ਜਿਉਂਦੇ ਲੋਕ ਹੀ ਮਹਿਸੂਸ ਕਰਦੇ ਦਾਏ, ਜਿਉਂਦੇ ਲੋਕ ਮਹਿਸੂਸ ਕਰਦੇ। ਸੱਚ ਹੈ, ਸੱਚ ਤਾਂ ਸੱਚ ਹੈ। ਹਾਂ ਬਸ ਇਹੀ ਹੈ ਵੀ ਹਮੇਸ਼ਾ ਪੋਜ਼ਿਟਿਵ ਬਾਈ ਰਹੋ, ਪੋਜ਼ਿਟਿਵ ਰਹਿ ਕੇ ਜਿਹੜਾ ਬੰਦਾ ਜਿਹੜੇ ਕੰਮ ਨੂੰ ਲੱਗਿਆ ਹੋਇਆ ਭੱਜੋ ਨਾ ਕੰਮ ਤੋਂ। ਇਹ ਨਾ ਹੋਵੇ ਵੀ ਤੁਸੀਂ ਚੱਡਿਆਂ 'ਚ ਪੂਛ ਲੈ ਕੇ ਭੱਜ ਕੇ ਵੀ ਜੋ ਚੌਂ ਚੌਂ ਕਰਦੇ ਤੁਸੀਂ ਜਾਂਦੇ ਹੋ ਭੈਣ ਜੋ ਫਸ ਗਿਆ ਕੰਮ। ਬੰਦਾ ਜਿਹੜਾ ਕਿਹੜਾ ਕੰਮ ਹੈ ਜਿਹੜਾ ਫਸਿਆ ਬੰਦੇ ਤੋਂ ਯਾਰ? ਕੁਛ ਵੀ ਨਹੀਂ ਹੈ, ਅਸੀਂ ਪੰਜਾਬੀ ਹਾਂ ਯਾਰ, ਸਾਡਾ ਖੂਨ ਆਪਣਾ ਤਾਂ ਕੰਮ ਹੀ ਫਸੇ ਹੋਏ ਕੰਮ ਕਢਾਉਣਾ ਯਾਰ। ਅਸੀਂ ਫਰੀਡਮ ਫਾਈਟਰਾਂ ਦਾ ਖੂਨ ਆ ਸਾਡੇ 'ਚ ਹੈ, ਅਸੀਂ ਪਤਾ ਨਹੀਂ ਕੀ ਕੁਛ ਕਰਤਾ। ਇਹ ਪ੍ਰਵੇਸ਼ ਦੁਆਰ ਸੀਗਾ ਪੰਜਾਬ, ਅਹਿਮਦ ਸ਼ਾਹ ਅਬਦਾਲੀ ਹੋਣੀ, ਨਾਦਰ ਸ਼ਾਹ ਹੋਣੀ ਜਦੋਂ ਆਏ ਨੇ ਹਮਲੇ ਕੀਤੇ, ਜਦੋਂ ਪੰਜਾਬ ਥਣੀ ਆਉਂਦੇ ਸੀ ਸਾਡਾ ਸਾਹਮਣਾ ਕਰਨਾ ਪੈਂਦਾ ਸੀ, ਡਰਦੇ ਸੀ, ਸਾਡੇ ਪੂਰਵਜਾਂ ਦਾ ਸਾਹਮਣਾ ਕਰਨਾ ਪੈਂਦਾ ਸੀ ਉਹਨਾਂ ਨੂੰ, ਠੀਕ ਹੈ। ਉਹਨਾਂ ਨੇ ਕੀ ਕੁਛ ਕੀਤਾ ਯਾਰ, ਵੱਡੇ ਵੱਡੇ ਦੇ ਮੂੰਹ ਮੋੜੇ, ਆਹ ਤਾਂ ਟੈਨਸ਼ਨ ਆ। ਉਹਨੇ ਸਾਨੂੰ ਕੀ ਕਹਿਤਾ? ਸਭ ਤੋਂ ਵੱਡੀ ਪ੍ਰੋਬਲਮ ਬੰਦੇ ਦੀ ਇਹ ਹੈ ਵੀ ਉਹਨੇ ਯਾਰ ਸਾਨੂੰ ਕਿਉਂ ਕਹਿਤਾ, ਕੀ ਕਹਿਤਾ, ਕਿਉਂ ਕਹਿਤਾ? ਈਗੋ ਹਰਟ ਹੁੰਦੀ ਹੈ, ਕਾਹਤੋਂ ਕਹਿਤਾ? ਕਹੀ ਜਾਵੇ ਯਾਰ, ਉਹਦਾ ਕੰਮ ਹੈ, ਵਧੀਆ ਆਪਣੇ ਕੰਮ ਲੱਗੀ ਰਹੇ ਜਨਤਾ, ਤੁਸੀਂ ਆਪਣਾ ਕਰੋ, ਤੁਸੀਂ ਆਪਣਾ ਕਰੋ, ਇਹ ਮਤਲਬ ਇਹ ਤਾਂ ਵਧੀਆ ਗੱਲ ਹੈ। ਮੈਂ ਕਹਿੰਦਾ ਵੀ ਕੋਈ ਵੀ ਪੋਜ਼ਿਟਿਵ ਉੱਦਾਂ ਦਾ ਬੰਦਾ ਜਿਹੜਾ ਸਾਨੂੰ ਮੈਨੂੰ ਵਧੀਆ ਨਹੀਂ ਸਮਝਦਾ ਲਾ ਲਓ, ਜਾਂ ਜਿਹਨੂੰ ਮੈਂ ਵਧੀਆ ਨਹੀਂ ਲੱਗਦਾ, ਉਹ ਰੱਜ ਕੇ ਨੈਗੇਟਿਵ ਕਮੈਂਟ ਕਰੋ ਥੱਲੇ। ਮੈਂ ਤਾਂ ਇਹ ਕਹਿੰਦਾ ਰੱਜ ਕੇ ਕਰੋ ਬਾਈ, ਤੁਸੀਂ ਆਪਣਾ ਸਵਾਦ ਲਓ ਜ਼ਿੰਦਗੀ ਦਾ, ਮੈਂ ਆਪਣਾ ਸਵਾਦ ਲੈਣਾ ਜ਼ਿੰਦਗੀ ਦਾ। ਅਤੇ ਔਰ ਜਿਹੜਾ ਮੈਂ ਅਸੀਂ ਜਿਹੜਾ ਅਸੀਂ ਕਰਨ ਲੱਗੇ ਹਾਂ ਹੁਣ, ਜਾਂ ਜਿੱਦਾਂ ਦੇ ਅਸੀਂ ਗਾਣੇ ਲੈ ਕੇ ਆ ਰਹੇ ਹਾਂ, ਜਿਹੜੀ ਸਪੀਡ ਨਾਲ ਲੈ ਕੇ ਆ ਕਰ ਰਹੇ ਹਾਂ ਕੰਮ, ਸਾਨੂੰ ਸਾਡੇ 'ਤੇ ਭਰੋਸਾ ਵੀ ਅਸੀਂ ਸਾਡਾ ਗੋਲ ਸਾਡਾ ਨੇੜੇ ਹੈ, ਅਸੀਂ ਕਰਾਂਗੇ, ਅਸੀਂ ਕਰਾਂਗੇ, ਹੌਸਲਾ ਕਰਾਂਗੇ। ਢਹਿੰਦੀ ਕਲਾ ਅਸੀਂ ਹੈ ਹੀ ਨਹੀਂ ਸਾਡੇ 'ਚ, ਚੜ੍ਹਦੀ ਕਲਾ ਰਹਿਣਾ ਸਿਖਾਇਆ ਸਾਡੇ ਸਤਿਗੁਰਾਂ ਨੇ ਸਾਨੂੰ, ਹੈ ਨਾ। ਮੋਨੇ ਘੋਨਿਆ ਫਿਰ ਕੀ ਹੋ ਗਿਆ? ਸੋਚ ਤਾਂ ਨਹੀਂ ਸਾਡੀ ਮੋਨੀ ਘੋਨੀ, ਤੁਹਾਡੀ ਸੋਚ, ਤੁਹਾਡੀ ਥਿੰਕਿੰਗ, ਇਹ ਤਾਂ ਅਕਾਲ ਨੇ ਜਦੋਂ ਬਖਸ਼ਣਾ ਸਾਨੂੰ ਉਹਨੇ ਬਖਸ਼ ਦੇਣਾ, ਠੀਕ ਹੈ। ਉਹ ਕਿਸੇ ਨੂੰ ਧੱਕੇ ਨਾਲ ਕੋਈ ਸਿਖਾ ਸਕਦਾ ਕੁਛ ਵੀ? ਬੰਦਾ ਜਿੰਨਾ ਚਿਰ ਆਪ ਨਹੀਂ ਮਿਹਰ ਹੁੰਦੀ ਦਾਤੇ ਦੀ, ਉਨਾ ਟਾਈਮ ਨਹੀਂ ਹੁੰਦੀਆਂ ਚੀਜ਼ਾਂ। ਬਾਈ ਤੁਹਾਡੀ ਸੋਚ ਨਾ, ਜਿਵੇਂ ਤੁਸੀਂ ਲਿਖਦੇ ਹੋ, ਜਿਵੇਂ ਤੁਹਾਡਾ ਗਾਣਾ ਆਇਆ ਸੀ ਹੁਣੇ ਸਲੈਪ ਅਪ, ਬਾਈ ਦੀਪ ਜੰਡੂ ਉਹਨਾਂ ਨਾਲ, ਤੁਸੀਂ ਸੱਚ ਜਾਣਿਓ ਬਾਈ ਕੋਈ ਚੌੜ ਨਹੀਂ ਜਾਂ ਕੋਈ ਮੂੰਹ 'ਤੇ ਸਿਫਤ ਨਹੀਂ, ਮੂੰਹ ਦਾ ਮਿੱਠਾ ਨਹੀਂ ਮੈਂ, ਹਾਂਜੀ ਹਾਂਜੀ, ਤੁਹਾਨੂੰ ਤਾਂ ਪਤਾ ਹੀ ਹੈ ਕਿ ਆਪਾਂ ਜੋ ਕਹਿ ਦੇਣਾ ਉਹ ਕਹਿ ਦੇਣਾ। ਬਿਲਕੁਲ, ਮੈਂ ਮੇਰਾ ਬ੍ਰਦਰ ਜਾਂ ਸਾਡੀ ਸਾਰੀ ਟੀਮ ਅਸੀਂ ਜਦ ਵੀ ਗੱਡੀ 'ਚ ਬਹਿੰਦੇ ਹਾਂ ਬਾਈ, ਜੀ 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 ਜੀ, ਸਭ ਤੋਂ ਪਹਿਲਾਂ ਗਾਣਾ ਲੱਗਦਾ ਤੁਹਾਡਾ ਸਲੈਪ ਅਪ, ਸਲੈਪ ਅਪ, ਫਿਰ ਲੱਗਦਾ ਵੁਲਫ, ਯਾਨੀ ਤੁਹਾਡੇ ਗਾਣੇ ਨਾਲ ਸ਼ੁਰੂਆਤ ਕਰਦੇ ਹਾਂ, ਪਤਾ ਨਹੀਂ ਕਿਉਂ ਕੁਛ ਟਾਈਮ ਤੋਂ ਯਾਨੀ ਇਹ ਹੋਇਆ ਵੀ ਤੁਹਾਡੇ ਗਾਣੇ ਅਸੀਂ ਬਹੁਤ ਸੁਣ ਰਹੇ ਹਾਂ ਬਹੁਤ ਜ਼ਿਆਦਾ।
ਮਤਲਬ ਕਿ ਬੜਾ ਸਵਾਦ ਆਉਂਦਾ ਉਹਦੇ ਵਿੱਚ ਲਾਈਨ ਹੈ, ਬਲੈਕ ਹੋਲ ਵਾਂਗੂ ਨਹੀਂ ਕੋਈ ਡੈਡ ਐਂਡ ਜੱਟਦਾ, ਹਾਂ ਕੋਈ ਐਂਟੀਡੋਟ ਲੱਭਦਾ ਨਹੀਂ ਦਿੱਤੇ ਸਾਡੇ ਫੱਟਦਾ ਹੈਂ, ਉਹ ਮਤਲਬ ਉਹ ਲਾਈਨਾਂ ਫਿਰ ਥੋੜ੍ਹੀ ਇੱਕ ਲਾਈਨ ਆਉਂਦੀ ਆ ਵੀ ਜਿੱਦਾਂ ਮੁੜ ਦੁਨੀਆਂ ਨੂੰ ਲੱਭਿਆ ਨਹੀਂ ਡੀ ਬੀ ਕੂਪਰ, ਤੁਹਾਡਾ ਗਾਣਾ ਸੁਣ ਕੇ ਬਾਈ ਮੈਂ ਡੀ ਬੀ ਕੂਪਰ ਸਰਚ ਕੀਤਾ ਵੀ ਪਤੰਦਰ ਹੈ ਕੌਣ ਇਹ, ਫਿਰ ਮੈਨੂੰ ਪਤਾ ਲੱਗਿਆ ਵੀ ਪਹਿਲਾ ਐਸਾ ਬੰਦਾ ਦੁਨੀਆਂ ਦਾ ਜਿਹੜਾ ਜਿਹਨੇ ਪਲੇਨ ਹਾਈਜੈਕ ਕੀਤਾ ਅਤੇ ਮੁੜ ਕੇ ਦੁਨੀਆਂ ਨੂੰ ਲੱਭਿਆ ਹੀ ਨਹੀਂ, ਲੱਭਿਆ ਨਹੀਂ ਕੋਈ ਉਹਨੂੰ ਟ੍ਰੈਮ ਟ੍ਰੈਪ ਨਹੀਂ ਹੋਇਆ ਟ੍ਰੈਵਲਰ ਕਹਿ ਰਿਹਾ ਸੀ, ਹਾਂ ਕੋਈ ਉਹਨੂੰ ਕੁਛ, ਉਹ ਬੰਦਾ ਕੈਸਾ ਸੀ ਯਾਰ। ਔਰ ਮੈਂ ਬਾਈ ਤੁਸੀਂ ਸੱਚ ਮੰਨੋ, ਮੈਂ 2015-16 ਹਾਂ 16-16 ਤੋਂ ਮੈਂ ਸੁਣ ਰਿਹਾ ਡੀ ਬੀ ਕੂਪਰ ਦਾ ਨਾਮ। ਅੱਛਾ ਹਾਂ, ਮੈਂ ਮਤਲਬ ਮੈਂ ਕਦੇ ਲਿਖਿਆ ਨਹੀਂ ਸੀ, ਅਚਾਨਕ ਹੀ ਉਹ ਲਾਈਨ ਆਈ ਹੈ ਵੀ ਇਹ ਨਹੀਂ ਹੈਗਾ ਮੈਂ ਕੁਛ ਸੋਚ ਕੇ ਜਾਂ ਕੁਛ ਮੈਂ ਸਰਚ ਕੀਤਾ। ਧਰੁਵ ਰਾਠੀ ਨੇ ਵੀਡੀਓ ਬਣਾਈ ਸੀ, ਵੀਡੀਓ ਬਾਅਦ 'ਚ ਜਦੋਂ ਮੈਂ ਗਾਣਾ ਲਿਖਿਆ ਅਸੀਂ ਬੈਠੇ ਸੀ ਆਪਣਾ ਭਰਾ ਜੀ ਖਾਨ ਉਹਦੇ ਘਰ ਬੈਠੇ ਸੀਗੇ ਅਸੀਂ। ਅੱਛਾ, ਅਤੇ ਉਦੋਂ ਉਹਨੇ ਮੈਨੂੰ ਜੀ ਖਾਨ ਨੇ ਕਿਹਾ ਕਹਿੰਦਾ ਬਾਈ ਯਾਰ ਉਹ ਡੀ ਬੀ ਕੂਪਰ ਵਾਲਾ ਸੀਨ ਕੀ ਹੈ। ਅੱਛਾ, ਉਹਨਾਂ ਨੇ ਵੀ ਪੁੱਛਿਆ? ਹਾਂ, ਮੈਂ ਕਿਹਾ ਵੀ ਉਹ ਯਾਰ ਇੱਥੇ ਸਰਚ ਮਾਰ, ਮੈਂ ਕਿਹਾ ਯੂਟਿਊਬ 'ਤੇ ਸਰਚ ਮਾਰੀ ਉਹ ਧਰੁਵ ਰਾਠੀ, ਧਰੁਵ ਰਾਠੀ ਦੀ ਫੋਟੋ ਵੀਡੀਓ ਆ ਗਈ। ਹਾਂ ਧਰੁਵ ਰਾਠੀ ਧਰੁਵ ਆਪਣਾ, ਹਾਂ ਮੈਂ ਵੀ ਉਹੀ ਦੇਖੀ। ਅਤੇ ਉਹ ਬੰਦੇ ਨੇ ਯਾਰ ਹਾਈਜੈਕ ਕਰ ਲਿਆ ਪਲੈਨ, ਅਤੇ ਮੁੜ ਕੇ ਐਸਾ ਪਲੈਨ ਸੀ ਉਹਦਾ ਪਲੇਨ, ਹਾਂ ਕਿਸੇ ਨੂੰ ਪਤਾ ਵੀ ਨਹੀਂ ਕਿ ਉਸਦਾ ਪਲਾਨ ਕਰ ਲਿਆ। ਐਕਚੁਅਲ 'ਚ ਉਹਦਾ ਨਾਮ ਅਸਲ ਡੈਨ ਕੂਪਰ ਸੀ, ਡੈਨ ਕੂਪਰ, ਉਹ ਕਿਸੇ ਪੱਤਰਕਾਰ ਨੇ ਗਲਤੀ ਦੇ ਨਾਲ ਉਹਨੂੰ ਡੀ ਬੀ ਕੂਪਰ ਰੱਖਤਾ, ਡੀ ਬੀ ਕੂਪਰ ਰੱਖਤਾ, ਉੱਥੇ ਫਿਰ ਡੀ ਬੀ ਕੂਪਰ ਹੀ ਚੱਲਿਆ। ਹਾਂ, ਪਰ ਅਸਲ ਨਾਮ ਤਾਂ ਕਿਸੇ ਨੂੰ ਪਤਾ ਹੀ ਨਹੀਂ, ਹੁਣ ਕਿਹੜਾ ਚੋਰ ਦੱਸੂਗਾ ਵੀ ਮੇਰਾ ਅਸਲ ਨਾਮ ਇਹ। ਉਹੀ ਹੈ, ਐਂ ਤਾਂ ਹੁਣ ਉਹ ਫਿਲਮ ਦੇ ਵਿੱਚ ਉਹ ਕਹਿੰਦਾ ਯਾਰ ਮੈਂ ਤਾਂ ਸੰਦੀਲਾ ਕਿਹਾ ਸੀ, ਉਹ ਕਹਿੰਦਾ ਫਿਰ ਕਿਉਂ ਜੇ ਬੋਲ ਤਾਂ ਤੈਨੂੰ ਕਿਹੜਾ ਕਿਸੇ ਨੇ ਯਾਦ ਰੱਖਣਾ, ਦੇਖਿਆ ਚਮਕੀਲਾ ਚਮਕੀਲਾ ਹੋ ਗਈ ਨਾ, ਚਮਕੀਲਾ ਚਮਕੀਲਾ ਹੋ ਗਈ। ਸੋ ਇਹ ਹੈ ਡੀ ਬੀ ਕੂਪਰ ਹੋ ਗਿਆ, ਹੁਣ ਗਾਣੇ ਬੜੇ ਬਲ ਸਾਹਿਬ ਗਾਣੇ ਕਰ ਰਹੇ ਹਾਂ ਹੁਣ। ਬਾਈ ਕਦੋਂ ਕੀ ਹਿਸਾਬ ਤਾਂ ਜਿਵੇਂ ਚੱਲ ਰਿਹਾ ਹੁਣ ਵਾਲਾ ਟਾਈਮ ਦੇ ਵਿੱਚ, ਕਿਹੜੇ ਕਿਹੜੇ ਟਰੈਕਸ ਕਰ ਰਹੇ ਹੋ, ਈ ਪੀ ਕਰ ਰਹੇ ਹੋ, ਐਲਬਮ ਆ ਰਹੀ ਹੈ, ਕੀ ਸਿਸਟਮ ਆ ਬਈ? ਹੁਣ ਈ ਪੀ ਰੈਡੀ ਆ, ਠੀਕ ਹੈ, ਬੜੀ ਜਲਦੀ ਇੱਕ ਬੜਾ ਵਧੀਆ ਚੈਨਲ ਆਪਣੇ ਭਰਾਵਾਂ ਦਾ ਉਹ ਰਿਲੀਜ਼ ਕਰ ਰਹੇ ਨੇ, ਠੀਕ ਹੈ, ਅਤੇ ਗਾਣੇ ਸਿੰਗਲ ਟਰੈਕ ਹੈਗੇ ਨੇ ਆਪਣੇ ਚੈਨਲ ਤੋਂ, ਜਿੱਦਾਂ ਮੇਰਾ ਮਿਸ਼ਰੀ ਵਰਗਾ ਗਾਣਾ ਸੀ ਜੀ ਸ਼ਿਮਲਾ, ਆਪਣੇ ਚੈਨਲ ਤੋਂ ਸੀ ਸ਼ਿਮਲਾ, ਵਧੀਆ ਚੱਲ, ਬੜਾ ਹਿੱਟ ਗਿਆ ਬਈ ਗਾਣੇ। ਹਾਂ ਵਧੀਆ, ਚਲੋ ਜਿੰਨਾ ਵੀ ਪਿਆਰ ਗਾਣੇ ਨੂੰ ਵਧੀਆ ਮਿਲੀ ਜਾਂਦਾ, ਕਿਉਂਕਿ ਹਟਣ ਵਾਲੇ ਤਾਂ ਨਹੀਂ ਹੈਗੇ, ਇਹ ਨਹੀਂ ਹੈਗਾ ਵੀ ਅਸੀਂ ਬਹੁਤ ਕਰ ਲਿਆ ਵਾਲੇ ਨਹੀਂ ਹੈਗੇ, ਹਲੇ ਤਾਂ ਸਟਾਰਟ ਹੀ ਕੀਤਾ, ਹਲੇ ਤਾਂ ਪਹਿਲਾ ਕਦਮ ਵੀ ਨਹੀਂ ਪੱਟਿਆ, ਹਲੇ ਤਾਂ ਸਟਾਰਟ ਹੀ ਕੀਤਾ, ਇਹ ਹਮੇਸ਼ਾ ਰਹਿਣੀ ਆ। ਜਿੱਦਾਂ ਮੈਂ ਮੰਜੇ 'ਚ ਪਿਆ ਵੀ ਹੋਇਆ ਨਾ ਮਰਨ ਕਿਨਾਰੇ, ਉਹਦੇ ਵੀ ਘੁੰਮੇ, ਹਲੇ ਤਾਂ ਸਟਾਰਟ ਹੀ ਕੀਤਾ, ਮਰਨਾ ਸੋਚ ਕਦੇ ਬੁੱਢੀ ਨਹੀਂ ਹੁੰਦੀ, ਹਲੇ ਤਾਂ ਸਟਾਰਟ ਹੀ ਕੀਤਾ। ਹਾਂ, ਹਮੇਸ਼ਾ ਇਹ ਚੀਜ਼ ਰੱਖਣੀ ਵੀ ਹਲੇ ਤਾਂ ਮੈਂ ਸਟਾਰਟ ਕੀਤਾ, ਬਸ ਬਹੁਤ ਅੱਗੇ ਜਾਣਾ, ਕੁਛ ਵੀ ਨਹੀਂ ਕੀਤਾ ਹਲੇ ਤਾਂ, ਕੁਛ ਵੀ ਨਹੀਂ ਕੀਤਾ, ਪਰ ਮੈਂ ਜੋ ਕਰ ਰਿਹਾ ਉਹ ਬਹੁਤ ਵੱਖਰਾ ਹੈ, ਕਮਾਲ, ਉਹ ਬਹੁਤ ਅਲੱਗ ਹੈ, ਕਮਾਲ, ਮੈਂ ਬਹੁਤ ਅਲੱਗ ਕਰੂੰਗਾ, ਮੈਂ ਬਹੁਤ ਵੱਖਰਾ ਕਰੂੰਗਾ, ਮੈਂ ਹੀ ਕਰੂੰਗਾ, ਇਹ ਨਹੀਂ, ਇਹ ਨਹੀਂ ਮੈਂ ਕਦੇ ਕਹਿੰਦਾ। ਬੜੀ ਦੁਨੀਆ ਧਿੰਗ ਤੋਂ ਧਿੰਗ ਪਈ ਆ ਕਰਨ ਵਾਲੀ, ਮੈਥੋਂ ਬਹੁਤ ਗਾਂਧੀਆਂ ਗੱਲਾਂ ਪਈਆਂ ਨੇ, ਲਿਖਣ ਵਾਲੇ ਵੀ ਬਹੁਤ ਵਧੀਆ ਲਿਖਦੇ ਨੇ, ਮੁੰਡੇ ਬਹੁਤ ਵਧੀਆ ਲਿਖਦੇ ਨੇ, ਪਰ ਜੋ ਮੈਂ ਲਿਖਦਾ ਮੈਂ ਲਿਖਦਾ ਬਾਈ। ਤੁਸੀਂ ਕਿੰਨੇ ਗਾਣੇ ਹੁਣ ਤੱਕ ਕੁੱਲ ਲਿਖ ਲਏ ਟੋਟਲ, ਯਾਦ ਹੋਵੇ? ਗਿਣਤੀ ਨਹੀਂ ਮਾਰੀ, ਅੰਦਾਜ਼ਾ ਫਿਗਰ ਕੋਈ, ਰਾਊਂਡ ਫਿਗਰ? ਰਾਊਂਡ ਫਿਗਰ ਤਾਂ ਮਾਰੀ ਨਹੀਂ ਗਿਣਤੀ, ਮੈਂ ਹੋਊਗਾ 300-250 ਗਾਣਾ, ਦੋ 250 ਗਾਣਾ, ਹਾਂ 200-250 ਹੋਊਗਾ, ਕਿਆ, ਕਿਉਂਕਿ ਮੈਂ 2010 ਤੋਂ ਤਾਂ ਮੈਂ ਇੰਡਸਟਰੀ 'ਚ ਹਾਂ ਆਇਓ, ਮੇਰਾ ਦੇਸ਼ ਹੋਵੇ ਪੰਜਾਬ ਟੇਪ ਦੇ ਵਿੱਚ ਮੇਰੇ 11 ਗਾਣੇ ਸੀ, ਉਸ ਤੋਂ ਬਾਅਦ ਚੱਲ ਸੋ ਚੱਲ ਫਿਰ ਬਾਵੇ ਬਾਈ ਨੇ ਗਾਣੇ ਕੀਤੇ, ਜਿਹੜੇ ਰਿਕਾਰਡ ਨੇ ਗਾਣੇ ਮੇਰੇ, ਉਹ ਹੋਊਗਾ ਮੈਨੂੰ ਲੱਗਦਾ 100+ ਹੋਣਾ, ਜ਼ਿਆਦਾ ਹੋਣੇ ਆ ਮੈਨੂੰ ਪਤਾ ਨਹੀਂ ਪੱਕਾ, ਮੈਂ ਕਦੇ ਬਾਈ ਗਿਣਤੀ ਨਹੀਂ ਮਾਰੀ। ਔਰ ਜਿਹੜਾ ਅੱਜ ਦੀ ਡੇਟ 'ਚ ਜਿਵੇਂ ਗਾਣੇ ਲਿਖਦੇ ਹਾਂ,
ਜਾਂ ਤਾਂ ਭੱਜ ਦੌੜ ਵਾਲਾ ਮਾਹੌਲ ਆ ਗਿਆ, ਜ਼ਿਆਦਾ ਤੇਜ਼ੀ ਹੋ ਤੇਜ਼ ਹੋ ਗਈ ਦੁਨੀਆ। ਦੇਖੋ ਕਮਰਸ਼ੀਅਲ ਵੀ ਲਿਖਣਾ ਔਰ ਲਿਖਣਾ ਵੀ ਤੁਸੀਂ ਆਈ ਹਾਂ ਬਿਲਕੁਲ। ਹੁਣ ਮੈਂ ਇਕੱਲਾ ਬੰਦਾ ਲਿਖਣ ਵਾਲਾ, ਨਾਲ ਮੇਰੇ ਮੈਂ ਹੀ ਮੇਰਾ ਪਾਰਟਨਰ ਹੈ ਹਨਾ, ਮੈਂ ਤੇ ਮੈਂ ਪੱਕੇ ਮੈਂ ਤੇ ਮੈਂ ਪੱਕੇ ਹਾਂ। ਅਸੀਂ ਗਾਣਾ ਲਿਖਦੇ ਹਾਂ, ਔਨ ਦਾ ਸਪੋਟ ਗਾਣਾ ਬਣਦਾ ਇੱਦਾਂ ਸਟੂਡੀਓ ਦੇ ਵਿੱਚ ਬੈਠ ਕੇ। ਕਈ ਵਾਰੀ ਇੱਕ ਵਾਰੀ ਮੇਰੇ ਨਾਲ ਇਹ ਹਾਦਸਾ ਹੋਇਆ ਸੀ ਵੀ ਦੀਪ ਬਾਈ, ਦੀਪ ਜੰਡੂ ਬਹੁਤ ਵਧੀਆ ਇਨਸਾਨ ਆ, ਉਹ ਬੰਦੇ ਨੂੰ ਵੀ ਸਲਿਊਟ ਹੈ, ਉਹ ਬੰਦਾ ਕਿੰਗ ਮੇਕਰ ਬੰਦਾ ਦੀਪ ਬਾਈ। ਔਰ ਦੁਨੀਆ ਚਾਹੇ ਜੋ ਮਰਜ਼ੀ ਕਹੇ, ਬੜੇ ਪੋਜ਼ਿਟਿਵ ਆ ਬੜੇ ਨੈਗੇਟਿਵ ਆ, ਪਰ ਮੈਨੂੰ ਲੱਗਦਾ ਵੀ ਉਹਨੂੰ ਜ਼ਿਆਦਾ ਸੁਣਨ ਵਾਲੇ ਉਹਨੂੰ ਪੋਜ਼ਿਟਿਵ ਵੀ ਹੈਗੇ ਨੇ ਉਹਦੇ ਲਈ, ਦੀਪ ਬਾਈ ਲਈ। ਇਹ ਤਾਂ ਵੈਸੇ ਕਿਊਟ ਬੜਾ ਲੱਗਦਾ ਉਹ ਗੋਲੂ ਯਾਰ, ਬਾਈ ਬਹੁਤ ਵਧੀਆ ਬੰਦਾ ਯਾਰ, ਬੜਾ ਪੋਜ਼ਿਟਿਵ ਆ। ਔਰ ਪਹਿਲੀ ਵਾਰ ਜਦੋਂ ਮੈਂ ਦੀਪ ਬਾਈ ਨੂੰ ਮਿਲਿਆ, ਪਹਿਲਾਂ ਫੋਨ ਫਾਨ 'ਤੇ ਗੱਲ ਹੁੰਦੀ ਸੀ, ਜਦੋਂ ਆਇਆ ਬਾਈ, ਬਾਈ ਚੱਕ ਤਾਂ ਕੰਮ ਹੋ ਲੈ ਲਿਆ, ਕੰਮ ਖਿੱਚ ਤਾਂ ਕੰਮ। ਮੈਨੂੰ ਐਂ ਸੀ, ਮੈਂ ਕਿਹਾ ਯਾਰ ਮੇਰੇ ਕੋਲ ਤਾਂ ਹੈ ਹੀ ਕੱਖ ਨਹੀਂ ਵੀ ਮੈਂ ਕੀ ਸੁਣਾਊਂਗਾ, ਬਾਈ ਬਣ ਕੇ ਗਾਣੇ ਤਾਂ ਬਣਾ ਲਏ, ਚਲੋ ਬੀਟ ਲਾਈ ਬਾਈ ਨੇ, ਗਾਣਾ ਬਣ ਗਿਆ ਬਾਈ। ਅਸੀਂ 5 ਗਾਣੇ ਬਣਾਏ ਉਹਦੇ। ਅੱਛਾ, ਹਾਂ ਕਸਮੀ ਗੱਲ ਆ, ਤੁਸੀਂ ਪੁੱਛਿਓ ਜੇ ਕਿਤੇ ਦੀਪ ਬਾਈ ਦਾ ਪੋਡਕਾਸਟ ਤੁਸੀਂ ਕੀਤਾ, ਤੁਸੀਂ ਪੁੱਛਿਓ 5 ਗਾਣੇ, 5 ਨਹੀਂ 6, ਉਹਨਾਂ 5 ਗਾਣਿਆਂ ਦੇ ਵਿੱਚੋਂ 6 ਤਾਂ ਅਸੀਂ ਜਾਂਦੇ ਜਾਂਦੇ ਨੇ, ਜਾਂਦੇ ਚੋਰ ਦੀ ਪੱਗ ਹੀ ਸਹੀ ਹੈ, ਜਾਂਦੇ ਜਾਂਦੇ ਨੇ ਇੱਕ ਅੰਤਰਾ ਸਥਾਈ ਬਣਾ ਲਿਆ, ਹਾਂ ਸਥਾਈ ਬਣਾ ਲਈ ਸੀ। 5 ਗਾਣੇ ਬਾਈ ਬਣਾਏ, ਉਹਨਾਂ ਦੇ ਵਿੱਚੋਂ ਇੱਕ ਗਾਣਾ ਉਹ ਸੀ ਜਿਹੜਾ ਕਾਹਤੋਂ ਟੈਂਕਾਂ ਦੇ ਨਾਲ ਖਹਿੰਦੀ ਨਹੀਂ ਮਟਿਆਰੀ, ਰੁੱਗ ਡੱਬ ਨਾਲ ਤੇਰੇ ਦਾ ਕੋਕਾ ਨੀ, ਉਹ ਗਾਣਾ ਉਹਨਾਂ ਗਾਣੇ ਦੇ ਵਿੱਚੋਂ ਸੀ। ਤੁਸੀਂ ਦੇਖ ਲਓ ਵੀ ਬਾਕੀ ਕਿੱਦਾਂ ਦੇ ਹੋਣਗੇ, ਕਮਾਲ ਉਹ ਹਾਲੇ ਪਏ ਨੇ। ਅੱਛਾ ਪਟਾਰਾ ਰੱਖਿਆ, ਉਹ ਮੇਰਾ ਪਹਿਲਾ ਦਿਨ ਸੀ ਇੱਦਾਂ ਕੰਮ ਕਰਨ ਦਾ, ਅਦਰਵਾਈਜ਼ ਮੈਂ ਇੱਦਾਂ ਕਦੇ ਵੀ ਕੰਮ ਨਹੀਂ। ਉਹ ਦੀਪ ਬਾਈ ਨੇ ਮੇਰੀ ਇੱਦਾਂ ਸਟਾਰਟਿੰਗ ਕਰਵਾਈ ਆ ਅਸਲ 'ਚ। ਪਹਿਲਾਂ ਮੈਂ ਗਾਣੇ ਲਿਖ ਲੈਂਦਾ ਸੀ ਵੀ ਇੱਦਾਂ, ਮੈਂ ਔਨ ਦਾ ਸਪੋਟ ਮੈਂ ਸਟੂਡੀਓ 'ਚ ਬੈਠਾ ਗਾਣੇ ਲੈ ਲਿਆ, 1-2 ਗਾਣੇ ਬਣਾ ਲੈਂਦਾ ਸੀ ਐਸੀ ਸਪੀਡ ਨਾਲ ਔਰ ਇੱਦਾਂ। ਉਸ ਤੋਂ ਬਾਅਦ ਨਹੀਂ ਬਾਈ, ਉਸ ਤੋਂ ਬਾਅਦ ਤਾਂ ਜਦੋਂ ਵੀ ਸਟੂਡੀਓ ਜਾਂਦੇ ਹਾਂ ਹੁਣ ਗਾਣੇ ਬਣਾਈਦੇ ਆ ਵਧੀਆ, ਪਰ ਇਹ ਨਹੀਂ ਹੈਗਾ ਵੀ ਊਂ ਕੂੜਾ ਹੀ ਚੱਕ ਕੇ ਯਾਰ ਲਿਖ ਦਈਏ। ਕਦੇ ਜ਼ਮੀਰ ਨੇ ਇਜਾਜ਼ਤ ਨਹੀਂ ਦਿੱਤਾ, ਕਦੇ ਵੀ ਨਹੀਂ, ਕਦੇ ਵੀ। ਤੁਸੀਂ ਮੇਰਾ ਜਿਹੜਾ ਮਰਜ਼ੀ ਗਾਣਾ ਦੇਖ ਲਓ, ਸ਼ੁਰੂ ਤੋਂ ਐਂਡ ਤੱਕ ਤੁਸੀਂ ਸੁਣ ਲਓਗੇ, ਤੁਸੀਂ ਗਾਣੇ 'ਚ ਜੁੜ ਜਾਓਗੇ ਗਾਣੇ ਦੇ ਨਾਲ, ਤੁਸੀਂ ਐਂਡ ਤੱਕ ਤੁਹਾਨੂੰ ਕੁਛ ਹੁੰਦਾ ਦਿਖੂਗਾ ਵੀ ਹਾਂ ਯਾਰ। ਔਰ ਦੇਖੋ ਅੱਡੀਆਂ ਚੁੱਕ ਚੁੱਕ ਵਹਿੰਦੀ ਸੀ, ਯਾਰ ਗਲੀ 'ਚੋਂ ਲੰਘਦੇ ਸੀ, ਜਦ ਯਾਰ ਗਲੀ 'ਚੋਂ ਲੰਘਦੇ ਸੀ, ਉਹ ਬੜੇ ਸੋਹਣੇ ਗਾਣੇ ਸੀ, ਪੁਰਾਣੇ ਗਾਣੇ। ਉਹ ਇੱਕ ਚੇਂਜ ਹੋ ਗਿਆ ਨਾ ਮਾਹੌਲ ਉੱਥੋਂ, ਚੇਂਜ ਉਦੋਂ ਪਤਾ ਲੱਗੂ ਅਸੀਂ ਸੱਚੇ ਸੀ ਜਾਂ ਝੂਠੇ, ਜਦੋਂ ਧੜਕੇ ਸੀਨੇ 'ਚ ਤੇਰੇ ਦਿਲ ਬਣ ਕੇ। ਕਈਆਂ ਨੂੰ ਪਤਾ ਨਹੀਂ ਹੋਣਾ ਹੁਣ ਬਿੱਲੇ ਬਾਈ ਦੇ ਪੁਰਾਣੇ ਗਾਣੇ, ਕੋਈ ਖਾਸ ਕੋਈ ਕੋਈ ਖਾਸ ਦੇ ਵਿੱਚ ਗਾਣੇ ਸੀਗੇ ਆਪਣੇ, 7 ਗਾਣੇ ਸੀ ਮੇਰੇ ਖਿਆਲ। ਉਦੋਂ ਬਾਅਦ ਸਾਰੀ ਐਲਬਮ ਮੈਂ ਕੀਤੀ ਸੀ ਬਿੱਲੇ ਬਾਈ ਦੀ, ਫਿਰ ਹੁਣ ਦੁਬਾਰਾ ਫਿਰ ਅਸੀਂ ਇਕੱਠੇ ਕੰਮ ਕਰਨ ਲੱਗੇ ਹਾਂ ਜੀ। ਬਿੱਲੇ ਬਾਈ ਨੇ ਮੇਰੇ ਨਾਲ ਨਾਲ ਰਹਿੰਦਾ ਹੈ, ਪੰਜਾਬ ਗਾਇਆ, ਖੁਸ਼ੀਆਂ ਹੀ ਵੰਡੀਆਂ ਗਾਣਾ, ਕਿਆ ਬਾਤ, ਖੁਸ਼ੀਆਂ ਹੀ ਵੰਡੀਆਂ ਨੇ ਕਦੇ ਦਰਦ ਫਰੋਲੇ ਨਹੀਂ। ਸੋ ਇਹ ਤਾਂ ਮੈਂ ਚਾਹੁੰਦਾ ਹੁੰਦਾ ਬਾਈ, ਉਹੀ ਗੱਲ ਆ ਵੀ ਤੁਹਾਨੂੰ ਅੱਖਾਂ ਨਜ਼ਰਾਂ ਨਾ ਝੁਕਾਉਣੀਆਂ ਪੈਣ, ਹਰ ਬੰਦੇ ਨੂੰ ਤੁਸੀਂ ਇੱਜ਼ਤ ਦਿਓ, ਪਿਆਰ ਦਿਓ, ਕੋਈ ਉੱਦਾਂ ਦਾ ਕੰਮ ਨਾ ਕਰੋ ਯਾਰ ਜਿਹਦੇ ਨਾਲ ਤੁਹਾਨੂੰ ਨੀਵੀਂ ਪਾਉਣੀ ਪੈ ਜਾਵੇ। ਕਿਆ ਵਾ, ਕਿਆ ਵਾ, ਪਿਆਰ
ਹਮੇਸ਼ਾ ਦੇਖੋ ਮੇਰਾ ਕਿਹੜਾ ਲੂਣ ਢਲਕ ਗਿਆ ਜੇ ਮੈਂ ਬਾਈ ਹੋਰਾਂ ਨੂੰ ਯਾਦ ਕਰ ਲਿਆ, ਹਾਂ ਦੀਪ ਬਾਈ ਨੂੰ ਯਾਦ ਕਰ ਲਿਆ, ਬਿੱਲੇ ਨੂੰ ਯਾਦ ਕਰ ਲਿਆ, ਜੀ ਖਾਨ ਦਾ ਨਾਂ ਲਿਆ, ਤਾਂ ਹੋਰ ਸਾਰਿਆਂ ਦਾ ਮੇਰਾ ਕੀ ਹੋ ਗਿਆ? ਸਾਰੇ ਭਰਾ ਨੇ ਆਪਣੇ 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 ਕੰਮ ਲੱਗੇ, ਸਾਰੇ ਹਰ ਬੰਦਾ ਮਿਹਨਤ ਕਰਕੇ ਆਇਆ ਇੱਥੋਂ ਤੱਕ। ਪਰ ਤੁਸੀਂ, ਮੈਂ ਇੱਕ ਗੱਲ ਕਹਿੰਦਾ ਵੀ ਕਿਸੇ ਲਈ ਰੋੜਾ ਨਾ ਬਣੋ, ਇਹ ਨਾ ਸੋਚੋ ਯਾਰ ਉਹਨੂੰ ਸੁੱਟਣਾ, ਇਹ ਗੱਲਾਂ ਪੁਰਾਣੀਆਂ ਹੋ ਗਈਆਂ, ਫਿਰ ਠੱਪੇ ਲਵਾ ਕੇ ਤੁਰੇ ਫਿਰਦੇ ਹੋ, ਹੈ ਨਾ? ਉਹ ਕਹਿੰਦੇ ਜੱਟ ਜਦ ਵੀ ਬਣਿਆ ਰਾਹ ਬਣਿਆ, ਬਣਿਆ ਨਹੀਂ ਰਾਹ ਦਾ ਰੋੜਾ, ਰਾਹ ਦਾ ਰੋੜਾ ਨਹੀਂ ਵੀ ਫਲਾਣੇ ਦੀ, ਜੇ ਫਲਾਣੇ ਦਾ ਡਾਊਨਫਾਲ ਚੱਲ ਰਿਹਾ ਤੇ ਉਹਦੇ ਪਿੱਛੇ ਉਹਦਾ ਹੱਥ ਹੈ। ਕੀ ਯਾਰ ਇਹਨਾਂ ਚੀਜ਼ਾਂ, ਜਿਵੇਂ ਕਿਸੇ ਦੀਆਂ ਲੱਤਾਂ ਨਾ ਖਿੱਚੋ, ਰਾਹ ਬਣੋ, ਫਿਰ ਬਾਹਾਂ ਬਣੋਗੇ ਤਾਂ ਫਿਰ ਬੜਾ ਕੁਛ ਹੈ, ਬੜਾ ਕੁਛ ਹੈ ਬਾਈ। ਮੈਂ ਕਦੇ ਵੀ ਰਾਹ ਦਾ ਰੋੜਾ ਨਹੀਂ ਬਣਿਆ, ਜੱਟ ਜਦ ਵੀ ਬਣਿਆ ਰਾਹ ਬਣਿਆ, ਬਣਿਆ ਨਹੀਂ ਰਾਹ ਦਾ ਰੋੜਾ ਨਹੀਂ ਕਦੇ ਵੀ, ਆਪਾਂ ਕਦੇ ਵੀ ਰਾਹ ਦਾ ਰੋੜਾ ਨਹੀਂ ਬਣਿਆ। ਮੈਂ ਹਮੇਸ਼ਾ ਕੋਸ਼ਿਸ਼ ਕੀਤੀ, ਮੈਂ ਬਾਂਹ ਕੱਢੀ ਆ ਬਾਈ ਹਮੇਸ਼ਾ, ਆਪ ਮੈਂ ਭਾਵੇਂ ਘੱਟ ਖਾ ਲਾਂ, ਮੈਂ ਜਿਹੜਾ ਬੰਦਾ ਮੇਰੇ ਨਾਲ ਜੁੜਿਆ, ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਜੁੜਿਆ ਰਹੇ, ਵੀ ਜੁੜਿਆ ਰਹੇ ਔਰ ਉਹਨੂੰ ਪਤਾ ਲੱਗੇ ਵੀ ਹਾਂ ਯਾਰ। ਪਰ ਇੱਥੇ ਮੈਂ ਇੱਕ ਗੱਲ ਹੋਰ ਵੀ ਕਹਿੰਦਾ ਵੀ ਕੀਮਤ ਆ ਜਿਹੜੀ ਸ਼ਬਦਾਂ ਦੀ ਕੋਈ ਨਹੀਂ ਹੈ, ਨਾ ਹੀ ਕੋਈ ਮੇਰੇ ਸ਼ਬਦਾਂ ਦੀ ਕੀਮਤ ਦੇ ਸਕਦਾ, ਕਿਸੇ ਵੀ ਲਿਖਣ ਵਾਲੇ ਦੇ ਸ਼ਬਦਾਂ ਦੀ ਕੀਮਤ ਕੋਈ ਨਹੀਂ ਦੇ ਸਕਦਾ, ਕੋਈ ਵੀ ਨਹੀਂ ਦੇ ਸਕਦਾ। ਬਿਲਕੁਲ ਬਾਈ, ਪਰ ਹੱਕ ਹੁੰਦਾ ਇੱਕ ਕਲਮ ਦਾ, ਤੁਸੀਂ ਲਿਖਦੇ ਹੋ, ਤੁਸੀਂ ਮਿਹਨਤ ਕਰਦੇ ਹੋ, ਰਾਤਾਂ ਝਾਕਦੇ ਹੋ, ਹੈ ਨਾ, ਆਪਣੇ ਪਰਿਵਾਰ ਲਈ ਮਿਹਨਤ ਹੈ, ਮਿਹਨਤ ਕਰਦੇ, ਉਹਦਾ ਮੁੱਲ ਹੈ ਜਿਹੜਾ ਸਾਡਾ ਤੈਅ ਕੀਤਾ ਹੋਇਆ ਵੀ ਉਹ ਪ੍ਰੋਪਰ ਬਣਦੀਆਂ ਕੀਮਤਾਂ ਜਿਹੜੀਆਂ, ਜੇ ਉਹ ਬੰਦੇ ਨੂੰ ਮਿਲਦੀਆਂ ਰਹਿਣ ਤਾਂ ਬੰਦੇ ਦਾ ਦਿਲ ਕਰਦਾ ਯਾਰ ਕੰਮ ਕਰ ਲਈ ਬਹੁਤ ਸਾਰਾ। ਪਰ ਅੱਜ ਦੀ ਰੇਟ ਦੇ ਵਿੱਚ ਆਪਣੇ ਨਾਲ ਇੱਦਾਂ ਦਾ ਕੁਛ ਨਹੀਂ ਹੋ ਰਿਹਾ, ਸਾਨੂੰ ਪੇਮੈਂਟ ਵੀ ਵਧੀਆ ਮਿਲ ਰਹੀ ਹੈ, ਸਾਰਾ ਕੁਛ ਹੋ ਰਿਹਾ, ਸਾਰਾ ਕੁਛ ਵਧੀਆ ਹੋ ਰਿਹਾ, ਪੈਸੇ ਪੂਸੇ ਵਧੀਆ ਦੇ ਰਹੇ ਨੇ ਲੋਕ ਕੰਮ ਦੇ, ਜੇ ਵਧੀਆ ਕਰਦੇ ਤਾਂ ਦੇ ਰਹੇ ਨੇ, ਸੱਚ ਹੈ ਨਾ। ਸੋ ਥੋੜ੍ਹਾ ਕੀਤਾ ਪਹਿਲਾਂ ਪਰ ਵਧੀਆ ਕੀਤਾ, ਆਪਣੇ ਆਪ ਨੂੰ ਉਸ ਮੁਕਾਮ 'ਤੇ ਲੈ ਕੇ ਆਏ ਹਾਂ, ਫਿਰ ਹੁਣ ਹੁਣ ਸਪੀਡ ਖਿੱਚੀ ਹੈ, ਹੁਣ ਕੰਮ ਬਹੁਤ ਜ਼ਿਆਦਾ ਕੰਮ ਕਰ ਰਹੇ ਹਾਂ, ਕਿਸੇ 'ਤੇ ਕੋਈ ਭਰੋਸਾ ਨਹੀਂ, ਕਿਸੇ ਨੇ ਸਾਡਾ ਕੰਮ ਕਰਨਾ ਨਾ ਕੋਈ ਨਹੀਂ। ਹਾਂ ਅਸੀਂ ਗਾਣੇ ਲੋਕਾਂ ਲਈ ਕਰਦੇ ਹਾਂ, ਲਿਖਦੇ ਹਾਂ, ਗਾਉਂਦੇ ਹਾਂ, ਹੈ ਨਾ, ਕਦੇ ਵੀ ਮੈਂ ਇਹ ਨਹੀਂ ਸੋਚਿਆ ਮੈਂ ਯਾਰ ਲਿਖਦਾ ਵੀ ਇਹ ਗਾਣਾ ਮੇਰੇ ਲਈ ਕਿਉਂ ਨਹੀਂ ਹੈਗਾ, ਮੈਂ ਕਦੇ ਵੀ ਨਹੀਂ ਅੱਜ ਮੈਂ ਇੱਥੇ ਮਾਈਕ 'ਤੇ ਬੈਠਾ ਕਦੇ ਵੀ ਨਹੀਂ ਸੋਚਿਆ, ਮੈਂ ਇਹ ਗੱਲ ਕਦੇ ਵੀ ਨਹੀਂ ਕਹੀ ਵੀ ਯਾਰ ਆਹ ਤਾਂ ਗਾਣਾ ਬਹੁਤ ਵਧੀਆ ਬਣ ਗਿਆ ਯਾਰ, ਇਹ ਮੈਂ ਰੱਖ ਲਾਂ, ਇਹ ਤਾਂ ਮੈਂ ਰੱਖ ਲਾਂ ਯਾਰ, ਇਹ ਤਾਂ ਮੈਂ ਗਾਉਣਾ, ਹਾਲਾਂਕਿ ਮੈਂ ਸਿੰਗਰ ਹਾਂ ਨਾ, ਕਦੇ ਵੀ ਨਹੀਂ, ਹੱਥਾਂ 'ਤੇ ਤੁਹਾਨੂੰ ਗਣਾ ਦਿੰਦਾ ਗਾਣੇ ਸਾਰੇ ਹਿੱਟ ਹੀ ਨੇ, ਮੇਰੀ ਸਰਦਾਰ ਨਹੀਂ ਹੈ, ਕੀ ਪਤਾ ਖੋਰੇ ਜੂਨ ਸੁਧਰ ਜੇ ਫੱਕਰ ਦੀ, ਫੱਕਰ ਦੀ ਚੀਕ ਮਿੱਤਰਾਂ ਦੀ ਚੁੱਪ ਨੇ ਕਢਵਾਈ ਕਢਾਈ ਹੋਈ ਹੈ, ਇਹ ਸਾਰੇ ਗਾਣੇ ਮੇਰੇ ਸੀ ਬਾਈ, ਮੈਂ ਟੇਪ ਦੇ ਗਾਣੇ ਸੀ ਮੇਰੇ, ਨਿੰਜੇ ਬਾਈ ਦਾ ਗਾਣਾ, ਨਿੰਜੇ ਬਾਈ ਨਾਲ ਕਹਿੰਦੀ ਮੁਟਿਆਰੀ, ਹਾਂ ਖੁਸ਼ੀਆਂ ਹੀ ਵੰਡੀਆਂ, ਖੁਸ਼ੀਆਂ ਹੀ ਵੰਡੀਆਂ ਨੇ, ਹੈ ਨਾ, ਆਹ ਦੀਪ ਬਾਈ ਦੇ ਗਾਣੇ ਆ ਗਏ ਜਿਹੜੇ ਹੁਣ ਆਏ ਨੇ, ਹੈ ਨਾ, ਮਿੱਤਰਾਂ ਨਾ ਕੱਟ ਲੇਂਗੀ ਮੈਂ ਸੁੱਤੀ ਰਹੀ ਹਾਂ ਬਾਈ, ਆਹ ਗਾਣਾ ਤਾਂ ਨਾ ਨਵੀਂ ਤੇ ਅਸੀਂ ਬਹੁਤ ਸੁਣਦੇ ਨੇ ਬਾਈ, ਕਿਹੜਾ ਮੈਂ ਸੁੱਤੀ ਰਹੀ ਹਾਂ, ਮੈਂ ਸੁੱਤੀ ਰਹੀ ਹਾਂ ਬਾਈ, ਪਤਾ ਨਹੀਂ ਕਿਉਂ ਇਹ ਗਾਣੇ ਦੀ ਵਾਈਬ ਬਹੁਤ ਡਿਫਰੈਂਟ ਆ, ਅਸੀਂ ਗੱਡੀ 'ਚ ਇਹਨੂੰ ਤਾਂ ਬਾਲਾ ਪਸੰਦ ਹੈ, ਓਕੇ, ਹਾਂ ਇਹ ਬਹੁਤ ਸੁਣਦਾ, ਮਤਲਬ ਮੈਂ ਅਸੀਂ ਜਿੰਨੀ ਵਾਰ ਵੀ ਸੁਣਿਆ ਬਸ ਉਹ ਚੀਜ਼ ਮੈਂ ਫੀਲ ਕੀਤੀ ਆ ਵੀ ਇਸ਼ਕਾਂ ਦੇ ਸ਼ਹਿਰੋਂ ਮੈਂ ਖਾਲੀ ਗਈ ਹਾਂ, ਆਏ ਹਾਏ ਕਿਉਂ ਸੁੱਤੀ ਰਹੀ ਹਾਂ ਮੈਂ, ਕਿਉਂ ਸੁੱਤੀ ਰਹੀ, ਹੈ ਨਾ, ਵੀ ਮਤਲਬ ਉਹ ਪਛਤਾਵੇ ਲੈ ਕੇ ਘੁੰਮਦੀ ਪਈ ਆ, ਕੋਈ ਟ੍ਰੈਡੀਸ਼ਨਲ ਜਿਹਾ ਗਾਣਾ ਮੇਰੇ ਖਿਆਲ ਪਾਕਿਸਤਾਨੀ ਆ, ਪਤਾ ਨਹੀਂ, ਅੱਛਾ ਉਸ ਤੋਂ ਇੰਸਪਾਇਰ ਹੋ ਗਏ, ਇੰਸਪਾਇਰ ਵੀ ਹੋ ਕੇ, ਬਾਕੀ ਨਾ ਇਹ ਸੀ ਮੈਂ ਸੁੱਤੀ ਰਹੀ ਹਾਂ ਮੈਂ, ਉਹ ਇਹ ਤਾਂ ਇਹ ਸੀ ਇਕੱਲਾ,
ਮੈਂ ਸੁੱਤੀ ਰਹੀ ਹਾਂ, ਬਸ ਇੱਕ ਲਾਈਨ ਹੈ, ਬਾਕੀ ਸਾਰਾ ਗਾਣਾ ਉਹਨਾਂ ਨੇ ਇਕੱਲੀ ਲਾਈਨ ਦਿੱਤੀ ਸੀ, ਕਹਿੰਦੇ ਵੀ ਆਪਾਂ ਰਾਈਟਸ ਆਪਣੇ ਕੋਲ ਇਹਦੇ, ਵੀ ਇਹ ਗਾਣਾ ਲਿਖਣਾ, ਉਹਦੇ 'ਤੇ ਆਪਾਂ ਗਾਣਾ ਲਿਖਿਆ ਸੀ, ਪਰ ਉਹ ਮੈਂ ਸੁੱਤੀ ਰਹੀ, ਮੈਂ ਕਿਉਂ ਸੁੱਤੀ ਰਹੀ ਹਾਂ ਇਹ ਆਪਾਂ ਲਿਖਿਆ ਸੀ, ਕਿਉਂ ਸੁੱਤੀ ਰਹੀ ਹਾਂ ਮੈਂ, ਕਿਉਂ ਸੁੱਤੀ ਰਹੀ, ਸੁੱਤੀ ਰਹੀ ਹਾਂ, ਕਿਆ ਬਾਤ, ਮੈਂ ਸੁੱਤੀ ਰਹੀ ਹਾਂ ਵਾਪਸੀ, ਮੈਂ ਕਿਉਂ, ਉਹ ਕਹਿੰਦਾ ਕਿਉਂ ਸੁੱਤੀ ਰਹੀ ਹਾਂ। ਬਾ ਕਮਾਲ ਬਾਈ, ਬਹੁਤ ਸੋਹਣਾ ਗਾਣਾ। ਅੱਛਾ ਬਾਈ, ਬਹੁਤ ਲੰਬਾ ਟਾਈਮ ਹੋ ਗਿਆ ਤਕਰੀਬਨ 2 ਘੰਟੇ ਤੋਂ ਉੱਤੇ ਆਪਾਂ ਨੂੰ ਆਪਣਾ ਪੋਡਕਾਸਟ ਬਿਠਾਈ ਰੱਖੋ, ਤਾਂ ਮਿੱਤਰਾਂ ਦੀ ਵੀ ਹੈ, ਮਿੱਤਰਾਂ ਦੀ ਰਾਤ ਹੈ। ਅਤੇ ਬਾਕੀ ਜਿਹੜੇ ਦਰਸ਼ਕ ਆਪਾਂ ਨੂੰ ਸਪੋਟੀਫਾਈ 'ਤੇ ਸੁਣ ਰਹੇ ਨੇ, ਤੁਹਾਡਾ ਵੀ ਤਹਿ ਦਿਲ ਤੋਂ ਸ਼ੁਕਰੀਆ ਦਾ, ਸ਼ੁਕਰੀਆ ਬਾਈ। ਜਿਹੜੇ ਆਪਾਂ ਨੂੰ ਯੂਟਿਊਬ 'ਤੇ ਸੁਣ ਰਹੇ ਨੇ, ਫੇਸਬੁੱਕ 'ਤੇ ਆਪਣਾ ਇਹ ਪੋਡਕਾਸਟ ਵੇਖ ਰਹੇ ਨੇ, ਤੁਹਾਡਾ ਵੀ ਤਹਿ ਦਿਲ ਤੋਂ ਸ਼ੁਕਰੀਆ ਦਾ। ਤੁਸੀਂ ਬਹੁਤ ਲੰਬਾ ਸਮਾਂ ਆਪਣੇ ਇਸ ਬਿਜ਼ੀ ਸਕੈਜੂਲ ਦੇ ਵਿੱਚੋਂ ਕੱਢ ਕੇ ਸਾਨੂੰ ਸੁਣਿਆ। ਬਿਲਕੁਲ, 5 ਮਿੰਟ ਨਹੀਂ ਕੋਈ ਸੁਣਦਾ ਕਿਸੇ ਨੂੰ, ਨਹੀਂ ਸੁਣਦਾ ਬਾਈ, ਅਗਲਾ ਕਹਿੰਦਾ ਊਈਂ ਮਰੀ ਜਾਂਦੇ ਨੇ ਬੈਠੇ ਵਿਹਲੇ। ਅਤੇ ਜੇ ਹੁਣ ਤੱਕ ਤੁਸੀਂ ਸਾਡੀ ਇਸ ਟਾਈਮ ਤੱਕ ਟਿਲ ਨਾਓ ਪੰਜਾਬੀ ਦੇ ਵਿੱਚ ਹੁਣ ਤੱਕ ਤੁਸੀਂ ਸਾਡੇ ਪੋਡਕਾਸਟ ਦੇ ਨਾਲ ਜੁੜੇ ਹੋ, ਤੁਹਾਡਾ ਦੋਹੇ ਹੱਥ ਜੋੜ ਕੇ ਧੰਨਵਾਦ ਵੀ ਤੁਸੀਂ ਇੰਨਾ ਪਿਆਰ ਕਰਿਆ। ਕਿਹੜੀ ਕਿਹੜੀ ਜਗ੍ਹਾ ਤੋਂ ਸੁਣ ਰਹੇ ਹੋ ਬੈਠ ਕੇ, ਕਮੈਂਟ ਫੇਰ ਕਰ ਦਿਓ, ਕਿਹਦੇ ਕਿਹਦੇ ਨਾਲ ਬੈਠ ਕੇ ਸੁਣ ਰਹੇ ਹੋ ਤੁਸੀਂ ਇਹ ਵੀ ਦੱਸ ਦਿਓ, ਕਿਉਂਕਿ ਇੱਕ ਪਰਿਵਾਰਕ ਪੋਡਕਾਸਟ ਹੈ। ਮੈਂ ਕੋਈ ਵੀ ਚੀਜ਼ ਐਸੀ ਨਹੀਂ ਕਰਦਾ ਵੀ ਜਿਹਦੇ ਵਿੱਚ ਕੁਝ ਨੈਗੇਟਿਵ ਚੀਜ਼ਾਂ ਬਾਹਰ ਕੱਢ ਕੇ ਲਿਆਈਏ, ਕੋਸ਼ਿਸ਼ ਕਰਦੇ ਹਾਂ ਵੀ ਇਸ ਨੈਗੇਟਿਵ ਯੁੱਗ ਦੇ ਵਿੱਚ ਕੁਝ ਪੋਜ਼ਿਟਿਵ ਚੀਜ਼ਾਂ ਨੂੰ ਪਰੋਸੀਏ, ਤਾਂ ਕਿ ਚਾਹੇ ਪਿੱਛੇ ਖੜੇ ਹੋਈਏ ਪਰ ਕਤਾਰ ਦੇ ਵਿੱਚ ਕਿਤੇ ਤਾਂ ਖੜੇ ਦਿਖੀਏ। ਬਿਲਕੁਲ ਬਿਲਕੁਲ, ਠੀਕ ਹੈ, ਕੋਸ਼ਿਸ਼ ਕਰਦੇ ਹਾਂ। ਅੱਛਾ ਬਾਈ, ਆਖਰ ਦੇ ਵਿੱਚ ਜਾਂਦੇ ਜਾਂਦੇ ਤੁਹਾਡੇ ਦਰਸ਼ਕ ਸਰੋਤੇ ਵੇਖ ਰਹੇ ਨੇ, ਤੁਹਾਡੇ ਫੈਮਿਲੀ ਵਾਲੇ ਵੀ ਵੇਖ ਰਹੇ ਹੋਣਗੇ, ਬਿਲਕੁਲ, ਤੁਹਾਨੂੰ ਚਾਹੁਣ ਵਾਲੇ ਤੁਹਾਡੇ ਯਾਰ ਦੋਸਤ ਪੁਰਾਣੇ ਜਿਨ੍ਹਾਂ ਦਾ ਤੁਸੀਂ ਨਾਂ ਲਿਆ ਫੌਜ 'ਚ ਆ ਬਾਈ, ਜਿਹੜਾ ਉਹ ਸਾਰੇ ਵੇਖ ਰਹੇ ਨੇ ਬਾਈ। ਹਾਂ, ਅੱਛਾ, ਕੀ ਕਹਿਣਾ ਸਾਰਿਆਂ ਨੂੰ? ਸਾਰਿਆਂ ਨੂੰ ਇਹੀ ਹੈ ਵੀ ਦਿਲ ਤੋਂ ਪਿਆਰ ਹੈ, ਜਿਉਂਦੇ ਵੱਸਦੇ ਰਹੋ, ਬਸ ਖੁਸ਼ ਰਹੋ, ਹਮੇਸ਼ਾ ਹਮੇਸ਼ਾ ਪੋਜ਼ਿਟਿਵ ਰਹੋ, ਮੇਰੇ ਲਈ ਦੁਆਵਾਂ ਕਰਿਆ ਕਰੋ। ਹਾਏ, ਮੇਰੇ ਲਈ ਦੁਆਵਾਂ ਕਰੋਗੇ ਤਾਂ ਮੈਂ ਤੁਹਾਡੇ ਲਈ ਬਹੁਤ, ਆਹ ਦੇਖ ਸੋਮਿਆ ਤੇਰਾ ਮੈਂ ਨਾਂ ਲਿਆ ਤਾ ਨਾ ਪੋਡਕਾਸਟ 'ਤੇ ਏਦਾਂ, ਦੁਆਵਾਂ ਕਰੋ, ਜਿਉਂਦੇ ਵਸਦੇ ਰਹੋ, ਪਰਿਵਾਰ ਤੁਹਾਡੇ ਸਲਾਮਤ ਰਹਿਣ, ਤੁਹਾਨੂੰ ਚਾਹੁਣ ਵਾਲੇ ਸਲਾਮਤ ਰਹਿਣ, ਹਮੇਸ਼ਾ ਕਿਸੇ ਦਾ ਮਾੜਾ ਨਾ ਕਰੋ, ਕਦੇ ਵੀ ਕਿਸੇ ਦਾ ਮਾੜਾ ਆਪਣੇ ਦਿਮਾਗ 'ਚ ਵੀ ਨਾ ਲੈ ਕੇ ਆਇਓ, ਆਪਣਾ ਮਾੜਾ ਵੀ ਆਪਣੇ ਦਿਮਾਗ 'ਚ ਨਾ ਲੈ ਕੇ ਆਓ। ਇਹ ਮੈਸੇਜ ਹੈ ਬਾਈ, ਇਹ ਜਾਂਦਾ, ਬ੍ਰਹਿਮੰਡ ਸੁਣਦਾ ਆਪਣੀ। ਜੇ ਆਪਾਂ ਕੋਈ ਨੈਗੇਟਿਵਿਟੀ, ਕੋਈ ਇੰਨੀ ਕੁ ਉਹ ਸੀ ਨਾ, ਉਹ ਕਿਹੜਾ ਕੁੰਗਫੂ ਵਾਲਾ, ਕੁੰਗਫੂ ਸੀ ਜੈਕੀ ਚੈਨ, ਨਹੀਂ ਨਹੀਂ ਯਾਰ, ਬਰੂਸਲੀ, ਹਾਂ ਬਰੂਸਲੀ ਦਾ ਥੋਟ ਆ ਇਹ। ਉਹ ਕਹਿੰਦਾ ਵੀ ਕਦੇ ਭੁੱਲ ਕੇ ਵੀ ਆਪਣੇ ਬਾਰੇ ਮਾੜਾ ਨਾ ਸੋਚੋ, ਜਿਹੜਾ ਤੁਸੀਂ ਆਪਣੇ ਬਾਰੇ ਮਾੜਾ, ਲਾਅ ਆਫ ਅਟਰੈਕਸ਼ਨ ਵਾਲੀ ਚੀਜ਼ ਜਾਣਦੇ ਹੋ ਨਾ ਤੁਸੀਂ, ਜੇ ਤੁਸੀਂ ਆਪਣੇ ਬਾਰੇ ਭੁੱਲ ਕੇ ਵੀ ਕੁਛ ਮਾੜਾ ਕਹਿੰਦੇ ਹੋ ਤਾਂ ਉਹ ਹੁੰਦਾ ਬਾਈ, ਤੁਹਾਡਾ ਮਾੜਾ ਹੀ ਹੁੰਦਾ। ਸੱਚ ਹੈ, ਜੇ ਤੁਸੀਂ ਆਪਣੇ ਬਾਰੇ ਚੰਗਾ ਸੋਚਦੇ ਹੋ, ਪੋਜ਼ਿਟਿਵ ਸੋਚਦੇ ਹੋ, ਚੰਗਾ ਹੋਊਗਾ, ਤੁਹਾਡਾ ਚੰਗਾ ਹੀ ਹੋਊਗਾ ਬਾਈ। ਕੀ ਬਾਤ, ਤੁਹਾਡਾ ਚੰਗੇ, ਕਾਰ ਭਾਵੇਂ ਤੁਹਾਡੀ ਸ਼ੋਰੂਮ 'ਚ ਖੜੀ ਹੈ, ਮੈਂ ਤੁਹਾਡੀ ਕਿਹਾ ਨਾ, ਆਹ ਸੋਚ ਹੋਣੀ ਚਾਹੀਦੀ ਹੈ, ਸ਼ੋਰੂਮ 'ਚ ਕਾਰ ਖੜੀ ਹੈ ਯਾਰ, ਉਹ ਸ਼ੋਰੂਮ 'ਚ ਸਾਡੀ ਕਾਰ ਯਾਰ ਸ਼ੋਰੂਮ 'ਚ ਖੜੀ ਆ, ਉਹ ਲੈ ਕੇ ਆਵਾਂਗੇ, ਲੈ ਆਉਣੀ ਹੈ ਬਸ, ਆਜੂ ਬਾਈ ਆਜੂ। ਇਹਦਾ ਮਤਲਬ ਇਹ ਨਹੀਂ ਗਾ ਵੀ ਤੁਸੀਂ ਚੰਗਾ ਰਜਾਈ 'ਚ ਪੈ ਕੇ ਸੋਚੀ ਜਾਓ, ਰਜਾਈ ਲਈ ਆ ਮੂੰਹ 'ਤੇ, ਸ਼ੋਰੂਮ 'ਚ ਕਾਰ ਖੜੀ ਆ ਅਤੇ ਆਜੂ, ਕੱਖ ਨਹੀਂ ਆਉਣਾ, ਇਹ ਤਾਂ ਜੁੱਤੀ ਮਾਰੂ ਕਿਸਮਤ ਤੁਹਾਡੇ ਮੂੰਹ 'ਤੇ, ਇੱਦਾਂ ਨਹੀਂ ਆਉਣਾ ਕੱਖ, ਨਾਲ ਕਰਨਾ ਵੀ ਪੈਣਾ ਹੈ,
ਘਰੋਂ ਨਿਕਲਣਾ ਪੈਣਾ, ਚਾਰ ਕਦਮ ਚੱਲਣਾ ਪੈਣਾ, ਨਾਲਦਿਆਂ ਨੂੰ ਨਾਲ ਲੈ ਕੇ ਚੱਲਣਾ ਪੈਣਾ। ਕਿਆ ਬਾਤ, ਇੱਦਾਂ ਇੱਥੇ ਬਾਈ ਤੁਹਾਨੂੰ ਗੱਲ ਲਾਉਣ ਵਾਲੇ ਵੀ ਬਥੇਰੇ ਮਿਲਦੇ ਆ, ਪੈਰੀਂ ਪੈਣ ਵਾਲੇ ਵੀ ਬਥੇਰੇ ਮਿਲਦੇ, ਬਹੁਤ ਕੁਛ ਮਿਲਦਾ। ਗੱਲ ਫਿਰ ਵੱਧ ਗਈ ਆਪਣੀ। ਮੈਸੇਜ ਬਾਈ ਇਹੀ ਹੈ, ਗੱਲਾਂ ਕਰਨ ਨੂੰ ਹਟਣ ਨੂੰ ਦਿਲ ਨਹੀਂ ਕਰਦਾ, ਕਿਉਂਕਿ ਬਲ ਬਾਈ ਵਰਗਾ ਭਰਾ ਬੈਠਾ ਹੋਵੇ ਸਾਹਮਣੇ ਉਦੋਂ ਮੱਲੋ ਮੱਲੀ ਤਾਰ ਜੁੜ ਜਾਂਦੀ ਹੈ ਬਾਈ, ਤਾਰ ਜੁੜ ਜਾਂਦੀ ਹੈ। ਪਰ ਮੇਰਾ ਮੈਸੇਜ ਇਹੀ ਹੈ ਸਾਰੇ ਚਾਹੁਣ ਵਾਲਿਆਂ ਨੂੰ, ਭਰਾਵਾਂ ਨੂੰ, ਆਪਣਾ ਆਪਣਾ ਖਿਆਲ ਰੱਖੋ, ਠੀਕ ਹੈ। ਕਿਸੇ ਦਾ ਕਦੇ ਭੁੱਲ ਕੇ ਵੀ ਮਾੜਾ ਨਾ ਸੋਚੋ, ਠੀਕ ਹੈ। ਚੰਗਾ ਮਾੜਾ ਕਰਨ ਵਾਲਾ ਉਹ ਹੈ ਜਿਹਨੇ ਆਪਾਂ ਨੂੰ ਸਾਰਿਆਂ ਨੂੰ ਇਹ ਦੁਨੀਆ ਦਿਖਾਈ ਹੈ, ਆਪਾਂ ਕਿੱਥੋਂ ਆਏ ਹਾਂ, ਕਾਹਦੇ ਲਈ ਆਏ ਹਾਂ, ਕੀ ਸਾਡਾ ਮਕਸਦ ਹੈ, ਕਿਸੇ ਨੂੰ ਕੋਈ ਪਤਾ ਨਹੀਂ, ਪਤਾ ਹੀ ਨਹੀਂ। ਸਿਰਫ ਇਹ ਹੈ ਮਕਸਦ, ਸਿਰਫ ਪਿਆਰ ਦਾ ਹੈ, ਆਪਾਂ ਪਿਆਰ ਵੰਡਣਾ ਆਏ ਹਾਂ ਬਸ। ਇੱਕ ਦੂਜੇ ਨਾਲ ਪਿਆਰ ਰੱਖੋ, ਈਰਖਾ ਵੱਧ ਹੋਣਾ ਛੱਡ, ਈਰਖਾ ਛੱਡ ਦਿਓ, ਈਰਖਾ ਨਾ ਕਰੋ। ਅਗਲਾ ਜੋ ਕਰਦਾ ਉਹਦੇ 'ਤੇ ਮੱਚੋ ਨਾ, ਜਲੋ ਨਾ, ਐਪਰੀਸ਼ੀਏਟ ਕਰੋ, ਅਗਲੇ ਨੂੰ ਲੈ ਕੇ ਤੁਰੋ ਨਾਲ। ਜੇ ਤੁਸੀਂ ਅੱਗੇ ਹੋ ਤਾਂ ਅਗਲੇ ਨੂੰ ਬਾਂਹ ਫੜ ਕੇ ਅੱਗੇ ਕਰੋ, ਜੇ ਤੁਸੀਂ ਪਿੱਛੇ ਹੋ ਅਗਲਾ ਤੁਹਾਨੂੰ ਧੱਕਦਾ, ਕੋਈ ਚੱਕਰ ਨਹੀਂ, ਆਪਦਾ ਰਾਹ ਬਦਲ ਲਓ, ਕਿਤੇ ਹੋਰ ਪਾਸੇ ਦੀ ਲੰਘ ਜਾਓ। ਜੇ ਕੋਈ ਰਾਹ ਦਾ ਤੁਹਾਡੇ ਰੋੜਾ ਬਣਦਾ ਤਾਂ ਉਹ ਰੋੜਾ ਹੀ ਰਹੂਗਾ, ਜਿਹੜਾ ਤੁਹਾਡੇ ਰਾਹ ਦਾ ਰੋੜਾ ਬਣਦਾ ਉਹ ਰੋੜਾ ਹੀ ਰਹੂ, ਉਹ ਕਦੇ ਫੁੱਲ ਨਹੀਂ ਬਣਦਾ ਬਾਈ, ਨਹੀਂ ਬਣ ਸਕਦਾ, ਨਹੀਂ ਬਣ ਸਕਦਾ ਉਹ ਕਦੇ ਫੁੱਲ ਨਹੀਂ। ਕੀੜੀ ਵਾਲਾ ਕੰਮ, ਜੇ ਕੀੜੀ ਦੇ ਅੱਗੇ ਤੁਸੀਂ ਹੱਥ ਰੱਖ ਦੋਗੇ, ਰੋੜਾ ਰੱਖ ਦੋਗੇ, ਘੁੰਮ ਕੇ ਉੱਪਰ ਦੀ ਲੰਘ ਜਾਣਾ, ਘੁੰਮ ਕੇ ਉੱਪਰ ਦੀ ਲੰਘ ਜਾਣਾ, ਤੁਸੀਂ ਲੰਘ ਜਾਓ। ਹਾਂ, ਰੋੜਾ ਤਾਂ ਰੋੜਾ ਹੀ ਹੈ, ਹੈ ਤਾਂ ਪੱਥਰ ਹੀ ਹੈ, ਰੋੜਾ ਹੀ ਹੈ, ਉਹਦੀ ਕੀ ਔਕਾਤ ਆ, ਗਿੱਟਿਆਂ 'ਚ ਹੀ ਹੈ, ਜਾਂ ਕਿਸੇ ਦੇ ਮੱਥੇ 'ਚ ਵੱਜੂਗਾ, ਮੱਥਾ ਪਾੜੂਗਾ ਕਿਸੇ ਦਾ, ਕਰਨਾ ਉਹਨੇ ਨੁਕਸਾਨ ਹੀ ਹੈ। ਹਾਂ, ਲਾਣ ਤਾਂ ਹੀ ਲਊਗਾ। ਕਿਆ ਬਾਤ ਆ, ਰਾਹ ਦਾ ਰੋੜਾ ਤਾਂ ਲਾਣ 'ਤੇ ਹੀ ਰਹਿੰਦਾ, ਇਸ ਲਈ ਰਾਹ ਦੇ ਰੋੜੇ ਬਾਈ ਨਾ ਬਣੋ, ਰਾਹ ਬਣੋ, ਤਾਂ ਕਿ ਬੰਦਾ ਕੋਈ ਤੁਹਾਡੇ ਤੋਂ ਦੀ ਲੰਘ ਕੇ ਕੋਈ ਤੁਹਾਡਾ ਰਾਹ ਬਣਾ ਕੇ ਤੁਹਾਡੇ ਗੁਣ ਗਾਵੇ। ਜੇ ਨਹੀਂ ਵੀ ਗਾਉਂਦਾ ਗੁਣ ਤਾਂ ਵੀ ਯਾਰ ਕੋਈ ਚੱਕਰ ਨਹੀਂ, ਉਹ ਤਾਂ ਉੱਪਰ ਵਾਲਾ ਤਾਂ ਜਾਣਦਾ, ਜਾਂ ਤੁਹਾਡੇ ਆਲੇ ਦੁਆਲੇ ਦੇ ਤਾਂ ਜਾਣਦੇ, ਤੁਹਾਡਾ ਔਰਾ ਤਾਂ ਜਾਣਦਾ। ਕਿਆ ਬਾਤ, ਕਿਆ ਬਾਤ, ਹਮੇਸ਼ਾ ਹਮੇਸ਼ਾ ਪੋਜ਼ਿਟਿਵ ਰਹੋ ਬਾਈ। ਬਹੁਤ ਧੰਨਵਾਦ ਬਾਈ, ਥੈਂਕ ਯੂ ਬਾਈ, ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ। ਅਸੀਂ, ਮੈਂ ਦਰਸ਼ਕਾਂ ਨੂੰ ਦੱਸਦਾ, ਅਸੀਂ ਰਾਤ ਨੂੰ ਇਹ ਪੋਡਕਾਸਟ ਸ਼ੂਟ ਕਰ ਰਹੇ ਸੀ, ਤਕਰੀਬਨ ਹੁਣ ਸਮਾਂ ਰਾਤ ਦਾ 12:30 ਹੋ ਚੁੱਕੇ ਨੇ। ਅਸੀਂ 10 ਵਜੇ ਆਪਾਂ ਸ਼ੁਰੂ ਕੀਤਾ ਸੀ ਬਾਈ, ਹੈ ਨਾ, 10 ਵਜੇ ਸ਼ੁਰੂ ਕੀਤਾ ਆਪਾਂ, ਅਤੇ ਆਪਾਂ ਤਕਰੀਬਨ ਆਪਾਂ ਨੂੰ 2.5-2.25 ਘੰਟੇ ਹੋ ਚੁੱਕੇ ਨੇ, ਹੋ ਚੁੱਕੇ ਲਗਾਤਾਰ ਗੱਲਾਂ ਮਾਰਦਿਆਂ ਨੂੰ। ਸਪੋਟੀਫਾਈ ਵਾਲਿਆਂ ਦਾ ਵੀ ਧੰਨਵਾਦ, ਜਿਹੜੇ ਸਾਨੂੰ ਟਰੱਕਾਂ ਵਾਲੇ ਵੀਰ ਖਾਸ ਕਰਕੇ ਸੁਣ ਰਹੇ ਨੇ, ਤੁਹਾਡਾ ਤਹਿ ਦਿਲ ਤੋਂ ਸ਼ੁਕਰੀਆ ਦਾ। ਬਾਕੀ ਜਿਹੜੇ ਆਪਾਂ ਨੂੰ ਯੂਟਿਊਬ 'ਤੇ ਵੇਖ ਰਹੇ ਨੇ, ਤੁਹਾਡਾ ਵੀ ਤਹਿ ਦਿਲ ਤੋਂ ਸ਼ੁਕਰੀਆ ਦਾ। ਕੋਈ ਕਈ ਗੱਲ ਤੁਹਾਨੂੰ ਬੁਰੀ ਲੱਗੀ ਹੋਵੇ, ਉਹਦੇ ਲਈ ਮਾਫ਼ੀ ਚਾਹੁੰਦੇ ਹਾਂ, ਮੈਂ ਵੀ ਮਾਫ਼ੀ ਚਾਹੁੰਦਾ ਜੀ। ਸੋ ਪੋਡਕਾਸਟ ਨੂੰ ਸ਼ੇਅਰ ਕਰ ਦਿਉ, ਪਿਆਰ ਦੇ ਦਿਉ ਸਾਨੂੰ ਕਮੈਂਟਾਂ ਦੇ ਵਿੱਚ, ਅਤੇ ਤੁਹਾਨੂੰ ਚੰਗੀ ਚੀਜ਼ ਲੱਗੀ ਉਹ ਵੀ ਕਮੈਂਟਾਂ 'ਚ ਦੱਸ ਦਿਓ, ਮਾੜੀ ਲੱਗੀ ਉਹ ਵੀ ਦੱਸ ਦਿਓ। ਹਾਂ, ਜਿਹੜੀ ਚੀਜ਼ਾਂ ਮੈਂ ਪੋਡਕਾਸਟ ਦੇ ਵਿੱਚ ਜ਼ਿਕਰ ਕੀਤਾ ਆ ਕਿ ਆਪਣੇ ਨਾਨੇ ਦਾ, ਆਪਣੀ ਨਾਨੀ ਦਾ, ਦਾਦੇ ਦਾ, ਦਾਦੀ ਦਾ, ਬਜ਼ੁਰਗਾਂ ਦਾ ਨਾਂ ਦੱਸਿਓ, ਮੈਂ ਵੇਖਣਾ ਵੀ ਕਿੰਨੇ ਕੁ ਲੋਕਾਂ ਨੂੰ ਆਪਣੇ ਬਜ਼ੁਰਗਾਂ ਦਾ ਨਾਂ ਪਤਾ ਹੈ, ਯਾਦ ਹੈ। ਇੱਕ ਬਜ਼ੁਰਗਾਂ ਦਾ, ਨਾਨਾ ਨਾਨੀ ਦਾ, ਉਹ ਤਾਂ ਸਾਰਿਆਂ ਨੂੰ ਪਤਾ ਹੀ ਹੋਣਾ ਹੈ। ਕੋਸ਼ਿਸ਼ ਕਰਿਓ ਵੀ ਤੁਹਾਡੇ ਪੜਨਾਨਾ, ਹਾਂ, ਪੜਦਾਦਾ, ਉਹਦਾ ਵੀ ਨਾਮ, ਜਿਹਨੂੰ ਗਾਹ ਪੜਦਾਦੇ ਦੇ ਵੀ ਪਿਓ ਦਾ ਪਤਾ ਹੈ, ਉਹ ਵੀ ਲਿਖਣ ਦੀ ਕੋਸ਼ਿਸ਼ ਕਰਿਓ, ਇਹਦੇ 'ਚ ਬੜਾ ਸਵਾਦ ਹੈ, ਬੜਾ ਸਵਾਦ ਆਊਗਾ। ਹਾਂ, ਮੈਂ ਪੜੂੰਗਾ, ਪੀੜ੍ਹੀ ਦਾ ਪਤਾ ਹੋਣਾ ਚਾਹੀਦਾ। ਮੈਂ ਕੋਸ਼ਿਸ਼ ਕਰੂੰਗਾ ਵੀ ਜਿਹੜੇ ਲੋਕ ਕਮੈਂਟ ਕਰ ਰਹੇ ਨੇ ਵੀ ਤੁਹਾਨੂੰ, ਤੁਹਾਡੀ ਕਿਹੜੀ ਕਿਹੜੀ ਪੀੜ੍ਹੀ ਤੱਕ ਦੇ ਦਾਦੇ ਪੜਦਾਦੇ ਅੱਗੇ ਤੁਹਾਨੂੰ ਨਾਨੇ, ਹੈ ਨਾ, ਉਹ ਸਾਰੇ ਤੁਹਾਨੂੰ ਨਾਮ ਯਾਦ ਨੇ, ਠੀਕ ਹੈ। ਕਿਹੜੇ ਪਿੰਡ 'ਚੋਂ ਬੈਠ ਕੇ ਦੇਖ ਰਹੇ ਹੋ, ਕਿੱਥੋਂ ਦੇਖ ਰਹੇ ਹੋ, ਤੁਸੀਂ ਪਲੀਜ਼ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਬਿਲਕੁਲ, ਸਬਸਕ੍ਰਾਈਬ ਬਟਨ ਹੈ ਉਹ ਕਰ ਲਓ, ਕਲਿੱਕ ਕਰ ਲਓ, ਨਾਲੇ ਬੈਲ ਆਈਕਨ ਹੈ, ਘੰਟੀ ਦਬਾ ਦਿਓ, ਕਤਲ ਕਰ ਦਿਓ, ਅਤੇ ਫਿਰ ਨਵਾਂ ਪੋਡਕਾਸਟ ਜਿਉਂਦੇ ਵੱਸਦੇ ਰਹੋ। ਨਵਾਂ ਪੋਡਕਾਸਟ ਬਹੁਤ ਜਲਦ, ਪਹਿਲਾਂ
ਕਿ ਮੇਰੀ ਕੋਈ ਹੋਰ ਗੱਲ ਸਟਾਰਟ ਹੋਵੇ ਫਿਰ ਨਹੀਂ ਮੈਂ ਬੰਦ ਹੋ ਇਹ ਜਨਰੇਟਰ ਹੈ ਇਹ ਚੱਲਦਾ ਹੀ ਰਹਿਣਾ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਕੁਛ ਕੀਮਤੀ ਸਮਾਂ ਕੱਢ ਕੇ ਸਾਡੇ ਇਸ ਪੋਡਕਾਸਟ ਨੂੰ ਸੁਣਿਆ ਤੁਹਾਡਾ ਤਹਿ ਦਿਲ ਤੋਂ ਸ਼ੁਕਰੀਆ ਦਾ ਬਾਕੀ ਇੱਕ ਗੱਲ ਛੋਟੀ ਜਿਹੀ ਆਪਾਂ ਸ਼ੁਕਰੀਆ ਜੀ ਸਾਡੀ ਟੇਪ ਚੱਲੀ ਜਾ ਰਹੀ ਹੈ ਕਿ ਗੁਲਾਬ ਸਿੱਧੂ ਦੀ ਜ਼ਿਕਰ ਹੀ ਨਹੀਂ ਕੀਤਾ ਹੀ ਨਹੀਂ ਬਿਲਕੁਲ ਗੱਲ ਪੰਜ ਗਾਣੇ ਨੇ ਗੁਲਾਬ ਸਿੱਧੂ ਸਾਡਾ ਭਰਾ ਛੋਟਾ ਰੀਜ਼ਨ ਬਾਈ ਗਾਣਾ ਬਹੁਤ ਸੋਹਣਾ ਮਿਊਜ਼ਿਕ ਟਾਈਮ ਤੋਂ ਉਹ ਆਈ ਹੈਗੀ ਐਲਬਮ ਜੀ ਜੀ ਹਨਾ ਈਪੀ ਆਈ ਹੈ ਪੰਜ ਗਾਣੇ ਆ ਉਹਦੇ ਰੀਜ਼ਨ ਆ ਉਹਦੇ ਚ ਹਾਂ ਕਾਫੀ ਸਾਰੇ ਗਾਣੇ ਨੇ ਬੜੇ ਸੋਹਣੇ ਸੋਹਣੇ ਗਾਣੇ ਨੇ ਬਾਈ ਉਹ ਗਾਣੇ ਗੁਲਾਬ ਬਾਈ ਦੇ ਵੀ ਸੁਣੋ ਹਾਂ ਔਰ ਸਾਡੇ ਗਾਣੇ ਵੀ ਸੁਣੋ ਮੇਰੇ ਆਪਦੇ ਚੈਨਲ ਤੋਂ ਵੀ ਬੜੇ ਗਾਣੇ ਆ ਰਹੇ ਆ ਤੁਸੀਂ ਆਪਦਾ ਚੈਨਲ ਸਬਸਕ੍ਰਾਈਬ ਕਰਾਈ ਜਾਂਦੇ ਹੋ ਮੇਰਾ ਵੀ ਕਹਿੰਦੇ ਬਾਈ ਦਾ ਵੀ ਥੱਲੇ ਨਾਲ ਮੈਂਸ਼ਨ ਕੀਤਾ ਹੋਇਆ ਫਤਿਹ ਸ਼ੇਰਗਲ 뮤직 ਦੇ ਨਾਮ ਤੋਂ ਵੀਰ ਦਾ ਮੈਂ ਡਿਸਕ੍ਰਿਪਸ਼ਨ 'ਚ ਲਿੰਕ ਪਾਤਾ ਤੁਸੀਂ ਜਾ ਕੇ ਸਬਸਕ੍ਰਾਈਬ ਕਰ ਲਓ ਬਾਕੀ ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਲਵ ਯੂ ਬਾਈ ਅਤੇ ਬਾਕੀ ਤੁਹਾਡਾ ਸਾਰਿਆਂ ਦਾ ਤੁਸੀਂ ਇੰਨਾ ਪਿਆਰ ਕਰਦੇ ਹੋ ਸਤਿਕਾਰ ਦਿੰਦੇ ਹੋ ਉਮੀਦ ਕਰਦਾ ਬਹੁਤ ਛੇਤੀ ਇੱਕ ਨਵਾਂ ਪੋਡਕਾਸਟ ਰੈਡੀ ਪਿਆ ਆ ਬਸ ਅਸੀਂ ਐਂ ਕਲਿੱਕ ਕਰਕੇ ਸੱਟਣਾ ਹੀ ਆ ਉਹ ਆ ਜਾਣਾ ਆ ਹਰੇਕ ਵੈਨਸਡੇ ਯਾਨੀ ਕਿ ਬੁੱਧਵਾਰ ਅਤੇ ਹਰੇਕ ਸੈਟਰਡੇ ਯਾਨੀ ਕਿ ਸ਼ਨੀਵਾਰ ਬੁੱਧਵਾਰ ਅਤੇ ਸ਼ਨੀਵਾਰ ਸ਼ਾਮ ਨੂੰ 6:30 ਅਸੀਂ ਤੁਹਾਡੇ ਘਰਾਂ ਦੇ ਵਿੱਚ ਆ ਜਾ ਕਰਾਂਗੇ ਤੁਸੀਂ ਹੁਣ ਰਿਮਾਈਂਡਰ ਲਾ ਲਓ ਕਿ ਤੁਹਾਨੂੰ ਪਤਾ ਲੱਗ ਜਾਇਆ ਕਰੂਗਾ ਵੀ ਹਰੇਕ ਬੁੱਧਵਾਰ ਸ਼ਾਮੀ 6:30 ਅਤੇ ਹਰੇਕ ਸ਼ਨੀਵਾਰ ਸ਼ਾਮੀ 6:30 ਕੁਦਰਤ ਟੀਮ ਆ ਜੂਗੀ ਆਪਣਾ ਕੁਦਰਤ ਪੋਡਕਾਸਟ ਲੈ ਕੇ ਸੋ ਜਲਦ ਨਵਾਂ ਪੋਡਕਾਸਟ ਹਾਜ਼ਰ ਕਰਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਗੁਰਪ੍ਰੀਤ ਸਿੰਘ ਵੱਲੋਂ ਦਿਓ ਇਜਾਜ਼ਤ ਧੰਨਵਾਦ।